ਇਲੂਮੀਨਾਤੀ ਜਿਹਨੂੰ ਕਹਿੰਦੇ ਆ ਨਾ ਇਹ ਲੋਕ ਲੱਭ ਸਕਦੇ ਨੇ ਤੁਸੀਂ ਮੰਨਦੇ ਹੋ ਵੀ ਇਹ ਜੇ ਲੋਕ ਲੱਭ ਜਾਣਗੇ ਜਿਹੜੇ ਹਰ ਟਾਈਮ ਇਹ ਸੋਚਦੇ ਨੇ ਵੀ ਕਾਸ਼ ਹੋਈ ਜੀ ਸਥਿਤੀ ਹੋਵੇ ਬੰਦਾ ਬੰਦੇ ਨੂੰ ਵੱਡੇ ਕੋਵਿਡ ਵੀ ਤਾਂ ਲਿਆਤਾ ਗਿਆ ਕੋਵਿਡ ਵੀ ਪੈਦਾ ਕੀਤਾ ਗਿਆ ਸੀ ਆ ਇਹਦਾ ਵਾਇਰਸ ਕਿਉਂ ਕੀਤਾ ਗਿਆ ਵੀ ਲੋਕਾਂ ਦੇ ਮਨ 'ਚ ਡਰ ਹੋਵੇ ਯਾਰ ਇਹ ਤਾਂ ਡਰਦੇ ਹੀ ਨਹੀਂ ਹੁਣ ਕਿਸੇ ਤੋਂ ਇਨਸਾਨਾਂ ਦਾ ਮਾਈਂਡ ਕਿਵੇਂ ਕੰਟਰੋਲ ਕੀਤਾ ਜਾਵੇ ਇਸ ਚੀਜ਼ ਤੇ ਮਸਲਾ ਸਾਰਾ ਹੀ ਮਾਈਂਡ ਕੰਟਰੋਲ ਦਾ ਤੇ اے ਯੂ ਐਫ ਓ એલિયન ਇਹ ਉਹਦਾ ਇੱਕ 파ਰਟ ਨੇ ਉਹ ਉਹ ਇਲੂਮੀਨਾਟੀ ਸੀਗਾ ਮਾਈਕਲ ਜੈਕਸਨ ਉਹਨਾਂ ਨੇ ਮਾਰਿਆ ਰੀਜ਼ਨ ਕੀ ਸੀ ਉਹ ਅੱਕ ਗਿਆ ਸੀ ਉਹਨਾਂ ਦੇ ਇਹਨਾਂ ਦੇ ਕੰਮ ਮੈਂ ਸਰ ਤੁਹਾਨੂੰ ਔਨ ਕੈਮਰਾ ਨਹੀਂ ਦੱਸ ਸਕਦਾ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਆਫ ਦਾ ਰਿਕਾਰਡ ਕਿ ਵੀ ਉਹ ਕੀ ਕੀ ਕਰਦੇ ਨੇ ਇਨੀਸ਼ੀਏਟ ਕਰਨ ਦੇ ਲਈ ਉਦਾਂ ਯੂਟਾ ਦੇ ਵਿੱਚ ਮਤਲਬ ਰੋਜ਼ਵੈਲ ਰੋਂਚ ਹੈ ਰੋਜ਼ਵੈਲ ਦੇ ਵਿੱਚ ਕਹਿੰਦੇ ਵੀ ਦੋ ਜਿਹੜੇ ਨੇ ਯੂ ਐਫ ਓਜ਼ ਆਪਸ ਦੇ ਵਿੱਚ ਟਕਰਾ ਕੇ ਕ੍ਰੈਸ਼ ਹੋਈ ਸੀ ਉਹ ਕਹਿੰਦੇ ਵੀ ਉੱਥੋਂ ਏਲੀਨ ਬਾਡੀਜ਼ ਵੀ ਮਿਲੀਆਂ ਸੀ ਪਿਛਲੀ ਵਾਰ ਤੁਸੀਂ ਗੱਲ ਕੀਤੀ ਸੀ ਨਾ ਪੰਜਾਬ ਦਾ ਮਾੜਾ ਕੌਣ ਚਾਹੁੰਦਾ ਇੱਕ ਤੇ ਇੱਕ ਦੇਸ਼ 'ਚ ਨਹੀਂ ਹੈਗੇ ਨਾ ਇੱਕ ਦੇਸ਼ ਤੱਕ ਸੀਮਿਤ ਨੇ ਇਹ ਜਮਾਤ ਹੈ ਇੱਕ ਸੋਚ ਵਾਲਿਆਂ ਦੀ ਇਸ ਮਾਮਲੇ ਦੇ ਵਿੱਚ ਕੌਣ ਨੇ ਇਨਵੋਲ ਇਲੂਮੀਨਾਟੀ ਇਹ ਬਾਤ ਕਲੀਅਰ ਕਰੂੰ ਇਲੂਮੀਨਾਟੀ ਕੌਣ ਨੇ ਦੁਨੀਆਵਰਦੀਆਂ ਗਵਰਨਮੈਂਟਸ ਇਸ ਸੀਜ਼ ਨੂੰ ਲੁਕਾਉਂਦੀਆਂ ਨੇ ਯੂ ਐਫ ਓਜ਼ ਹੁੰਦੇ ਨੇ ਐਡਵਰਸ ਸਨੋਡਨ ਜੋ ਕਹਿੰਦਾ ਸੀ ਸਹੀ ਕਹਿੰਦਾ ਸੀ ਜੋ ਗੈਰੀ ਮੈਕਨ ਕਹਿੰਦਾ ਸੀ ਸਹੀ ਕਹਿੰਦਾ ਸੀ ਜੋ ਵੀ ਜੂਲੀਅਨ ਅਸਾਂਜ ਕਹਿੰਦਾ ਸੀ ਇਸ ਬਾਰੇ ਦੇ ਵਿੱਚ ਉਹ ਸਹੀ ਕਹਿੰਦਾ ਸੀ ਵੀ ਉਹ ਜਦੋਂ ਵਾਪਸ ਆਇਆ ਉਹ ਹੈਰਾਨ ਉਹ ਕਹਿੰਦਾ ਯਾਰ ਤੇਰੀ ਤਾਂ ਦਾੜ੍ਹੀ ਆਈ ਪਈ ਹੈ ਜਿਵੇਂ 2 ਦਿਨ ਹੋਈ ਹੁੰਦੀ ਹੈ 2 ਦਿਨ ਵਰਗੀ ਕਹਿੰਦਾ ਜੀ ਬੰਦੇ ਦੇ ਦਾੜ੍ਹੀ ਆਈ ਮੇਰੇ ਬਰਾਬਰ ਬੈਠ ਕੇ ਸ਼ੇਵ ਕਰਾ ਕੇ ਕਿਵੇਂ ਪੋਸੀਬਲ ਹੈ ਤੇ ਵੀਡੀਓ ਦਾ ਸਾਫ ਪਤਾ ਲੱਗਦਾ ਹੋਵੇ ਵੀ ਇਹ 50 ਫੁੱਟ ਤੋਂ ਬਣੀ ਵੀ ਆ 45 ਤੋਂ ਬਣੀ ਵੀ ਆ 25 ਫੁੱਟ ਤੋਂ ਬਣੀ ਵੀ ਆ ਤਾਂ ਮਾਮਾ ਬਣਾ ਕੌਣ ਰਿਹਾ ਸੀ ਉੱਥੇ ਜੇ ਤੂੰ ਚੰਦ ਤੇ ਗਿਆ ਜੇ ਉੱਥੇ ਅੱਜ ਤੋਂ ਪਹਿਲਾਂ ਕੋਈ ਗਿਆ ਹੀ ਨਹੀਂ ਤਾਂ ਉਹ ਵੀਡੀਓ ਬਣਾ ਕੌਣ ਰਿਹਾ ਸੀ ਇਹ ਨਾ ਪੈਰਾਨਾਰਮਲ ਦੇ ਵਿੱਚ ਕੋਈ ਇੱਕ ਚੀਜ਼ ਨਹੀਂ ਆਉਂਦੀ ਯੂ ਐਫ ਓ ਤੋਂ ਲੈ ਕੇ ਭੂਤ ਪ੍ਰੇਤ ਪਰੀਆਂ ਐਂਜਲਸ ਉਪਰੀ ਹਵਾ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡੇ ਆਪਣੇ ਏਕੇ ਟਾਕ ਸ਼ੋਅ ਦੇ ਉੱਪਰ ਅੱਜ ਮੇਰੇ ਨਾਲ ਜਿਹੜੇ ਮਹਿਮਾਨ ਨੇ ਉਹ ਪਹਿਲਾਂ ਵੀ ਸਾਡੇ ਸ਼ੋਅ ਤੇ ਇੱਕ ਵਾਰੀ ਆ ਚੁੱਕੇ ਨੇ ਡਾਕਟਰ ਮਨਦੀਪ ਗੋੜ ਤੁਸੀਂ ਇਹਨਾਂ ਦਾ ਪਹਿਲਾ ਪੋਡਕਾਸਟ ਜਾ ਕੇ ਸਾਡੇ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਦੇਖ ਸਕਦੇ ਹੋ ਬਹੁਤ ਬਾਕ ਕਮਾਲ ਤੇ ਇਹਨਾਂ ਦੀ ਲਾਈਫ ਇਹਨਾਂ ਦਾ ਥੋੜਾ ਪਰਸਨਲ ਪੋਡਕਾਸਟ ਹੋਇਆ ਸੀਗਾ ਉਹ ਕਿ ਕਿਵੇਂ ਇਹਨਾਂ ਨੇ ਜੇਲ੍ਹ ਦੇ ਵਿੱਚ ਰਹਿ ਕੇ ਪੀ ਐਚ ਡੀ ਕੀਤੀ ਉਹ ਸਾਰਾ ਕੁਝ ਉਸ ਪੋਡਕਾਸਟ ਦੇ ਵਿੱਚ ਪਿਆ ਅੱਜ ਇਹ ਪੋਡਕਾਸਟ ਸਪੈਸ਼ਲੀ ਕਿਸੇ ਇੱਕ ਟੌਪਿਕ ਤੇ ਹੋਣ ਜਾ ਰਿਹਾ ਔਰ ਉਹ ਟੌਪਿਕ ਹੈ ਯੂ ਐਫ ਓਜ਼ ਐਂਡ ਐਲੀਅਨ ਔਰ ਮੈਂ ਸਵਾਗਤ ਕਰਦਾ ਹਾਂ ਸਰ ਤੁਹਾਡਾ ਏਕੀ ਟਾਕਸੋ ਦੇ ਉੱਪਰ ਸ਼ਿ ਸ਼ਿਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਨਮਸਤੇ ਧੂਆ ਸਲਾਮ ਕਿਵੇਂ ਹੋ ਸਰ ਬਹੁਤ ਅੱਛਾ ਪਹਿਲੇ ਪੋਡਕਾਸਟ ਦਾ ਕੀ ਰਿਸਪੌਂਸ ਆਇਆ ਸਰ ਹਾਂ ਬਹੁਤ ਅੱਛਾ ਮਤਲਬ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਇਹ ਆਪਾਂ ਨੂੰ ਕਈ ਵਾਰੀ ਖਾਂ ਕ੍ਰਿਟੀਸਾਈਜ਼ ਹਰ ਚੀਜ਼ ਹੁੰਦੀ ਹੈ ਹਰ ਚੀਜ਼ ਹੁੰਦੀ ਹੈ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਸ ਚੀਜ਼ ਬਾਰੇ ਉਹ ਕਰਦੇ ਨੇ ਮੈਨੂੰ ਇੱਕ ਵੀਰ ਦਾ ਫੋਨ ਆਇਆ ਲੰਡਨ ਤੋਂ ਤੇ ਉਸ ਵੀਰ ਨੇ ਮਤਲਬ ਕੀ ਹੋਇਆ ਕਿ ਉਹਨੇ ਬਚਪਨ ਦੇ ਵਿੱਚ ਕਿਸੇ ਜਗ੍ਹਾ ਆਪਣੇ ਇੰਡੀਆ ਦੇ ਵਿੱਚ ਉਹ ਹਲਵਾਰਾ 에어ਪੋਰਟ ਹੈਗਾ ਕੋਈ ਉਹਦੇ ਨੇੜੇ ਤੇੜੇ ਉਹ 에어ਫੋਰਸ ਦਾ ਕੋਈ ਸਟੇਸ਼ਨ ਹੈ ਉਹਨੇ ਦੱਸਿਆ ਕਿ ਜੀ ਮੈਨੂੰ ਬਚਪਨ ਦੇ ਵਿੱਚ ਮੈਨੇ ਉੱਥੇ ਯੂ ਐਫਓ ਦੇਖੇ ਬਹੁਤ ਮੈਂ ਛੋਟਾ ਹੁੰਦਾ ਸੀ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਮੇਰੇ ਨਾਲ ਕਹਿੰਦਾ ਵੀ ਮੈਂ ਅੱਜ ਤੱਕ ਆਪਣੇ ਦਿਲ 'ਚ ਗੱਲ ਦਬਾਈ ਹੋਈ ਸੀ ਮੈਨੂੰ ਬੜੀ ਘੁੱਟਨ ਮਹਿਸੂਸ ਹੁੰਦੀ ਸੀ ਵੀ ਮੈਂ ਕਿਸੇ ਨਾਲ ਸ਼ੇਅਰ ਹੀ ਨਹੀਂ ਕਰ ਪਾਇਆ ਕਦੇ ਇਹ ਸੋਚ ਕੇ ਵੀ ਲੋਕ ਰੀਡਿਕਿਊਲ ਕਰਨਗੇ ਮੇਰਾ ਮਜ਼ਾਕ ਉਡਾਉਣਗੇ ਤੇ ਤੁਸੀਂ ਮੈਨੂੰ ਪਹਿਲੇ ਬੰਦੇ ਮਿਲੇ ਹੋ ਮੇਰਾ ਮਨ ਕਰਿਆ ਵੀ ਮੈਂ ਇਹਨਾਂ ਨਾਲ ਗੱਲ ਕਰਾਂ ਤੇ ਮੇਰੇ ਲਈ ਮਤਲਬ ਉਹ ਕ੍ਰਿਟਿਸਿਜ਼ਮ ਨਾਲੋਂ ਜਿਹੜਾ ਸ਼ਾਇਦ ਹੋ ਸਕਦਾ ਸੈਂਕੜੇ ਬੰਦਿਆਂ ਨੇ ਕਰਿਆ ਹੋਵੇ ਉਸ ਇੱਕ ਬੰਦੇ ਦਾ ਕਾਲ ਕਰਨਾ ਮੈਨੂੰ ਜਿਹੜਾ ਹੈਗਾ ਉਹਦਾ ਕਾਲ ਕਰਨਾ ਮੇਨੂੰ ਤੇ ਮੇਰੇ ਲਈ ਬਹੁਤ ਵੈਲਿਊਏਬਲ ਸੀਗਾ ਮੇਰੇ ਲਈ ਜਿਆਦਾ ਇੰਪੋਰਟੈਂਟ ਸੀਗਾ ਤੁਹਾਨੂੰ ਮਿਲਣ ਤੋਂ ਪਹਿਲਾਂ ਤਾਂ ਸਰ ਮੇਰਾ ਵੀ ਵਿਸ਼ਵਾਸ ਨਹੀਂ ਸੀਗਾ ਯੂਐਫਓਜ਼ ਐਲੀయన్స్ ਦੇ ਵਿੱਚ ਪਰ ਤੁਹਾਨੂੰ ਮਿਲਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਖੁਦ ਸਟੱਡੀ ਕੀਤੀ ਦੋ ਦਿਨ ਤੋਂ ਮੈਂ ਇਸੇ ਟੌਪਿਕ ਦੇ ਉੱਪਰ ਸਟੱਡੀ ਕਰ ਰਿਹਾ ਤੇ ਹੁਣ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਕੁਝ ਚੀਜ਼ਾਂ ਤਾਂ ਹੈਗੀਆਂ ਨੇ ਤਾਂ ਅੱਜ ਅਸੀਂ ਸਟੱਡੀ ਤੁਹਾਡੀ ਜਿਹੜੀ ਸ਼ੁਰੂਆਤ ਹੀ ਇਸ ਚੀਜ਼ ਤੋਂ ਕਰਦੇ ਆਂ ਵੀ ਸਾਨੂੰ ਇਹ ਕਿਉਂ ਮੰਨਣਾ ਚਾਹੀਦਾ ਵੀ ਸਾਨੂੰ ਇਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਕਿਉਂ ਗੱਲ ਕਰਨੀ ਚਾਹੀਦੀ ਹੈ ਤੇ ਸਰ ਤੁਸੀਂ ਪੈਰਾਨਾਰਮਲ ਸਟੱਡੀ ਚ ਵੀ ਤੁਸੀਂ ਮਾਹਰ ਹੋ ਤੁਸੀਂ ਕਿੰਨੇ ਸਾਲਾਂ ਤੋਂ ਪੜ੍ਹ ਰਹੇ ਹੋ ਗੱਲ ਇਹ ਹੈ ਸਰ ਵੀ ਆਪਾਂ ਨੂੰ ਇੱਕ ਬੜੀ ਬੁਰੀ ਆਦਤ ਪੈ ਚੁੱਕੀ ਜਿਹੜੀ ਚੀਜ਼ ਸਾਡੇ ਲਈ ਇਨਕੰਪਰੀਹੈਂਸੀਬਲ ਹੁੰਦੀ ਹੈ ਸਾਡੀ ਸਮਝ ਤੋਂ ਪਰੇ ਹੁੰਦੀ ਹੈ ਅਸੀਂ ਉਹਨੂੰ ਰਿਜੈਕਟ ਕਰਦੇ ਹਾਂ ਜਾਣ ਬੁੱਝ ਕੇ ਵੀ ਮੇਰੀ ਬੇਇੱਜ਼ਤੀ ਨਾ ਖਰਾਬ ਹੋ ਜੇ ਸੌਰੀ ਮੇਰੀ ਮੇਰੀ ਇੱਤਿਨਾ ਹੈਨਾ ਉਹ ਤਾਂ ਕਰਕੇ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੁੰਦਾ ਕਿ ਹੈ ਕਿ ਲਾਈਫ ਇਵਾਲ ਈਵੋਲੂਸ਼ਨ ਦਾ ਪ੍ਰੋਸੈਸ ਹੈ ਲਾਈਫ ਇਵੋਲਵ ਕਰਦੇ ਆ ਪਰ ਸਾਰੇ ਵੀ ਇਵੋਲਵ ਟੁਗੇਦਰ ਇਕੱਠੇ ਕਰਦੇ ਆ ਹੈਨਾ ਇੱਕ ਜਣਾ ਨਹੀਂ ਇਕੱਲਾ ਕਰਦਾ ਉਹਦੇ ਚ ਇਹ ਹੈ ਵੀ ਜੇ ਕੋਈ ਚੀਜ਼ ਸਾਡੇ ਲਈ ਇਨਕੰਪਰੀਹੈਂਸੀਬਲ ਹੈ ਨਾ ਮਤਲਬ ਸਮਝ ਚ ਨਾ ਆਣ ਦੇ ਲਾਇਕ ਹੈ ਤਾਂ ਇਹ ਤਾਂ ਮੰਨ ਸਕਦੇ ਆ ਵੀ ਇਹ ਮੇਰੇ ਸਮਝ ਚ ਨਹੀਂ ਆਈ ਸਮਝ ਚ ਆਣ ਦੇ ਲਾਇਕ ਨਹੀਂ ਉਹਦੇ ਬਾਰੇ ਸਿੱਖੋ ਜਾਣਨ ਦੀ ਕੋਸ਼ਿਸ਼ ਕਰੋ ਰਿਸਰਚ ਕਰੋ ਤੁਸੀਂ ਜਾਣ ਜੋਗੇ ਉਹਦੇ ਬਾਰੇ ਜੇ ਨਹੀਂ ਜਾਣਦੇ ਪਰ ਤੁਨੂੰ ਐਵੇਂ ਰਿਜੈਕਟ ਨਾ ਕਰੋ ਇਸ ਕਰਕੇ ਜਿਹੜਾ ਹੈ ਇਹ ਇਹ ਸਾਡਾ ਮਾਈਂਡਸੈਟ ਜਿਹੜਾ ਇਸ ਤਰ੍ਹਾਂ ਦਾ ਬਣ ਚੁੱਕਾ ਸੀਗਾ ਬਟ ਹੁਣ ਕੁਛ ਅਸੀਂਆਂ ਚੀਜ਼ਾਂ ਨੇ ਜਿਨ੍ਹਾਂ ਨੇ ਸਾਨੂੰ ਮਤਲਬ ਫੋਰਸ ਕੀਤਾ ਕੰਪੈਲ ਕੀਤਾ ਵੀ ਅਸੀਂ ਇਸ ਚੀਜ਼ ਨੂੰ ਤੇ ਗੱਲ ਕਰੀਏ ਉਹ ਕਿਉਂ ਇੰਡੀਅਨਸ ਨੂੰ ਕਿਉਂ ਗੱਲ ਕਰਨੀ ਚਾਹੀਦੀ ਆ ਜਸਟ ਸਾਢੇ 1 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਬਹੁਤ ਜ਼ਿਆਦਾ ਟਵਿੱਟਰ ਵਗੈਰਾ ਤੇ ਇੰਸਟਾਗ੍ਰam ਤੇ ਮੀਮਸ ਸ਼ੇਅਰ ਹੋਏ ਵੈਦਰ ਬਲੂਨ ਬਾਰੇ ਉਹ ਸੀਗੇ ਕਿ ਚਾਈਨਾ ਦਾ ਜਿਹੜਾ ਵੈਦਰ ਬਲੂਨ ਹੈ ਯੂਐਸ ਚਲਾ ਗਿਆ ਸੀ ਉੜ ਕੇ ਹੈਨਾ ਉਹਦੇ ਤੇ ਮੀਮਸ ਯੂਰੋਪੀਅਨ ਲੋਕ ਅਮਰੀਕਨ ਲੋਕ ਮੈਕਸੀਕਨ ਲੋਕ ਸਾਰੇ ਸ਼ੇਅਰ ਕਰ ਰਹੇ ਸੀ ਤੇ ਸਾਡੇ ਇੰਡੀਆ ਵਾਲੇ ਬੁੱਤਾ ਸਾਰਨ ਦੇ ਲਈ ਪਲੀਜ਼ ਮਾਈਂਡ ਨਾ ਕਰਿਓ ਪਰ ਇਹ ਵੱਡਾ ਸੱਚ ਹੈ ਵੀ ਇਹ ਕੀ ਕਰ ਰਹੇ ਸੀ ਵੀ ਮੂੰਹ ਜਾ ਛਾਪ ਕੇ ਮੈਂ ਵੀ ਹੱਸ ਰਿਹਾ ਹਾਂ ਹਾਂ ਵੀ ਮੈਨੂੰ ਤੇਰੀ ਗੱਲ ਸਮਝ ਆ ਗਈ ਹੈ ਨਾ ਇਹਨੂੰ ਪੁੱਛੇ ਕੋਈ ਵੀ ਕੀ ਐ ਇਸ ਮੀਮ ਦਾ ਮਤਲਬ ਕੀ ਚੀਜ਼ ਆ ਇਹ ਜਿਹਦੇ ਬਾਰੇ ਤੁਸੀਂ ਰਿਸਪੌਂਸ ਸ਼ੋਅ ਕਰ ਰਹੇ ਹੋ ਨਾ ਤੁਸੀਂ ਇਸ ਚੀਜ਼ ਬਾਰੇ ਕਦੇ ਗੱਲ ਤਾਂ ਕੀਤੀ ਨਹੀਂ ਤੇ ਤੁਸੀਂ ਉਹਦੇ ਤੇ ਮੂੰਹ ਸਿਰ 'ਤੇ ਛਾਪ ਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਤਾਂ ਉਥੋਂ ਹੋਇਆ ਕਿ ਉਹਦੀ ਬੈਕਗ੍ਰਾਉਂਡ ਸੀ ਜਿਹੜੇ ਲੋਕ ਉਹਦੇ ਬਾਰੇ ਮੀਮ ਸ਼ੇਅਰ ਕਰ ਰਹੇ ਸੀ ਉਹਨਾਂ ਨੂੰ ਪਤਾ ਸੀ ਵੀ ਉਹ ਕਿਉਂ ਕਿਉਂ ਦੇ ਲਈ ਮੀਮ ਬਣਾ ਰਹੇ ਨੇ ਉਹਦੇ ਤੇ ਉਹ ਗੱਲ ਇਦਾਂ ਸੀਗੀ ਕਿ ਉਹ ਹਰ ਬਾਰ ਜਦੋਂ ਯੂਫੀ ਯੂਐਫਓਜ਼ ਜਿੱਥੇ ਵੀ ਕਿਤੇ ਮਿਲਦੇ ਹੁੰਦੇ ਸੀਗੇ ਅਮਰੀਕਨ ਗਵਰਨਮੈਂਟ ਜਿਹੜੀ ਆ ਉਸ ਗੱਲ ਨੂੰ ਲੁਕਾਉਣ ਦੇ ਲਈ ਇੱਕੋ ਹੀ ਸਟੇਟਮੈਂਟ ਦਿੰਦੀ ਹੁੰਦੀ ਸੀ ਜੀ ਕਿ ਇਹ ਤਾਂ ਵੈਦਰ ਬਲੂਨ ਹੈ ਸਾਡਾ ਛੱਡਿਆ ਹੋਇਆ ਸੌਰੀ ਇੰਟਰਰਪਟ ਕਰ ਰਿਹਾ ਪਹਿਲਾਂ ਦੱਸ ਦੋ ਸਾਡੀ ਆਡੀਅנס ਨੂੰ ਯੂਐਫਓਜ਼ ਕੀ ਹੁੰਦਾ ਜਿਹੜੇ ਪਹਿਲੀ ਵਾਰੀ ਪੋਡਕਾਸਟ ਦੇਖ ਰਹੇ ਨੇ ਯੂਐਫਓਜ਼ ਕੀ ਹੁੰਦਾ ਹਾਂ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਵੀ ਸਾਨੂੰ ਇਹਦੇ ਤੇ ਕਿਉਂ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲੇਟੈਸਟ ਕੀ ਹੋਇਆ ਕਿ ਪਿੱਛੇ ਜੇ ਇਜ਼ਰਾਈਲ ਦੀ ਜਿਹੜੀ ਮਤਲਬ ਏਜੰਸੀ ਆ ਸਪੇਸ ਏਜੰਸੀ ਉਹਨਾਂ ਉਹਦੇ ਵਿੱਚ ਜਿਹੜੇ ਚੀਫ ਸੀਗੇ ਅ ਅਸੀਦ ਪਤਾ ਨਹੀਂ ਹਮੀਸ ਅਸੀਦ ਐਦਾਂ ਕੁਝ ਉਹਨਾਂ ਦਾ ਨਾਮ ਹੈ ਤੇ ਉਹ ਰਿਟਾਇਰ ਹੋਏ ਉਹ ਜਨਰਲ ਰਿਟਾਇਰ ਹੋਏ ਨੇ ਤੇ ਨਾਲੋਂ ਨਾਲ ਉਹ ਫਿਜ਼ਿਕਸ ਦੇ ਪ੍ਰੋਫੈਸਰ ਨੇ ਪ੍ਰੈਜ਼ੈਂਟਲੀ ਰਿਟਾਇਰਡ ਜਨਰਲ ਤੇ ਫਿਜ਼ਿਕਸ ਦੇ ਪ੍ਰੋਫੈਸਰ ਤੇ ਉਹਨਾਂ ਨੇ ਆਪਣੇ ਰਿਟਾਇਰਮੈਂਟ ਦੇ ਵੇਲੇ ਇਹ ਡਿਕਲੇਅਰ ਕੀਤਾ ਵੀ ਦੁਨੀਆ ਵਰਦੀਆਂ ਗਵਰਨਮੈਂਟਸ ਇਸ ਸੀਜ਼ ਨੂੰ ਲੁਕਾਉਂਦੀਆਂ ਨੇ ਯੂ ਐਫ ਓਜ਼ ਹੁੰਦੇ ਨੇ ਐਡਵਰਸ ਸਨੋਡਨ ਜੋ ਕਹਿੰਦਾ ਸੀ ਸਹੀ ਕਹਿੰਦਾ ਸੀ ਜੋ ਗੈਰੀ ਮੈਕਨ ਕਹਿੰਦਾ ਸੀ ਸਹੀ ਕਹਿੰਦਾ ਸੀ ਜੋ ਵੀ ਜੂਲੀਅਨ ਅਸਾਂਜ ਕਹਿੰਦਾ ਸੀ ਇਸ ਬਾਰੇ ਦੇ ਵਿੱਚ ਉਹ ਸਹੀ ਕਹਿੰਦਾ ਸੀ ਤੇ ਇਹ ਤਿੰਨੇ ਬੰਦੇ ਜਿਹੜੇ ਨੇ ਆਪਣਾ ਮੁਲਕ ਛੱਡ ਕੇ ਮਾਰੇ ਮਾਰੇ ਤੁਰੇ ਫਿਰਦੇ ਨੇ ਸਾਰੀ ਦੁਨੀਆ ਦੀਆਂ ਸਰਕਾਰਾਂ ਉਹਨਾਂ ਦੇ ਪੇਸ਼ ਪਈਆਂ ਹੋਈਆਂ ਨੇ ਜੇ ਉਹਨਾਂ ਦੀ ਗੱਲ 'ਚ ਕੋਈ ਰਿਐਲਿਟੀ ਹੈ ਤਾਂ ਹੀ ਪੇਸ਼ ਪਈਆਂ ਹੋਈਆਂ ਨੇ ਜੂਲੀਅਨ ਅਸਾਂਜ ਦਾ ਕੇਸ ਤਾਂ ਆਪਣੇ ਬਿਲਕੁਲ ਸਾਹਮਣੇ ਆ ਸਾਰਿਆਂ ਦੇ ਉਹਦੀ ਪਿਸਾਈ ਕੱਲੀ ਕੋਈ ਇਨਫੋਰਮੇਸ਼ਨ ਦੇਣ ਕਰਕੇ ਨਹੀਂ ਹੋਈ ਉਹਦੀ ਪਿਸਾਈ ਇਸ ਕਰਕੇ ਹੋਈ ਆ ਵਿਚਾਰੇ ਦੀ ਵੀ ਉਹਨੇ ਉਹਨਾਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੂੰ ਗਵਰਨਮੈਂਟ ਸਭ ਤੋਂ ਵੱਧ ਲੁਕਾਉਣਾ ਚਾਹੁੰਦੀ ਹੈ ਕਿਉਂ ਸਰਕਾਰ ਉਹਦੇ ਬਾਰੇ ਇਹ ਆ ਯੂ ਐਫ ਓਜ਼ ਕੀ ਹੁੰਦੇ ਨੇ ਪਹਿਲਾਂ ਆਪਾਂ ਗੱਲ ਇਹ ਕਰੀਏ ਯੂ ਐਫ ਓਜ਼ ਜਿਹੜੇ ਨੇ ਐਂਟੀ ਗ੍ਰੈਵਿਟੀ ਵੀਕਲਸ ਹੁੰਦੇ ਨੇ ਜਿਹੜੇ ਐਂਟੀ ਗ੍ਰੈਵਿਟੀ ਮਤਲਬ ਧਰਤੀ ਦੀ ਖਿੱਚ ਸ਼ਕਤੀ ਹਰ ਚੀਜ਼ ਧਰਤੀ ਦੀ ਖਿੱਚ ਦੇ ਨਾਲ ਬੱਜੀ ਹੋਈ ਆ ਆਪਾਂ ਵੀ ਬੱਜੇ ਹੋਏ ਆ ਇੱਥੇ ਧਰਤੀ ਤੇ ਜਿੰਨਾ ਪਿਆ ਸਮਾਨ ਪੇੜ ਪੌਦੇ ਪਹਾੜ ਦਰਿਆ ਸਭ ਕੁਝ ਧਰਤੀ ਦੀ ਖਿੱਚ ਸ਼ਕਤੀ ਗੱਨੀ ਨੂੰ ਜਾਂਦਾ ਪਰ ਜਿਹੜੇ ਇਹੇ ਨੇ ਵੀ ਕੋਈ ਕੋਈ ਚੀਜ਼ ਇਸ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਆ ਬਣਾਈ ਗਈ ਜਿਹੜੀ ਕੀ ਧਰਤੀ ਦੀ ਖਿੱਚ ਸ਼ਕਤੀ ਤੋਂ ਉਲਟ ਕੰਮ ਕਰਦੀ ਆ ਜਿਹੜੀ ਕੀ ਮਤਲਬ ਗ੍ਰੈਵਿਟੀ ਨੂੰ ਘਟ ਦਿੰਦੀ ਆ ਮਤਲਬ ਗ੍ਰੈਵਿਟੀ ਨੂੰ ਉਹ ਕੀ ਹੈ ਕਿ ਉਹ ਕੋਈ ਜਿਆਦਾ ਵੱਡੀ ਚੀਜ਼ ਨਹੀਂ ਹੈ ਉਹਦੇ ਲਈ ਮੈਂ ਪਿਛਲੀ ਵਾਰ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਮੈਂ ਇੱਕ ਜਿਹੜਾ ਯੰਤਰ ਲੈ ਕੇ ਆਉਂਗਾ ਉਹ ਯੰਤਰ ਮਤਲਬ ਹੁਣ ਯੂ ਐਫ ਓ ਬੜਾ ਮਤਲਬ ਉਲਝਮਾ ਜਾਂ ਵਿਸ਼ਾ ਹੈ ਤਾਂ ਜੇ ਉਹਦੇ ਲਈ ਮੈਂ ਹੁਣ ਤੁਸੀਂ ਐਕਸਪੈਕਟ ਕਰੋ ਕੋਈ ਯੰਤਰ ਵੀ ਉਹਦੇ ਵਰਗਾ ਉਲਝਮਾ ਜਾਂ ਬਣਾ ਲਿਆ ਵਾ ਫਿਰ ਮੈਂ ਸਮਝਾ ਨਹੀਂ ਪਾਉਂਗਾ ਸਿੰਪਲੀ ਮੈਂ ਮਤਲਬ ਸਮਝਾਣਾ ਚਾਹਨਾ ਅੱਜ ਸਰ ਯੂ ਐਫ ਓ ਲੈ ਕੇ ਆਏ ਨੇ ਸਾਡੇ ਨਾਲ ਇਹ ਮੈਂ ਮਤਲਬ ਇਹ ਨੂੰ ਸਿੰਪਲਿਫਾਈ ਕਰਕੇ ਸਮਝਾਉਣ ਦੇ ਲਈ ਤੁਹਾਨੂੰ ਕਿ ਵੀ ਇਸ ਤਰ੍ਹਾਂ ਆਪਣੇ ਜਿਹੜਾ ਧਰਤੀ ਦੇ ਉੱਪਰ ਜਿੰਨੀਆਂ ਚੀਜ਼ਾਂ ਨੇ ਉਹ ਧਰਤੀ ਦੇ ਗੁਰਤਵਾ ਬਲ ਦੇ ਵਿੱਚ ਉਹਦੀ ਫੋਰਸ ਆਫ ਗ੍ਰੈਵਿਟੇਸ਼ਨ ਦੇ ਵਿੱਚ ਵੱਜੇ ਹੋਏ ਨੇ ਉਹ ਥੱਲੇ ਨੂੰ ਏਦਾਂ ਖਿੱਚ ਮਾਰਦੇ ਨੇ ਨਾ ਕਿਉਂਕਿ ਆਪਸ ਵਿੱਚ ਖਿੱਚਦੀਆਂ ਨੇ ਅਟਰੈਕਟ ਹੁੰਦੇ ਨੇ ਹਾਂ ਇਹ ਕੀ ਹੈ ਕਿ ਯੂ ਐਫ ਓ ਇੱਕ ਐਸੀਆਂ ਉੱਡਣ ਵਾਲੀਆਂ ਮਤਲਬ ਗੋਲ ਤਰ੍ਹਾਂ ਦੇ ਗੋਲ ਤਸ਼ਤਰੀ ਵਰਗੇ ਇੱਕ ਤਰ੍ਹਾਂ ਵਹੀਕਲਸ ਨੇ ਅਪਗ੍ਰੇਡਡ ਵਰਜਨ ਆਫ 에ਰੋਪਲੇਨਸ ਹਾਂ ਹਾਂ 에어로플레인ਸ ਕਹਿ ਲਓ ਤਾਂ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਇੱਕ ਪਰਪਲਸ਼ਨ ਇੰਜਨ ਲਾਇਆ ਜਾਂਦਾ ਪਰਪਲਸ਼ਨ ਕਹਿੰਦੇ ਧਕੇਲ ਬਲ ਨੂੰ ਜਿਹੜਾ ਕਿ ਏਸੇ ਗੁਰਤਵਾਕਰਸ਼ਨ ਖਿੱਚ ਬਲ ਨੂੰ ਏਸ ਖਿੱਚ ਬਲ ਨੂੰ ਕੀ ਕਰਦਾ ਪਲਟਾ ਕੇ ਧਕੇਲ ਬਲ 'ਚ ਬਦਲ ਦਿੰਦਾ ਆ ਲੋ ਐਵੇਂ ਚਲਦੀ ਹੈ ਯੂਫੋਰਸ ਧਰਤੀ ਦਾ ਹੀ ਗੁਰਤਵਾਵਲ ਉਹਦੀ ਪੋਲੈਰਿਟੀ ਚੇਂਜ ਕਰ ਦਿੰਦੇ ਨੇ ਜਿਹੜੇ ਲੋਕ ਸਾਇੰਸ ਜਾਣਦੇ ਨੇ ਉਹ ਸਮਝ ਸਕਦੇ ਨੇ ਵੀ ਉਹਦੇ ਪੋਲਸ ਚੇਂਜ ਕਰ ਦਿੰਦੇ ਨੇ ਉਹਦੀ ਪੋਲੈਰਿਟੀ ਚੇਂਜ ਕਰ ਦਿੰਦੇ ਨੇ ਜੇ ਤੁਸੀਂ ਕਿਸੇ ਵੀ ਚੀਜ਼ ਦੀ ਜਿਹਦੇ ਅੰਦਰ ਖਿੱਚ ਆ ਉਹਦੀ ਪੋਲੈਰਿਟੀ ਚੇਂਜ ਕਰ ਦੋ ਉਹਦਾ ਧੁਰਾ ਬਦਲ ਤੋ ਤਾਂ ਉਹੀ ਧੱਕ ਮਾਰਨ ਲੱਗ ਜਾਂਦੀ ਹੈ ਹੁਣੇ ਦੇਖੋ ਮਾਰਦੀਆਂ ਨੇ ਧੱਕ ਐਦਾਂ ਹੀ ਚੱਲਦੀਆਂ ਨੇ ਜੀ ਯੂ ਐਫਓ ਉਹਦੇ ਅੰਦਰ ਆਹ ਵਾਲੀ ਕੁਆਲਿਟੀ ਤੋਂ ਹੈਨਾ ਪ੍ਰਪਲਸ਼ਨ ਜਿਹਨੂੰ ਸੈਂਟਰ 'ਚ ਹੀ ਲਾਇਆ ਹੁੰਦਾ ਤਕਰੀਬਨ ਇਹਦੇ ਵਾਂਗੂ ਹੀ ਜਿਆਦਾ ਉੱਪਰੋਂ ਤਸਲੇ ਵਾਂਗੂ ਹੁੰਦੀ ਆ ਤਾਂ ਥੱਲੇ ਐਦਾਂ ਹੁੰਦਾ ਇਹ ਟੋਟਲੀ ਉਹੀ ਅੱਧਾ ਮਿਲੀਆਂ ਨੇ ਤਕਰੀਬਨ ਯਾ ਟ੍ਰੈਂਗੂਲਰ ਸ਼ੇਪ ਦੀਆਂ। ਜ਼ਿਆਦਾ ਵੀਡੀਓਜ਼ ਫੋਟੋਜ਼ ਵੀ ਇੱਧਾ ਦੀ ਹੀ ਬਾਤ ਹੈ। ਹਾਂ ਜੀ ਹਾਂ ਜੀ। ਉਹ ਇਸ ਤਰ੍ਹਾਂ ਵੀ ਆਤਕੇਲ ਸ਼ਕਤੀ ਨੂੰ ਆਪਾਂ ਪ੍ਰਪਲਸ਼ਨ ਇੰਜਨ ਦੇ ਨਾਲ ਇਹ ਅਸਲ 'ਚ ਫ੍ਰੀ ਐਨਰਜੀ ਦੇ ਨਾਲ ਦਾ ਕਨਸੈਪਟ ਹੈ। ਇਹਨੂੰ ਲੁਕੋਇਆ ਕਿਉਂ ਜਾਂਦਾ? ਉਹਦਾ ਕਾਰਨ ਦੱਸਦਾ ਜੀ। ਆ ਜਿਹੜਾ ਪੈਟਰੋਲ 100 ਰੁਪਏ ਲੀਟਰ ਮਿਲ ਰਿਹਾ ਆਪਾਂ ਨੂੰ ਜੇ ਸਾਨੂੰ ਪਤਾ ਲੱਗੇ ਵੀ ਵਾਤਾਵਰਣ ਦੇ ਵਿੱਚ ਹੀ ਇੰਨੀ ਪਾਵਰ ਹੈ, ਫ੍ਰੀ ਐਨਰਜੀ ਤੁਰ ਹੀ ਫਰਦੀ ਆ। ਹੁਣ ਸੋਲਰ ਦੀ ਐਗਜ਼ਾਮਪਲ ਹੀ ਦੇ ਦਿੰਨਾ ਚਲੋ। ਸੋਲਰ ਐਨਰਜੀ ਹੈ। ਸੋਲਰ એનર્ਜੀ ਵੀ ਬਾਅਦ ਚੋਂ ਲੱਭੀ ਗਈ ਆ ਉਤਾ ਚੱਲ ਇਹਨਾਂ ਨੇ ਜਾਣ ਕੇ ਪੈਨਲ ਪੁੰਨਲ ਮਹਿੰਗੇ ਕਰਕੇ ਇਦਾਂ ਜਿਤਾਤਾ ਵੀ ਅਸੀਂ ਨੇਚਰ ਦੀ ਕੋਈ ਵੀ ਜਿੰਨੀ એનર્ਜੀ ਨੇਚਰ ਦੀ ਹੈ ਜਿਹੜਾ ਕਾਰਡੀਸ਼ ਹੈ ਸਕੇਲ ਹੈ ਇੱਕ ਉਹ ਕਹਿੰਦਾ ਵੀ ਕੋਈ ਸਭਤਾ ਸਭ ਤੋਂ ਉੱਚੀ ਸਭਤਾ ਕਿਹਨੂੰ ਮੰਨਿਆ ਜਾਵੇ ਉਹ ਕਹਿੰਦਾ ਉਹਨੂੰ ਜਿਹੜੀ ਇਸ ਬ੍ਰਹਮੰਡ ਦੇ ਵਿੱਚ ਹਰ એનર્ਜੀ ਨੂੰ ਯੂਜ਼ ਕਰਨ ਦਾ ਤਰੀਕਾ ਜਾਣਦੀ ਅਸੀਂ ਤਾਂ ਆਪਣੀ ਧਰਤੀ ਦੇ ਪੂਰੇ ਮਤਲਬ ਸਰੋਤਾਂ ਨੂੰ ਨਹੀਂ ਇਸਤੇਮਾਲ ਕਰ ਰਹੇ ਰਿਸੋਰਸਸ ਨਹੀਂ ਇਸਤੇਮਾਲ ਕਰ ਰਹੇ ਕੋਲਾ ਨਹੀਂ ਇਸਤੇਮਾਲ ਕਰ ਰਹੇ ਪ੍ਰੋਪਰਲੀ ਪਾਣੀ ਨਹੀਂ ਇਸਤੇਮਾਲ ਕਰ ਰਹੇ ਬਿਜਲੀ ਬਣਾਉਣ ਦੇ ਲਈ ਅਸੀਂ ਨਿਊਕਲੀਅਰ ਜਿੰਨੇ ਮਟੀਰੀਅਲ ਮਿਲਦੇ ਨੇ ਉਹਨੂੰ ਨਹੀਂ ਯੂਜ਼ ਕਰ 파 ਰਹੇ ਯੂਰੇਨੀਅਮ ਨੂੰ ਨਹੀਂ ਪ੍ਰੋਪਰਲੀ ਯੂਜ਼ ਕਰ ਰਹੇ ਰੇਅਰ ਅਰਥ ਮੈਟਲਸ ਨੂੰ ਨਹੀਂ ਯੂਜ਼ ਕਰ ਰਹੇ ਤੇ ਇਹਦੇ ਵਿੱਚ ਜਿਹੜੀ ਮਤਲਬ ਸੂਰਜ ਤੋਂ ਆਉਣ ਵਾਲੀ એનર્ਜੀ ਹੈ ਦੂਸਰੀਆਂ ਜਿਹੜੀਆਂ ਫਲੇਅਰਸ ਕਹਿੰਦੇ ਆ ਫਲੇਅਰਸ ਵਾਲੀ એનર્ਜੀ ਰੇਡੀਏਸ਼ਨਸ ਉਹ ਜੇ ਕਿਸੇ ਦੇ ਦਿਮਾਗ ਚ ਆंदा ਹੈ ਵੀ ਇਹ ਚੀਜ਼ ਮੈਂ ਕਿਉਂ ਮੰਨਾ ਤਾਂ ਮੈਂ ਉਹਨੂੰ ਸਿੰਪਲ ਇੱਕ ਗੱਲ ਕਹੂੰਗਾ ਵੀ ਜੇ ਤੁਹਾਨੂੰ ਲੱਗਦਾ ਹੋਵੇ ਵੀ ਤੁਹਾਡੇ ਘਰਾਂ ਚ ਮਾਈਕ੍ਰੋਵੇਵ ਹੁਣ ਆਏ ਨੇ ਤੁਹਾਡੇ ਘਰ ਚ ਲੇਜ਼ਰ ਵਾਲੇ ਰਿਮੋਟ ਹੁਣ ਆਏ ਨੇ ਤੇ ਲੇਜ਼ਰ ਬੀਮਸ ਵੀ ਸੰਸਾਰ ਚ ਹੁਣ ਆਈਆਂ ਨੇ ਤਾਂ ਇਹ ਮੰਨਣ ਦੀ ਗੱਲ ਨਹੀਂ ਲੇਜ਼ਰ ਬੀਮ ਤਾਂ ਸਦਾ ਤੋਂ ਹੀ ਸੀਗੀਆਂ ਔਰੇ ਐਕਸ-ਰੇ ਸਦਾ ਤੋਂ ਹੀ ਸੀਗੀਆਂ ਸੰਸਾਰ ਚ ਲੇਜ਼ਰ ਬੀਮ ਸਦਾ ਤੋਂ ਹੀ ਸੀਗੀਆਂ ਵੀ ਅਫਵਾਹਾਂ alpha waves beta waves gamma waves sigma waves ਸਾਰੀਆਂ ਊਰੀ ਲੱਭੀਆਂ ਨੇ ਨਾ ਹੁਣ ਤਾਂ ਬਹੁਤ ਕੁਛ ਐਸਾ ਜਿਹੜਾ ਅਸੀਂ ਅਜੇ ਤਾਂ ਲੱਭ ਨਹੀਂ ਸਕੇ ਪਰ ਸਰਕਾਰ ਨੇ ਲੱਭਿਆ ਹੋਇਆ ਉਹਨਾਂ ਨੂੰ ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਪਰ ਉਹ ਨਹੀਂ ਚਾਹੁੰਦੀ ਵੀ ਅਸੀਂ ਇਹ ਜਾਣ ਲਈਏ ਕਿਉਂ ਜਾਣ ਲਈਏ ਕਿਉਂਕਿ ਉਹਨਾਂ ਨੇ ਵੇਚਣਾ ਉਹਨਾਂ ਤੇ ਸਰਕਾਰਾਂ ਤੇ ਕਬਜ਼ਾ ਕੀਦਾ ਹੈ ਸਰਕਾਰਾਂ ਦੇ ਫਾਈਨੈਂਸਰ ਕੌਣ ਨੇ ਕੋਈ ਪਾਰਟੀ ਚੁਣੀ ਜਾਂਦੀ ਹੈ ਉਹਨੂੰ ਸਪான்ਸਰ ਕੌਣ ਕਰਦਾ ਹੈ ਵੱਡੇ ਵੱਡੇ ਇੰਡਸਟਰੀਅਲਿਸਟ ਇਸ ਮਾਮਲੇ ਦੇ ਵਿੱਚ ਕੌਣ ਨੇ ਇਨਵੋਲਵ ਇਲੂਮੀਨਾਟੀ ਇਹ ਬਾਤ ਤੇ ਕਲੀਅਰ ਕਰੂੰ ਇਲੂਮੀਨਾਟੀ ਕੌਣ ਨੇ ਇਲੂਮੀਨਾਟੀ ਮੈਨਲੀ ਜਿਹੜੇ ਨੇ ਇਲੂਮੀਨਾਟੀ ਦਾ ਪਾਰਟ ਮਤਲਬ ਕੌਣ ਨੇ ਉਹ ਬੰਦੇ ਨੇ ਜਿਹੜੇ ਮਿਲਟਰੀ ਇੰਡਸਟਰੀਅਲਿਸਟ ਜਿਹੜੇ ਆਲ ਓਵਰ ਦੁਨੀਆ ਦੇ ਵਿੱਚ ਮਿਲਟਰੀ ਨੂੰ ਵੈਪਨਸ ਸਪਲਾਈ ਕਰਦੇ ਨੇ ਉਹਦੇ ਲਈ ਬਣਾਉਂਦੇ ਨੇ ਲੌਕ ਹੀਡ ਦੇ ਮਾਲਕ ਉਸ ਲੈਵਲ ਦੇ ਬੰਦੇ ਦੁਨੀਆ ਦੀ ਇਲੂਮੀਨਾਟੀ ਬੜਾ ਕੰਟਰੋਵਰਸ਼ੀਅਲ ਜਿਹਾ ਟੌਪਿਕ ਹੈ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਦਲਿਤ ਦੋਸਾਂ ਨੂੰ ਵੀ ਜੋੜਿਆ ਗਿਆ ਪਰ ਕਈ ਬੰਦਿਆਂ ਦਾ ਮੰਨਣਾ ਹੀ ਨਹੀਂ ਕਿ ਇਲੂਮੀਨਟੀ ਹੋਣ ਦਾ ਸਬੂਤ ਕੀ ਹੈ। ਇਹੀ ਸਬੂਤ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਤੁਸੀਂ ਹਰ ਚੀਜ਼ ਨੂੰ ਮਤਲਬ ਫੋਟੋ ਕਰ ਸਕਦੇ ਹੋ ਉਹਦੀ ਵੀਡੀਓ ਕਰ ਸਕਦੇ ਹੋ। ਕਿਸੇ ਚੀਜ਼ ਦਾ ਸਾਰਿਆਂ ਦੇ ਨਾਮ ਸੁਣਨ ਦੇ ਬਾਵਜੂਦ ਨਾਮ ਮਿਲ ਨਹੀਂ ਇਸ ਚੀਜ਼ ਦਾ ਪ੍ਰੂਫ ਹੈ ਵੀ ਉਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਲੁਕਾਉਣ ਦੇ ਲਈ ਪ੍ਰੋਪਰ ਡਿਪਾਰਟਮੈਂਟ ਬਣਾਏ ਹੋਏ ਨੇ। ਵੀ ਇਹ ਚੀਜ਼ਾਂ ਲੁਕੀਆਂ ਰਹਿਣ ਪਰ ਕੀ ਪਤਾ ਇਹ ਚੀਜ਼ ਐਗਜ਼ਿਸਟ ਹੀ ਨਾ ਕਰਦੀ ਹੋਵੇ ਲੋਕਾਂ ਨੇ ਇੱਕ ਵਹਿਮ ਪਰ ਬਣਾਇਆ ਹੋਵੇ ਬਹੁਤ ਕੁਝ ਅਦਾਂ ਦਾ ਮੈਂ ਤੁਹਾਨੂੰ ਐਗਜ਼ਾਮਪਲ ਲੇਜ਼ਰ ਦੀ ਵੀ ਦੇ ਚੁੱਕਾ ਮਾਈਕ੍ਰੋਵੇਵ ਦੀ ਵੀ ਦੇ ਚੁੱਕਾ ਹੁਣ ਜਦੋਂ ਅੱਜ ਤੋਂ ਜੇ 20 ਸਾਲ ਪਹਿਲਾਂ ਦੀ ਗੱਲ ਕਰੀਏ 25 ਸਾਲ ਪਹਿਲਾਂ ਦੀ ਗੱਲ ਕਰੀਏ 50 ਸਾਲ ਪਹਿਲਾਂ ਐਂ ਕਹਿੰਦੇ ਹੁੰਦੇ ਸੀ ਕਹੇ ਜਾ ਡੱਬਾ ਆਊਗਾ ਜਿਹਦੇ ਅਹ ਜਾ ਰੇਡੀਓ ਆਊਗਾ ਜਿਹਦੇ ਵਿੱਚ ਮੂਰਤਾਂ ਵੀ ਦਿਸਿਆ ਕਰਨਗੀਆਂ ਮੋਬਾਈਲ ਟੈਕਨੋਲੋਜੀ ਕੀ ਹੈ ਫ੍ਰੀ ਟੈਕਨੋਲੋਜੀ ਦੀ ਗੱਲ ਕੀਤੀ ਆ ਮੈਂ ਨੇ ਮਤਲਬ ਜੇ ਲੌਜਿਕ ਸਮਝਦਾ ਕੋਈ ਤਾਂ ਸਮਝ ਸਕਦਾ ਉਹ ਵੀ ਆਪਾਂ ਫ੍ਰੀ ਟੈਕਨੋਲੋਜੀ ਦੀ ਗੱਲ ਕਰਦੇ ਆਂ ਵੀ ਵਾਤਾਵਰਣ ਚਈ ਜੀਆਂ ਬਹੁਤ ਸਾਰੀਆਂ ਵੇਵਜ਼ ਨੇ ਬਹੁਤ ਸਾਰੀਆਂ એનર્ਜੀਜ਼ ਨੇ ਜਿਹਦੇ ਬਾਰੇ ਅਸੀਂ ਨਹੀਂ ਜਾਣਦੇ ਹੋ ਸਕਦਾ ਕੋਈ ਸਾਇੰਟਿਸਟ ਜਾਂ ਕੋਈ ਲੁਕੇ ਛਿਪਿਆ ਬੰਦਾ ਉਹਦੇ ਤੇ ਜਿਹੜਾ ਦੇਖੋ ਜਿਹੜੀਆਂ ਚੀਜ਼ਾਂ ਮਹਿੰਗੀਆਂ ਨੇ ਜਿੱਦੀ ਰਿਸਰਚ ਤੇ ਬਹੁਤ ਪੈਸਾ ਲੱਗ ਰਿਹਾ ਉਹ ਐਵੇਂ ਹੀ ਦੱਸ ਦੇਣ ਸਾਨੂੰ ਅਗਲੇ ਦਾ ਪੈਟਰੋਲ बिक ਰਿਹਾ 100-100 ਰੁਪਏ ਲੀਟਰ ਠੀਕ ਹੈ ਸਰ ਜਿਹੜੀ ਇਲੂਮਿਨਾਰਟੀ ਦੇ ਵਿੱਚ ਆਤਮਾ ਵੇਚਣ ਵਾਲੀ ਗੱਲ ਹੈ ਇਹ ਬਕਵਾਸ ਹੈ ਕਿ ਇਹ ਵੀ ਸੱਚ ਹੈ ਮੈਂ ਦੱਸਦਾ ਜੀ ਉਹਨੂੰ ਇਨੀਸ਼ੀਏ ਉਹ ਦੱਸਦਾ ਤੁਹਾਨੂੰ ਇਨੀਸ਼ੀਏਸ਼ਨ ਕਿੱਦਾਂ ਹੁੰਦੀ ਆ ਮਤਲਬ ਇਲੂਮੀਨਾਟੀ ਜਦੋਂ ਆਪਣਾ ਕਿਸੇ ਵਾਸੇ ਆਪਾਂ ਵਿਸ਼ੇ ਤੋਂ ਭਟਕ ਰਹੇ ਆ ਇਹਦੇ ਨਾਲ ਰਿਲੇਟਡ ਨਹੀਂ ਆ ਕਿਉਂਕਿ ਉਹ ਇਲੂਮੀਨਾਟੀਆਂ ਦੀਆਂ ਇਹਨਾਂ ਮਤਲਬ ਕਹਿੰਦਾ ਮਤਲਬ ਇਲੂਮੀਨਾਟੀ ਚ ਜਿਹੜੇ ਬੰਦੇ ਨੇ ਉਹੀ ਸਟਰਕਚਰ ਇਹਨਾਂ ਨੂੰ ਲੁਕੋਂਦਾ ਉਹ ਗਵਰਨਮੈਂਟਾਂ ਤੋਂ ਉੱਪਰ ਨੇ ਉਹਨੂੰ ਕਹਿੰਦੇ ਸੁਪਰ ਨੈਸ਼ਨਲ ਲੋਕ ਸੁਪਰ ਨੈਸ਼ਨਲ ਜਿਨ੍ਹਾਂ ਦਾ ਕੋਈ ਦੇਸ਼ ਨਹੀਂ ਦੇਸ਼ਾਂ ਤੋਂ ਉੱਪਰ ਨੇ ਬਲੈਕ ਰੌਕਟ ਵਰਗੀਆਂ ਕੰਪਨੀਆਂ ਜਿਹੜੇ ਮਤਲਬ ਰੌਥਸਟਾਈਲਡ ਫੈਮਲੀਆਂ ਰੌਕਫੈਲਰ ਫੈਮਲੀਆਂ ਮਤਲਬ ਪਾਰਟਿਕੂਲਰਲੀ ਨਹੀਂ ਮੈਂ ਕਹਿ ਰਿਹਾ ਵੀ ਉਹੀ ਨੇ ਵੀ ਉਸ ਲੈਵਲ ਦੇ ਬੰਦੇ ਕੋਈ ਪ੍ਰੈਜ਼ੀਡੈਂਟ ਰਿਆ ਕੋਈ ਕਿਸ ਤਰ੍ਹਾਂ ਰਿਆ ਕੋਈ ਕਿਸੇ ਦੇਸ਼ ਦਾ ਬੈਸਟ ਬਿਜ਼ਨਸਮੈਨ ਰਿਆ ਉਹ ਬੰਦੇ ਜਿਹੜੇ ਸ਼ੈਡੋ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਨੇ ਤੇ ਸਾਰੇ ਆਮ ਲੋਕਾਂ ਜੀ ਹੁੰਦੇ ਨੇ ਕਿ ਇਹਨਾਂ ਨੇ ਇਹਨਾਂ ਦਾ ਲੱਗ ਹੀ ਦੁਨੀਆ ਇਲੂਮੀਨਾਟੀ ਦੀ ਇਨੀਸ਼ੀਏਸ਼ਨ ਕਿੱਦਾਂ ਹੁੰਦੀ ਹੈ ਉਹਨਾਂ ਦੀ ਸ਼ਰਤ ਹੈ ਵੀ ਮੰਨ ਲਓ ਹੁਣ ਮੈਨੇ ਉਹਨਾਂ ਦਾ ਮੈਂਬਰ ਬੰਨਾ ਹੈ ਤਾਂ ਉਹ ਕਹਿਣਗੇ ਮੇਰੇ ਸਾਹਮਣੇ ਕੋਈ ਇਹੋ ਜਿਹੀ ਗਿਰੀ ਹੋਈ ਹਰਕਤ ਕਰ ਵੀ ਤੂੰ ਬਾਹਰ ਜਾ ਕੇ ਉਹਦੇ ਡਰ ਤੋਂ ਕਿ ਵੀ ਤੂੰ ਮੈਨੂੰ ਕੋਈ ਇਹੋ ਜਿਹਾ ਰਾਜ ਦੇ ਆਪਣਾ ਤਾਂ ਮੈਂ ਤੇਰਾ ਵਿਸ਼ਵਾਸ ਕਰੂੰ ਵੀ ਤੂੰ ਮੇਰਾ ਹਮਰਾਜ ਬੰਜਵੇਂ ਉਸ ਗਿਰੇ ਹੋਏ ਲੈਵਲ ਦਾ ਕੋਈ ਅਬਦ ਮੇਰੇ ਸਾਹਮਣੇ ਹੈ ਜੀ ਹਰਕਤ ਕਰ ਵੀ ਜਿਹੜੀ ਜਾ ਕੇ ਮੈਂ ਕਿਸੇ ਤੈਨੂੰ ਹਮੇਸ਼ਾ ਇਹ ਪ੍ਰੈਸ਼ਰ ਬਣਿਆ ਰਵੇ ਵੀ ਜੇ ਮੈਂ ਨਹੀਂ ਦੀ ਆ ਗੱਲ ਦੱਸੀ ਤਾਂ ਇਹ ਹੋਵਲੀ ਗੱਲ ਵੀ ਜਾ ਕੇ ਦੱਸੂਗਾ ਕਾਣਾ ਕਰਦੇ ਨੇ ਈਵਨ ਮਤਲਬ ਉਹ ਕਹਿ ਕਹਿ ਕੇ ਜੇ ਕੰਮ ਕਰਾਉਂਦੇ ਤੁਸੀਂ ਯਕੀਨ ਨਹੀਂ ਕਰਨਾ ਉਹਨਾਂ ਦੀ ਇਨੀਸ਼ੀਏਸ਼ਨ ਇਹ ਜੀ ਹੁੰਦੀ ਆ ਕਿ ਉਹ ਪਿਓਰ ਸਾਹਮਣੇ ਬੰਦਾ ਮਾਰ ਕੇ ਬਲੱਡ ਤੱਕ ਪਲਾ ਦਿੰਦੇ ਨੇ ਯੂਰਿਨ ਤੱਕ ਪਲਾ ਦਿੰਦੇ ਨੇ ਉਹ ਵਿੱਚ ਮੂੰਹ ਤੱਕ ਪੁਤਵਾ ਦਿੰਦੇ ਨੇ ਬੰਦੇ ਦਾ ਕਮੋੜ ਦੇ ਵਿੱਚ ਸਾਰਿਆਂ ਦੇ ਸਾਹਮਣੇ ਕਮੋੜ ਦੇ ਵਿੱਚ ਮੂੰਹ ਤੋਂ ਨਾਲ ਅਸੀਂ ਵੀਡੀਓ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਅਸੀਂ ਤੈਨੂੰ ਪਹਿਲਾਂ ਆਪਣੇ ਰਾਜ ਦੱਸਦੇ ਆ ਆਪ ਕਰਕੇ ਦਿਖਾਣੇ ਆ ਚਲੋ ਫਲਾਣੇ ਆ ਕਰਕੇ ਦਿਖਾ ਚਲੋ ਫਲਾਣੇ ਆ ਕਰਕੇ ਦਿਖਾ ਇਹਦੀ ਇਨੀਸ਼ੀਏਸ਼ਨ ਤੇਰੇ ਨਾਲੋਂ ਵੀ ਪੈੜੀ ਸੀ ਇਹਦੇ ਨਾਲ ਆ ਹੋਇਆ ਸੀਗਾ ਇਹਦੇ ਨਾਲ ਆ ਹੋਇਆ ਸੀ ਐਗਜ਼ਾਮਪਲਸ ਦੱਸਦੇ ਨੇ ਕਹਿੰਦੇ ਨੇ ਧੋਕੇ ਦਿਖਾ ਉਹਨੇ ਧੋਲਿਆ ਮੂੰਹ ਦੇ ਵਿੱਚ ਉਹ ਕਹਿੰਨਗੇ ਤੂੰ ਵੀ ਧੋ ਹਣ ਨਾਲ ਤੇਰੀ ਵੀਡੀਓ ਬਣਾ ਰਹੇ ਆ ਕਿਉਂ ਬਣਾ ਰਹੇ ਆ ਵੀਡੀਓ ਤਾਂਕਿ ਅਸੀਂ ਤੈਨੂੰ ਕੱਲ ਨੂੰ ਇਹ ਕਹਿ ਸਕੀ ਜੇ ਤੂੰ ਸਾਡਾ ਰਾਜ ਕਿਤੇ ਖੋਲੇਗਾ ਤਾਂ ਹੀ ਤਾਂ ਇਹਨਾਂ ਨੂੰ ਸੀਕ੍ਰੀਟ ਸੁਸਾਇਟੀਆਂ ਕਹਿੰਦੇ ਨੇ ਜੇ ਤੂੰ ਸਾਡਾ ਰਾਜ ਖੋਲੇਗਾ ਤਾਂ ਤੇਰਾ ਆ ਰਾਜ ਵੀ ਸਾਡੇ ਕੋਲ ਪਿਆ ਤੂੰ ਤੀ ਤੂੰ ਤਾਂ ਇਨੀਸ਼ੀਏਟ ਹੋਏਗਾ ਜੇ ਤੂੰ ਸਾਨੂੰ ਕੋਈ ਆਪਣਾ ਇਹ ਜਿਹਾ ਰਾਜ ਦੇਂਗਾ ਜਿਹੜਾ ਅਸੀਂ ਤੇਰਾ ਕਿਤੇ ਵੀ ਮਤਲਬ ਖੋਲੀਏ ਤਾਂ ਤੂੰ ਸਾਡੇ ਨਾਲ ਬਾਰਗੇਨ ਬਣ ਸਕੇਗਾ ਕਾਣਾ ਕਰ ਲੈਂਦੇ ਆ ਬੈਟ ਬਣ ਜੇ ਸਾਡੀ ਤੇਰੇ ਨਾਲ ਤੇ ਸਰ ਲੋਕਾਂ ਨੂੰ ਕੀ ਫਾਇਦਾ ਮਿਲਦਾ ਇਹਨਾਂ ਕੋਲੋਂ ਲੋਕ ਕਿਉਂ ਜੁੜਦੇ ਨੇ ਇਹਨਾਂ ਨਾਲ ਲੋਕ ਨੀ ਜੁੜਦੇ ਉਹ ਜੋੜਦੇ ਨੇ ਪਹਿਲੀ ਗੱਲ ਤਾਂ ਇਹ ਗਲਤਫਹਿਮੀ ਆ ਵੀ ਕੋਈ ਲੋਕ ਜੁੜਦੇ ਨੇ ਉਹ ਨਹੀਂ ਕਿਸੇ ਨੂੰ ਜੋੜਦੇ ਜੁੜਦੇ ਨਾ ਜੋੜ ਕੇ ਰਾਜੀ ਨੇ ਉਹ ਉਹ ਬੰਦੇ ਨੇ ਜਿਹੜੇ ਲੁਕ ਛਿਪ ਕੇ ਮਤਲਬ ਬਹੁਤ ਕੁਝ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਆ ਗਿਆ ਹੁਣ ਜਦੋਂ ਦੋ ਬੰਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਗਿਆ ਉਹ ਮਤਲਬ ਉਹਨੂੰ ਕਿਤੇ ਉਹਨੇ ਯੂਜ਼ ਵੀ ਕਰਨਾ ਉਹ ਆਪਣੇ ਬ੍ਰੇਨ ਦੇ ਲਈ ਆਪਣੇ ਬ੍ਰੇਨ ਨੂੰ ਸੰਤੁਸ਼ਟੀ ਦੇਣ ਦੇ ਲਈ ਉਹ ਉਹਦੇ ਆਸਰੇ ਬਹੁਤ ਕੁਛ ਟੇਡੇ ਮਿੱਡੇ ਗਲਤ ਮਲਤ ਇਹ ਜਿਹੇ ਕੰਮ ਕਰਨਾਂ ਦੇ ਜਿਹਚੋਂ ਉਹਨੂੰ ਸੁਆਦ ਆਂਦਾ ਡੋਪਾਮਾਈਨ ਰਿਲੀਜ਼ ਹੁੰਦਾ ਇਨਸਾਨੀ ਖੂ ਹਾਂ ਡੋਪਾ ਮ ਆਂਦਾ ਚੱਕਰ ਹੈ ਸਾਰੇ ਚੱਕਰੀ ਡੋਪਾ ਮ ਆਂਦਾ ਉਹਨਾਂ ਦੀ ਐਡਰੇਨਲਨ ਮਤਲਬ ਰਿਲੀਜ਼ ਹੀ ਤਾਂ ਕਰਨ ਲੱਗਦੀਆਂ ਹਾਰਮੋਨਸ ਜਿਉਂ ਦੇਖਦੇ ਨੇ ਸੈਡੀਜ਼ਮ ਸੁਣਿਆ ਹਾਂ ਜੀ ਹਾਂ ਜੀ ਵੀ ਜੇ ਕਿਸੇ ਦੇ ਕੁਛ ਮਤਲਬ ਸੱਟਾਂ ਮਾਰੂਗਾ ਕੋਈ ਉਹਨੂੰ ਸੁਆਦ ਆਂਦਾ ਹੈ ਕਿਸੇ ਦਾ ਨੁਕਸਾਨ ਦੇ ਕੇ ਸੁਆਦ ਆਂਦਾ ਹੈ ਬੇਸਿਕਲੀ ਸੈਟਨਿਸਟ ਨੇ ਸੈਡੀਸਟ ਨੇ ਜਿਹੜੇ ਤੁਸੀਂ ਇਲੂਮੀਨਾਟੀ ਜਿੰਨਾਂ ਦੀ ਮੈਂ ਤੁਹਾਨੂੰ ਮੇਜਰ ਦੱਸਦਾ ਉਹਦੇ ਵਿੱਚ ਮੈਂਬਰ ਕੌਣ ਨੇ ਕਲੀਅਰਲੀ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੱਸਿਆ ਹੋਊਗਾ ਮੈਂ ਪਹਿਲਾਂ ਮਤਲਬ ਇਹ ਵਿਸ਼ੇ ਤੋਂ ਭਟਕ ਕੇ ਗੱਲ ਨਹੀਂ ਸੀ ਕਰਨਾ ਚਾਹੁੰਦਾ ਹੁਣ ਤੁਸੀਂ ਗੱਲ ਕਰੀ ਹੈ ਤਾਂ ਅਮਰੀਕਨ ਜੇ ਕੋਈ ਬੰਦਾ ਮਤਲਬ ਆਪਣੇ ਅਮਰੀਕਾ 'ਚ ਕੋਈ ਬੰਦੇ ਰਹਿੰਦੇ ਨੇ ਖਾਸ ਕਰਕੇ ਐਨ ਆਰ ਆਈ ਭਰਾ ਉਹ ਸਾਰੇ ਮੇਰੀ ਗੱਲ ਨੂੰ ਸਪੋਰਟ ਕਰਨਗੇ ਤੁਹਾਡੇ ਸਾਹਮਣੇ ਆ ਤੁਸੀਂ ਉਹਨਾਂ ਤੋਂ ਕਮੈਂਟ ਲੈ ਕੇ ਪੁੱਛ ਲਿਓ ਬੋਹੀਮੀਅਨ ਕਲੱਬ ਦੇ ਮੈਂਬਰ ਸਾਰੇ ਇਲੂਮੀਨਾਟੀ ਦੇ ਮੈਂਬਰ ਨੇ ਬੋਹੀਮੀਆ ਕੀ ਕਰਦੇ ਨੇ ਜਿਹੜਾ ਸਿੰਗਰ ਆ ਉਹ ਹੀ মিয়া ਬੋਹੀਮੀਨ ਕਲੱਬ ਹੈ ਜੀ ਇੱਕ ਬੋਹੀਮੀਨ ਗਰੋਵ ਨਾਮ ਦੀ ਉਹਨਾਂ ਦੀ ਥਾਂ ਹੈ ਜਿੱਮੇ ਲੋਕਾਂ ਦਾ ਆਪਣਾ ਇੱਕ ਧਰਮ ਸਥਾਨ ਹੁੰਦਾ ਉੱਥੇ ਉਹ ਕੀ ਕਰਦੇ ਨੇ ਐਫ ਜੀਜ਼ ਫੂਕਦੇ ਨੇ 12-15 ਦਿਨ ਦੀ ਐਨ ਕੈਂਪਮੈਂਟ ਕਰਦੇ ਨੇ ਉਹ ਐਨ ਕੈਂਪਮੈਂਟ ਜਿੱਮੇ ਤੁਹਾਨੂੰ ਆਪਣੀ ਗੱਲ ਚੱਲੀ ਹੈ ਜਿਸ ਗੱਲ ਤੋਂ ਵੀ ਕਿਉਂ ਕਿਉਂ ਇਦਾਂ ਕਰਦੇ ਨੇ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ ਉਹ ਕੀ ਕਰਦੇ ਨੇ ਉਹ ਕਹਿੰਦੇ ਨੇ ਆਪਸ 'ਚ ਆਪਣੇ ਸਰਕਲ ਦੇ ਵਿੱਚ ਗੱਲ ਕਰਦੇ ਨੇ ਸਾਰੇ ਵੀਰ ਆਪਾਂ ਗਰੀਬ ਬਣ ਕੇ ਜੀਵਨ ਕੱਟਣਾ ਹੈ 15 ਦਿਨ ਲਈ ਇੱਕ ਜਗ੍ਹਾ ਕੈਂਪ ਲਾਉਂਦੇ ਨੇ ਉਹਨਾਂ ਨੇ ਬੋਹੀਮੀਨ ਗਰੂਪ ਬਣਾਈ ਵੀ ਆ ਉੱਥੇ ਉਹ ਕੀ ਕਰਦੇ ਨੇ ਆਮ ਮਤਲਬ ਕਹਿਣ ਨੂੰ ਤਾਂ ਉਹ ਗਰੀਬਾਂ ਵਾਲਾ ਜੀਵਨ ਹੈ ਵੈਸੇ ਤਾਂ ਉੱਥੇ ਉਹਨਾਂ ਕੋ ਸਟੀਵਾਰਡ ਹੂਰਾ ਸਾਰੇ 에어 호ਸਟਸਾਂ ਵਾਂਗੂ ਮਾਡਲਸ ਟਾਈਪ ਫਿਰਦੀਆਂ ਹੁੰਦੀਆਂ ਸੇਵਾ ਕਰਨ ਵਾਲੀਆਂ ਕੁੜੀਆਂ ਉਹ ਉੱਥੇ ਕੀ ਕਰਦੇ ਨੇ ਮਤਲਬ ਫੱਕਰਾਂ ਵਾਲੀ ਜ਼ਿੰਦਗੀ ਇੱਕ ਜੰਗਲ ਜੇ ਚ ਜਾ ਕੇ ਰਹਿਣ ਲੱਗ ਗਏ ਹੈਨਾ ਉੱਥੇ ਉੱਥੇ 15 20 ਦਿਨ ਬਤਾਏ ਕੈਂਪਾਂ ਦੇ ਵਿੱਚ ਰਹੇ ਉੱਥੇ ਕਦੇ ਘੋੜੇ ਲੈ ਕੇ ਚਲੇ ਗਏ ਕਦੇ ਸ਼ਿਕਾਰ ਤੇ ਚਲੇ ਗਏ ਉਹਨਾਂ ਨੂੰ ਕੋਈ ਰੋਕਣ ਵਾਲੀ ਸ਼ਿਕਾਰ ਕੀ ਦਾ ਕਰਦੇ ਨੇ ਉਹ ਇਨਸਾਨਾਂ ਦਾ ਕਰਦੇ ਨੇ ਜਾਨਵਰਾਂ ਦਾ ਨਹੀਂ ਕਰਦੇ ਛੋਟੇ ਛੋਟੇ ਬੱਚਿਆਂ ਦਾ ਪੀਡੋਫਿਲੀਆ ਗੈਰੀ ਐਪਸਟੇਨ ਦਾ ਨਾਮ ਸੁਣਿਆ ਆਉਣਾ ਤੁਹਨੇ ਉਹ ਬੋਹੀਮੀਨ ਗਰੂਪ ਦੇ ਵਿੱਚ ਸਪੈਸ਼ਲ ਮੈਂਬਰ ਸੀਗਾ ਲੋਕ ਕਹਿੰਦੇ ਨੇ ਉਹ ਮੁਸਾਦਾ ਏਜੰਟ ਆ ਉਹ ਮੁਸਾਦਾ ਏਜੰਟ ਨਹੀਂ ਆ ਮੁਸਾਦਾ ਇੱਕ ਦੇਸ਼ ਦੀ ਏਜੰਸੀ ਆ ਜਿਹੜਾ ਗੈਰੀ ਐਪਸਟੇਨ ਆ ਨਾ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਸੁਪਰ ਨੈਸ਼ਨਲ ਏਜੰਟ ਆ ਮੈਂ ਉਹਨਾਂ ਬੰਦਿਆਂ ਦਾ ਏਜੰਟ ਆ ਕਿਸੇ ਇੱਕ ਗਵਰਨਮੈਂਟ ਦਾ ਯੂ ਐਸ ਗਵਰਨਮੈਂਟ ਦਾ ਇਜ਼ਰਾਈਲ ਗਵਰਨਮੈਂਟ ਦਾ ਇੰਡੀਅਨ ਗਵਰਨਮੈਂਟ ਦਾ ਨਹੀਂ ਆ ਮੈਂ ਮੈਂ ਜਿਹੜੇ ਬੰਦੇ ਇਹਨਾਂ ਸਾਰਿਆਂ ਤੇ ਰਾਜ ਕਰਦੇ ਨੇ ਸਾਰੀ ਦੁਨੀਆ ਤੇ ਜਿਹੜੇ ਰਾਜ ਕਰਦੇ ਨੇ ਮੈਂ ਉਹਨਾਂ ਦਾ ਏਜੰਟ ਆ ਉਹਨਾਂ ਦੇ ਲਈ ਕੰਮ ਕਰਦਾ ਤੇ ਉਹ ਮਰ ਕੇ ਵੀ ਗਾਇਬ ਹੋ ਗਿਆ ਅਮਰੀਕਨ ਲੋਕ ਜਾਣਦੇ ਨੇ ਵੀ ਉਹ ਮਰਿਆ ਨਹੀਂ ਉਹਦਾ ਸੁਸਾਈਡ ਜਿਹੜਾ ਹੈ ਇੱਕ ਸਟੇਜ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਕਈ ਵਾਰ ਦਿਖਿਆ ਲੋਕਾਂ ਨੂੰ ਈਵਨ ਉਹਦੀਆਂ ਫੋਟੋਗ੍ਰਾਫਸ ਵੀ ਜਿਹੜੀਆਂ ਨੇ ਸੈਟਲਾਈਟ ਪਿਕਚਰਸ ਵੀ ਰਿਲੀਜ਼ ਹੋਈਆਂ ਨੇ ਕੌਨਸਪੀਰੇਸੀ ਹੈ ਵੀ ਮੈਂ ਮੈਂ ਕਹਾਂ ਜੀ ਹੁਣ ਆਪਾਂ ਨੂੰ ਲੱਗਦਾ ਵੀ ਅਸੀਂ ਵੀ ਕੌਨਸਪੀਰੇਸੀ ਥੀਰੀਜ਼ ਨੇ ਹੈ ਜਸਟ ਕੁਝ ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਸੀਗੀਆਂ ਬਹੁਤ ਸਾਰੀਆਂ ਸੀਗੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਅਸੀਂ ਮੰਨਦੇ ਆ ਤੇ ਅਸੀਂ ਕਦੇ ਮਤਲਬ ਜੇ ਆਪਾਂ ਕੱਲ ਐਂ ਲਾ ਲੋ ਵੀ ਸਾਡੇ ਬਜ਼ੁਰਗਾਂ ਦੇ ਦਾਦੇ ਪੜਦਾਦਿਆਂ ਦੇ ਟਾਈਮ ਕੋਈ ਕਹਿ ਦਿੰਦਾ ਵੀ ਇੱਕ ਮੋਬਾਈਲ ਟੈਕਨੋਲੋਜੀ ਹੋਊਗੀ ਹੈਨਾ ਹੁਣ ਇੱਕ ਉਹਨੇ ਗੱਲ ਕੀਤੀ ਮੈਂ ਟੈਸਲਾ ਦੀ ਗੱਲ ਕਰੂੰਗਾ ਇੱਥੇ ਟੈਸਲਾ ਨੇ ਕਿਹਾ ਵੀ ਜਿਹੜੀ ਇਲੈਕਟ੍ਰਿਸਿਟੀ ਆ ਇਹਦੇ ਲਈ ਵਾਇਰ ਦੀ ਲੋੜ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਪਤਾ ਕੀ ਸੀਗਾ ਜਦੋਂ ਗਵਰਨਮੈਂਟਾਂ ਨੇ ਇਲੈਕਟ੍ਰਿਸਿਟੀ ਸਪਲਾਈ ਕਰਨ ਦੇ ਲਈ ਵਾਇਰਜ਼ ਯੂਜ਼ ਕਰਨੀਆਂ ਸ਼ੁਰੂ ਕਰੀਆਂ ਤਾਂ ਵਾਇਰਸ ਦੀਆਂ ਫੈਕਟਰੀਆਂ ਦੇ ਵਿੱਚ ਪਾਰਟਨਰ ਕੌਨ ਸੀ ਮੈਕਸਿਮਮ ਪੋਲੀਟਿਸ਼ੀਅਨਸ ਸੀਗੇ ਉਹ ਪੋਲੀਟਿਸ਼ੀਅਨਸ ਲੈ ਲਾਈਆਂ ਵੀ ਇਹ ਸਿਸਟਮ ਨੂੰ ਜੋੜਨ ਦੇ ਲਈ ਇਹ ਸਟਰਕਚਰ ਨੂੰ ਖੜਾ ਕਰਨ ਦੇ ਲਈ ਇਲੈਕਟ੍ਰੀਕਲ ਵਾਇਰਸ ਦੇ ਵਿੱਚ ਪਾਤੀਆਂ ਜਦ ਕਿ ਮੋਬਾਈਲ ਦੇ ਵਿੱਚ ਕੀ ਹੈ ਜੀ ਸਰ ਮੋਬਾਈਲ ਦਾ ਜਿਹੜਾ ਸਿਗਨਲ ਹੁੰਦਾ ਜਿਹੜਾ ਹੁਣ ਇਹਦਾ ਸਿਗਨਲ ਹੈ ਟਾਵਰ ਤੱਕ ਜਾ ਰਿਹਾ ਤੇ ਸੈਟਲਾਈਟ ਤੱਕ ਜਾ ਰਿਹਾ ਉਹ ਸਿਗਨਲ ਕੀ ਹੈ ਲिटल ਬਿਟ ਅਮਾਉਂਟ ਆਫ ਕਰੰਟ ਇਲੈਕਟ੍ਰਿਸਿਟੀ ਆਉ ਜੇ ਇਹ ਚੋਂ ਸਿਗਨਲ ਐਡੀ ਦੂ ਟ੍ਰੈਵਲ ਕਰ ਸਕਦਾ ਤਾਂ ਇਲੈਕਟ੍ਰਿਸਿਟੀ ਕਿਉਂ ਨਹੀਂ ਜੀ ਟ੍ਰੈਵਲ ਕਰ ਸਕਦੀ ਵਿਦਆਊਟ ਵਾਇਰਸ ਤੋਂ ਟੈਸਲਾ ਨੇ ਕੋਇਲ ਹੀ ਬਣਾਤੀ ਸੀ ਇੱਕ ਨਾ ਟੁੰਗੁਸਕਾ ਰਸ਼ੀਆ ਦੇ ਵਿੱਚ ਸਾਈਬੀਰੀਆ ਦੇ ਵਿੱਚ ਇੱਕ ਜਗ੍ਹਾ ਪਿੰਡ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਹ ਰਾਤੋਂ ਰਾਤ ਤਬਾਹ ਹੋ ਗਿਆ ਤੇ ਹੋਇਆਗਾ ਦੇ ਨਾਲ ਸੀ ਉਹ ਉਹ ਟੈਸਲਾ ਨੇ ਆਪਣੀ ਕੋਇਲ ਟੈਸਟ ਕੀਤੀ ਸੀਗੀ ਐਡੀ ਦੂਰ ਤੱਕ ਮਾਰ ਕਰਦੀ ਐ ਉਹ ਦੇਖ ਲਓ ਵਿੱਕੀ ਵੀ ਇੱਥੇ ਤੋਂ ਆਪਾਂ ਨੂੰ ਐ ਲੱਗੂਗਾ ਵੀ ਸਿਰਫ ਇੱਕ ਜਿਵੇਂ ਆਪਾਂ ਹੁਣ ਉਹ ਕਰਦੇ ਆ ਹੁਣ ਦੇਖੋ ਲੇਜ਼ਰ ਸਾਡੇ ਬਜ਼ੁਰਗਾਂ ਨੇ ਲੇਜ਼ਰ ਬਾਰੇ ਆਪਾਂ ਰਿਮੋਟ ਨਾਲ ਚਲਾਣੇ ਆ ਕਿੱਡੀ ਮਰਜ਼ੀ ਦੂਰ ਬੈਠੇ ਕੋਈ ਵੀ ਚੀਜ਼ ਚਲਾ ਦਿਓ ਉਹਦੇ ਨਾਲ ਕੀ ਸਾਨੂੰ ਲੇਜ਼ਰ ਦਿਖ ਰਹੀ ਐ ਉਹਦੇ ਚੋਂ ਜਾਂਦੀ ਨਹੀਂ ਫਿਰ ਉਹ ਚੱਲ ਕੇ ਮੇਰੀ ਐ ਜੀ ਟੈਕਨੋਲੋਜੀ ਸਾਨੂੰ ਨਹੀਂ ਪਤਾ ਜੇ ਕਿਸੇ ਚੀਜ਼ ਬਾਰੇ ਸਾਨੂੰ ਨਹੀਂ ਪਤਾ ਤਾਂ ਇਟ ਡਸਨਟ ਮੀਨ ਕਿ ਉਹ ਐਗਜ਼ਿਸਟ ਨਹੀਂ ਕਰਦੀ ਇੱਥੇ ਮਮਬਤੀ ਪਈ ਆ ਨੇਰਾ ਸਾਰੇ ਕਿਤੇ ਮੈਨੂੰ ਇੱਥੇ ਤੱਕ ਲਾਈਟ ਆ ਰਹੀ ਹੈ ਇਹਦੇ ਦਾਇਰੇ ਚ ਜੋ ਚੀਜ਼ ਹੈ ਮੈਂ ਕਹੂੰਗਾ ਵੀ ਹੈਗੀ ਹੈ ਮੈਨੂੰ ਦਿਖ ਰਹੀ ਹੈ ਜੇ ਮੈਨੂੰ ਇਸ ਤੋਂ ਬਾਹਰ ਜਿੱਥੇ ਤੱਕ ਮਮਬਤੀ ਦੀ ਲਾਟ ਨਹੀਂ ਜਾ ਰਹੀ ਉਸ ਤੋਂ ਬਾਹਰ ਨਹੀਂ ਮੈਨੂੰ ਦਿਖ ਰਹੀ ਤਾਂ ਇਟ ਡਸਨਟ ਮੀਨ ਕਿ ਉੱਥੇ ਕੁਝ ਹੈਗਾ ਨਹੀਂ ਐਲਨ ਮਸਕ ਨੇ ਤਾਂ ਇਹ ਵੀ ਕਿਹਾ ਨਾ ਸਰ ਕਿ ਮੈਂ ਜੇ ਰਾਕਟ ਉੱਪਰ ਦਾ ਸਕਦਾ ਤਾਂ ਵਾਪਸ ਕਿਉਂ ਨਹੀਂ ਆ ਸਕਦਾ ਸਾਰਾ ਕੁਝ ਸਾਰਾ ਕੁਝ ਪਰ ਮੈਂ ਮੈਂ ਚਾਹਨਾ ਸੀ ਡਿਸਕਲੇਮਰ ਦੇ ਦिए ਕਿ ਮੈਂ ਲੂਮਿਨਾਟੀ ਨੂੰ ਸਪੋਰਟ ਨਹੀਂ ਕਰਦਾ ਤੇ ਮੈਂ ਵੀ ਨਹੀਂ ਚਾਹੁੰਦਾ ਕਿ ਨਹੀਂ ਲੂਮਿਨਾਟੀ ਸਪੋਰਟ ਕਰਨ ਦੇ ਮਤਲਬ ਲਾਇਕ ਵੀ ਨਹੀਂ ਹੈ ਕਿਉਂਕਿ ਉਹਦੇ ਬਾਰੇ ਤੁਸੀਂ ਜਿਹੜੀਆਂ ਨੇ ਮਤਲਬ ਉਹ ਬਹੁਤ ਕੀ ਹੈ ਕਿ ਸਰ ਸੁਪਰ ਰਿਚ ਲੋਕ ਕੁਝ ਵੀ ਹੈ ਇੱਕ ਮਤਲਬ ਕੋਈ ਵੱਡਾ ਬੰਦਾ ਹੁੰਦਾ ਹੈ ਨਾ ਆਪਾਂ ਕੋਈ ਇੱਕ ਐ ਲਾਲੀਆ ਵੀ ਛੋਟਾ ਜਿਹਾ ਲੈਵਲ ਦਾ ਪੋਲਿਟੀਕਲ ਬੰਦਾ ਵੀ ਇਹ ਸੋਚਦਾ ਹੁੰਦਾ ਵੀ ਮੇਰੇ ਰਾਜ ਜਿਹੜੇ ਮੇਰੀਆਂ ਕੁਝ ਗੱਲਾਂ ਜਿਹਦੇ ਤੋਂ ਪਬਲਿਕ ਪਰਹੇਜ਼ ਕਰਦੇ ਹਾਲਾਂਕਿ ਉਹ ਕੋਈ ਅਨੈਥੀਕਲ ਨਹੀਂ ਹੁੰਦੀਆਂ ਇਲੀਗਲ ਨਹੀਂ ਹੁੰਦੀਆਂ ਵੀ ਇਹ ਲੋਕਾਂ ਨੂੰ ਪਤਾ ਨਾ ਲੱਗਣਾ ਹੁਣ ਖਾਸ ਕਰ ਪਿੱਡੋਫਿਲੀ ਦੀ ਗੱਲ ਕਰੀਏ ਗੈਰੀ ਐਪਸਟ੍ਰੇਨ ਦੀ ਗੱਲ ਕਰੀਏ ਇਹ ਬੰਦੇ ਨਾ ਸਾਰੇ ਜਿਹੜੇ ਨੇ ਨਾ ਇਨਾਂ ਦਾ ਮਤਲਬ ਕੀ ਹੈ ਕਿ ਸਭ ਤੋਂ ਵੱਡਾ ਅਲੂਮੀਨਾਟੀ ਦੀ ਮੈਪ ਦਾ ਉਹਨਾਂ ਨੇ ਲੁਕਾਉਣ ਦਾ ਤੁਹਾਨੂੰ ਰੀਜ਼ਨ ਦੱਸਦਾ ਉਹ ਸੈਟਨਿਕ ਨੇਕ ਤਾਂ ਉਹ ਕਿਉਂ ਸੈਟਨਿਕ ਨੇ ਬੜੀ ਮਤਲਬ ਵੱਡੀ ਰਿਸਰਚ ਹੈ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਪਿੱਛੇ ਤੱਕ ਜਾਣਾ ਪੈਂਦਾ ਕੁਝ ਗੱਲਾਂ ਤੁਹਾਨੂੰ ਬੇਸਿਕਲੀ ਦੱਸਣੀਆਂ ਪੈਂਦੀਆਂ ਨੇ ਤੁਹਾਨੂੰ ਦੱਸਣਾ ਪਊਗਾ ਮੈਨੂੰ ਕਿ ਵੀ ਇੱਕ ਕਿਉਂ ਖੂਨ ਪੀਣੇ ਲੋਕ ਕੌਣ ਨੇ ਸੈਟਨਿਸਟ ਕੌਣ ਹੁੰਦੇ ਨੇ ਸੈਟਨਿਸਟ ਕਿਉਂ ਇਦਾਂ ਕਰਦੇ ਨੇ ਹੁਣ ਦੇਖੋ ਇੱਕ ਬੰਦਾ ਉਹਨੇ ਉਹਨੇ ساری ਜ਼ਿੰਦਗੀ ਉਹਦੇ ਕੋਲ ਇੰਨਾ ਮੀਰ ਹੈ ਕਿ ਉਹਨੇ ਦੁਨੀਆ ਦਾ ਮਤਲਬ ਮਤਲਬ ਮਾਇਨਾ ਕਰਿਓ ਸੌਰੀ ਅਮ ਉਹਨਾਂ ਪ੍ਰੋਗਰਾਮ ਕੇ ਫੀਮੇਲਸ ਵੀ ਦੇਖ ਰਹੀ ਹੁਣੀਆਂ ਬਟ ਉਹ ਸਮਝ ਸਕਦੀਆਂ ਵੀ ਪ੍ਰੈਕਟੀਕਲ ਗੱਲ ਆ ਜਦੋਂ ਕੋਈ ਬੰਦਾ ਮਤਲਬ ਕਿਸੇ ਸੋਹਣੇ ਤੋਂ ਸੋਹਣੇ ਜਿਸਮ ਨੂੰ ਭੋਗ ਲੈਂਦਾ ਤਾਂ ਅਬਨਾਰਮਲ ਕਿਸਮ ਦੇ ਸੁਆਦ ਲੱਭਣ ਲੱਗ ਜਾਂਦਾ ਤੇ ਇਹ ਸਾਰੀ ਦੁਨੀਆ ਮੰਨਦੀ ਐ ਇਸ ਗੱਲ ਨੂੰ ਮੰਨੂਗੀ ਕਿ ਕਿ ਦੁਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਸੋਂ ਇੱਕ ਬੰਦੇ ਦਾ ਮੈਂ ਸਟੇਟਮੈਂਟ ਪੜਿਆ ਤੋ ਕਹਿੰਦਾ ਜੀ ਸਾਡੇ ਮੁਲਕ ਦੀ ਬਰਬਾਦੀ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਉਹਨੇ ਉਸ ਚੀਜ਼ ਨੂੰ ਨਾਮ ਦਿੱਤਾ ਬੱਚਾ ਵਾਜੀ ਮਤਲਬ ਛੋਟੇ ਬੱਚਿਆਂ ਦੇ ਨਾਲ ਬਦਫੈਲੀ ਕਰਨੀ ਮਤਲਬ ਸਰ ਇਹਦਾ ਛੋਟੇ ਬੱਚਿਆਂ ਦੇ ਨਾਲ ਸੈਕਸ ਕਮਿਟ ਕਰਨਾ 18 ਸਾਲ ਤੋਂ نیچے 18 ਸਾਲ ਤੋਂ نیچے ਕੀ ਉਹਨਾਂ ਦੇ ਲਈ ਕੋਈ ਲਿਮਟ ਥੋੜੀ ਹੈ ਸਰ ਉਹਨਾਂ ਦੇ ਰਾਜ ਇੰਨੇ ਗੰਦੇ ਨੇ ਜਿਹੜਾ ਇਨੀਸ਼ੀਏਸ਼ਨ ਪ੍ਰੋਸੈਸ ਮੈਂ ਇਸ ਗੱਲ ਦਾ ਬਿਲਕੁਲ ਸਪੋਰਟ ਨਹੀਂ ਕਰਦਾ ਕਿ ਵੀ ਹਾਂ ਦਲਜੀਤ ਦਸਾਂਜ ਜਿਹੜਾ ਹੈਗਾ ਕੋਈ ਇਲੂਮੀਨਾਟੀ ਆਇਆ ਐ ਆਮੀ ਆਪਾਂ ਮੂੰਹ ਹਲਾ ਕੇ ਕਹਿ ਜੀਏ ਨਹੀਂ ਉਹਦੇ ਬਹੁਤ ਸਾਰੇ ਮਤਲਬ ਆਏ ਨਹੀਂ ਹੁੰਦਾ ਇਲੂਮੀਨਾਟੀ ਹੋਣ ਦੇ ਵੀ ਬਹੁਤ ਸਾਰੇ ਜਿਹੜੇ ਨੇ ਪ੍ਰੂਫ ਨੇ ਉਹ ਬਹੁਤ ਸਾਰੇ ਜਿਹੜੇ ਬੰਦੇ ਉਹਨਾਂ ਲਾਈਨਾਂ 'ਚ ਵਿਚਰਦੇ ਨੇ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਫਲਾਣਾ ਬੰਦਾ ਵੀ ਇਲੂਮੀਨਾਟੀ ਦਾ ਜਿਹੜਾ ਹੈਗਾ ਮਤਲਬ ਐ ਤਾਂ ਉਹ ਵੀ ਗਿਆ ਸੀਗਾ ਕੀ ਆਪਣਾ ਯੋਜੋਹਨੀ ਸਿੰਘ ਵੀ ਉਹਨਾਂ ਕੰਨੀ ਨੂੰ ਮਤਲਬ ਉਹਨਾਂ ਦੀ ਇੱਛਾ ਮੈਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਮੈਂ ਉਹ ਮੈਂ ਇਸ ਗੱਲ ਨੂੰ ਸਪੋਰਟ ਕਰਦਾ ਵੀ ਦਿਲਜੀਤ ਦਾ ਇਹ ਹੋਊਗਾ ਕਿਉਂਕਿ ਇਲੂਮੀਨਾਟੀ ਕੀ ਕਰਦੇ ਨੇ ਉਹ ਚੱਕਦੇ ਨੇ ਆਪਣੇ ਸਵਾਦਾਂ ਦੇ ਪੱਟੇ ਹੋਏ ਆਪਣੇ ਮਤਲਬ ਬੜੇ ਅਸਾਧਾਰਨ ਜੇ ਅਬਨਾਰਮਲ ਜੇ ਸਵਾਦਾਂ ਦੇ ਪੱਟੇ ਹੋਏ ਉਹ ਚਾਹੁੰਦੇ ਹੁੰਦੇ ਨੇ ਵੀ ਉਹ ਉਹ ਇਲੂਮੀਨਾਟੀ ਸੀਗਾ ਮਾਈਕਲ ਜੈਕਸਨ ਉਹਨਾਂ ਨੇ ਹੀ ਮਾਰਿਆ ਰੀਜ਼ਨ ਕੀ ਸੀ ਉਹ ਅੱਕ ਗਿਆ ਸੀ ਉਹਨਾਂ ਦੇ ਇਹਨਾਂ ਦੇ ਕੰਮ ਮੈਂ ਸਰ ਤੁਹਾਨੂੰ ਔਨ ਕੈਮਰਾ ਨਹੀਂ ਦੱਸ ਸਕਦਾ ਨਹੀਂ ਮੈਂ ਤੁਹਾਨੂੰ ਦੱਸ ਦੂੰਗਾ ਆਫ ਦਾ ਰਿਕਾਰਡ ਕਿ ਬਿਓ ਕੀ ਕੀ ਕਰਦੇ ਨੇ ਇਨੀਸ਼ੀਏਟ ਕਰਨ ਦੇ ਲਈ ਦੱਸੋ ਸਰ ਤੁਸੀਂ ਕੋਈ ਚੱਕਰ ਨਹੀਂ ਸਰ ਪਲੀਜ਼ ਮਤਲਬ ਉਹਦੇ ਚ ਕੀ ਹੈ ਕਿ ਬਹੁਤ ਸਾਰਾ ਕਿੰਨਾ ਨਾ ਹੈ ਸਰ ਉਹ ਚੀਜ਼ ਨਾ ਇੰਨੀ ਇੰਨੀ ਡਿਸਗਸਟਿੰਗ ਹੈ ਮਤਲਬ ਤੁਸੀਂ ਯਕੀਨ ਨਹੀਂ ਕਰ ਸਕੋਗੇ ਲੋਕਾਂ ਨੂੰ ਕਿਉਂ ਦੂਰ ਰਹਿਣਾ ਚਾਹੀਦਾ ਸਰ ਇਹਨਾਂ ਤੋਂ ਮਤਲਬ ਦੂਰ ਉਹਨਾਂ ਚੀਜ਼ਾਂ ਤੋਂ ਦੂਰ ਕਿ ਲੋਕਾਂ ਦੇ ਜਿਹੜੀ ਚੀਜ਼ ਸਿਲੇਬਸ ਤੋਂ ਬਾਹਰ ਹੈ ਉਹ ਤੁਹਾਡੀ ਤੋਂ ਚੁਆਇਸ ਥੋੜੀ ਹੁੰਦੀ ਹੈ ਵੀ ਤੁਸੀਂ ਇਲੂਮੀਨਾਟੀ ਤੋਂ ਦੂਰ ਰਹਿਣਾ ਇਲੂਮੀਨਾਟੀ ਤੋਂ ਦੇ ਮਤਲਬ ਸੁਪਰ ਰਿਚ ਲੋਕ ਨੇ ਉਹ ਅਲੱਗੀ ਟੈਕਨੋਲੋਜੀ ਯੂਜ਼ ਕਰਦੇ ਨੇ ਉਹ ਕਰਦੇ ਨੇ ਯੂ ਐਫ ਓਜ਼ ਯੂ ਉਹਨਾਂ ਦੇ ਵੀਹਿਕਲਸ ਨੇ ਇਹ ਇਹ ਦੀਜ਼ ਯੂ ਐਫ ਓਜ਼ ਡੋਟ ਬਿਲੋਂਗ ਟੂ ਐਲੀਅਨਸ ਇਹ ਉਹਨਾਂ ਦਾ ਝੂਠਾ ਨੈਰੇਟਿਵ ਸਥਾਪਿਤ ਕੀਤਾ ਹੋਇਆ ਆਪਣੀ ਐਡਵਾਂਸਡ ਬਲੈਕ ਬਜਟਡ ਜਿਹਦੇ ਚ ਕੀ ਹੁੰਦਾ ਕਿ ਉਹ ਕੀ ਕਰਦੇ ਨੇ ਉਹਨਾਂ ਦੇ ਕੋਲ ਪੈਸਾ ਸਾਡੇ ਦੇਸ਼ ਦਾ ਮਤਲਬ ਜਿਹੜਾ ਮੈਕਸਿਮਮ ਟੈਕਸ ਪੇਅਰ ਹੈ ਉਹ ਕੀ ਕਰਦੇ ਨੇ ਉਹ ਟੈਕਸਪੇਅਰ ਦੀ ਮਨੀ ਦੇ ਥਰੂ ਐ ਨਹੀਂ ਵੀ ਟੈਕਸਪੇਅਰ ਦਾ ਆਪਾਂ ਕਹੇ ਇਹ ਮਨੀ ਚੋਰੀ ਕਰ ਰਹੇ ਨੇ ਉਹ ਉਵਰਤ ਰਹੇ ਨੇ ਨਹੀਂ ਉਹ ਟੈਕਸਪੇਅਰ ਦੀ ਮਨੀ ਦੇ ਥਰੂ ਆਪਦਾ ਪੈਸਾ ਸਰਕੂਲੇਟ ਕਰਕੇ ਨਾ ਅਬਦੇ ਤੱਕ ਵਾਪਸ ਕਮਾ ਕੇ ਲੀਗਲ ਬਣਾਉਂਦੇ ਨੇ ਮਤਲਬ ਗਲਤ ਇਲੀਗਲ ਕੰਮਾਂ ਦੇ ਵਿੱਚ ਲੀਗਲ ਢੰਗ ਨਾਲ ਪੈਸਾ ਲਾਉਣ ਦੇ ਲਈ ਉਹ ਇਦਾਂ ਕਰਦੇ ਨੇ ਤੇ ਇਦੂ ਬਾਅਦ ਉਹ ਦੇਸ਼ ਭਗਤ ਕਹਾਂਦੇ ਨੇ ਉਹ ਉਹ ਬੰਦੇ ਨੇ ਜਿਹੜੇ ਕੀ ਇਸ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਕਰਦੇ ਨੇ ਜੇ ਤੁਸੀਂ ਗੱਲ ਕਰੋ ਬਈ ਚੰਦ ਦੀ ਹੈਨਾ ਬਈ ਅਮਰੀਕਾ ਦੀ ਦਾ ਮੂਨ ਲੈਂਡਿੰਗ ਦਾ ਸੀਨ ਹੋਇਆ ਤਾਂ ਮੂਨ ਲੈਂਡਿੰਗ ਦੇ ਸੀਨ ਦੇ ਵਿੱਚ ਲੋਕ ਦਾਵਾ ਕਰਦੇ ਨੇ ਵੀ ਜਿਹੜੀਆਂ ਜੀ ਫੇਕ ਨੇ ਜਿਹੜੀ ਉਹਨਾਂ ਨੇ ਮੂਨ ਲੈਂਡਿੰਗ ਉਹ ਬਣਾ ਕੇ ਦਿਖਾਈ ਵੀ ਹੁਣ ਉਹਦੇ ਵਿੱਚ ਉਨ ਲੋਕਾਂ ਦੀ ਗੱਲ ਬਿਲਕੁਲ ਸੱਚ ਹੈ ਵੀ ਉਹ ਵੀਡੀਓ ਬਿਲਕੁਲ ਨਕਲੀ ਸੀ ਸਟੂਡੀਓ ਬਣਾਈ ਸੀ ਸਟੀਵਨ ਸਪੀਲਬਰਗ ਵਰਗੇ ਬੰਦਿਆਂ ਨੇ ਬਣਾਈ ਸੀ ਜਿਨ੍ਹਾਂ ਨੇ 3rd ਇਨਕਾਊਂਟਰ ਵਰਗੀ ਫਿਲਮ ਬਣਾਈ ਇਹ ਕੀ ਘਟਨਾ ਸਰੇ ਦੇ ਬਾਰੇ ਪਲੀਜ਼ ਦੱਸ ਹਾਂ ਹਾਂ ਉਹ ਦੱਸ ਰਿਹਾ ਜੀ ਉਹ ਕੀ ਹੋਇਆ ਵੀ ਯੂਐਸ ਮੂਨ ਦੇ ਉੱਪਰ ਗਿਆ ਉਹ ਜਿਹੜਾ ਹੈਗਾ ਕਹਿੰਦੇ ਵੀ ਉਹ ਉਸ ਟਾਈਮ ਰਸ਼ੀਆ ਤੇ ਯੂਐਸ ਦੇ ਵਿੱਚ ਰੇਸ ਚੱਲ ਰਹੀ ਸੀ ਵੀ ਚੰਦ ਤੇ ਜਾਣ ਦੀ ਜਾਂ ਦੂਸਰੇ ਪਲੈਨੈਟਸ ਤੇ ਜਾਣ ਦੀ ਤਾ ਅਮਰੀਕਾ ਦੇ ਕਿਉਂਕਿ ਕੈਨੇਡੀ ਨੇ ਇਹ ਚੈਲੰਜ ਕੀਤਾ ਸੀ ਵੀ ਅਸੀਂ ਉਹਨਾਂ ਤੋਂ ਪਹਿਲਾਂ ਅਮਰੀਕਨ ਲੋਕਾਂ ਨੂੰ ਵੀ ਜਾਵਾਂਗੇ ਆਪਾਂ ਉਹਨਾਂ ਨੇ ਇੱਕ ਫੋਟੋ ਬਣਾਈ ਯੂਟਾ ਸਾਈਡ ਦੇ ਵਿੱਚ ਹੈਨਾ ਯੂਟਾ ਸਾਈਡ ਡੇਜ਼ਰਟ ਹੈ ਉਹ ਵਾਈਟ ਜਿਹਾ ਉੱਥੇ ਨਾ ਨਮਕ ਵਾਲਾ ਰੇਤਾ ਹੁੰਦਾ ਉਹਦੇ ਵਿੱਚ ਜਾ ਕੇ ਛੋਟੇ ਛੋਟੇ ਜਿਹਾ ਉੱਥੇ ਪਹਾੜਲੇ ਬਣਾ ਕੇ ਦਿਖਾਤੀ ਬੀਜੀ ਇਹ ਚੰਦ ਦੀ ਹੈ ਕਾਫੀ ਸ਼ੂਟਿੰਗ ਜਿਹੜੀ ਉਹਦੀ ਹੋਗਾ ਇਹ ਕਿਨੇ ਕੀਤਾ ਸੀ ਯੂਐਸ ਵਾਲਿਆਂ ਨੇ ਯੂਨਾਈਟਿਡ ਸਟੇਟਸ ਨੇ ਉਹ ਸਾਰੀ ਨੈਸ਼ਨਲ ਮੀਡੀਆ ਦੇ ਉਹਨਾਂ ਨੇ ਲਾਈਵ ਟੈਲੀਕਾਸਟ ਦਿਖਾਇਆ ਸੀ ਵੀ ਆਹ ਦੇਖੋ ਚੰਦ ਤੇ ਆਪਣੇ ਬੰਦੇ ਪਹੁੰਚ ਗਏ ਹੈਨਾ ਤਾਂ ਉਹਦੇ ਬਾਰੇ ਮੈਕਸਿਮਮ ਅਮਰੀਕਨਸ ਨਹੀਂ ਮੰਨਦੇ ਵੀ ਉਹ ਸਾਰੇ ਕਹਿੰਦੇ ਨੇ ਮੂਨ ਲੈਂਡਿੰਗ ਫੇਕ ਸੀ ਹੁਣ ਉਹ ਅੱਧਾ ਸੱਚ ਹੈ ਉਹ ਵੀਡੀਓ ਜਿਹੜੀ ਹੈਗੀ ਹੈ ਸਟੂਡੀਓ ਦੇ ਵਿੱਚ ਬਣਾਈ ਗਈ ਸੀ 100% ਸਹੀ ਹੈ ਪਰ ਉਹਦਾ ਮਤਲਬ ਇਹ ਨਿਕਲਦਾ ਵੀ ਇਹ ਚੰਦ ਤੇ ਕਦੇ ਗਏ ਨਹੀਂ ਇਹ ਬਿਲਕੁਲ ਝੂਠ ਹੈ ਉਹਦਾ ਮਤਲਬ ਇਹ ਹੈ ਵੀ ਇਹ ਚੰਦ ਤੇ ਰੋਜ਼ ਵਾਂਗੂ ਜਾਂਦੇ ਆਂਦੇ ਨੇ ਇਹਨਾਂ ਕੋ ਨਾਰਮਲੀ ਉਹ ਵੀਕਲ ਨੇ ਚੰਦ ਤੱਕ ਜਾਂਦੇ ਤੇ ਇੱਥੇ ਇਹਨਾਂ ਨੂੰ ਚੰਦ ਤੇ ਕੀ ਮਿਲਿਆ ਬਸ ਇਹ ਤੁਹਾਨੂੰ ਉਹ ਅਸਲੀ ਫੋਟੋਆਂ ਨਹੀਂ ਦਿਖਾਣਾ ਜਾਂਦੇ ਹੂੰ ਕਿਹਨੇ ਜੀ ਆਪਾਂ ਕਿਸੇ ਜਗ੍ਹਾ ਗਏ ਆਪਾਂ ਨੂੰ 1.5 ਕਰੋੜ ਰੁਪਈਆ ਮਿਲਿਆ ਮੰਨ ਲਓ ਆਪਾਂ ਉਹ মিডিਆ ਦੀ ਹਾਜ਼ਰੀ 'ਚ ਚੱਲੇ ਆਪਾਂ ਪੱਤਰਕਾਰਾਂ ਖੜੀ ਪਈ ਰੇ ਬਾਹਰ ਹੀ ਖੜੀ ਇੱਕ ਮਿੰਟ ਮੈਨੂੰ ਕੋਈ ਫੋਨ ਆਇਆ ਜਾਂ ਮੇਰਾ ਕੋਈ ਅੰਦਰ ਬੰਦਾ ਆਪਾਂ ਉਹਨੂੰ ਬਾਹਰ ਕਰਾਂਗੇ ਪਹਿਲਾਂ ਇਹਨੂੰ ਕਹਾਂਗੇ ਸਮੇਟ ਕੇ ਸਟੋਰ 'ਚ ਸਿੱਟ ਗੁਰੂ ਇਹਨੂੰ ਨਾ ਦੇਖ ਲੈਣੇ ਵੀ ਮੈਨੂੰ 1.5 ਕਰੋੜ ਮਿਲਿਆ ਮਸਲਾ ਇਹ ਨਹੀਂ ਹੈ ਵੀ ਉਹ ਮੈਨੂੰ ਪਿਕਚਰਾਈਜ਼ ਕਰ ਰਹੇ ਨੇ ਮੈਨੂੰ ਹਾਈਲਾਈਟ ਕਰ ਰਹੇ ਨੇ ਮੈਨੂੰ ਬੂਸਟ ਅਪ ਕਰ ਰਹੇ ਨੇ ਜਾਂ ਮੈਨੂੰ ਹਾਈਪ ਦੇ ਰਹੇ ਨੇ ਮਸਲਾ ਇਹ ਹੈ ਵੀ ਮੇਰੇ ਹੱਥ ਤੱਕ ਲੱਗਿਆ 1.5 ਕਰੋੜ ਤੁਹਾਡਾ ਕੀ ਤਾਂ ਕਹਿਣਾ ਇਹ ਤਾਂ ਨਹੀਂ ਕਿ ਇਲੂਮਿਨਾਟੀ ਵਰਗੇ ਲੋਕ ਯੂਐਫਐਸ ਉਹ ਯੂਐਫਓ ਚ ਬੈ ਕੇ ਮੂੰਹ ਦੇ ਵਿੱਚ ਆਣ ਜਾਣ ਕਰ ਰਹੇ ਨੇ ਰੋਜ਼ ਸਰ ਮੈਂ ਇੱਕ ਛੋਟੀ ਜੀ ਮਤਲਬ ਉਸ ਚੀਜ਼ ਨੂੰ ਤੁਸੀਂ ਰੀਲੋਏਟ ਕਰ ਪਾਓ ਜਾਂ ਦਰਸ਼ਕ ਕਰ ਪਾਣ ਮੈਂ ਤੁਹਾਨੂੰ ਛੋਟੀ ਜੀ ਚੀਜ਼ ਦਾ ਇਹਦਾ ਜਵਾਬ ਦੇਣਾ ਲੌਜੀਕਲੀ ਲੌਜੀਕ ਨਾਲ ਵੀ ਕਿੱਦਾਂ ਮੈਨੂੰ ਇੱਕ ਬੰਦੇ ਨੇ ਇੰਟਰਵਿਊ ਤੇ ਸਵਾਲ ਕੀਤਾ ਮੈਂ ਇੰਟਰਵਿਊ ਦੇਣ ਗਿਆ ਮੇਰੇ ਜਿਹੜੇ ਬੌਸ ਟੂ ਬੀ ਮਤਲਬ 익ਸਪੈਕਟਿਡ ਬੌਸ ਸੀਗੇ ਉਹਨਾਂ ਨੇ ਸਵਾਲ ਕੀਤਾ ਵੀ ਜੇ ਹੁਣੀ ਤੇਰੇ ਕੋਲ 10 ਕਰੋੜ ਰੁਪਈਆ ਆ ਜੇ ਤਾਂ ਤੂੰ ਸੋਚ ਕੇ ਦੱਸ ਤੂੰ ਉਹਦਾ ਕੀ ਕਰੇਗਾ ਮੈਂ ਉਹਨੂੰ ਕਿਹਾ ਸਰ ਮਾਈਂਡ ਤਾਂ ਨਹੀਂ ਕਰਦੇ ਇੱਕ ਗੱਲ ਕਵਾਂ ਕਹਿੰਦਾ ਹਾਂਜੀ ਦੱਸੋ ਖੁੱਲਕੇ ਕਹੋ ਮੈਂ ਕਿਹਾ ਵੀ ਸੌਰੀ ਤੁਸੀਂ ਮੇਰੇ ਬੌਸ ਬਣਨ ਦੇ ਲਾਇਕ ਨਹੀਂ ਹੈਗੇ ਕਹਿੰਦਾ ਹੈ ਵਾਟ ਆਰ ਯੂ ਸੇਇੰਗ ਤੇ ਕਹਿੰਦਾ ਦੈਟਸ ਵੈਰੀ ਰੂਡ ਮੈਂ ਕਿਹਾ ਸਰ ਮੇਰੇ ਕੋਲ 10 ਕਰੋੜ ਖੜੇ ਪੈਰੀ ਆ ਜੇ ਮੈਂ ਪਾਗਲਾਂ ਮੈਂ ਸੋਚੂੰਗਾ ਮੈਂ ਉਹਦਾ ਕੀ ਕਰਾਂ ਮੈਂ ਇੱਕ ਸੀਏ ਬਿਠਾਉਂਗਾ ਕੋਲ ਇੱਕ ਬਿਠਾਉਂਗਾ ਇਨਕਮ ਟੈਕਸ ਦਾ ਵਕੀਲ ਵੀ ਭਾਈ ਸੋਚੋ ਇਹਦਾ ਕੀ ਕਰੀਏ ਕਿੱਥੇ ਲਾਈਏ ਇਹਨੂੰ ਮੈਂ ਪਾਗਲ ਹਾਂ 10 ਕਰੋੜ ਦਾ ਮਾਲਕ ਹੋ ਕੇ ਵੀ ਜਿਵੇਂ ਦਿਮਾਗ ਤੇ ਵਜ ਨਹੀਂ ਪਾਈ ਰੱਖਣਾ ਮੈਂ ਪਾਗਲ ਹਾਂ ਮੇਰੇ ਕੋਲ 10 ਕਰੋੜ ਦਾ ਕੀ ਫਾਇਦਾ ਹੂੰ ਮੇਰਾ ਆਨਸਰ ਮੈਨੂੰ ਮਿਲ ਗਿਆ ਕਿ ਇਲੂਮੀਨਾਟੀ ਵਾਲਿਆਂ ਨਾਲ ਕੋਈ ਟਾਈਮ ਹੀ ਨਹੀਂ ਹੈਗਾ ਇਹ ਬਨਾਂ ਟਾਈਮ ਹੀ ਨਹੀਂ ਹੈਗਾ ਉਹ ਅਨੀਆਂ ਚੀਜ਼ਾਂ ਉਹ ਸਰ ਸੁਪਰ ਨੈਸ਼ਨਲ ਲੋਕ ਨੇ ਉਹ ਉਹ ਲੋਕ ਨੇ ਜਿਹਦੇ ਮੈਂ ਤੁਹਾਨੂੰ ਕੁਝ ਨਾਮ ਦੱਸ ਦਿਨਾ ਵੀ ਜਿਹੜੇ ਬੰਦੇ ਇਲੂਮੀਨਾਟੀ ਦੇ ਵਿੱਚ ਰਹੇ ਨੇ ਆਪਣੇ ਮਤਲਬ ਯੂ ਐਸ ਦੇ ਪ੍ਰੈਜ਼ੀਡੈਂਟ ਸੀ ਰੋਨਲਡ ਰੀਗਨ ਰਹੇ ਨੇ ਉਹਦੇ ਵਿੱਚ ਹੈਨਾ ਉਹਦੇ ਵਿੱਚ ਮਤਲਬ ਜਿਹੜੇ ਅਮਰੀਕਾ ਦੇ ਵਿੱਚ ਮਤਲਬ ਜਾਂ ਰਹਿਣ ਵਾਲੇ ਲੋਕ ਨੇ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਅਮਰੀਕਾ ਬਾਰੇ ਕੁਝ ਨੋਲੇਜ ਥਰੂ ਨੈਟ ਜਾਂ ਇੰਟਰਨੈਟ ਜਾਂ ਥਰੂ ਪਰਸਨਲੀ ਜਾਣਦੇ ਨੇ ਉਹ ਮਤਲਬ ਬਹੁਤ ਸਾਰੇ ਜਿਹੜੇ ਜਿਹੜੇ ਨੇ ਮਤਲਬ ਕੁਝ ਇੱਕ ਬੰਦੇ ਜਿਹੜੇ ਨੇ ਇਹਨਾਂ ਦੀ ਫੈਮਿਲੀ ਚੋਂ ਰਾਥਸਚਾਈਲਡ ਫੈਮਿਲੀ ਚੋਂ ਰਹੇ ਨੇ ਰੌਕਫੈਲਰ ਚੋਂ ਦੀ ਫੈਮਿਲੀ ਚੋਂ ਰਹੇ ਨੇ ਤੇ ਕੁਝ ਵੱਡੇ ਸਾਇੰਟਿਸਟ ਜਿਹੜੇ ਜਿਵੇਂ ਐ ਐਨਰੀਕੋ ਫਰਮੀ ਫਰਮੀ ਪੈਰਾਡੌਕਸ ਵਾਲੇ ਵਰਨਰ ਵਾਨਬਰਨ ਮਤਲਬ ਅਮਰੀਕਾ ਦਾ ਮੈਂ ਤੁਹਾਨੂੰ ਮਤਲਬ ਸਪੈਸ਼ਲੀ ਪਹਿਲਾਂ ਆਪਾਂ ਗੱਲ ਵੀ ਕਰ ਰਹੇ ਸੀਗੇ ਵੀ ਅਮਰੀਕਾ ਦਾ ਜਿਹੜੀ ਕਿਸਮਤ ਬਦਲੀ ਨਾ ਟੈਕਨੋਲੋਜੀਕਲੀ ਕਿਸਮਤ ਬਦਲੀ ਹੁਣ ਤੁਸੀਂ ਇੱਕ ਚੀਜ਼ ਸੋਚੋ ਪਿਛਲੇ 200 ਸਾਲ ਤੋਂ ਸੰਸਾਰ ਸਾਡੇ ਤੇ ਗੋਰੇ ਰਾਜ ਕਰ ਰਹੇ ਕਦੇ ਮੁਗਲ ਰਾਜ ਕਰ ਰਹੇ ਬੜਾ ਹੌਲੀ-ਹੌਲੀ ਚੱਲ ਰਿਹਾ ਬੜੀ ਹੌਲੀ-ਹੌਲੀ ਕੋਈ ਤਰੱਕੀ ਦੀ ਕੋਈ ਐ ਰੇਸ਼ੋ ਨਹੀਂ ਵੀ ਤੁਸੀਂ ਕਹੋ ਵੀ ਕੱਲ ਤੱਕ ਮਤਲਬ ਮੈਂ ਚਲੋ ਇਹ ਵੱਡਾ ਦਾਵਾ ਕਰ ਦਿੰਨਾ ਦਾਵਾ ਹੀ ਹੈ ਇੱਕਾਂ ਹੀ ਸਮਝ ਲਓ ਵੀ ਅੱਜ ਤੋਂ 100 ਸਾਲ ਪਹਿਲਾਂ ਕੋਈ ਕਹੇ ਵੀ ਆਹ ਜੀ ਪੱਖਾ ਸੀਗਾ ਆਹ ਜੀ ਸਾਨੇ ਜੀ 25 ਸਾਲਾਂ ਬਾਅਦ ਤੱਕ ਵੀ ਕਿਸੇ ਨੇ ਕੂਲਰ ਦੇਖਿਆ ਹੋਵੇ ਪੱਖੇ ਤੋਂ ਪੱਖੇ ਤੋਂ ਕੂਲਰ ਤੱਕ ਪਹੁੰਚਦੇ ਪਹੁੰਚਦੇ ਸਾਨੂੰ 70 70 80 80 ਸਾਲ ਲੱਗੇ ਨੇ ਸਰ ਤੇ ਅਸੀਂ ਦਿਨਾਂ ਦੇ ਵਿੱਚ ਹੀ ਮੋਬਾਈਲ ਟੈਕਨੋਲੋਜੀ ਆ ਰਹੀ ਆ ਜੀ ਨਾਲ ਦੀ ਲੇਜ਼ਰ ਟੈਕਨੋਲੋਜੀ ਆ ਰਹੀ ਆ ਮਾਈਕ੍ਰੋਵੇਵ ਟੈਕਨੋਲੋਜੀ ਆ ਰਹੀ ਆ ਐਕਸ-ਰੇਜ਼ ਆ ਰਹੀਆਂ ਗਾਮਾ ਰੇਜ਼ ਆ ਰਹੀਆਂ ਬੀਟਾ ਰੇਜ਼ ਆ ਰਹੀਆਂ sigma waves ਆ ਰਹੀਆਂ ਨੇ ਕਿੱਥੋਂ ਆ ਗਿਆ ਜ਼ਰਾ ਕੁਝ ਇੰਨੀ ਟੈਕਨੋਲੋਜੀਕਲ ਚੇਂਜ ਕਿਵੇਂ ਹੋਈ ਉਹ ਕਿਵੇਂ ਹੋਈ ਉਹਦਾ ਰੀਜ਼ਨ ਦੱਸਦਾ ਤੁਹਾਨੂੰ ਬਈ ਅਮਰੀਕਾ ਕੀ ਕਰਿਆ ਜਾ ਰਿਹਾ ਇੰਡਸਟਰੀਅਲਿਸਟ ਕੀ ਕਰਦੇ ਨੇ ਜਿਹੜੇ ਸੁਪਰ ਰਿਚ ਲੋਕ ਨੇ ਉਹ ਕੀ ਕਰਦੇ ਨੇ ਐਦਾਂ ਦੀਆਂ ਜਿਹੜੀਆਂ ਐਗਜ਼ੋਟਿਕ ਟੈਕਨੋਲੋਜੀਜ਼ ਕਿੱਥੋਂ ਆਈਆਂ ਸੀ ਸਾਡੇ ਕੋਲ ਇਤਿਹਾਸ ਦੇ ਵਿੱਚ ਤੁਸੀਂ ਦੇਖੋ ਤਾਂ ਹਰ ਮਤਲਬ ਹਰ ਸਮਿਆਂ ਦੇ ਵਿੱਚ ਜਿਹਨੂੰ ਮੌਮਡਨ ਲੋਕਾਂ ਨੇ ਤਲਿਸਮਾਨ ਤਲਿਸਮੀ ਚੀਜ਼ਾਂ ਆਪਾਂ ਕਹਿੰਦੇ ਆ ਉਪਾਰਟ ਆਊਟ ਆਫ ਪਲੇਸ ਆਰਟਿਕਲਸ ਇਸ ਧਰਤੀ ਦੇ ਨਹੀਂ ਇਹ ਇਹ ਕੁਛ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕੁਦਰਤ ਦੇ ਨਿਯਮਾਂ ਦੇ ਉਲਟ ਚੱਲਦੀਆਂ ਨੇ ਜਿੱਦਾਂ ਰੈਡ ਮਰਕਰੀ ਹੋ ਗਿਆ ਆਪਾਂ ਬਹੁਤ ਸਾਰੀਆਂ ਇੰਡੀਆ ਦੇ ਵਿੱਚ ਜਗ੍ਹਾ ਨੇ ਅਸੀਂ ਆ ਜਿਹੜੀਆਂ ਅਨਾਰਮਲੀਜ਼ ਨੇ ਹੈਨਾ ਗ੍ਰੈਵਿਟੀ ਹਿਲਸ ਹੋ ਗਈਆਂ ਜਾਂ ਆਪਾਂ ਜਵਾਲਾਜੀ ਕਹਦੀਏ ਜਿਹੜੀਆਂ ਲਾਟਾਂ ਨੇ ਹੈਨਾ ਜਾਂ ਰੈਡ ਮਤਲਬ ਕੁਝ ਲੋਕ ਜਾਣਦੇ ਨੇ ਕਿ ਰੈਡ ਮਰਕਰੀ ਦੇ ਡਿਪੋਜ਼ਿਟ ਹੋਣਗੇ ਮਣੀ ਕਰਨ ਵਗੈਰਾ ਜਿੱਥੇ ਪਾਣੀ ਜਿਹੜਾ ਹੈਗਾ ਕੋਈ ਐ ਨਹੀਂ ਵੀ ਆਪਾਂ ਉਹਨੂੰ ਥੱਲੇ ਕੋਈ ਉੱਥੇ ਜਵਾਲਾਮੁਖੀ ਦਿਖ ਰਿਹਾ ਹੈ ਨਾ ਫੇਰ ਵੀ ਉਹ ਪਾਣੀ ਟੈਂਪਰੇਚਰ ਵਧ ਰਿਹਾ ਇਹ ਚੀਜ਼ਾਂ ਕੀ ਹੁੰਦੀਆਂ ਨੇ ਇਹਨਾਂ ਨੂੰ ਅਨਾਰਮਲਿਸ ਕਹਿੰਦੇ ਆ ਜਾਂ ਅਪਵਾਦ ਕਹਿ ਦਿੰਦੇ ਆ ਜਿਹੜੀਆਂ ਕੁਦਰਤ ਦੇ ਨਾਰਮਲ ਨਿਯਮਾਂ ਤੋਂ ਉਲਟ ਵੀ ਹੁੰਦੀਆਂ ਨੇ ਕਿਉਂਕਿ ਅਸੀਂ ਥੋੜੀ ਨਾਲ ਸੈੱਟ ਕੀਤੇ ਨੇ ਇਹ ਨਿਯਮ ਕੁਦਰਤ ਨੇ ਕੀਤੇ ਨੇ ਕੁਦਰਤ ਦੇ ਬਾਰੇ ਅਸੀਂ ਹਜੇ ਤੱਕ ਕੀ ਜਾਣ ਪਾਏ ਆ ਅਰਥ ਦਾ ਅਸੀਂ ਦਾਵਾ ਕਰਦੇ ਆਂ ਵੀ ਅਸੀਂ ਹੁਣ ਤੱਕ ਜਿਹੜੀ 39% ਅਰਥ ਐਕਸਪਲੋਰ ਕਰ ਚੁੱਕੇ ਆ 19% ਵੀ ਨਹੀਂ ਕੀਤੀ ਅਰ 30 ਵੱਡੀ ਹੈ ਇੰਨਾਂ ਇਦਾਰ ਤੱਕ ਕੁਛ ਹੈ ਮਤਲਬ ਬਹੁਤ ਸਾਰੀ ਤਾਂ ਇਹ ਜਿਹੜੇ ਸਾਨੂੰ ਫੋਟੋ ਦਿਖਾਈ ਜਾਂਦੀ ਆ ਵੀ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਏਰੀਆ ਇਹ ਮੰਗਲ ਹੈ ਉਹ ਕੋਈ ਉਹ ਧਰਤੀ ਤੇ ਨਹੀਂ ਨੇ ਏਰੀਏ ਸਾਰੇ ਜਿਹੜੇ ਏਲੀਅਨਸ ਕਹਿੰਨੇ ਆ ਏਲੀਅਨਸ ਪਿਛਲੀ ਵਾਰ ਮੈਂ ਤੁਹਾਨੂੰ ਇਹੀ ਕਨਸੈਪਟ ਕਲੀਅਰ ਕਰਨਾ ਚਾਹੁੰਦਾ ਸੀ ਵੀ ਏਲੀਅਨਸ ਜਿਹੜੇ ਨੇ ਨਾ ਅਗਰ ਤੁਸੀਂ ਸੋਚ ਰਹੇ ਹੋ ਵੀ ਏਲੀਅਨਸ ਕੋ ਇੰਟਰਪਲੈਨੇਟਰੀ ਬੀਇੰਗਸ ਨੇ ਵੀ ਇਹੇ ਰਾਤ ਨੂੰ ਜਿਹੜੇ ਆਪਾਂ ਅਸਮਾਨ ਚ ਦੇਖਦੇ ਆ ਗੋਲਾ ਕਹਿੰਦੇ ਨੇ ਜਿਹਨੂੰ ਅਮਰਖਾਨ ਵੀ ਉਹ ਗੋਲੇ ਤੋਂ ਆਇਆ ਇਹ ਇੱਕ ਗੋਲੇ ਤੋਂ ਆਇਆ ਤਾਂ ਉਹ ਕੋਈ ਗੋਲੇ ਗੁਲੇ ਨਹੀਂ ਉੱਥੇ ਉਹ ਸਾਰੇ ਗੋਲੇ ਛੋਲੇ ਜਿਹੜੇ ਇਹਨੇ ਆਪਾਂ ਨੂੰ ਕਹਿੰਦੇ ਨੇ ਕੋਈ ਏਲੀਅਨ ਉਸ ਗੋਲੇ ਤੋਂ ਇੱਥੇ ਗੋਲੇ ਤੇ ਨਹੀਂ ਆਇਆ ਕਿਉਂਕਿ ਉਸ ਗੋਲੇ ਤੇ ਕੋਈ ਏਲੀਅਨ ਹੈ ਹੀ ਨਹੀਂ ਇਹ ਏਲੀਅਨਸ ਜਿਹੜਾ ਨਾ ਮਤਲਬ ਕਿ ਸਾਨੂੰ ਦਿਖਾ ਦਿੱਤਾ ਗਿਆ ਵੀ ਯੂ ਐਫ ਓ ਜਿਹੜੇ ਨੇ ਏਲੀਅਨ ਦੇ ਨੇ ਏਲੀਅਨ ਜਿਹੜੇ ਨੇ ਉਹ ਇੰਟਰਪਲੈਨੇਟਰੀ ਬੀਇੰਗਸ ਨੇ ਵੀ ਦੂਜੇ ਗ੍ਰਹਿਾਂ ਤੋਂ ਆਏ ਹੋਏ ਪ੍ਰਾਣੀ ਨੇ ਉੱਥੇ ਜੀਵਨ ਹੈ ਇਹ ਝੂਠੇ ਨੈਰੇਟਿਵ ਨੇ ਦੋਨੋਂ ਜਾਣ ਬੁੱਝ ਕੇ ਸੈੱਟ ਕੀਤੇ ਹੋਏ ਵੀ ਲੋਕ ਇਦਾਂ ਸੋਚਦੇ ਰਹੇ ਨ ਕਮਲੇ ਇੰਨਾ ਚੀਜ਼ਾਂ ਬਾਰੇ ਕਿਉਂਕਿ ਇਹ ਚੀਜ਼ਾਂ ਕਿਉਂ ਸਾਹਮਣੇ ਆਣ ਲੱਗੀਆਂ ਹੁਣ ਇਹ ਹਰ ਬੰਦਾ ਮਤਲਬ ਯੂ ਐਫ ਓ ਤੇ ਗੱਲ ਕਿਉਂ ਕਰਨ ਲੱਗ ਪਿਆ ਇਹ ਟਾਪਿਕ ਕਿਉਂ ਜ਼ਰੂਰੀ ਹੈ ਹਾਂ ਕਿਉਂ ਕਿਉਂ ਜ਼ਰੂਰੀ ਹੈ ਹੁਣ ਹਾਰਵਰਡ ਦੇ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਨੇ ਦੁਨੀਆ ਦੇ ਸਭ ਤੋਂ ਬੈਸਟ ਪ੍ਰੋਫੈਸਰ ਪ੍ਰੋਫੈਸਰ ਐਵੀ ਲੋਇਬ ਨਾਮ ਸਰਚ ਕਰ ਲਿਓ ਕੌਣ ਨੇ ਹਾਰਵਰਡ ਯੂਨੀਵਰਸਿਟੀ ਕੀ ਆ ਦੁਨੀਆ ਦੇ ਹਰ ਸਟੂਡੈਂਟ ਦਾ ਸੁਪਨਾ ਹੁੰਦਾ ਉੱਤੇ ਪੜ੍ਹਨਾ ਉੱਥੇ ਦੇ ਸਾਇੰਟਿਸਟ ਐਵੀ ਲੋਇਬ ਕਹਿੰਦੇ ਨੇ ਯੈਸ ਹੁੰਦੇ ਨੇ एलियंस है ना ਸਾਡੇ ਇਸਰੋ ਦੇ ਸਾਇੰਟਿਸਟ ਔਨ ਰਿਕਾਰਡ ਕਈ ਕਹਿ ਚੁੱਕੇ ਹਨ ਵੀਰ ਦੇ ਪੋਡਕਾਸਟ ਦੇ ਵਿੱਚ ਕਹਿ ਚੁੱਕੇ ਉਹ ਦੋ ਤਿੰਨ ਸਾਇੰਟਿਸਟ ਕਿ ਵੀ ਹਾਂ એલियंस ਹੈਗੇ ਨੇ એલियंस ਹੈਗੇ ਨੇ ਪਰ ਅਸੀਂ ਉਹਨੂੰ ਮਤਲਬ ਜੋ ਅਸੀਂ ਦਿਮਾਗ 'ਚ ਸੋਚ ਕੇ ਬੈਠਿਆ ਵੀ ਆਹ ਹੁੰਦੇ ਨੇ એલિયન ਉਹ ਨਹੀਂ ਹੈਗੇ ਉਹ ਉਹ ਕੋਈ ਇੰਟਰਪਲੈਨੇਟਰੀ ਨਹੀਂ ਹੈਗੇ એલિયન ਡਸਨਟ ਮੀਨ એલિયન ਦਾ ਮਤਲਬ ਹੈ ਉਪਰਾ ਇਸ ਸ਼ਬਦ ਦਾ ਮਤਲਬ ਉਪਰਾ ਉਪਰਾ ਦਾ ਮਤਲਬ ਨਾਨ ਹਿਊਮਨ ਜਿਹੜਾ ਕਿ ਹਿਊਮਨ ਨਹੀਂ ਹੈ ਔਰ ਸਾਡਾ ਜਿਵੇਂ ਲਾ ਲੋ ਵੀ ਅਸੀਂ ਇੱਕ ਤਰ੍ਹਾਂ ਦੀ ਹੋਮੋ ਸੇਪੀਅਨ ਸੇਪੀਅਨ ਸਪੀਸੀਜ਼ ਦੇ ਬੰਦੇ ਆ ਕੋਈ ਲੈਸ ਹੈ ਕੋਈ ਥੋੜਾ ਜਿਹਾ ਵੱਡਾ ਇਹ ਝੂਠ ਹੈ ਵੀ ਅਸੀਂ 6000 ਸਾਲ ਪੁਰਾਣੀ ਸਭਿਤਾ ਇੱਥੇ ਰਹਿ ਰਹੇ ਆ ਇਜੀਪਟ ਦੇ ਪੀਰਾਮਿਡ ਇਸ ਗੱਲ ਦਾ ਪ੍ਰੂਫ ਨੇ ਡਰੀਯੰਕੂ ਇਸ ਚੀਜ਼ ਦਾ ਪ੍ਰੂਫ ਹੈ ਜਿਹੜਾ ਮਤਲਬ ਟਰਕੀ ਦੇ ਵਿੱਚ ਟਰਾਏ ਦੇ ਜਿਹੜੇ ਉਹ ਮਿਲੇ ਸੀਗੇ ਨਾ ਟ੍ਰੋਜਨ ਵਾਰ ਵਾਲੇ ਉਹ ਸਾਰੇ ਪ੍ਰੂਫ ਨੇ ਬਾਕੀ ਗੋਬੈਕਲੀ ਟੇਪੀ ਜਿਹੜਾ ਹੈਗਾ ਉਹ ਪ੍ਰੂਫ ਹੈ ਇਸ ਚੀਜ਼ ਦਾ ਵੀ ਜਿਹੜੀਆਂ ਸਭਿਤਾਵਾਂ ਨੇ ਲੱਖਾਂ ਸਾਲ ਤੋਂ ਸਭਿਤਾਵਾਂ ਹੁੰਦੀਆਂ ਆਈਆਂ ਮਿਟਦੀਆਂ ਆਈਆਂ ਉਹਨਾਂ ਨੇ ਗਲਤੀਆਂ ਕੀਤੀਆਂ ਨਿਊਕਲੀਅਰ ਵਾਰਸ ਕੀਤੀਆਂ ਐਟਲੈਂਟਿਕ ਦੀ ਸੱਭਤਾ ਹੋਈ ਹਾਈਪਰਬੋਰੀਆ ਦੀ ਹੋਈ ਲਿਮੂਰੀਆ ਦੀ ਹੋਈ ਬੜੀਆਂ ਸੱਭਤਾਵਾਂ ਹੋਈਆਂ ਤੇ ਹੁਣ ਵੀ ਉਹ ਪ੍ਰੈਜ਼ੈਂਟ ਨੇ ਅੰਟਾਰਕਟਿਕਾ ਦੇ ਵਿੱਚ ਬਹੁਤ ਸਾਰੀਆਂ ਸੱਭਤਾਵਾਂ ਰਹਿ ਰਹੀਆਂ ਨੇ ਉੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਇਕੱਠੀਆਂ ਰਹਿ ਰਹੀਆਂ ਨੇ ਇਵਨ ਹਿਟਲਰ ਹਿਟਲਰ ਮਰਿਆ ਨਹੀਂ ਸੀਗਾ ਇੱਕ ਝੂਠਾ ਨੈਰੇਟਿਵ ਸੀਗਾ ਵਿੱਚ ਹਿਟਲਰ ਮਾਰਤਾ ਉਹ ਹਿਟਲਰ ਦੇ ਜਿਹੜਾ ਹਿਟਲਰ ਨੇ ਕਿਹਾ ਮੇਰੇ ਹੱਥ ਵੀਰੋ ਇਹੀ ਜੀ ਟੈਕਨੋਲੋਜੀ ਲੱਗੀ ਮੈਨੂੰ ਤੁਹਾਡੀ ਦੁਨੀਆ ਦੀ ਲੋੜ ਨਹੀਂ ਮੈਨੂੰ ਤੁਹਾਡੇ ਵਰਗੇ ਇੰਟਰਸਟਾਂ ਦੀ ਲੋੜ ਨਹੀਂ ਮੈਨੂੰ ਤੁਹਾਡੇ ਵਾਂਗੂ ਏਸ ਟੈਕਨੋਲੋਜੀ ਦੇ ਨਿਊਕਲੀਅਰ ਟੈਕਨੋਲੋਜੀ ਦੇ ਨਿਊਕਲੀਅਰ ਫਾਈਬਰ ਬਾਰੇ ਐਟੋਮਿਕ ਚੀਜ਼ ਐਟੋਮਿਕ ਸਟਰਕਚਰ ਬਾਰੇ ਕਿ ਦੁਨੀਆ ਦਾ ਐਟੋਮਿਕ ਸਟਰਕਚਰ ਕਿੱਦਾਂ ਦਾ ਯੂਨੀਵਰਸ ਦਾ ਉਹ ਮੈਨੂੰ ਨਹੀਂ ਲੋੜ ਹੈਗੀ ਥੋੜੀ ਉਸ ਚੀਜ਼ ਨੂੰ ਮਿਲਟਰੀ ਲਈ ਯੂਜ਼ ਕਰਨ ਦੀ ਕਿਸੇ ਨੂੰ ਮਾਰਨ ਵਾਸਤੇ ਨਿਊਕਲੀਅਰ ਨੂੰ ਵੀ 30 ਲੱਖ ਵਿੱਚ ਸਾਨੂੰ ਨਿਊਕਲੀਅਰ ਬੰਬ ਮਿਲਿਆ ਹੈ ਨਾ ਸਾਨੂੰ ਕੋਈ ਬਹੁਤ ਰੇਅਰ ਚੀਜ਼ ਮਿਲੀ ਜਿਹਦੇ ਨਾਲ ਅਸੀਂ ਮਤਲਬ ਅੰਤਾਂ ਦੀ ਅੱਗ ਪੈਦਾ ਕਰ ਸਕਦੇ ਹਾਂ ਇਕਦਮ ਬੰਦੇ ਦੇ ਦਿਮਾਗ ਚ ਜਾਵੇ ਯਾਰ ਮੈਂ ਉਹ ਗੈਂਗਸਟਰ ਟਾਈਪ ਦਾ ਬੰਦਾ ਹੋਵਾਂ ਕਿ ਬਈ ਯਾਰ ਲੈ ਮੈਂ ਤਾਂ ਇਹਨਾਂ ਨੂੰ 50 ਬੰਦੇ ਉਡਾ ਦੂੰਗਾ ਮਿੰਟੋ ਮਿੰਟੀ ਕੋਈ ਜ਼ਰੂਰੀ ਹੈ ਵੀ ਉਹਦੀ ਉਹਦਾ ਉਹੀ ਯੂਜ਼ ਹੋ ਸਕੇ ਕੋਈ ਉਹਦਾ ਯੂਜ਼ ਕਰਨ ਵਾਲਾ ਇਦਾਂ ਵੀ ਸੋਚ ਸਕਦਾ ਵੀ ਯਾਰ ਅਸੀਂ ਕਾਰ ਸੇਵਾ ਦੇ ਲੰਗਰ ਖਲਾਨਨੇ ਆ ਲੋਕਾਂ ਨੂੰ 25000 ਬੰਦੇ ਨੂੰ ਲੰਗਰ ਖੁਲਾਣਾ ਚਲੋ ਸਭਾ ਦੇ ਮੇਲੇ ਚ ਆਪਾਂ ਇਸ ਟੈਕਨੋਲੋਜੀ ਨੂੰ ਵਰਤਾਂਗੇ ਉੱਥੇ ਐਨ ਕਿੰਨਾ ਲੰਗਰ ਬਣੂਗਾ ਪੋਜੀਟਿਵਲੀ ਵੀ ਸੋਚ ਸਕਦਾ ਹੈ ਉਹ ਹਿਟਲਰ ਕਹਿੰਦਾ ਗੁਰੂ ਉਹਨੇ ਬਣਾ ਲਏ ਸੀ ਇਹ ਯੂ ਐਫ ਓ ਉਸ ਟਾਈਮ ਉਹ ਨਾਜੀ ਬੈਲ ਕਹਿੰਦੇ ਨੇ ਉਹਨੂੰ ਨਾਜੀ ਬੈਲ ਕਹਿੰਦੇ ਨੇ ਤੁਸੀਂ ਸਰਚ ਕਰ ਸਕਦੇ ਹੋ ਦਰਸ਼ਕ ਵੀ ਕਰ ਸਕਦੇ ਨੇ ਨਾਜੀ ਬੈਲ ਦਾ ਕੀ ਕਨਸੈਪਟ ਸੀਗਾ ਕਿ ਨਾਜੀ ਬੈਲ ਉਹਦੇ ਵਿੱਚ ਕੀ ਸੀਗਾ ਉਹ ਲਿਕਵਿਡ ਰੈੱਡ ਮਰਕਰੀ ਨਾਲ ਚੱਲਦੀ ਸੀਗੀ ਉਹ ਬਾਬ ਲਜ਼ਾਰ ਨੇ ਵੀ ਗੱਲ ਕੀਤੀ ਆ ਬਾਬ ਲਜ਼ਾਰ ਗੱਲ ਕਰਦਾ ਹੈ ਐਲੀਮੈਂਟ 115 ਦੀ ਆਪਾਂ ਹੁਣ ਐਲੀਮੈਂਟ 115 ਦੀ ਗੱਲ ਕਰੀਏ ਉਹਦਾ ਸਿੰਪਲ ਨਾਮ ਹੈ ਮਸਕੋਵੀਅਮ ਮਸਕੋਵੀਅਮ ਕੀ ਹੁੰਦਾ ਬਾਬ ਲਜ਼ਾਰ ਬਾਰੇ ਤੁਸੀਂ ਵੀ ਜਾਣਦੇ ਹੋ ਗੱਲ ਵੀ ਕੀਤੀ ਸੀ ਬਾਬ ਲਜ਼ਾਰ ਨੇ ਗੱਲ ਕੀਤੀ ਐਲੀਮੈਂਟ 115 ਦੀ ਵੀ ਉਹਦੇ ਨਾਲ ਯੂਐਫਓਸ ਚੱਲਦੀਆਂ ਨੇ ਬਾਬ ਲਜ਼ਾਰ ਕੌਣ ਆ ਉਹਦੇ ਬਾਰੇ ਵੀ ਦੱਸ ਦਿਓ ਪਲੀਜ਼ ਬਾਬ ਲਜ਼ਾਰ ਏਰੀਆ 51 ਬਾਰੇ ਜਿਨ੍ਹਾਂ ਨੇ ਸੁਣਿਆ ਹੋਊਗਾ ਪਹਿਲੀ ਵਾਰ ਅੱਜ ਜਿਵੇਂ ਤੁਸੀਂ ਮੈਨੂੰ ਕਿਹਾ ਵੀ ਅਸੀਂ ਕਿਉਂ ਮੰਨੀ ਅਲੂਮੀਨਾਟੀ ਹੈ ਅੱਜ ਤੋਂ 50 ਸਾਲ ਪਹਿਲਾਂ ਅਮਰੀਕਨ ਲੋਕ ਤਾਂ ਇਹ ਵੀ ਜਾਣਦੇ ਨੇ ਵੀ 30 35 ਸਾਲ ਪਹਿਲਾਂ ਕੋਈ ਇਹ ਵੀ ਨਹੀਂ ਸੀ ਮੰਨਦਾ ਵੀ ਕੋਈ ਏਰੀਆ 51 ਵੀ ਹੈਗਾ ਅੱਜ YouTube ਸਪਾਈ ਪਲੇਨਸ ਬਲੈਕ ਬਰਡ ਤੁਸੀਂ ਨਾ ਸੱਚ ਸਰ ਚੱਲ ਪਤਾ ਕੀ ਰਿਹਾ ਚੱਲ ਇਹ ਰਹਿ ਰਿਹਾ ਚੱਲ ਰਿਹਾ ਡਿਸਕਲੋਜ਼ਰ ਹੋ ਰਿਹਾ ਹੁਣ ਹੁਣ ਸਰਕਾਰਾਂ ਕਿਉਂਕਿ ਇਹ ਚੀਜ਼ ਨੂੰ ਹੁੰਦੀ ਨੂੰ ਪਤਾ ਕਦੋਂ ਪਹਿਲੀ ਵਾਰ ਫਸਟ ਟਾਈਮ ਯੂ ਐਫ ਓ ਕਦੋਂ ਦਿਖੀ ਸੀਗੀ ਜੀ ਪਹਿਲੀ ਵਾਰ ਯੂ ਐਫ ਓ ਜਿਹੜੀਆਂ ਨੇ ਮਤਲਬ ਐਕਚੁਅਲ ਜਿੱਥੋਂ ਇਹਨਾਂ ਨੇ ਮਤਲਬ ਇਹ ਵੀਕਲਸ ਨੂੰ ਬਣਾਉਣ ਬਾਰੇ ਸੋਚਿਆ ਉਹ ਚੀਜ਼ਾਂ ਪਹਿਲੀ ਵਾਰ ਇਹਨਾਂ ਨੂੰ ਕਦੋਂ ਦਿਖੀਆਂ ਸੀ ਹੈ ਉਹ ਉਹ ਮਕੈਨੀਕਲ ਨਹੀਂ ਹੈਗੀਆਂ ਉਹ ਇੰਟਰ ਡਾਈਮੈਂਸ਼ਨਲ ਨੇ ਹੈਨਾ ਉਹ ਕੁਝ ਬੰਦੇ ਸਮਝ ਸਕਦੇ ਨੇ ਵੀ ਮੈਂ ਕੀ ਕਹਿਣਾ ਚਾਹ ਰਿਹਾ ਆ ਉਹ ਕਦੇ ਫੇਰ ਸਮਝਾਵਾਂਗੇ ਆਪਾਂ ਆਊਟ ਆਫ ਕੰਟੈਕਸਟ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਉਹ ਜਿਹੜਾ ਐਲੀਮੈਂਟ 115 ਹੈ ਨਾ ਉਹ ਜਿਹੜਾ ਉਹ ਸਪੇਸ ਤੇ ਟਾਈਮ ਨੂੰ ਬੈਂਡ ਕਰ ਦਿੰਦਾ ਉਹ 'ਚ ਫਰਕ ਪਾ ਦਿੰਦਾ ਉਹ ਕੱਲਾ ਦੁਨੀਆ ਦਾ ਐਸਾ ਰੇਅਰ ਅਰਥ ਮਟੀਰੀਅਲ ਹੈ కెਮਿਸਟਰੀ ਵਾਲੇ ਸਮਝਦੇ ਹੋਣਗੇ ਐਲੀਮੈਂਟ 115 ਕਹਿੰਦੇ ਨੇ ਉਹਨੂੰ ਮਸਕੋਵੀਅਮ ਉਹਦੀ ਖੂਬੀ ਕੀ ਆ ਉਹਦੀ ਪ੍ਰੋਪਰਟੀ ਕੀ ਆ ਉਹਦਾ ਗੁਣ ਕੀ ਆ ਉਹਦਾ ਗੁਣੀ ਹੈ ਵੀ ਉਹ ਸਪੇਸ ਤੇ ਮਤਲਬ ਸਪੇਸ ਤੇ ਟਾਈਮ ਨੂੰ ਬੈਂਡ ਕਰ ਦਿੰਦਾ ਫਰਕ ਪਾ ਦਿੰਦਾ ਉਹਦੇ 'ਚ ਹੁਣ ਮੈਂ ਤੁਹਾਨੂੰ ਇੰਡੀਅਨ ਲੋਕਾਂ ਨੂੰ ਇਹ ਮਤਲਬ ਬਾਹਰ ਲਿਆਂ ਨੂੰ ਤਾਂ ਇਹਦੀ ਲੋੜ ਨਹੀਂ ਹੈਗੀ ਇੰਡੀਅਨ ਲੋਕਾਂ ਨੂੰ ਕਦੇ ਕਿਸੇ ਨੇ ਦੱਸਿਆ ਨਹੀਂ ਹੋਊਗਾ ਪਰ ਮੈਂ ਇਹ ਦੱਸਣ ਲੱਗਾ ਵੀ ਐਲੀਮੈਂਟ ਬਾਬਲ ਜ਼ਾਰ ਵਾਲੀ ਚੀਜ਼ ਨੂੰ ਇੰਡੀਅਨ ਲੋਕ ਅਗਰ ਕਿਸੇ ਚੀਜ਼ ਨਾਲ ਜੋੜ ਕੇ ਦੇਖ ਸਕਦੇ ਨੇ ਤਾਂ ਉਹ ਕਿਸ ਚੀਜ਼ ਨਾਲ ਉਹ ਜੇ ਜੋੜ ਕੇ ਦੇਖ ਸਕਦੇ ਨੇ ਕਲਾਸ਼ ਪਰਬਤ ਨਾਲ ਜਿਹੜਾ ਕਲਾਸ਼ ਪਰਬਤ ਹੈ ਤਿੱਬਤ ਦੇ ਵਿੱਚ ਪੈਂਦਾ ਹੈ ਨਾ ਇੰਡੀਅਨ ਲੋਕੋ ਨੂੰ ਬਹੁਤ ਰਿਸਪੈਕਟ ਕਰਦੇ ਨੇ ਕਿਉਂਕਿ ਉਹ ਸ਼ਿ ਭਗਵਾਨ ਦੇ ਨਾਲ ਜੁੜਿਆ ਹੋਇਆ ਮੈਂ ਇੱਥੇ ਧਰਮ ਤੋਂ ਅਲੱਗ ਕਰਕੇ ਗੱਲ ਕਰ ਰਿਹਾ ਉਹ ਪਰਬਤ ਦੀ ਗੱਲ ਕਰ ਰਿਹਾ ਉਹਦੇ ਸਟਰਕਚਰ ਦੀ ਮਟੀਰੀਅਲ ਕੀ ਹੈ ਕਿ ਉੱਥੇ ਕੀ ਪ੍ਰੋਬਲਮ ਆਉਂਦੀ ਹੈ ਉੱਥੇ ਚਾਈਨੀਸ ਉਹ ਤਾਂ ਸਾਡੀ ਜ਼ਮੀਨ ਦੱਬਦੇ ਫਿਰਦੇ ਨੇ ਇੰਚਿੰਚ ਉਹਨਾਂ ਨੇ ਉੱਥੇ ਕਬਜ਼ਾ ਲੈ ਕੇ ਉਹਨਾਂ ਨੇ ਆਰਮੀ ਕਿਉਂ ਨਾ ਲਾਤੀ بیس ਕਿਉਂ ਨਾ ਬਣਾਤੇ ਉਹਦਾ ਕਾਰਨ ਹੈ ਉੱਥੇ ਪ੍ਰੋਬਲਮ ਕੀ ਆਉਂਦੀ ਹੈ ਦੋ ਸਾਇੰਟਿਸਟ ਗਏ ਅਮਰੀਕਨ ਦੇ ਖੱਲੇ ਵੀ ਦਾਵਾ ਕਰਦੇ ਨੇ ਚਾਈਨਾ ਵਾਲੇ ਤੇ ਇੰਡੀਆ ਵਾਲੇ ਵੀ ਇਹ ਅਨਾਰਮਲੀ ਹੈ ਇਹ ਜਗਾ ਵੀ ਇੱਥੇ ਹੁੰਦਾ ਕੀ ਹੈ ਅਨੋਖੀ ਹੈ ਹਾਂ ਬਹੁਤ ਅਨੋਖੀ ਬਹੁਤ ਅਨੋਖੀ ਮਤਲਬ ਅਜੀਬੋ ਗਰੀਬ ਜੀ ਨੂੰ ਕਹਿੰਦੇ ਆ ਅਨਾਰਮਲੀ ਨੂੰ ਆਪਾਂ ਕਹਿੰਦੇ ਆ ਅਜੀਬੋ ਗਰੀਬ અપਵਾਦ ਸ਼ਬਦ ਹੈ ਇਹਦੇ ਲਈ ਨਿਯਮਾਂ ਤੋਂ ਹਟ ਕੇ ਕੁਦਰਤ ਦੇ ਜਿੰਨੇ ਕ ਨਿਯਮਾਂ ਬਾਰੇ ਆਪਾਂ ਜਾਣਦੇ ਆ ਪਹਿਲੀ ਗੱਲ ਤਾਂ ਉਹ ਚ ਹੀ ਅੱਧੇ ਸਾਨੂੰ ਹੀ ਗਲਤ ਦਿੱਤੇ ਗਏ ਨੇ ਅੱਧੀ ਹਿਸਟਰੀ ਗਲਤ ਦੱਸੀ ਗਈ ਆ ਅੱਧੀ ਸਾਇੰਸ ਗਲਤ ਦੱਸੀ ਆ ਚਲੋ ਆਪਾਂ ਉਹਨਾਂ ਦੀ ਪੜੀ ਪੜਾਈ ਸਾਇੰਸ ਦੇ ਮੁਤਾਬਕ ਵੀ ਚਲੋ ਸੋਚ ਲਈਏ ਤਾਂ ਉੱਥੇ ਕੀ ਹੋਇਆ ਉਹ ਬੰਦੇ ਨੇ ਉਹ ਦੋ ਜਣੇ ਸੀਗੇ ਉਹਦੇ 파ਟਨਰ ਨੇ ਜਿਹੜੀ ਉੱਥੇ ਮਤਲਬ ਸ਼ਾਇਦ ਮਾਨਸਰਓਵਰ ਲੇਕ ਆ ਹੈ ਨਾ ਉਹਦੇ ਚ ਉਹਨੂੰ ਕਹਿਣਾ ਪਸੰਦ ਨਹੀਂ ਕਰਦੇ ਉੱਥੇ ਦੇ ਲੋਕ ਉਹਨੂੰ ਸੀ ਕਹਿੰਦੇ ਨੇ ਸਾਗਰ ਮਾਨਸਰਓਵਰ ਸਾਗਰ ਹੈ ਨਾ ਉਹ ਲੇਕ ਕਹਿੰਦੇ ਮਤਲਬ ਬੁਰਾ ਮੰਨਦੇ ਨੇ ਉਹ ਇੰਨਾ ਪਵਿੱਤਰ ਮੰਨਦੇ ਨੇ ਕਿਉਂਕਿ ਉਹ ਇਹਨੂੰ ਚਮਤਕਾਰੀ ਸਮਝਦੇ ਨੇ ਉਹ ਇਹਨੂੰ ਕਿਸੇ ਦੇਵੀ ਦੇਵਤਾ ਦੀ ਲਾਲੋ ਜਾਂ ਭਗਵਾਨ ਦੀ ਪਾਵਰ ਸਮਝਦੇ ਨੇ ਤਾਂ ਹੋਇਆ ਕਿ ਉਹ ਉੱਥੇ ਜਾ ਕੇ ਉਹਨਾਂ ਨੇ ਜਦੋਂ ਇਨਕੈਂਪਮੈਂਟ ਕੀਤੀ ਉੱਥੇ ਮਤਲਬ ਆਪਣਾ ਟੈਂਟ ਜਾ ਲਾਇਆ ਤਾਂ ਉਹ ਇੱਕ ਬੰਦਾ ਕਹਿੰਦਾ ਵੀ ਮੈਂ ਯਾਰ ਇਹ ਲੇਕ ਮੈਨੂੰ ਬਹੁਤ ਅਟਰੈਕਟ ਕਰ ਰਹੀ ਹੈ ਪਤਾ ਨਹੀਂ ਕਿਉਂ ਇੱਥੇ ਕੁਝ ਅਜੀਬ ਜਿਹਾ ਅਜੀਬ ਜਿਹਾ ਐਵੇਂ ਆ ਵੀ ਕਦੇ ਕਹਿੰਦਾ ਮੈਨੂੰ ਦੂਰ ਲੱਗਣ ਲੱਗ ਜਾਂਦੀ ਹੈ ਕਦੇ ਮੈਨੂੰ ਨੇੜੇ ਲੱਗਦੀ ਹੈ ਕਦੇ ਮੈਨੂੰ ਐ ਲੱਗਦਾ ਵੀ ਇਹਦਾ ਜਿਹੜਾ ਆਖਰੀ ਛੋਰਾ ਉਹ ਤਾਂ ਆਪਿਆ ਕਦੇ ਫਿਰ ਮੈਨੂੰ ਕਹਿੰਦਾ ਨਜ਼ਰ ਪਰਮ ਜਿਹਨੂੰ ਕਹ ਦਿੰਦੇ ਨੇ ਨਾ ਦੇਖਣ ਦਾ ਵਿਜਨ ਦਾ ਪਰਮ ਹੋ ਰਿਹਾ ਵੀ ਇਹ ਤਾਂ ਬਹੁਤ ਦੂਰ ਹੈ ਤਾਂ ਆਖਰੀ ਛੁਰ ਹੀ ਨਹੀਂ ਨਜ਼ਰ ਆ ਰਿਹਾ ਇਹ ਤਾਂ ਵਾਕਈ ਲੋਕ ਇਹਨੂੰ ਸਮੁੰਦਰ ਸਹੀ ਕਹਿੰਦੇ ਨੇ ਇਹ ਸਾਇੰਟਿਸਟ ਕਹਿ ਰਹੇ ਹਾਂ ਉਹ ਕਹਿੰਦਾ ਮੈਂ ਜਾ ਕੇ ਦੇਖਣਾ ਚਾਹੁੰਦਾ ਸੀ ਉਹ ਦੂਸਰਾ ਸਟੇਟਮੈਂਟ ਦੱਸ ਰਿਹਾ ਕਹਿੰਦਾ ਹੋਇਆ ਕਿ ਮੈਂ ਬੈਠਾ ਰਹਿ ਗਿਆ ਕਹਿੰਦਾ ਮੈਂ ਇਹਨੂੰ ਕਿਹਾ ਮੈਂ ਤਾਂ ਇੱਥੇ ਹੀ ਬੈਠਦਾ ਮੈਂ ਮੈਂ ਨਾ ਥੱਕ ਗਿਆ ਬਹੁਤ ਜ਼ਿਆਦਾ ਕਹਿੰਦਾ ਮੈਂ ਉੱਥੇ ਹੀ ਕੈਂਪ ਜੇ ਦੇ ਵਿੱਚ ਉਹ ਮਤਲਬ ਉਹ ਤੋਂ ਕਾਫੀ ਹਟ ਕੇ ਕਹਿੰਦਾ ਇਹ ਚਲਾ ਗਿਆ ਕਹਿੰਦਾ ਉਦੋਂ ਪਹਿਲਾਂ ਕੀ ਹੋਇਆ ਅਸੀਂ ਨਾ ਕਹਿੰਦਾ ਇੱਕ ਤਿੱਬਤ ਦੇ ਵਿੱਚ ਇੱਕ ਬਾਰਬਰ ਦੀ ਦੁਕਾਨ ਤੇ ਗਏ ਸੀਗੇ ਉਸ ਤੋਂ ਕਹਿੰਦਾ ਘੰਟਾ ਤੋਂ ਪਹਿਲਾਂ ਉੱਥੇ ਪਹੁੰਚਣ ਤੋਂ ਜਦੋਂ ਸਾਨੂੰ ਬੰਦਾ ਉੱਥੇ ਡ੍ਰੌਪ ਕਰਕੇ ਆ ਟੂਰਿਜ਼ਮ ਵਾਲਾ ਕਹਿੰਦਾ ਅਸੀਂ ਨਾ ਉਦੋਂ ਸ਼ੇਵ ਕਰਵਾਈ ਦੋਨਾਂ ਨੇ ਹੁਣ ਮੇਲ ਨੂੰ ਤਾਂ ਪਤਾ ਹੁੰਦਾ ਵੀ ਇੱਕ ਵਾਰ ਆਪਾਂ ਜਦੋਂ ਸ਼ੇਵ ਕਰਾਣੇ ਆ ਰੜਕਨ ਜੁਗੀ ਦਾੜੀ ਆਪਣੀ ਕਿੰਨੀ ਦੇਰ ਬਾਅਦ ਆਉਂਦੀ ਆ ਦੁਬਾਰੋ ਹੈ ਨਾ ਇੱਕ ਦਿਨ ਬਾਅਦ ਆਉਂਦੀ ਹੈ ਐਗਜ਼ੈਕਟ ਹੈ ਨਾ ਅਗਲੇ ਦਿਨ ਥੋੜੀ ਰਾਤ ਤੋਂ ਬਾਅਦ ਇੱਕ ਰਾਤ ਸੌਣ ਤੋਂ ਬਾਅਦ ਲਾ ਲਓ 24 ਘੰਟੇ ਤਕਰੀਬਨ ਤਾਂ ਕਹਿੰਦਾ ਵੀ ਅਸੀਂ ਦੋਨਾਂ ਨੇ ਇਕੱਠਿਆਂ ਨੇ ਕਰਵਾਈ ਇੱਕੋ ਜਿੰਨੀ ਸਾਡੀ ਐਨ ਮਲਾਈ ਵਰਗੀ ਸਾਡੀ ਧਾੜੀ ਕਹਿੰਦਾ ਕਹਿੰਦਾ ਹਾਸਕੇ ਨੂੰ ਸੌਰੀ ਤੇ ਕਹਿੰਦਾ ਇਹ ਚਲਾ ਗਿਆ ਉਹ ਚਲਾ ਗਿਆ ਅੱਗੇ ਵਿੱਚ ਜਾਵੜਿਆ ਤੁਰਦਾ ਤੁਰਦਾ ਉਹ ਘਟ ਡੂੰਗਾ ਸੀ ਕਾਫੀ ਅੱਗੇ ਜੇ ਲੰਘ ਗਿਆ ਕਹਿੰਦਾ ਪਹਿਲਾਂ ਤਾਂ ਮੈਨੂੰ ਨਾ ਮਤਲਬ ਕੀ ਲੱਗੇ ਕਹਿੰਦਾ ਦੂਰੋਂ ਐਂ ਲੱਗੇ ਵੀ ਜਿਵੇਂ ਨਾ ਕਹਿੰਦਾ ਟੀਵੀ ਦੇ ਵਿੱਚ ਗਲਿਚ ਜਾਂ ਨਹੀਂ ਆਂਦਾ ਹੁੰਦਾ ਵੀ ਉਹ ਢਿੱਡੇ ਕਿਤੇ ਜੇ ਦਿਸਦਾ ਤਸਵੀਰ ਦਾ ਹੈ ਨਾ ਸਿਰ ਕਿਤੇ ਜੇ ਦਿਸਦਾ ਪੈਰ ਕਿਤੇ ਜੇ ਦਿਸਣ ਲੱਗਦੇ ਨੇ ਗਲਿਚ ਆਂਦਾ ਕਹਿੰਦਾ ਵੀ ਉਹ ਗਲਿਚ ਜਾ ਆਇਆ ਵਿਜ਼ਨ ਦੇ ਵਿੱਚ ਕਹਿੰਦਾ ਕਹਿੰਦਾ ਵੀ ਇਹ ਮੈਨੂੰ ਨਾ ਮਤਲਬ ਟੁੱਟਮਾ ਜਾਂ ਲਿਖਿਆ ਵੀ ਇਹ ਤਾਂ ਢਿੱਡ ਕਿਤੇ ਆ ਪੈਰ ਕਿਤੇ ਜਾ ਰਹੇ ਨੇ ਕਹਿੰਦਾ ਫੇਰ ਜਦੋਂ ਕਹਿੰਦਾ ਇਹ ਵਾਪਸ ਮੁੜ ਕੇ ਆਇਆ ਜੀ ਕਹਿੰਦਾ ਇਹ ਦੀ ਘੜੀ ਕਹਿੰਦਾ ਸਾਡੀ ਦੋਨਾਂ ਦੀ ਘੜੀ ਲੱਗੀ ਹੋਈ ਸੀ ਕਹਿੰਦਾ ਜਦ ਇਹ ਆਇਆ ਵਾਪਸ ਕਹਿੰਦਾ ਮੇਰੀ ਘੜੀ ਤੇ ਇਹਦੀ ਘੜੀ ਦੇ ਟਾਈਮ ਦੇ ਵਿੱਚ 14 ਮਿੰਟ ਦਾ ਫਰਕ ਸੀ ਆਪਸ ਚ ਕਹਿੰਦਾ ਮੇਰੇ ਮੁਤਾਬਿਕ ਇਹ 1 ਘੰਟਾ 40 ਮਿੰਟ ਲਾ ਕੇ ਆਇਆ ਕਹਿੰਦਾ ਆਪ ਦੇ ਮੁਤਾਬਿਕ ਉਸ ਤੋਂ 14 ਘੱਟ 14 ਮਿੰਟ ਘੱਟ ਮੀਨ ਮੀਨਸ ਟਾਈਮ ਲੈਪਸ ਕਰਦਾ ਉੱਥੇ ਕੋਈ ਨਾ ਕੋਈ ਮਤਲਬ ਕਿਉਂਕਿ ਆਪਾਂ ਅਰਥ ਦੀ ਗ੍ਰੈਵਿਟੀ ਉਹ ਮੈਂ ਤੁਹਾਨੂੰ ਬਾਤ ਸਮਝਾਉਣਾ ਪਹਿਲਾਂ ਗੱਲ ਪੂਰੀ ਕਰਾਂ ਵੀ ਉਹ ਜਦੋਂ ਵਾਪਸ ਆਇਆ ਉਹ ਹੈਰਾਨ ਉਹ ਕਹਿੰਦਾ ਯਾਰ ਤੇਰੀ ਤਾਂ ਦਾੜ੍ਹੀ ਆਈ ਪਈ ਹੈ ਜਿਵੇਂ 2 ਦਿਨ ਹੋਈ ਹੁੰਦੀ ਹੈ 2 ਦਿਨ ਵਰਗੀ ਕਹਿੰਦਾ ਜੀ ਬੰਦੇ ਦੇ ਦਾੜ੍ਹੀ ਆਈ ਵੀ ਮੇਰੇ ਬਰਾਬਰ ਬੈਠ ਕੇ ਸ਼ੇਵ ਕਰਾ ਕੇ ਕਿਵੇਂ ਪੋਸਿਬਲ ਆ ਇਹ ਸੱਚੀ ਗੱਤਨਾ ਇਹ ਉਹਦੇ ਨੀਚੇ ਮਤਲਬ ਕਲਾਸ਼ ਪਰਬਤ ਦੇ ਵਿੱਚ ਕੀ ਐਨੋਮਲੀ ਹੈ ਉਹਦੇ ਵਿੱਚ ਜਿਹੜੇ ਨੇ ਕੁਝ ਤਾਂ ਬੰਦੇ ਪੁਰਾਣੇ ਕਹਿੰਦੇ ਨੇ ਵੀ ਉੱਥੇ ਕੋਈ ਯੂ ਐਫ ਓ ਕ੍ਰੈਸ਼ ਹੋਇਆ ਸੀ ਉਹਦੇ ਵਿੱਚ ਉਹਦੇ ਪਾਰਟ ਨੇ ਉਹਦੇ ਕਰਕੇ ਇਦਾਂ ਹੁੰਦਾ ਟਾਈਮ ਸਪੇਸ ਬੈਂਡ ਹੁੰਦੇ ਨੇ ਕੁਝ ਕਹਿੰਦੇ ਨੇ ਵੀ ਉਹਦੇ ਵਿੱਚ ਜਿਹੜੇ ਨੇ ਮਸਕੋਵੀਅਮ ਦੇ ਡਿਪੋਜ਼ਿਟ ਨੇ ਉਸ ਐਲੀਮੈਂਟ 115 ਦੇ ਜਿਹਦੇ ਨਾਲ ਯੂ ਐਫ ਓਜ਼ ਜਿਹੜੇ ਨੇ ਚੱਲਦੇ ਤੇ ਉਹਦੇ ਨਾਲ ਬੰਦਾ ਤੇਜ਼ ਜੀਨ ਲੱਗ ਜਾਂਦਾ ਜਿਵੇਂ ਕਹਿੰਦੇ ਨਾਖੋਂ ਵੀ ਵਧਣ ਲੱਗ ਜਾਂਦੇ ਹੋਣਗੇ ਮੈਂ ਵੀ ਕਹਾਣੀ ਸੁਣੀ ਸੀ ਕਿਤੇ ਤੇਜ਼ ਨਹੀਂ ਜੀਨ ਲੱਗ ਜਾਂਦਾ ਗੱਲ ਸਮਝੋ ਇਹਨੂੰ ਮਤਲਬ ਆਪਾਂ ਕੀ ਹੈ ਕਿ ਟਾਈਮ ਡਾਇਲੇਸ਼ਨ ਦਾ ਕਨਸੈਪਟ ਹੈ ਕਿ ਟਾਈਮ ਡਾਇਲੇਸ਼ਨ ਦਾ ਉਹ ਸ਼ੋਅ ਕਹਿੰਦਾ ਮੈਂ ਆਪਣੀ ਬਾਡੀ ਚੋਂ ਬਾਹਰ ਨਿਕਲਿਆ ਆ ਆਊਟ ਆਫ ਬਾਡੀ ਫਿਲਮ ਵੀ ਆਈ ਸੀ ਜਦੋਂ ਇੱਕ ਆਕਾਸ਼ ਚ ਜਾ ਕੇ ਬੰਦਾ ਉਹ ਉਹ ਜਾਜ ਗੈਪ ਹੋ ਗਿਆ ਸੀਗਾ ਕੋਈ ਕੁਛ ਹੈ ਨਹੀਂ ਨਹੀਂ ਉਹ ਟਾਈਮ ਟ੍ਰੈਵਲ ਆ ਉਹਰ ਚੀਜ਼ ਹੈ ਉਹ ਟਾਈਮ ਟ੍ਰੈਵਲ ਹੈ ਟਾਈਮ ਲੈਪਸ ਹੈ ਟਾਈਮ ਲੈਪਸ ਮਤਲਬ ਕੀ ਹੁੰਦਾ ਕੀ ਆਪਾਂ ਜਿਹੜੇ ਆ ਓਸ਼ੋ ਕਹਿੰਦਾ ਮੈਂ ਆਪਣੀ ਬਾਡੀ ਚੋ ਮਤਲਬ ਜਿਹੜੇ ਲੋਕ ਕਿਸੇ ਨੇ ਓਸ਼ੋ ਨੂੰ ਪੜਿਆ ਹੋਊਗਾ ਓਸ਼ੋ ਕਹਿੰਦਾ ਮੈਂ ਆਪਣੀ ਬਾਡੀ ਚੋ ਨਿਕਲਿਆ ਆਊਟ ਆਫ ਬਾਡੀ ਐਕਸਪੀਰੀਅੰਸ ਵਿਪਸਨਾ ਮੈਡੀਟੇਸ਼ਨ ਕਰ ਰਿਹਾ ਸੀ ਕਹਿੰਦਾ ਮੈਂ ਜਦੋਂ ਆਪਣੀ ਬਾਡੀ ਚੋ ਨਿਕਲਣ ਲੱਗਿਆ ਨਾ ਕਹਿੰਦਾ ਮੈਨੂੰ ਡਰ ਲੱਗਿਆ ਕਹਿੰਦਾ ਉਸ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਸਮਝਾਉਂਦਾ ਸੀ ਵੀ ਡਰ ਸਭ ਤੋਂ ਮਾੜੀ ਚੀਜ਼ ਐ ਡਰ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਹੋਣੀ ਚਾਹੀਦੀ ਮੈਂ ਆਪਣੇ ਆਪ ਨੂੰ ਇੰਨਾ ਪਰਪੱਕ ਮੰਨਦਾ ਸੀਗਾ ਇੰਨਾ ਮਤਲਬ ਐਕਸਪੀਰੀਅੰਸਡ ਮੰਨਦਾ ਸੀ ਵੀ ਮੈਡੀਟੇਸ਼ਨ ਦੇ ਕਹਿੰਦਾ ਮੇਰੀ ਬਾਡੀ ਦੇ ਵਿੱਚੋਂ ਮੇਰੀ ਜਿਹੜੀ ਹੈਗੀ ਕੌਨਸ਼ੀਅਸਨੈਸ ਨਿਕਲਣ ਨੂੰ ਤਿਆਰ ਹੀ ਨਹੀਂ ਸੀ ਹੂੰ ਹੁਣ ਓਸ਼ੋ ਦੀ ਡੈਥ ਹੋ ਗਈ ਮੈਂ ਉਸ ਟਾਈਮ ਜਦੋਂ ਇਹ ਗੱਲ ਪੜ੍ਹੀ ਸੀ ਓਸ਼ੋ ਦੀ ਕਿਤਾਬ ਮੇਰੀ ਉਮਰ 17 ਸਾਲ ਸੀ ਜੀ ਤੇ ਮੈਂ ਇਸ ਚੀਜ਼ ਦਾ ਜਵਾਬ ਪਰ ਜਾਣ ਪਾਇਆ ਕਿਉਂਕਿ ਮੈਨੂੰ ਇਸ ਚੀਜ਼ ਵਿੱਚ ਇੰਟਰਸਟ ਸੀ ਮੇਰੀ ਪੀ ਐਚ ਡੀ ਜਿਹੜੀ ਹੈ ਜਿਵੇਂ ਸਾਡਾ ਸਬਜੈਕਟ ਹੈ ਉਹਦੇ ਮੁਤਾਬਕ ਮੈਂ ਪੈਰਾਨਾਰਮਲ ਸਟਡੀ ਦਾ ਸਟੂਡੈਂਟ ਹਾਂ ਇੱਕ ਤਰ੍ਹਾਂ ਦਾ ਰਿਸਰਚਰ ਤਾਂ ਮੈਂ ਮਤਲਬ ਸੋਚਦਾ ਉਹਦਾ ਫਰਕ ਕੀ ਹੋਇਆ ਜਦੋਂ ਆਪਾਂ ਆਪਣੀ ਬਾਡੀ ਛੱਡਤੀ ਆਪਾਂ ਐਸਟਰਲ ਬੀਇੰਗ ਬਣ ਗਏ ਅਸੀਂ ਧਰਤੀ ਦੇ ਨਹੀਂ ਯੂਨੀਵਰਸ ਦੇ ਬੀਇੰਗ ਆ ਯੂਨੀਵਰਸਲ ਬੀਇੰਗ ਬਣ ਗਏ ਅਸੀਂ ਅਰਥ ਤੋਂ ਅਸੀਂ ਸਾਡਾ ਜਿਹੜਾ ਇੱਥੇ ਹੋਣਾ ਧਰਤੀ ਤੇ ਉਹ ਸਾਡੀ ਅਰਥ ਦੀ ਗ੍ਰੈਵਿਟੇਸ਼ਨ ਦੇ ਵਿੱਚ ਬੱਝਿਆ ਹੋਇਆ ਤੇ ਅਰਥ ਦੀ ਰੋਟੇਸ਼ਨ ਦੇ ਵਿੱਚ ਬੱਝਿਆ ਹੋਇਆ ਇੱਥੇ ਸਾਡੇ 24 ਘੰਟੇ ਦਾ ਦਿਨ ਕਿਉਂ ਹੁੰਦਾ ਤੇ ਜਿਹੜਾ ਵੀਨਸ ਦਾ ਤੇ ਆ ਲਾ ਲਓ ਜੁਪੀਟਰ ਦਾ ਦਿਨ ਹੈ ਆਪਣੇ तकरीबन तकरीबन ਮੇਰੇ ਖਿਆਲ ਦੇ ਵਿੱਚ ਇਹ ਮੇਰਾ ਅੰਦਾਜ਼ਾ ਹੈ ਐਗਜ਼ੈਕਟਲੀ ਨਹੀਂ ਕਹਿ ਰਿਹਾ 19 ਦਿਨ ਤੋਂ ਉੱਤੇ ਦਾ ਕਹਿੰਦੇ ਨੇ ਕੁਝ ਮੇਬੀ ਕਿ ਉਸ ਤੋਂ ਕਿਤੇ ਵੱਧ ਦਾ ਹੋ ਸਕੇ ਹੋ ਸਕੇ ਉਹ ਵੀ 39 ਦਾ ਹੋਵੇ ਹੈਨਾ ਐਨੇ ਦਿਨ ਦਾ ਉਹਦੀ ਰੋਟੇਸ਼ਨ ਹੈ ਇੱਕ ਮਤਲਬ ਜਿਸ ਪਲੈਨਟ ਦੇ ਉੱਪਰ ਤੁਸੀਂ ਹੋ ਹੈਗੇ ਹੋ ਉੱਥੇ ਦਾ ਟਾਈਮ ਕਾਦੇ ਹਿਸਾਬ ਨਾਲ ਚੱਲੂਗਾ ਜਿਵੇਂ ਜਿੰਨੀ ਡੇਰ ਦੇ ਵਿੱਚ ਉਹਦਾ ਉਹ ਆਪਣੇ ਧੁਰੇ ਦੇ ਆਲੇ ਘੁੰਮੂਗਾ ਉਹ ਪਲੈਨਟ ਉਹਦੇ ਵਿੱਚ ਵੱਜਿਆ ਹੋਇਆ ਯਾਨੀ ਟਾਈਮ ਕਿਸ ਚੀਜ਼ ਵਿੱਚ ਵੱਜਿਆ ਹੋਇਆ ਜਿਸ ਜਗ੍ਹਾ ਤੁਸੀਂ ਰਹਿ ਰਹੇ ਹੋ ਅਰਥ ਦੇ ਅਰਥ ਦੇ ਬੀਇੰਗਸ ਦਾ ਅਰਥ ਦੇ ਰੋਟੇਸ਼ਨ ਦੇ ਹਿਸਾਬ ਨਾਲ ਟਾਈਮ ਵੱਜਿਆ ਹੋਇਆ ਜਿਵੇਂ ਆਪਾਂ ਇੱਥੇ ਟਾਈਮ ਹੋ ਰਿਹਾ ਕੈਨੇਡਾ ਹੋ ਰਿਹਾ ਅਮਰੀਕਾ ਹੋ ਰਿਹਾ ਬਿਲਕੁਲ 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 ਕਿਉਂਕਿ ਪੋਲ ਦੇ ਨੇੜੇ ਤੇੜੇ ਦੂਰ ਦਾ ਫਰਕ ਪੈਂਦਾ ਹੈ ਹੈਨਾ ਧਰਤੀ ਜਿਹੜੀ ਆ ਥੋੜਾ ਜਿਹਾ ਟਿਲਟ ਵੀ ਹੁੰਦੀ ਹੈ ਪੋਲਰ ਸ਼ਿਫਟ ਕਹਿੰਦੇ ਆ ਜਿਹਨੂੰ ਤਾਂ ਉਹਦੇ ਕਰਕੇ ਜਿਹੜਾ ਇਹ ਆਪਣਾ ਜਿਹੜਾ ਗ੍ਰੀਨ ਵਿੱਚ ਮੀਨ ਟਾਈਮ ਜਿਹੜਾ ਆਪਾਂ ਉਸ ਹਿਸਾਬ ਨਾਲ ਉਹਦੀ ਐਵਰੇਜ ਸੈੱਟ ਕਰਕੇ ਕੱਢਿਆ ਹੋਇਆ ਤਾਂ ਜਿਹੜਾ ਤੁਸੀਂ ਟਾਈਮ ਟਰੈਵਲ ਕਹਿ ਰਹੇ ਹੋ ਟਾਈਮ ਟਰੈਵਲ ਅਲੱਗ ਚੀਜ਼ ਹੈ ਉਹ ਹੈ ਮਤਲਬ ਉਹ ਉਹਦੀ ਇੱਕ ਤਾਂ ਈਵਨ ਦੱਸਦੇ ਨਹੀਂ ਮਤਲਬ ਡੀਸੈਂਬਲ ਕਰਤੀ ਉਹ ਮਸ਼ੀਨ ਕਰੋਨੋਵਾਇਜ਼ਰ ਨਾਮ ਦੀ ਜੀਸਸ ਦੀ ਇਸ ਦੁਨੀਆ ਦੇ ਵਿੱਚ ਜੀਸਸ ਕ੍ਰਾਈਸਟ ਦੇ ਹੋਣ ਦਾ ਪਹਿਲਾ ਪ੍ਰੂਫ ਜਿਨ੍ਹਾਂ ਨੇ ਜਿਹੜਾ ਪੇਸ਼ ਹੋਇਆ ਸੀ ਕ੍ਰੋਨੋਵਾਈਜ਼ਰ ਦੇ थ्रू ਪੇਸ਼ ਹੋਇਸੀ ਉਹ ਚਰਚ ਦਾ ਜਿਹੜਾ ਤੁਸੀਂ ਜਾਣਦੇ ਹੋਵੋਗੇ ਸਭ ਤੋਂ ਉੱਪਰ ਕੌਣ ਹੁੰਦਾ ਪੋਪ ਹੈਨਾ ਦਰਸ਼ਕਾਂ ਨੂੰ ਵੀ ਦੱਸ ਦਿਨਾ ਜਿਹੜਾ ਜਿਵੇਂ ਸਾਡਾ ਜੱਥੇਦਾਰ ਹੁੰਦਾ ਸਿੱਖ ਧਰਮ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਉਵੇਂ ਉਹਨਾਂ ਦਾ ਜਿਹੜਾ ਹੁੰਦਾ 크ਰਿਸਚੀਅਨਸ ਦਾ ਪੋਪ ਹੁੰਦਾ ਇੱਕ ਜਿਹੜਾ ਕਿ ਵੈਟਿਕਨ ਦੇ ਵਿੱਚ ਰਹਿੰਦਾ ਵੈਟਿਕਨ ਦੇ ਵਿੱਚ ਹੈਨਾ ਵੈਟਿਕਨ ਦੇ ਵਿੱਚ ਵੈਟਿਕਨ ਦੇ ਵਿੱਚ ਕੀ ਸੀਗਾ ਇੱਕ ਸਾਇੰਟਿਸਟ ਸੀਗਾ ਫਾਦਰ ਰਨਨੇਟੀ ਉਹ ਸਾਇੰਟਿਸਟ ਮਤਲਬ ਧਰਮ ਦੇ ਵਿੱਚ ਜਿਵੇਂ ਕੋਈ ਸਾਧ ਬਣ ਜਵੇ ਹੈ ਨਾ ਸਾਇੰਟਿਸਟ ਬਾਅਦ ਚੋ ਜਾ ਕੇ ਉਹ ਉੱਠ ਜਾਂਦਾ ਬੰਦਾ ਦੁਨੀਆ ਦੇ ਸੁੱਖਾਂ ਤੋਂ ਉਹ ਏਦਾਂ ਬਣ ਗਿਆ ਸੀ ਉਹਨੇ ਬਣਾਇਆ ਸੀ ਕਰੋਨੋਵਾਈਜ਼ਰ ਕਰੋਨੋਵਾਈਜ਼ਰ ਜਿਹੜਾ ਹੈਗਾ ਉਹ ਪਾਸਟ ਦੀਆਂ ਇਵੈਂਟਸ ਨੂੰ ਵੀ ਪਿਕਚਰਾਇਜ਼ ਉਹਦੀ ਫੋਟੋ ਖਿੱਚ ਸਕਦਾ ਉਹਨੇ ਕਰੋਨੋਵਾਈਜ਼ਰ ਨੇ ਪਹਿਲੀ ਵਾਰ ਜੀਸਸ ਕ੍ਰਾਈਸਟ ਦੇ ਹੋਣ ਦਾ ਪ੍ਰੂਫ ਤੇ ਜੀਸਸ ਕ੍ਰਾਈਸਟ ਦੀ ਫੋਟੋ ਪਹਿਲੀ ਜਿਹੜੀ ਹੈ ਕ੍ਰੋਨੋਵਾਈਜ਼ਰ ਨੇ ਕੱਢੀ ਸੀ ਬਟ ਉਹ ਵੀਡੀਓਗ੍ਰਾਫੀ ਤੱਕ ਨਹੀਂ ਪਹੁੰਚੇ ਸੀਗੇ ਉਹਨਾਂ ਨੇ ਬੰਦ ਕਰਤਾ ਸੀ ਉਹ ਫੋਟੋਗ੍ਰਾਫੀ ਤੱਕ ਪਹੁੰਚ ਗਏ ਸੀ ਕਿ ਵੀ ਅਸੀਂ ਪਾਸਟ ਦੀਆਂ ਇਵੈਂਟਸ ਨੂੰ ਐਗਜ਼ੈਕਟਲੀ ਫੋਟੋਗ੍ਰਾਫ ਕਰ ਸਕੀਏ ਜਿੰਨੇ ਮਰਜ਼ੀ ਸਾਲ ਤੱਕ ਬਟ ਉਹਦੇ ਲਈ ਕੋਆਰਡੀਨੇਟਸ ਲੱਗਦੇ ਏ ਰਿਮੋਟ 뷰ਇੰਗ ਕਰਨ ਵਾਲੇ ਬੰਦੇ ਸਮਝ ਸਕਦੇ ਨੇ ਰਿਮੋਟ ਵਿਊਅਰਸ ਹੁੰਦੇ ਨੇ ਸੀਆਈਏ ਵੀ ਉਹਨੂੰ ਯੂਜ਼ ਕਰਦੀ ਆ ਵੀ ਤੁਸੀਂ ਬੈਠੇ ਬਟੇ ਸਮਾਧੀ ਲਾ ਕੇ ਇਹ ਦੇਖਣਾ ਫਲਾਣਾ ਕ੍ਰਾਈਮ ਕਿਨੇ ਕੀਤਾ ਐਫਬੀਆਈ ਵੀ ਯੂਜ਼ ਕਰਦੀ ਆ ਉਹਨਾਂ ਨੂੰ ਰਿਮੋਟ ਵਿਊਅਰਸ ਨੂੰ ਈਵਨ ਕੁਝ ਉਹਨਾਂ ਨੇ ਐਸੇ ਹੀ ਕੇਸ ਵੀ ਸੋਲਵ ਕੀਤੇ ਨੇ ਜਿਹਦੇ ਚ ਬਿਲਕੁਲ ਬਲਾਈਂਡ ਗੈਸੇ ਸੀਗੇ ਜਿੱਚ ਕੋਈ ਵਿਟਨੈਸ ਨਹੀਂ ਸੀਗਾ ਕਿ ਵੀ ਆ ਮਰਡਰ ਕਿਨੇ ਕੀਤਾ ਉਹ ਵੀ ਦੱਸਤਾ ਉਹਨਾਂ ਨੇ ਠੀਕ ਹੈ ਨਹੀਂ ਉਹਦੀ ਟ੍ਰੇਨਿੰਗ ਕਿੱਥੋਂ ਸ਼ੁਰੂ ਹੁੰਦੀ ਹੈ ਸੀਏਈਏ ਦੇ ਇੰਗੋਸਵਾਨ ਨਾਮ ਦਾ ਉਹਨਾਂ ਦਾ ਰਿਮੋਟ ਵੀਅਰ ਸੀਗਾ ਬਹੁਤ ਸਾਰੇ ਉਹਨਾਂ ਦੇ ਰਿਮੋਟ ਵੀਅਰ ਨੇ ਸੀਏਈਏ ਨੂੰ ਯੂਜ਼ ਕਰਦੀ ਹੈ ਇਸ ਚੀਜ਼ ਨੂੰ ਕਿ ਆ ਕਿ ਉਹ ਬੈਟ ਉਹ ਟਾਈਮ ਟਰੈਵਲ ਮਤਲਬ ਜਿਹੜਾ ਹੈਗਾ ਉਹ ਕੀ ਚੀਜ਼ ਹੈ ਕਿ ਸਮੇਂ ਦੇ ਵਿੱਚ ਪਿੱਛੇ ਜਾਣਾ ਜਾਂ ਸਮ ਫਿਊਚਰ ਦੇ ਵਿੱਚ ਜਾਣਾ بڑے ਮਤਲਬ ਇਹਦਾ ਜਿਹੜਾ ਇੱਕ ਤਾਂ ਬੰਦੇ ਨੇ ਕਹਿੰਦੇ ਵੀ ਲੋਕ ਮੰਨਦੇ ਨਹੀਂ ਸੀ ਉਹਨੇ ਕਿ ਦੱਸਿਆ ਜਿਸ ਜਗ੍ਹਾ ਉਹ ਰਹਿੰਦਾ ਸੀ ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਵੀ ਮੈਂ ਤਾਂ ਟਾਈਮ ਲੈਪਸ ਹੋ ਕੇ ਆ ਗਿਆ ਵੀ ਮੈਂ ਪਿੱਛੇ ਆ ਗਿਆ ਤੁਹਾਡੀ ਦੁਨੀਆ ਦੇ ਵਿੱਚ ਮੈਂ ਤਾਂ ਫਿਊਚਰ ਚੋਂ ਆਇਆ ਐਨੇ ਸਨ ਦੇ ਵਿੱਚ 2000 ਪਤਾ ਨਹੀਂ ਨਾ 22 ਤੋਂ ਪਤਾ ਨਹੀਂ 2839 ਦੇ ਵਿੱਚ ਦੱਸਿਆ ਉਹਨੇ ਤੇ ਉਹ ਉਹਨੇ ਮਤਲਬ ਆਪਣੀਆਂ ਉਸ ਟਾਈਮ ਦੀ ਟੈਕਨੋਲੋਜੀ ਦੇ ਕੁਝ ਗੈਜੇਟਸ ਜਿਹੜੇ ਆਪਾਂ ਯੂਜ਼ ਕਰਦੇ ਜਿਵੇਂ ਮੋਬਾਈਲਸ ਉਹ ਦਿਖਾਈ ਉਹਨੇ ਉਹਦੇ ਵਿੱਚ ਆਪਣੀ ਫੋਟੋ ਦਿਖਾਈ ਉਹਨਾਂ ਨੂੰ ਵੀ ਆ ਮੇਰੀ ਉਸ ਟੈਕਨੋਲੋਜੀ ਪਿੱਛੇ ਬਿਲਡਿੰਗਾਂ ਦੇਖ ਲਓ ਤੁਹਾਡੇ ਕੋਲ ਹੈ ਤੁਹਾਡੇ ਸੰਸਾਰ ਚ ਇਦਾਂ ਦੀਆਂ ਬਿਲਡਿੰਗਸ ਤੇ ਉਹਨੇ ਬਕਾਇਦਾ ਫੇਰ ਕਹਿੰਦੇ ਵੀ ਜਦੋਂ ਉਹਦੀ ਕਿਸੇ ਬੰਦੇ ਨਾਲ ਦੋਸਤੀ ਪੈ ਗਈ ਉਹਨੇ ਉਹਨੂੰ ਉਹ ਕਰਿਆ ਉਹ ਬੰਦੇ ਨੇ ਉਹਦੀ ਗਲਤੀ ਯਕੀਨ ਕਰਕੇ ਬੜੇ ਮਤਲਬ ਜਿਵੇਂ ਮੀਡੀਆ ਚ ਵੀ ਗੱਲ ਕਰਤੀ ਐਦਾਂ ਉਹ ਕਹਿੰਦਾ ਵੀ ਯਾਰ ਤੂੰ ਤਾਂ ਲੰਘ ਜਾਏਗਾ ਉਹ ਕਹਿੰਦਾ ਵੀ ਚੰਗਾ ਭਰਾਵਾ ਹੁਣ ਮੈਂ ਆਪਣੇ ਟਾਈਮ ਚ ਵਾਪਸ ਚੱਲੇ ਆਂ ਵੀ ਮੇਰੇ ਬੰਦੇ ਆ ਗਏ ਉਹ ਮੈਨੂੰ ਲੈਣ ਵਾਸਤੇ ਵੀ ਮੈਨੂੰ ਜਿਹੜਾ ਇੱਕ ਤਰ੍ਹਾਂ ਨਾਲ ਪਨਿਸ਼ ਕੀਤਾ ਗਿਆ ਸੀ ਮੈਂ ਕੋਈ ਗੱਲ ਕਹਤੀ ਸੀ ਵੀ ਉੱਥੇ ਜਾ ਕੇ ਦੇਖ ਉਹਨਾਂ ਨੇ ਮੈਨੂੰ ਇਸ ਲਈ ਇੱਥੇ ਭੇਜਿਆ ਸੀਗਾ ਹੁਣ ਉਹ ਆਏ ਨੇ ਮੈਨੂੰ ਲੈਣ ਮੈਨੂੰ ਜਾਣਾ ਪਊਗਾ ਬਟ ਉਹ ਕਹਿੰਦਾ ਵੀ ਯਾਰ ਤੂੰ ਤਾਂ ਮੈਨੂੰ ਸਾਰੀ ਦੁਨੀਆ ਦੇ ਮੂਹਰੇ ਝੂਠਾ ਪਵਾਤਾ ਮੇਰੇ ਕੋਲ ਕੀ ਪ੍ਰੂਫ ਹੈ ਉਹ ਕਹਿੰਦਾ ਫਿਰ ਮੈਂ ਤੈਨੂੰ ਆਉਂਗਾ ਤੈਨੂੰ ਜ਼ਰੂਰ ਮਿਲਨ ਤੇਰਾ ਵਾਦਾ ਤੈਨੂੰ ਫੋਟੋ ਦੇ ਕੇ ਜਾਊਂਗਾ ਕਿਤੇ ਕੇ ਉੱਤੇ ਤੋਂ ਕਦੋਂ ਆਇਆ ਫਿਰ ਉਹ ਬੰਦਾ ਵਾਪਸ ਆਇਆ ਉਹਨੂੰ ਦੋਸਤ ਹੀ ਨਵਾ ਕੇ ਉਹਨੂੰ ਫੋਟੋ ਦੇ ਗਿਆ ਪਰ ਇਹਦੇ ਕੋਈ ਐਵੇਂ ਕਮਾਉਣ ਰਿਕਾਰਡ ਕੋਈ ਪ੍ਰੂਫ ਨਹੀਂ ਹੈ ਤਾਂ ਮੈਂ ਇਸ ਗੱਲ ਨੂੰ ਤੁਹਾਨੂੰ ਇੱਕ ਮਤਲਬ ਪਰਬਲ ਵਾਂਗੂ ਦੱਸਦਾ ਉਹ ਆਇਆ ਕਿੱਥੋਂ ਸੀ ਸਰ ਫਿਊਚਰ ਦੇ ਵਿੱਚੋਂ ਆਇਆ ਸਰ ਪਤਾ ਕੀ ਹੈ ਇਹ ਸਿੰਪਲ ਹੈ ਬੜੀ ਗੱਲ ਆਪਾਂ ਬੋਲ ਰਹੇ ਆਂ ਆਪਾਂ ਕੁਝ ਕਰ ਰਹੇ ਆਂ ਆਪਾਂ ਕੁਝ ਮਤਲਬ ਪ੍ਰੋਗਰਾਮ ਕਰ ਰਹੇ ਆਂ ਇਹ ਇਹ ਕੀ ਚੀਜ਼ ਹੈ ਸਾਰੀ ਸਾਊਂਡ ਕੀ ਹੈ ਇਹ ਕੈਮਰਾ ਕੀ ਹੈ ਇਹ ਸਾਰੀਆਂ ਵੇਵਜ਼ ਨੇ ਹੈਨਾ ਵੇਵਜ਼ ਨੇ ਇਹ ਸਾਰੀਆਂ ਸਾਊਂਡ ਵੇਵਜ਼ ਨੇ ਲਾਈਟ ਵੇਵਜ਼ ਨੇ ਫੋਟੋਨਸ ਨੇ ਪ੍ਰੋਟੋਨਸ ਨੇ ਨਿਊਟ੍ਰੋਨਸ ਨੇ ਇਲੈਕਟ੍ਰੋਨਸ ਨੇ ਹੈਨਾ ਜਿਹੜੀਆਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਮਾਈਕ੍ਰੋਵੇਵਜ਼ ਨੇ ਇਹਨਾਂ ਦਾ ਸਟਰਕਚਰ ਇਹਦੇ ਬਾਰੇ ਸਾਇੰਟਿਸਟ ਜਾਣਦੇ ਨੇ ਹੈਨਾ ਸਾਰੇ ਕਿਤੇ ਜਿਹੜੀਆਂ ਇਹ ਚੀਜ਼ਾਂ ਨੇ ਉਹ ਕਹਿੰਦੇ ਵੀ ਜਿਹੜੀ ਆਪਾਂ ਇੱਕ ਗੱਲ ਬੋਲਤੀ એનર્ਜੀ ਕਦੇ ਡੱਡ ਨਹੀਂ ਹੁੰਦੀ ਕਹਿੰਦੇ ਇਹ ਬੇਸਿਕ ਫਿਜ਼ਿਕਸ ਦਾ ਪ੍ਰਿੰਸੀਪਲ ਹੈ ਵੀ ਜਿਹੜੀ ਊਰਜਾ ਹੈ ਇਹ ਕਦੇ ਮਰਦੀ ਨਹੀਂ ਖਤਮ ਨਹੀਂ ਹੁੰਦੀ ਇੱਕ ਵਾਰ ਚਾਹੇ ਸਾਊਂਡ ਦੀ ਊਰਜਾ ਹੈ ਚਾਹੇ ਕਿਸੇ ਇੰਜਨ ਦੀ ਆਵਾਜ਼ ਹੈ ਚਾਹੇ ਕਿਸੇ ਚੀਜ਼ ਦੁਆਰਾ ਪੈਦਾ ਕੀਤੀ ਹੋਈ ਕੋਈ ਮਤਲਬ ਵੈਦਰ ਨੂੰ ਮੈਨੀਪੂਲੇਟ ਕਰਨ ਲਈ ਕੋਈ ਪਟਾਕੇ ਦੀ ਆਵਾਜ਼ ਹੈ ਉਹ ਕਦੇ ਡੈੱਡ ਨਹੀਂ ਹੋ ਸਕਦੀ ਉਹ ਇੱਥੇ ਹੀ ਟਰੈਵਲ ਕਰ ਰਹੀਆਂ ਆ ਉਹਦੀਆਂ ਵੇਵਸ ਆਪਾਂ ਤਾਂ ਹੀ ਕਹਿੰਦੇ ਹਾਂ ਯੂਨੀਵਰਸ ਹੌਂਦੀ ਐ ਯੈਸ ਉਹ ਉਹ ਕਹਿੰਦੇ ਵੀ ਉਹਨਾਂ ਨੂੰ ਨਾ ਮਨ ਲਓ ਕਿਸੇ ਬੰਦੇ ਨੇ ਪਾਸਟ ਦੇ ਵਿੱਚ ਕੁਝ ਸੋਚਿਆ ਕੁਝ ਬੋਲਿਆ ਕੁਝ ਕੀਤਾ ਉਹਦੀਆਂ ਸਾਰੀਆਂ ਸਾਊਂਡ ਵੇਵਜ਼ ਉਹਦੀਆਂ ਵਿਜ਼ਨ ਵੇਵਜ਼ ਉਹਦੀਆਂ ਲਾਈਟ ਵੇਵ ਸਭ ਇੱਥੇ ਟਰੈਵਲ ਕਰ ਰਹੀਆਂ ਐਸ ਯੂਨੀਵਰਸ 'ਚ ਤੁਸੀਂ ਜੇ ਉਹਨਾਂ ਨੂੰ ਪਕੜ ਕੇ ਡੀਕੋਡ ਕਰਨ ਦੀ ਕੋਈ ਮਸ਼ੀਨ ਬਣਾ ਸਕਦੇ ਹੋ ਕੋਈ ਤਾਕਤ ਰੱਖਦੇ ਹੋ ਕੁਦਰਤੀ ਤਾਂ ਤੁਸੀਂ ਉਹਨੂੰ ਦੇਖ ਸਕਦੇ ਹੋ ਸਰ ਤੁਸੀਂ ਕਿਤੇ ਉਹਨਾਂ ਲੋਕਾਂ ਇੱਥੇ ਮੌਜੂਦ ਨੇ ਤੁਸੀਂ ਉਹਨਾਂ ਲੋਕਾਂ ਚੋਂ ਤਾਂ ਇਹ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ 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 ਕੋਈ ਇਹ 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 ਚੀਜ਼ ਇਹ ਤਾਂ ਕੋਈ ਪ੍ਰੈਜ਼ੈਂਟ ਮਤਲਬ ਇਹ ਚੀਜ਼ ਸੈਂਟਿਫਿਕ ਗੱਲਾਂ ਕਰ ਰਿਹਾ ਮਤਲਬ ਹਾਂ ਇਹ ਸੈਂਟੀਫਿਕ ਗੱਲ ਹੈ ਲੌਜੀਕਲ ਗੱਲ ਹੈ ਇਹਦੇ ਵਿੱਚ ਮੈਂ ਕਿਤੇ ਵੀ ਇਹ ਚੀਜ਼ ਪ੍ਰੂਫ ਨਹੀਂ ਕਰ ਰਿਹਾ ਵੀ ਪ੍ਰਮਾਤਮਾ ਨਹੀਂ ਹੁੰਦਾ ਜਾਂ ਰੱਬ ਦੇ ਵਿਸ਼ੇ ਤੇ ਕੋਈ ਵੀ ਆ ਹੁੰਦਾ ਹੈ ਜਾਂ ਨਹੀਂ ਹੁੰਦਾ ਦੋਨੋਂ ਚੀਜ਼ਾਂ 'ਚੋਂ ਕੁਝ ਨਹੀਂ ਕਹਿ ਰਿਹਾ ਮੈਂ ਇਹ ਸੈਪਰੇਟ ਇਸ਼ੂ ਹੈ ਮਤਲਬ ਜੇ ਇਹ ਚੀਜ਼ ਜਿਹੜੇ ਤਾਂ ਮੰਨਣ ਵਾਲੇ ਨੇ ਉਹ ਇਹ ਕਹਿ ਸਕਦੇ ਨੇ ਪ੍ਰਮਾਤਮਾ ਨਹੀਂ ਬਣਾਈਆਂ ਨੇ ਉਹਦੀ ਮਾਇਆ ਪਰੰਪਾਰ ਹੈ ਖੇਲ 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 ਅਨੰਤ ਕੋ ਫਿਰ ਇਹ ਕੋ ਨੇ ਫੇਰ ਸਾਰਾ ਕੁਝ ਇੱਕ ਕਰ ਲੈਣਾ ਹੁਣ ਜਿਹੜੇ ਤਾਂ ਰੱਬ ਦੇ ਮੰਨਣ ਵਾਲੇ ਨੇ ਉਹ ਕਹਿੰਦੇ ਨੇ ਸਾਰਾ ਕੁਝ ਪ੍ਰਮਾਤਮਾ ਨੇ ਬਣਾਇਆ ਮਤਲਬ ਉਹਨਾਂ ਦੀ ਥਿਉਰੀਜ਼ ਆਫ ਜਿਹੜੀਆਂ ਜੈਨਿਸਿਸ ਕਹਿੰਦੀਆਂ ਨੇ ਵੀ ਸੰਸਾਰ ਦੀ ਉਤਪਤੀ ਥਿਉਰੀ ਆਫ origin ਕਹਿੰਦੀ ਆ ਕਿ ਪ੍ਰਮਾਤਮਾ ਨੇ ਬਣਾਇਆ ਸਾਇੰਸ ਵੀ ਤਾਂ ਇੱਕ ਥਿਉਰੀ ਆਫ origin ਨੂੰ ਮੰਨਦੀ ਆ ਉਹ ਕਹਿੰਦੀ ਇਹ ਮਤਲਬ ਬਿਗ ਬੈਂਗ ਚੋਂ ਪੈਦਾ ਹੋਇਆ ਹੈ ਸੰਸਾਰ ਹੁਣ ਉਹਨਾਂ ਦੇ ਕ੍ਰਿਟਿਕ ਸਵਾਲ ਕਰਦੇ ਨੇ ਧਰਮ ਵਾਲਿਆਂ ਦੇ ਬੀ ਅੱਛਾ ਪ੍ਰਮਾਤਮਾ ਨੇ ਬਣਾਇਆ ਇਹਨੂੰ ਤਾਂ ਪ੍ਰਮਾਤਮਾ ਨੇ ਆ ਪ੍ਰਮਾਤਮਾ ਨੂੰ ਕਿਹਨੇ ਬਣਾਇਆ ਤਾਂ ਫਿਰ ਸਾਇੰਸ ਵਾਲਿਆਂ ਨੂੰ ਵੀ ਸਵਾਲ ਕਰਦਾ ਉਹਨਾਂ ਦਾ ਕ੍ਰਿਟਿਕ ਕਹਿੰਦਾ ਜੇ ਬਿਗ ਬੈਂਗ ਚੋਂ ਆਇਆ ਸਾਰਾ ਕੁਝ ਇਹ ਚੋਂ ਕਹਿੰਦਾ ਬਿਗ ਬੈਂਗ ਕਿੱਥੋਂ ਆਇਆ ਸਵਾਲ ਦੋਨਾਂ ਲਈ ਉਹੀ ਹੈ ਮੁਰਗੀ ਕਿਤੋਂ ਆਈ ਅੰਡਾ ਕਿਤੋਂ ਰ ਉਹ ਮੁਰਗੀ ਅੰਡੇ ਵਾਲਾ ਤਾਂ ਜਵਾਬ ਹੈਗਾ ਇਹਦਾ ਜਵਾਬ ਨਹੀਂ ਹੈਗਾ ਹਾਂ ਕਹਿੰਦਾ ਕਹਿੰਦਾ ਕਿਸੇ ਨੇ ਕਿਹਾ ਅਕਲ ਬੜੀ ਘਪੈਂਸ ਕਹਿੰਦਾ ਮੈਂਸ ਕਹਿੰਦਾ ਉਹ ਕਿਵੇਂ ਕਹਿੰਦਾ ਮੈਂ ਹਸਤਾ ਗਦੇ ਨਹੀਂ ਪੁੱਛਦੀ ਇਹ ਗੱਲ ਜੀ ਮੈਂ ਵੱਡੀ ਆਕਲ ਵੱਡੀ ਆ ਜੀ ਕਹਿੰਦਾ ਤੂੰ ਅਕਲ ਹੋ ਕੇ ਵੀ ਪੁੱਛ ਰਿਆਂ ਦਾ ਮਤਲਬ ਮੈਂ ਐਸੀ ਵੱਡੀ ਆ ਸਹੀ ਗੱਲ ਸੋ ਮੁਰਗੀ ਅੰਡੇ ਵਾਲਾ ਜਿਹੜਾ ਸਵਾਲ ਹੈ ਇਹ ਤਾਂ ਸਾਇੰਟਿਸਟਾਂ ਨੇ ਘਰ ਸੋਲਵ ਕੀਤਾ ਕਰਤਾ ਵੀ ਜਿਹੜਾ ਹੈ ਜਿਸ ਤਰ੍ਹਾਂ ਮਤਲਬ ਬਹੁਤ ਕੁਛ ਐਦਾਂ ਦਾ ਹੈ ਜ਼ਰੂਰੀ ਨਹੀਂ ਅਸੀਂ ਇੱਕ ਪਾਰਟਿਕੂਲਰ ਯੁੱਗ 'ਚ ਜੰਮਦੇ ਆਂ ਉਸ ਯੁੱਗ ਦੇ ਵਿੱਚ ਜਿਹੜਾ ਜਆ ਕੁਝ ਵਾਪਰਦਾ ਉਹਦੀ ਜਾਣਕਾਰੀ ਸਾਨੂੰ ਹੁੰਦੀ ਹੈ ਵੈਸੇ ਭਾਜੀ ਸਾਇੰਸ ਰੱਬ ਨੂੰ ਮੰਨਦੀ ਹੈ ਮੈਕਸਿਮਮ ਸਾਇੰਟਿਸਟ ਜਿਹੜੇ ਨੇ ਰੱਬ ਨੂੰ ਮੰਨਦੇ ਨੇ ਮੰਨਦੇ ਨੇ ਸੈਂਟੀਫਿਕਲੀ ਵੀ ਮਤਲਬ ਰੱਬ ਨੂੰ ਜਿਹੜਾ ਰੱਬ ਨੂੰ ਨਾਮ ਮੰਨਣ ਵਾਲੇ ਨੇ ਉਹ ਤੁਸੀਂ ਮਤਲਬ ਕਿਤੇ ਨਾ ਕਿਤੇ ਕਲੈਸ਼ ਕਰ ਰਹੇ ਹੋ ਉਸ ਚੀਜ਼ ਨੂੰ ਮਤਲਬ ਯਾ ਤੁਹਾਡੇ ਦਿਮਾਗ 'ਚ ਕਿਤੇ ਮਿਕਸ ਹੋ ਰਿਹਾ ਉਹ ਅਥੀਇਸਟ ਲੋਕ ਨੇ ਜ਼ਰੂਰੀ ਨਹੀਂ ਐ ਹਰ ਸਾਇੰਸ ਦਾ ਮੰਨਣ ਵਾਲਾ ਅਥੀਇਸਟ ਐ 99% ਸਾਇੰਸ ਨੂੰ ਮੰਨਣ ਵਾਲੇ ਜਿਹੜੇ ਨੇ ਥੀਇਸਟ ਨੇ ਰੱਬ ਨੂੰ ਮੰਨਣ ਵਾਲੇ ਨੇ ਜਿਆਦਾਤਰ ਜਿਹੜੀਆਂ ਸਾਇੰਸ ਦੀ ਅੰਗ ਜਿਹੜੀ ਸਾਇੰਸ ਕਹਿੰਦੀ ਐ ਸਾਇੰਸ ਕਹਿੰਦੀ ਐ ਕਿਸੇ ਵੀ ਗੱਲ ਨੂੰ ਇਨਕਾਰ ਨਾ ਕਰੋ ਕੋਈ ਚੀਜ਼ ਦੇ ਹੋ ਹੈ ਚਾਹੇ ਨਹੀਂ ਹੈ ਅਗਰ ਉਹਦੇ ਹੋਣ ਦੀਆਂ ਕੋਈ ਸੰਭਾਵਨਾਵਾਂ ਹਨ ਉਹਨੂੰ ਤਲਾਸ਼ ਕਰੋ ਨਾ ਹੋਣ ਦੀਆਂ ਸੰਭਾਵਨਾ ਤਾਂ ਇਹ ਤਲਾਸ਼ ਕਰੋ ਵੀ ਨਾ ਆਉਣ ਦੇ ਰੀਜ਼ਨ ਕੀ ਨੇ ਕਿਹੜੇ ਲੌਜੀਕ ਤੇ ਕਹਿ ਰਹੇ ਆ ਵੀ ਇਹ ਚੀਜ਼ ਹੋ ਹੀ ਨਹੀਂ ਸਕਦੀ ਮੈਨੂੰ ਇੱਕ ਇੰਟਰਵਿਊ ਯਾਦ ਆ ਗਈ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਸੋਸ਼ਲ ਮੀਡੀਆ ਤੇ ਇੱਕ ਸ਼ਖਸ ਨੇ ਦਾਅਵਾ ਕੀਤਾ ਸੀ ਪੱਤਰਕਾਰ ਨੂੰ ਕਿ ਮੈਨੂੰ ਸਬੂਤ ਦਿਓ ਰੱਬ ਹੋਣ ਦਾ ਮੈਂ 1 ਕਰੋੜ ਰੁਪਏ ਦਵਾਂਗਾ ਦੇਖੋ ਸਬੂਤ ਜਿਹੜਾ ਹੈਗਾ ਇਹ ਕੁਝ ਗੱਲਾਂ ਮਤਲਬ ਕਹਿਣ ਵਾਲੇ ਤੇ ਸਾਹਮਣੇ ਕੌਣ ਬੈਠਾ ਸੀਗਾ ਇਹ ਇਹ ਡਿਪੈਂਡ ਕਰਦਾ ਹੁੰਦਾ ਪਰਸਨ ਟੂ ਪਰਸਨ ਵੇਰੀ ਕਰਦੀ ਆ ਤਾਂ ਮਤਲਬ ਜੇ ਸਬੂਤ ਦੇ ਦਿੱਤੇ ਤੇ ਹੀ ਕੋਈ ਚੀਜ਼ ਸਾਬਤ ਹੁੰਦੀ ਹੈ ਤਾਂ ਸਬੂਤ ਤਾਂ ਫਿਰ ਉਹਦੇ ਕੋਲ ਵੀ ਨਹੀਂ ਵੀ ਉਹ ਆਪਣੇ ਪਪਾ ਪਪਾ ਦਾ ਨਾਮ ਜਿਹੜਾ ਆਧਾਰ ਕਾਰਡ 'ਤੇ ਲਿਖਾਈ ਫਿਰਦਾ ਉਹ ਐਕਚੁਅਲ 'ਚ ਉਹਦਾ ਪਿਓ ਹੈ ਉਹਦਾ ਪੁੱਤਰ ਹੈ ਵੀ ਹੈ ਨਹੀਂ ਕੀ ਆਪਾਂ ਇਹ ਕਹਿ ਸਕਦੇ ਹਾਂ ਦੁਨੀਆ ਦਾ ਹਰ ਬੰਦਾ ਜੋ ਆਧਾਰ ਕਾਰਡ 'ਤੇ ਆਪਣੇ ਫਾਦਰ ਦਾ ਨਾਮ ਲਿਖਾਂਦਾ ਉਹ ਉਸੇ ਦਾ ਹੀ ਬੱਚਾ ਹੈ ਹੈਨਾ ਸੋ ਇਹਦੇ 'ਤੇ ਤਾਂ ਇਹ ਜਿਹੇ ਜੋਕਸ ਵੀ ਨੇ ਵੀ ਦਰਦ ਉਹਦੇ ਹੋਇਆ ਤੇ ਚਿਕਾ ਗਵਾਂਢੀ ਮਾਰਨ ਲੱਗ ਪਿਆ ਠੀਕ ਹੈ ਨੇ ਸੋ ਮਤਲਬ ਕਿਸੇ ਚੀਜ਼ ਨੂੰ ਜੇ ਹਰ ਚੀਜ਼ ਨੂੰ ਬਲਾਈਂਡਲੀ ਆਏ ਕਿ ਇਹ ਬੀਦੇ ਹੋਣ ਦੇ ਕਿਸੇ ਚੀਜ਼ ਦੇ ਹੋਣ ਦੇ ਪ੍ਰੂਫ ਫਿਜ਼ੀਕਲ ਪ੍ਰੂਫ ਮੰਗ ਰਹੇ ਨੇ ਨਾ ਲੋਕ ਫਿਜ਼ੀਕਲ ਪ੍ਰੂਫ ਮੰਗਣਾ ਪ੍ਰੂਫ ਬਹੁਤ ਨੇ ਮਤਲਬ ਕਿ ਪਹਿਲੀ ਗੱਲ ਤਾਂ ਇਨਸਾਨ ਦਾ ਮਤਲਬ ਮੀਰਾ ਜਿਹੜਾ ਆਪਣਾ ਲੌਜੀਕ ਹੈ ਕਿ ਵੀ ਮੈਂ ਮਤਲਬ ਕੁਦਰ ਨੇਚਰ ਦੇ ਵਿੱਚ ਕਿਉਂ ਬਲੀਵ ਕਰਦਾ ਉਹ ਕਰਦਾ ਮੈਂ ਤਾਂ ਆਪਣੀ ਹਿਊਮਨ ਬੀਇੰਗ ਦੇ ਡੀਐਨਏ ਸਟਰਕਚਰ ਕਰਕੇ ਹੀ ਕਰਦਾ ਬਹੁਤ ਸਾਡੇ ਡੀਐਨਏ ਦੇ ਵਿੱਚ ਇੰਨੀਆਂ ਖੂਬੀਆਂ ਨੇ ਐਦਾਂ ਦਾ ਕੁਛ ਹੈ ਹੈਨਾ ਮਤਲਬ ਕੋਈ ਚੀਜ਼ ਆਪਣੇ ਆਪ ਤੋਂ ਹੋ ਸਕਦੀ ਹੈ ਮੈਂ ਨਹੀਂ ਮੰਨਦਾ ਊਟ ਪ੍ਰੋਡਿਊਸਰ ਕੋਈ ਚੀਜ਼ ਪ੍ਰੋਡਿਊਸ ਹੋ ਸਕਦੀ ਹੈ ਮੈਂ ਨਹੀਂ ਮੰਨਦਾ ਕੋਈ ਨਹੀਂ ਸਕਦਾ ਵਿਦਆਊਟ ਕ੍ਰੀਏਟਰ ਕੋਈ ਕ੍ਰੀਏਸ਼ਨ ਹੋ ਸਕਦੀ ਹੈ ਮੈਂ ਨਹੀਂ ਮੰਨਦਾ ਮੈਂ ਇਸ ਲੌਜੀਕ ਕਰਕੇ ਮੰਨਦਾ ਨੇਚਰ ਨੂੰ ਵੀ ਸਾਰਾ ਕੁਝ ਨੇਚਰ ਦਾ ਪ੍ਰੋਡਿਊਸ ਕੀਤਾ ਹੋਇਆ ਹੁਣ ਦੇਖੋ ਗੱਲ ਇਹ ਆ ਵੀ ਜੇ ਤਾਂ ਗੱਲ ਕਰੋ ਵੀ ਧਰਮ ਨੂੰ ਤੁਸੀਂ ਰੱਬ ਮੈਂ ਰਿਲੀਜੀਅਸ ਸਟੱਡੀਜ਼ ਦਾ ਟੀਚਰ ਮਤਲਬ ਮੇਰੇ ਜਿੰਨਾ ਕਿ ਮੈਂ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਿਆ ਉਹ ਇਹ ਕਿ ਵੀ ਤੁਸੀਂ ਪਹਿਲੀ ਗੱਲ ਤਾਂ ਇਹ ਡਿਪੈਂਡ ਕਰਦਾ ਵੀ ਤੁਸੀਂ ਰੱਬ ਆਪਣੇ ਆਪ ਚ ਕਹਿ ਕਿ ਨੂੰ ਰਹੀ ਹੋ ਤੁਸੀਂ ਕੋਈ ਰੱਬ ਨੂੰ ਪਰਸੋਨਿਫਾਈ ਕਰ ਰਹੇ ਹੋ ਉਹਨੂੰ ਕੋਈ ਸਾਕਾਰ ਸਰੂਪ ਚ ਦੇਖ ਰਹੇ ਹੋ ਜਾਂ ਨਿਰਗਰ ਕੋਈ ਸਪਿਰਚੁਅਲ એનર્ਜੀ ਹੈ ਸਰ 뮤직 ਹੈ 뮤직 ਦਿਖਦਾ 뮤직 ਦੀਆਂ ਵੇਵਸ ਇੱਕ ਬੰਦਾ ਮਾੜਾ ਰਾਗ ਲਾਪ ਰਿਹਾ ਹੋਵੇ ਇੱਕ ਬੰਦਾ ਚੰਗਾ ਮਿਊਜ਼ਿਕ ਕਰ ਰਿਹਾ ਹੋਵੇ ਚੰਗੇ ਮਿਊਜ਼ਿਕ ਤੇ ਨੱਚਣ ਨੂੰ ਜੀ ਕਰ ਲੱਗ ਜੂਗਾ ਮਾੜਾ ਮਿਊਜ਼ਿਕ ਹੋਵੇ ਤਾਂ ਆਪਾਂ ਕਹਿੰਨੇ ਬੰਦ ਕਰੋ ਇਹਨੂੰ ਕੀ ਬੇਸੁਰਾ ਰਾਗ ਲਾਇਆ ਪੇਟ ਨੂੰ ਦਿਲ ਕਰੇ ਮਿਊਜ਼ਿਕ ਦੀ ਪਾਵਰ ਹੈਗੀ ਆ ਨਾ ਪਰ ਕੀ ਫਿਜ਼ੀਕਲੀ ਦਿਖਦੀ ਹੈ ਆਪਣੀ ਆਵਾਜ਼ ਵੀ ਨਹੀਂ ਦਿਖਦੀ ਆਪਣਾ ਮਾਈਕ੍ਰੋਵੇਵ ਦੇ ਵਿੱਚ ਮਾਈਕ੍ਰੋਵੇਵ ਵੀ ਨਹੀਂ ਦਿਖਰੀ ਉਹਦਾ ਪ੍ਰੂਫ ਕੀ ਹੈ ਕਿ ਉਹਦੇ ਚ ਮਾਈਕ੍ਰੋਵੇਵਸ ਹੈਗੀਆਂ ਨੇ ਆਵਾਜ਼ ਵੀ ਨਹੀਂ ਦਿਖਦੀ ਪਾ ਲੋ ਹੱਥ ਬਾਲੂ ਹੱਥੋਂ ਦੇਚ ਪਤਾ ਲੱਗ ਜੂਗਾ ਉਧਰੋਂ ਆਨ ਕਰਕੇ ਜਦੋਂ ਉਹ ਹੈਨਾ ਰੇਡੀਏਸ਼ਨ ਛੱਡਦਾ ਉੱਥੇ ਹੱਥ ਕਰ ਲਓ ਪਤਾ ਲੱਗ ਜੂਗਾ ਤੁਹਾਨੂੰ ਕਰੰਟ ਹੈ ਬਿਜਲੀ ਹੈ ਦੇਖਣ ਨੂੰ ਤਾਂ ਇਹ ਵੀ ਨਹੀਂ ਦਿਖਦੀ ਵਿਜ਼ੂਅਲ ਪ੍ਰੂਫ ਤਾਂ ਇਹਦਾ ਵੀ ਕੋਈ ਨਹੀਂ ਹੈਗਾ ਹੈਨਾ ਜੇ ਤੁਸੀਂ ਹਾਂ ਇਹ ਜ਼ਰੂਰ ਹੈ ਕਿ ਜੇ ਦੋ ਸ਼ਾਰਟ ਸਰਕਟਸ ਨੂੰ ਹੁਣ ਕਿਸੇ ਚੀਜ਼ ਨੂੰ ਇਹਨੂੰ ਕਹਿੰਨੇ ਆਪਾਂ ਵੀ ਜਦੋਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰਨਾ ਹੁੰਦਾ ਹੈ ਇਸ ਸੰਸਾਰ ਚੱਲਦਾ ਹੀ ਵਸੇ ਤੈਦਾ ਕੌਨਸ਼ੀਅਸਨੈਸ ਆ ਚੀਜ਼ਾਂ ਮਟੀਰੀਅਲਾਈਜ਼ ਤਾਂ ਹੋ ਰਹੀਆਂ ਨੇ ਹਰ ਚੀਜ਼ ਐਟਮ ਦੀ ਬਣੀ ਹੋਈ ਆ ਉਹ ਐਟਮ ਉੱਥੇ ਅਸੈਂਬਲ ਤਾਂ ਹੁੰਦੇ ਨੇ ਇੱਕ ਮਤਲਬ ਇਹਦੇ ਲਈ ਮੈਂ ਤੁਹਾਨੂੰ ਦੱਸਿਆ ਇਹਨਾਂ ਬਹੁਤ ਲੰਬੀ ਸਟੱਡੀ ਦੀ ਜਾਂ ਲੰਬੀ ਮਤਲਬ ਕਿਤੇ ਨਾ ਕਿਤੇ ਕਲਾਸ ਟਾਈਪ ਕਨਵਰਸੇਸ਼ਨ ਦੀ ਕਨਵਰਸੇਸ਼ਨ ਦੀ ਕੁਝ ਚੀਜ਼ਾਂ ਬੇਸਿਕ ਦੱਸਣ ਦੀ ਲੋੜ ਐ ਡਬਲ ਸਲਿਟ ਐਕਸਪੈਰੀਮੈਂਟ ਬਾਰੇ ਦੱਸਣ ਦੀ ਲੋੜ ਐ ਹੈਨਾ ਡਬਲ ਸਪਲਿਟ ਐਕਸਪੈਰੀਮੈਂਟ ਬਾਰੇ ਦੱਸਣ ਦੀ ਲੋੜ ਐ ਵੀ ਇਹ ਸੰਸਾਰ ਦਾ ਜਿਹੜਾ ਐਟਮਸ ਨੇ ਸਾਇੰਸ ਦੇ ਮੁਤਾਬਕ ਕਹਿ ਰਹੇ ਆ ਬਿਲਕੁਲ ਧਰਮ ਦੇ ਮੁਤਾਬਕ ਨਹੀਂ ਵੀ ਇੱਕ ਐਟਮ ਨੂੰ ਦੋ ਪਾਰਟ ਦੇ ਵਿੱਚ ਤੋੜਿਆ ਗਿਆ ਇੱਕੋ ਹੀ ਐਟਮ ਨੂੰ ਦੋ ਪਾਰਟ ਦੇ ਵਿੱਚ ਤੋੜਿਆ ਗਿਆ ਇੱਕ ਸਲਿੱਟ ਦੇ ਵਿੱਚੋਂ ਦੀ ਲੰਘਾਇਆ ਗਿਆ ਕਿ ਉਹਨਾਂ ਨੂੰ ਉਮੀਦ ਸੀਗੀ ਵੀ ਇਹ ਸਿੰਗਲ ਸਿੰਗਲ ਐਟਮ ਹੈ ਤਾਂ ਇਹ ਦਾ ਜਿਹੜੇ ਉਹ ਲਾਈਟ ਦਾ ਐਟਮ ਸੀਗਾ ਵੀ ਜਿਹੜੀ ਲਾਈਟ ਉੱਥੇ ਪਊਗੀ ਉਹ ਬਿਲਕੁਲ ਮਤਲਬ ਜਿਸ ਪੁਆਇੰਟ ਵਿੱਚ ਦੀ ਲੰਘਾਈ ਜਾ ਰਹੀ ਆ ਉਹਦੀ ਸ਼ੇਪ ਬਣਾ ਕੇ ਉੱਥੇ ਪਊਗੀ ਉਹ ਸੀਗੀਆਂ ਡਬਲ ਸਲਿੱਟ ਬਟ ਜਦੋਂ ਉਹਨਾਂ ਨੇ ਦੇਖਿਆ ਉਹ ਤਾਂ ਦੋ ਬਣਾਵੇ ਉੱਥੇ ਕਹਿੰਦੇ ਦੋ ਕਿਵੇਂ ਬਣ ਰਹੀਆਂ ਹੂੰ ਦੋ ਸਲਿਟਸ ਕਿਵੇਂ ਬਣ ਗਈਆਂ ਇਹਦੀਆਂ ਤਾਂ ਉੱਥੋਂ ਪਤਾ ਲੱਗਿਆ ਫਿਰ ਉਹਨਾਂ ਨੇ ਉਹਨੂੰ ਹੀ ਅੱਗੇ ਐਕਸਪੈਰੀਮੈਂਟ ਕੀਤਾ ਉਸ ਇੱਕ ਐਟਮ ਨੂੰ ਉਹਨਾਂ ਨੇ ਤੋੜਿਆ ਉਸ ਇੱਕ ਐਟਮ ਨੂੰ ਤੋੜ ਕੇ ਐਗਜ਼ੈਕਟਲੀ ਮਤਲਬ ਉਹਦੀ ਫਿਗਰ ਹੈ 19 ਮੀਟਰ ਇੱਕੋ ਹੀ ਐਟਮ ਨੂੰ ਤੋੜ ਕੇ ਇੱਕ ਐਟਮ ਨੂੰ ਇੱਧਰ ਇੱਕ ਨੂੰ ਇੱਧਰ ਅੱਧੇ ਪਾਰਟ ਨੂੰ ਇੱਧਰ ਅੱਧੇ ਪਾਰਟ ਨੂੰ ਇੱਧਰ ਕੀ ਕੀਤਾ ਜਿੱਤੋਂ ਮਤਲਬ ਤੁਸੀਂ ਸੁਣੀ ਹੋਣੀ ਇਹ ਟਰਮ ਵੀ ਪੈਰਲਲ ਵਰਡਸ ਜਿਹਨੂੰ ਕਹਿੰਦੇ ਆ ਜਾਂ ਆਪਾਂ ਕਹਿੰਦੇ ਨੇ ਅਦਰ ਡਾਈਮੈਂਸ਼ਨਸ ਕੀ ਨੇ ਹੈਨਾ ਦੂਸਰੇ ਆयाम ਕੀ ਨੇ ਤਾਂ ਕੀ ਹੈ ਕਿ ਉਹ ਜਿਹੜਾ ਉਹਨਾਂ ਨੇ ਇੱਕ ਐਟਮ ਨੂੰ ਜਦੋਂ ਦੋ ਪਾਰਟਾਂ ਦੇ ਵਿੱਚ ਤੋੜਤਾ ਇੱਕੋ ਜਿਹੇ ਐਟਮ ਨੂੰ ਇੱਕ ਨੂੰ ਇੱਧਰ ਇੱਕ ਨੂੰ ਇੱਧਰ ਇੱਕ ਦੂਜੇ ਤੋਂ 19 ਮੀਟਰ ਦੂਰ ਕਰਤੇ ਐਕਸਪੈਰੀਮੈਂਟ ਕੀਤਾ ਸਾਇੰਟਿਸਟਾਂ ਨੇ ਤਾਂ ਕੀ ਹੋਇਆ ਜੋ ਐਗਜ਼ੈਕਟਲੀ ਉਸ ਆਈਟਮ ਦੇ ਆਈਟਮ ਦੇ ਨਾਲ ਹੋ ਰਿਹਾ ਸੀ ਉਹੀ ਐਗਜ਼ੈਕਟਲੀ ਇਹਦੇ ਨਾਲ ਹੋ ਰਿਹਾ ਸੀ ਉਹ ਕਹਿੰਦੇ ਇਹ ਕਿਵੇਂ ਪੋਸੀਬਲ ਹੈ ਦੋਨੋਂ ਆਈਟਮ ਤੋੜਤੇ ਹਾਫ ਚ ਕਰਤੇ ਅੱਧਾ ਇੱਧਰ ਅੱਧਾ ਇੱਧਰ ਜੋ ਉਹਦੇ ਨਾਲ ਹੋ ਰਿਹਾ ਜੇ ਉਹਦੇ ਤੇ ਲਾਲ ਰੰਗ ਦੀ ਲਾਈਟ ਪਾਈ ਜਾ ਰਹੀ ਹੈ ਇੱਕ ਤੇ ਦੂਸਰੇ ਤੇ ਨਹੀਂ ਪਾਈ ਜਾ ਰਹੀ ਤਾਂ ਦੂਜਾ ਵੀ ਲਾਲ ਹੋ ਰਿਹਾ ਸਟੱਡੀ ਕਿ ਉਹ ਜਿਹੜਾ ਮਤਲਬ ਇਹ ਪੈਰਲਲ ਵਰਲਡਸ ਇਹਦਾ ਮਤਲਬ ਹੈ ਕੀ ਮੈਨੀਫੈਸਟੇਸ਼ਨ ਫੈਸਟੇਸ਼ਨ ਜਿਹੜੀ ਆ ਕਿਸੇ ਚੀਜ਼ ਦੀ ਉਹ ਤਾਂ ਹੁੰਦੀ ਹੈ ਜਦੋਂ ਅਸੀਂ ਉਹਨੂੰ ਅਟੈਂਟਿਵਲੀ ਇਸ ਸੰਸਾਰ ਸਾਡੇ ਨਾਲ ਰਿਲੇਟਿਵ ਹੈ ਥਿਰੀ ਆਫ ਰਿਲੇਟਿਵਿਟੀ ਕਹਿੰਦੀ ਹੈ ਰਿਲੇਟਿਵ ਹੈ ਜਦੋਂ ਅਸੀਂ ਸੰਸਾਰ ਦੇ ਵਿੱਚ ਕਿਸੇ ਚੀਜ਼ਾਂ ਨੂੰ ਨੋਟਿਸ ਕਰਦੇ ਹਾਂ ਉਹਦਾ ਨੋਟਿਸ ਲੈ ਰਹੇ ਹਾਂ ਉਹਨੂੰ ਧਿਆਨ ਨਾਲ ਆਬਜ਼ਰਵ ਕਰ ਰਹੇ ਹਾਂ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਆਬਜ਼ਰਵ ਨਹੀਂ ਕਰਦੇ ਇਹ ਚੀਜ਼ ਦੀ ਸ਼ੇਪ ਐਦਾਂ ਦੀ ਤਾਂ ਹੈ ਵੀ ਅਸੀਂ ਇਹਨੂੰ ਆਬਜ਼ਰਵ ਕਰ ਰਹੇ ਹਾਂ ਤੇਬ ਕਿਦਾਂ ਕਰ ਰਹੇ ਆ ਪਹਿਲਾਂ ਦੇ ਬਣੇ ਹੋਏ ਇੱਕ ਫਾਰਮੈਟ ਦੇ ਹਿਸਾਬ ਨਾਲ ਵੀ ਕੈਨਨ ਦਾ ਕੈਮਰਾ ਐ ਇਦਾਂ ਦਾ ਹੁੰਦਾ ਐਦਾਂ ਦਾ ਹੁੰਦਾ ਪਰ ਲੇਟੈਸਟ ਫੀਚਰ ਇਦਾਂ ਦੇ ਆਏ ਨੇ ਉਹ ਇੱਕ ਆ ਨਵਾਂ ਆ ਵੀ ਆ ਗਿਆ ਉਹ ਚਾ ਫੀਚਰ ਵੀ ਆ ਗਿਆ ਤਾਂ ਸਾਨੂੰ ਇਦਾਂ ਦਾ ਦਿਖ ਰਿਹਾ ਕਿਉਂਕਿ ਅਸੀਂ ਇਹਨੂੰ ਅਬਜ਼ਰਵ ਕਰ ਰਹੇ ਆ એનર્ਜੀ ਦੇ ਐਟਮਸ ਨੂੰ ਇਸ ਢੰਗ ਨਾਲ ਕੈਮਰੇ ਦੀ ਸ਼ੇਪ ਦੇ ਵਿੱਚ ਉੱਥੇ ਇਕੱਠੇ ਹੋ ਗਏ ਉੱਥੇ ਮਟੀਰੀਅਲਾਈਜ਼ ਹੋ ਗਏ ਬਸ ਉਹ ਫਿਜ਼ੀਕਲੀ ਆ ਰਹਿ ਗਏ ਸਮਝਦੇ ਜੀ ਇਹਨੂੰ ਇਫਰਮੇਸ਼ਨ ਕਹਿੰਦੇ ਆ ਵੀ ਐਫਰਮ ਕਰਨ ਦੇ ਨਾਲ ਕਿਸੇ ਚੀਜ਼ ਦੇ ਬਾਰੇ ਦੇ ਵਿੱਚ ਐਗਜ਼ੈਕਟਲੀ એનર્ਜੀ ਉਦਾਂ ਹੀ ਬਿਹੇਵ ਕਰਨ ਲੱਗ ਜਾਂਦੀ ਹੈ। ਇਹ ਸੰਸਾਰ ਇਦਾਂ ਹੀ ਚੱਲਦਾ ਹੈ ਜੇ ਆਪਾਂ ਗੱਲ ਕਰੀਏ ਵੀ ਆਪਾਂ ਕਹੀਏ ਪਰਮਾਤਮਾ ਇਹ ਸੰਸਾਰ ਨੂੰ ਚਲਾਉਂਦਾ ਪਰਮਾਤਮਾ ਨਾਲ ਕੋਈ ਲਗਾ ਦੇਗਾ ਨਹੀਂ ਉਹਨੂੰ ਕੋਈ ਚੱਟੀ ਨਹੀਂ ਪਈ ਤੁਹਾਡੇ ਸੰਸਾਰ ਦੇ ਛੋਟੇ ਛੋਟੇ ਕੰਮਾਂ ਦੇ ਵਿੱਚ ਦਖਲੰਦਾ ਜੀ ਕਰਦਾ ਫਿਰੇ। ਉਹ ਦੇਖੋ ਬਹੁਤ ਕੰਮ ਨੇ ਯੂਨੀਵਰਸ ਕਿੰਨਾ ਵੱਡਾ ਹੈ। بڑے ਪਲੈਨੈਟਸ ਨੇ ਬੜਾ ਕੁਝ ਬਣਾਉਣ ਨੂੰ ਪਿਆ ਹੋਊਗਾ ਉਹਦੇ ਕੋਲ ਜੇ ਆਪਾਂ ਉਹਨੂੰ ਇੱਕ ਇਨਸਾਨ ਵਰਗਾ ਵੀ ਸੋਚ ਲਈਏ ਹੈਨਾ ਉਹ ਦੇਖੋ ਕਰਨ ਉਹ ਜੇ ਅਲੂਮੀਨਾਟੀ ਵਰਗੇ ਜਿਹੜਾ ਸਾਰੇ ਸੰਸਾਰ ਦਾ ਮਾਲਕ ਕਹੂਗਾ ਉਹਦੇ ਕੋਲ ਕਿੱਡੇ ਕਿੱਡੇ ਕੰਮ ਹੋਣਗੇ ਕੋਈ ਬਿੱਲਾ ਬੈਠਾ ਵੀ ਸਾਨੂੰ ਉਹ ਕਰਦਾ ਫਿਰੇ ਉਹਦਾ ਕੋਈ ਜਿਹੜਾ ਹੈਗਾ ਇੰਨਾ ਚੀਜ਼ਾਂ ਨਾਲ ਜਿਹੜਾ ਹੈਗਾ ਕੋਈ ਉਹ ਪਤਾ ਕੀ ਹੈ ਜੇ ਨੇਚਰ ਹੈ ਨੇਚਰ ਉਸ ਇਨਸਾਨ ਦੇ ਕੰਮਾਂ ਦੇ ਵਿੱਚ ਉਸ ਇਨਸਾਨ ਦੀ ਜ਼ਿੰਦਗੀ ਚ ਦਖਲਅੰਦਾਜ਼ੀ ਕਰਦੀ ਹੈ ਜਿਹੜਾ ਇਨਸਾਨ ਉਹਨੂੰ ਆਪਣੀ ਜ਼ਿੰਦਗੀ ਚ ਇਨਕਲੂਡ ਕਰਦਾ ਇਨਵੋਲ ਕਰਦਾ ਫੋਰ ਐਗਜ਼ਾਮਪਲ ਮਤਲਬ ਕੋਈ ਵੀ ਡਿਵਾਈਨ એનર્ਜੀ ਹੈ ਆਪਾਂ ਪਰਮਾਤਮਾ ਪਰਮਾਤਮਾ ਕੋ ਪਰਸੰਤ ਹੈ ਨਹੀਂਗਾ ਠੀਕ ਹੈ ਕਿਸੇ ਨੇ ਸੋਚ ਲਿਆ ਵੀ ਰਾਮ ਦੇ ਰੂਪ ਦੇ ਵਿੱਚ ਕ੍ਰਿਸ਼ਨ ਦੇ ਰੂਪ ਦੇ ਵਿੱਚ ਕਿਸੇ ਦੇ ਵੀ ਰੂਪ ਦੇ ਵਿੱਚ ਕਿਸੇ ਦੇਵੀ ਦੇਵਤਾ ਦੇ ਰੂਪ ਦੇ ਵਿੱਚ ਉਹ ਉਹਦੇ ਲਈ ਉਸ ਫਾਰਮ ਦੇ ਵਿੱਚ ਰੂਪ ਦੇ ਵਿੱਚ ਤਾਂ ਹੈ ਕਿਉਂਕਿ ਉਹਨੇ ਉਹਨੂੰ ਉਸ ਸ਼ੇਪ ਦੇ ਵਿੱਚ ਆਪਣੀ ਜ਼ਿੰਦਗੀ ਚ ਇਨਕਲੂਡ ਕਰ ਲਿਆ ਉਹ ਛੋਟੀ ਤੋਂ ਛੋਟੀ ਚੀਜ਼ ਨੂੰ ਉਹਦੇ ਨਾਲ ਰਿਲੇਟ ਕਰਕੇ ਦੇਖ ਰਿਹਾ ਉਹ ਕਹਿ ਰਿਹਾ ਵੀ ਹਾਂ ਯਾਰ ਇ ਤਾਂ ਰਾਮਚੰਦਰ ਜੀ ਨੇ ਆ ਚੀਜ਼ ਦਿੱਤੀ ਮੈਨੂੰ ਨਾ ਫਲਾਣੇ ਭਗਵਾਨ ਨੇ ਮੈਨੂੰ ਬਾਈ ਆ ਚੀਜ਼ ਦਿੱਤੀ ਮੈਂ ਗੱਡੀ ਮੰਗੀ ਸੀ ਮੈਨੂੰ ਗੱਡੀ ਮਿਲ ਗਈ ਜਦ ਕਿ ਗੱਡੀ ਤਾਂ ਅਸਲ ਚ ਉਹਨੂੰ ਵੀ ਪਤਾ ਹੁੰਦਾ ਵੀ ਉਹਦੀ ਮਿਹਨਤ ਨੇ ਲੈ ਕੇ ਆਂਦੀ ਆ ਉਹਦੀ ਤਰਖਾਹ ਨੇ ਲੈ ਕੇ ਆਂਦੀ ਆ ਉਹ ਪੈਸੇ ਨੇ ਲੈ ਕੇ ਆਂਦੀ ਆ ਜਾਂ ਉਹਨੇ ਏਜੰਸੀ ਚੋਂ ਖਰੀਦ ਕੇ ਲੈ ਆਂਦੀ ਆ ਉਹ ਪਰ ਕਿਉਂਕਿ ਆਪਣੀ ਲਾਈਫ ਚ ਇਨਕਲੂਡ ਕਰ ਰਿਆ ਉਹਨੂੰ ਤਾਂ ਮਤਲਬ ਉਹ ਇਸ ਤਰ੍ਹਾਂ ਦੀ એનર્ਜੀ ਹੈ ਜਿਹੜੀ ਤੁਹਾਡੀ ਲਾਈਫ ਦੇ ਵਿੱਚ ਮਤਲਬ ਕੈਟਲਿਸਟ ਦਾ ਕੰਮ ਕਰਦੀ ਆ ਕੈਟਲਿਸਟ ਦਾ ਮਤਲਬ トッディチージの。 ਕਈ গুণਾ ਵਧਾਂਦੀ ਹੈ ਜੇ ਤੁਸੀਂ ਉਹਨੂੰ ਪੋਜੀਟਿਵਲੀ ਜਿਹੜਾ ਹੈਗਾ ਪਰਸੀਵ ਕਰਦੇ ਹੋ ਪੋਜੀਟਿਵ ਉਸ એનર્ਜੀ ਨੂੰ ਯੂਟਿਲਾਈਜ਼ ਕਰਦੇ ਹੋ ਤਾਂ ਜੇ ਤੁਸੀਂ ਸਿੱਧੇ ਜੇ ਤੌਰ ਤੇ ਕਹੀਏ ਵੀ ਮੈਂ ਉਹ ਕੋਈ ਜ਼ਿਆਦਾ ਡੌਗਮੈਟਿਕ ਹੋ ਕੇ ਮਤਲਬ ਕਟੜ ਹੱਟ ਧਰਮੀ ਤੰਗ ਨਾਲ ਨਹੀਂ ਸੋਚਦਾ ਹੈਗਾ ਜੇ ਮੈਂ ਕਹਾ ਐਵੇਂ ਮੇਰੇ ਲਈ ਮੈਂ ਹੁਣ ਕਈ ਵਾਰੀ ਮੈਨੂੰ ਕੁਝ ਲੋਕ ਕਹਿ ਦਿੰਦੇ ਨੇ ਵੀ ਬੰਦਾ ਫਲਾਣਾ ਕਮਿਊਨਿਸਟ ਹੈ ਜਾਂ ਕਾਮਰੇਡ ਹੈ ਸਾਡੇ ਅੱਜ ਦੀ ਤਰੀਕ ਦੇ ਵਿੱਚ ਗਲਤ ਮਿਥ ਹੈ ਵੀ ਕਾਮਰੇਡ ਜਿਹੜਾ ਹੈ ਉਸੇ ਨੂੰ ਹੀ ਕਹੀ ਜਾਂਦੇ ਨੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਹੈਗਾ ਉਹ ਥੀਸ ਇੱਕ ਅਲੱਗ ਚੀਜ਼ ਹੈ ਰੈਸ਼ਨਲਿਸਟ ਅਲੱਗ ਚੀਜ਼ ਹੈ ਹੈਨਾ ਜਿਹੜੇ ਦਰਸ਼ੀ ਲੋਕ ਅਲੱਗ ਹੁੰਦੇ ਨੇ ਉਹ ਅਲੱਗ-ਅਲੱਗ ਚੀਜ਼ਾਂ ਨੇ ਜਿਹੜਾ ਸਾਇੰਟ ਸਾਇੰਸ ਤੇ ਬਲੀਵ ਕਰਦਾ ਉਹ ਅਲੱਗ ਹੈ ਹੈਨਾ ਕਮਿਊਨਿਜ਼ਮ ਇੱਕ ਆਈਡੀਓਲੋਜੀ ਹੈ ਉਹ ਅਲੱਗ ਚੀਜ਼ ਹੈ ਉਹਨੂੰ ਕਾਮਰੇਡ ਕਹਿ ਦੇਣਾ ਜਾਂ ਇਦਾਂ ਨਹੀਂ ਹੈ ਕੀ ਹੈ ਕਿ ਬਹੁਤ ਸਾਰੇ ਜਿਹੜੇ ਬੰਦੇ ਨੇ ਮੈਂ ਮਤਲਬ ਉਹਨੂੰ ਜੇ ਕਹਾ ਵੀ ਮੇਰੇ ਹਿਸਾਬ ਨਾਲ ਜਿਨ੍ਹਾਂ ਨੂੰ ਲੋਕ ਕਾਮਰੇਡ ਕਹਿ ਕੇ ਨਿੰਦਦੇ ਨੇ ਤਾਂ ਮੈਂ ਇਹ ਸੋਚਦਾ ਵੀ ਉਹ ਲੋਕਾਂ ਨਾਲੋਂ ਵੱਧ ਗੁਣਾ ਰੱਬ ਦੇ ਭਗਤ ਨੇ ਜੇ ਉਹਨਾਂ ਦੀ ਡੈਫੀਨੇਸ਼ਨ ਦੇ ਹਿਸਾਬ ਨਾਲ ਦੇਖੀਏ ਕਮ ਸੇ ਕਮ ਕਮਿਊਨਿਜ਼ਮ ਜਿਹੜੇ ਕਮਿਊਨਿਜ਼ਮ ਨੂੰ ਫਾਲੋ ਕਰਦੇ ਨੇ ਸੋਸ਼ੀਅਲਿਜ਼ਮ ਨੂੰ ਫਾਲੋ ਕਰਦੇ ਐ ਤਾਂ ਮੰਨਦੇ ਨੇ ਵੀ ਸਾਡੇ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਸਮਾਜ ਹੈ ਪ੍ਰਮਾਤਮਾ ਕਿਹਨੂੰ ਕਹਿੰਦੇ ਨੇ ਜਿਹੜੀ ਚੀਜ਼ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਹੈ ਨੇਚਰ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਹੈ ਤਾਂ ਮੇਰੇ ਲਈ ਨੇਚਰ ਪ੍ਰਮਾਤਮਾ ਹੈ ਉਹਨਾਂ ਦੇ ਲਈ ਉਹ ਕਹਿੰਦੇ ਸਾਡੇ ਲਈ ਸੁਸਾਇਟੀ ਸਭ ਤੋਂ ਇੰਪੋਰਟੈਂਟ ਹੈ ਇਟ ਮੀਨਸ ਹਰ ਬੰਦੇ ਦੇ ਅੰਦਰ ਪਰਮਾਤਮਾ ਨੂੰ ਦੇਖ ਰਹੇ ਨੇ ਉਹ ਤਾਂ ਸਾਡੇ ਨਾਲੋਂ ਵੱਧ ਧਰਮੀ ਨੇ ਯਾਰ ਸਰ ਸਾਇੰਸ ਅਸੀਂ ਉਹਨੂੰ ਨਿੱਦੀ ਜਾ ਰਹੇ ਹਾਂ ਕਰਮਾਂ ਦੇ ਉੱਤੇ ਸਾਇੰਸ ਦਾ ਕੀ ਕਹਿਣਾ ਕਰਮਾ ਬਲੀਵਰ ਜਿਹੜੇ ਆਪਾਂ ਕਹਿੰਦੇ ਜੋ ਕਰਦੇ ਆਂ ਬੀਜਦੇ ਆਂ ਇਹ ਕੀ ਹੈ ਸਾਇੰਸ ਦੀ ਨਜ਼ਰ ਸਰ ਕ੍ਰਿਸ਼ਨ ਨੂੰ ਹੈਨਾ ਹੈ ਮਤਲਬ ਮਿਥੋਲੋਜੀਕਲ ਸਟੋਰੀ ਹੈ ਪਰ ਉਹਦਾ ਲੌਜੀਕ ਬੜਾ ਸੋਹਣਾ ਲੱਗਦਾ ਮੈਨੂੰ ਕ੍ਰਿਸ਼ਨ ਨੂੰ ਦ੍ਰੋਪਦਨ ਨੇ ਕਿਹਾ ਮਹਾਰਾਜ ਆਪ ਤੋ ਅੰਤਰੀਆਮੀ ਹੋ ਉਹ ਕਹਿੰਦਾ ਭਾਈ ਜਾਂ ਦੁਰਯੋਦਨ ਨਹੀਂ ਸੌਰੀ ਅਰਜੁਨ ਨੇ ਕਹਿੰਦਾ ਮਹਾਰਾਜ ਆਪ ਤੋ ਅੰਤਰੀਆਮੀ ਹੋ ਜਾਣੀ ਜਾਣੋ ਕਹਿੰਦਾ ਬਹਿ ਜਾ ਕਹਿੰਦਾ ਵੀ ਜੇ ਤੈਨੂੰ ਲੱਗਦਾ ਹੈ ਵੀ ਮੈਂ ਪਤਾ ਨਹੀਂ ਕੀ ਕੀ ਜਾਣਦਾ ਮੈਂ ਤਾਂ ਪਹਿਲਾਂ ਹੀ ਜਾਣ ਲੈਣਾ ਜਾਂ ਮੈਂ ਮੰਨਦੀ ਗੱਲ ਕਿਸੇ ਦੀ ਬੁੱਝ ਦੇਣਾ ਹਨਾ ਕਹਿੰਦਾ ਤਾਂ ਮੈਂ ਤੈਨੂੰ ਬਹਿ ਜਾ ਸਮਝਾਣਾ ਵੀ ਇਹ ਚੱਕਰ ਕੀ ਹੈ ਕਹਿੰਦਾ ਮੈਂ ਕੋਈ ਅੰਤਰੰਤਰੀਆਮੀ ਨਹੀਂ ਹੈਗਾ ਵੀਰੇ ਕਨਾਂ ਗੱਲ ਇਹ ਐ ਮੈਂ ਤਾਂ ਬੰਦੇ ਦੀਆਂ ਹਰਕਤਾਂ ਦੇਖ ਕੇ ਦੱਸਦਾ ਵੀ ਇਹਦੇ ਜੁੱਤੀਆਂ ਪੈਣ ਵਾਲੀਆਂ ਨੇ ਉਹਦੇ ਐਕਸ਼ਨਸ ਦੇਖ ਕੇ ਉਹਦੀ ਕਰਮਾ ਇਹ ਐ ਕਿਸੇ ਚੀਜ਼ ਕਿਸੇ ਦੇ ਐਕਸ਼ਨ ਜਿਹੜੇ ਨੇ ਨਾ ਪੋਜ਼ਿਟਿਵ ਚੀਜ਼ ਲਾਅ ਆਫ ਅਟ੍ਰੈਕਸ਼ਨ ਐ ਫਿਜ਼ਿਕਸ ਵੀ ਉਸ ਚੀਜ਼ ਨੂੰ ਸਪੋਰਟ ਕਰਦੀ ਐ ਲਾਈਕ ਅਟਰੈਕਟਸ ਲਾਈਕ ਪੋਜ਼ਿਟਿਵ ਇਨਰਜੀ ਆ ਪੋਜ਼ਿਟਿਵ ਨੂੰ ਅਟਰੈਕਟ ਕਰੋਗੇ 네ਗੇਟਿਵ 네ਗੇਟਿਵ ਨੂੰ ਕਰੋਗੇ بس ਐਦਾਂ ਦੀ ਚੀਜ਼ ਹੈ ਪਰ ਜਿਹੜੇ ਛੋਟੇ-ਛੋਟੇ ਬੱਚੇ ਪਾਜੀ ਭੁਗਤਦੇ ਨੇ ਕੈਂਸਰ ਹੋ ਗਿਆ ਬਿਮਾਰੀਆਂ ਹੋ ਗਈਆਂ ਫਿਰ ਉਹ ਉਹਨਾਂ ਦੇ ਐਕਸ਼ਨਸ ਤੋਂ ਕੀ ਜਜ ਕਰ ਸਕਦੇ ਹੋ ਤੁਸੀਂ ਸਰ ਮੇਰੀ ਗੱਲ ਸੁਣੋ ਅਸੀਂ ਨਹੀਂ ਨਾ ਜਾਣਦੇ ਅਸੀਂ ਨਹੀਂ ਨਾ ਜਾਣਦੇ ਹੋ ਸਕਦਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਚਾਚਾ ਤਾਇਆ ਆਲੇ-ਦੁਆਲੇ ਦੇ ਵਿੱਚ ਕੋਈ ਅੱਖ ਰੱਖ ਕੇ ਬੈਠਾ ਹੈ ਅਸੀਂ ਮੌਤ ਨੂੰ ਡਿਸਟਰਕਟਿਵਲੀ ਕਿਉਂ ਸੋਚਦੇ ਆ ਮੌਤ ਦੇ ਬਾਰੇ ਪਹਿਲੀ ਗਲਤ ਆ ਮਰ ਗਿਆ ਕਿਸੇ ਕਿੰਨੇ ਮਰ ਕੇ ਦੇਖਿਆ ਕੋਈ ਦੁੱਖ ਹੁੰਦਾ 50-50 ਆ ਨਾ ਕਈ ਵਾਰੀ ਕਿਸੇ ਬੰਦੇ ਦੀ ਪ੍ਰੈਜ਼ੈਂਟ ਲਾਈਫ ਹੀ ਇੰਨੀ ਮਾੜੀ ਹੁੰਦੀ ਹੈ ਹੁਣ ਹੋ ਸਕਦਾ ਹੈ ਵੀ ਕੋਈ ਉਹਦਾ ਚਾਚਾ ਤਾਇਆ ਕੋਈ ਰਿਸ਼ਤੇਦਾਰ ਉਸ ਬੱਚੇ ਨੂੰ ਅਬਿਊਜ਼ ਕਰਨ ਬਾਰੇ ਸੋਚ ਕੇ ਬੈਠਾ ਹੋਵੇ ਤੇ ਤੁਸੀਂ ਸੋਚੀ ਜਾਵੇਂ ਇਹਨੂੰ ਕੈਂਸਰ ਹੋ ਗਿਆ ਉਹਦੀ ਤਾਂ ਜਾਨ ਛੁੱਟ ਰਹੀ ਹੈ ਉਹਦੇ ਕਰਮਾਂ ਉਹਦੀ ਜਾਨ ਛੜਾ ਰਹੇ ਨੇ ਕਿਉਂਕਿ ਉਹ ਤੋਂ ਬਾਅਦ ਵੀ ਆਫਟਰ ਆਲ ਇਹ ਲਾਈਫ ਕੋਈ ਸਿਜ਼ੇਸ਼ਨ ਦਾ ਪ੍ਰੋਸੈਸ ਨਹੀਂ ਹੈ ਈਵੋਲੂਸ਼ਨ ਦਾ ਪ੍ਰੋਸੈਸ ਹੈ ਅੱਗੇ ਦੀ ਅੱਗੇ 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 ਇਹ ਜਿਹੜਾ ਯੂਨੀਵਰਸ ਹੈ ਨਾ ਇਹ ਪੈਰਾਸ ਦੀਆਂ ਲੇਰਾਂ ਵਾਂਗੂ ਆ ਸਰ ਇਹ ਝੂਠ ਹੈ ਜੇ ਕੋਈ ਸਮਝਦਾ ਵੀ ਇਹ ਗੋਲਾ ਹੈ ਸਾਡੀ ਧਰਤੀ ਗੋਲ ਹੈ ਜਾਂ ਪਲੈਨੈਟਸ ਇਦਾਂ ਹੁੰਦੇ ਨੇ ਇਹ ਸਰ ਪਲੇਟ ਵਾਂਗੂ ਗੋਲ ਹੈ ਹਮ ਤਸਲੇ ਵਾਂਗੂ ਗੋਲ ਹੈ ਇਹ ਬੋਲ ਵਾਂਗੂ ਗੋਲ ਨਹੀਂ ਹੈਗੇ ਪਹਿਲੀ ਗੱਲ ਤਾਂ ਇਹ ਇਹ ਝੂਠ ਹੈ ਬੋਲਿਆ ਗਿਆ ਹੁਣ ਕੀ ਕਰਨਾ ਹੁੰਦਾ ਸਾਡੇ ਦੇਸ਼ ਦੇ ਵਿੱਚ ਅਸੀਂ ਸਾਡਾ ਟੈਕਸ ਦੇ ਵਿੱਚ ਕਿਸੇ ਨੇ ਕੋ ਪੋੜ ਬਣਾਇਆ ਟੈ ਗਿਆ ਅਸੀਂ ਗੁਲਦੇ ਗਾਲਾਂ ਤੇ ਗਾਲਾਂ ਦੇ ਗਾਲਾਂ ਅਗਲੇ ਨੇ ਐਫਰਟ ਤਾਂ ਕੀਤੀ ਸੀ ਸਭ ਦੇ ਸਾਹਮਣੇ ਕੀਤੀ ਸੀ ਟੈਂਡਰ ਸਾਰਿਆਂ ਦੇ ਸਾਹਮਣੇ ਖੁੱਲੇ ਸੀ ਵਿੱਚ ਸਰਕਾਰ ਦੇ ਅਫਸਰ ਸੀ ਉਸ ਕੱਲੇ ਦਾ ਕਸੂਰ ਕਿਉਂ ਕੱਢ ਰਹੇ ਹੋ ਪਰ ਉਹ ਜਿਹੜਾ ਹੈਗਾ ਐਫਰਟ ਕਰ ਰਿਹਾ ਉਹਨੂੰ ਅਸੀਂ ਮਾਲਾ ਕਹਿ ਰਹੇ ਹਾਂ ਹੈਨਾ ਸਾਨੂੰ ਆ ਕੇ ਕੋਈ ਕਹਿ ਦਿੰਦਾ ਜੀ ਅਸੀਂ ਤਾਂ ਜੀ ਉੱਪਰ ਚੰਦ ਤੇ ਉਹ ਭੇਜ ਰਹੇ ਆ ਥੋੜਾ ਇੰਨਾ ਟੈਕਸ ਦਾ ਪੈਸਾ ਉੱਥੇ ਲਾਉਂਗਾ ਹਾਂ ਜੀ ਹਾਂ ਲਾਓ 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 ਹਿੰਦੁਸਤਾਨ ਦਾ ਨਾਮ ਹੋਊਗਾ ਯੂ ਯੂ ਐਸ ਦਾ ਨਾਮ ਹੋਊਗਾ ਮੂਨ ਤੇ ਭੇਜੋ ਮੂਨ ਤੇ ਭੇਜੋ ਇਹ ਸਭ ਜਾਲੀ ਫੰਡੇ ਨੇ ਥੋੜਾ ਟੈਕਸ ਦਾ ਮੈਜੋਰਿਟੀ ਪਾਰਟ ਇਸ ਕਰਕੇ ਵੀ ਤੁਸੀਂ ਵੀ ਕਹੋ ਵਾਹ ਬਹੁਤ ਵਧੀਆ ਕੀਤਾ ਯਾਰ ਇੱਕ ਨੇ ਪੁਲ ਬਣਾਇਆ ਐਫਰਟ ਕੀਤੀ ਇਕੱਲੇ ਦੀ ਗਲਤੀ ਨਹੀਂ ਸੀ 10 ਇੰਜੀਨੀਅਰਾਂ ਦੀ ਗਲਤੀ ਸੀ 500 ਬਿਦੂਰ ਦੀ ਗਲਤੀ ਸੀ ਸਿਮਿੰਟ ਕੰਪਨੀ ਦੀ ਗਲਤੀ ਸੀ ਪੁਲ गिर ਗਿਆ ਉਹਨੂੰ ਮਾੜਾ ਕਹਿ ਰਹੇ ਆ ਐਫਰਟ ਤਾਂ ਕੀਤੀ ਸੀ ਉਸ ਬੰਦੇ ਨੇ ਪਰ ਦੂਜੇ ਪਾਸੇ ਥੋੜਾ ਜਿਹਾ ਬਜਟ ਦੇ ਵਿੱਚੋਂ ਮੈਕਸਿਮਮ ਕੋਈ ਕਹਿੰਦਾ ਲਾਓ ਬਈ ਆਪਾਂ ਕੱਲ ਨੂੰ ਚੰਦ ਤੇ ਬੰਦਾ ਭੇਜ ਰਹੇ ਆ ਹਨਾ ਫਲਾਣਾ ਐਨੇ ਪੈਸੇ ਲੱਗਣਗੇ ਸਾਡੇ ਟੈਕਸ ਦੇ ਵਿੱਚੋਂ 60% ਸ਼ੇਅਰ ਉਧਰ ਲਾਤਾ ਅਸੀਂ ਕਹਿੰਦੇ ਵਾਹ ਜੀ ਵਾਹ ਇੰਡੀਆ ਨੇ ਕਮਾਲ ਕਰ ਦਿੱਤੀ ਦੂਜੇ ਦਿਨ ਇੱਕ ਵੀਡੀਓ ਆਉਂਦੀ ਹੈ ਹਨਾ ਵੀ ਆ ਲੋ ਜੀ ਆਪਣੇ ਬੰਦੇ ਤਾਂ ਸਵਾਲ ਅਸੀਂ ਇਹ ਨਹੀਂ ਕਰਦੇ ਬਣਾ ਕੌਣ ਰਿਹਾ ਸੀ ਜੇ ਉੱਥੇ ਅਜੇ ਤੋਂ ਪਹਿਲਾਂ ਕੋਈ ਗਿਆ ਹੀ ਨਹੀਂ ਤਾਂ ਉਹ ਵੀਡੀਓ ਬਣਾ ਕੌਣ ਰਿਹਾ ਸੀ ਤੁਹਾਡੀ ਤੇ ਵੀਡੀਓ ਦੇਖਣ ਤੋਂ ਹੀ ਪਤਾ ਲੱਗਦਾ ਤੁਸੀਂ ਵੀਡੀਓ ਵਾਲੇ ਰੋਜ਼ ਵੀਡੀਓ ਨਾਲ ਵਾਹ ਵਾਸਤੇ ਵਾਲੇ ਬੰਦੇ ਆ ਮੈਂ ਵੀਡੀਓ ਨਾਲ ਰੋਹ ਦੇ ਵਾਹ ਵਾਸਤੇ ਵਾਲਾ ਬੰਦਾ ਤੇ ਵੀਡੀਓ ਦਾ ਸਾਫ ਪਤਾ ਲੱਗਦਾ ਹੋਵੇ ਵੀ ਇਹ 50 ਫੁੱਟ ਤੋਂ ਬਣੀ ਵੀ ਆ 45 ਤੋਂ ਬਣੀ ਵੀ ਆ 25 ਫੁੱਟ ਤੋਂ ਬਣੀ ਵੀ ਆ ਤਾਂ ਮਾਮਾ ਬਣਾ ਕੌਣ ਰਿਹਾ ਸੀ ਉੱਥੇ ਜੇ ਤੂੰ ਚੰਦ ਤੇ ਗਿਆ ਤੂੰ ਮੰਗਲ ਤੇ ਗਿਆ ਤਾਂ ਉੱਥੇ ਤੇਰੀ ਵੀਡੀਓ ਬਣਾਣ ਲਈ ਕੌਣ ਖੜਾ ਸੀ ਤੇਰਾ ਯਾਨ ਉਤਰ ਰਿਹਾ ਤਾਂ ਉੱਥੇ ਵੀਡੀਓ ਬਣਾ ਰਿਆ ਐਦਾਂ ਦੀਆਂ ਚੀਜ਼ਾਂ ਨੇ ਇਹ ਟੈਕਸ ਨੂੰ ਛੱਪਰ ਕਰਨ ਲਈ ਪੰਜਾਬੀ ਚ ਸਾਡੇ ਪਟਿਆਲਵੀਆਂ ਦੀ ਭਾਸ਼ਾ ਜਿਹਨੂੰ ਕਹਿੰਦੇ ਛੱਪਰ ਕਰਨਾ ਨਾ ਮਾਲ ਕਿਸੇ ਦਾ ਜਦੋਂ ਤਾਂ ਫਿਰ ਵੀ ਅਗਲਾ ਕੋਈ ਕਿੰਤੂ ਪ੍ਰੰਤੂ ਨਾ ਕਰੇ ਅਗਲੇ ਦੇ ਸਾਹਮਣੇ ਤੁਸੀਂ ਅਗਲੇ ਦੀ ਜੇਬ ਘੱਟ ਕੇ ਲੈ ਜਾਓ ਤੇ ਅਗਲਾ ਕਹੇ ਵਾਹ ਬਈ ਵਾਹ ਹੋਰ ਪੈਸੇ ਚਾਹੀਦੇ ਹੋਏ ਦੱਸੀ ਬਹੁਤ ਮਜ਼ਾ ਆ ਰਿਹਾ ਸਰ ਗੱਲਬਾਤ ਕਰਕੇ ਤੁਹਾਡੇ ਇਹ ਐਦਾਂ ਦੀਆਂ ਚੀਜ਼ਾਂ ਨੇ ਯੂਨੀਵਰਸ ਦੇ ਉੱਪਰ ਕੁਝ ਨਹੀਂ ਐਦਾਂ ਦਾ ਫਰਮਾਮੈਂਟ ਹੈ ਉੱਪਰ ਜਿਹੜਾ ਹੈਗਾ ਕਈ ਵਾਰ ਬਲੂ ਆਈਸ ਗਿਰਲੀ ਨੀਚੇ ਇਹ ਮੈਂ ਸੈਂਟੀਫਿਕਲੀ ਕਹਿ ਰਿਹਾ ਕੋਈ ਐਵੇਂ ਜੱਬਲੀ ਨਹੀਂ ਮਾਰ ਰਿਹਾ ਕੋਈ ਰਿਲੀਜਨ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ ਕਿਸੇ ਹੋਰ ਚੀਜ਼ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ ਕੋਈ ਮੈਜੀਨੇਸ਼ਨ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ ਕਈ ਵਾਰ ਬਲੂ ਆਈਸ ਗਿਰ ਚੁੱਕੀ ਨੀਚੇ ਉਹ ਆਕਸੀਜਨ ਤੋਂ ਬਣਦੀ ਹੈ ਬਲੂ ਆਈਸ ਜਿਹੜੀ ਹੁੰਦੀ ਹੈ ਨਾ ਉਹ ਥੱਲੇ ਕਈ ਜਗ੍ਹਾ ਮਿਲੀ ਹੈ ਧਰਤੀ ਦੇ ਉੱਤੇ ਉਹ ਕੀ ਹੈ ਕਿ ਆਕਸੀਜਨ ਜਦੋਂ ਬਹੁਤ ਜ਼ਿਆਦਾ ਠੰਡੇ ਟੈਂਪਰੇਚਰ ਦੇ ਵਿੱਚ ਦੀ ਜਿਹੜਾ ਵੇਪਰਾਈਜ਼ ਹੋਈ ਜਾਂਦੀ ਹੈ ਤਾਂ ਉਹ ਸੋਲਿਡ ਫਾਰਮ ਲੈ ਲੈਂਦੀ ਹੈ ਉਹ ਉਹਦੀ ਆਕਸੀਜਨ ਦੀ ਆਈਸ ਬਣ ਜਾਂਦੀ ਹੈ ਉਹ ਕਈ ਵਾਰ ਗਿਰ ਚੁੱਕੀ ਉੱਪਰ ਫਰਮੈਂਟ ਹੈ ਜਿਹੜਾ ਸਾਡੀ ਸ੍ਰਿਸ਼ਟ ਮਤਲਬ ਧਰਤੀ ਹੈ ਜਾਂ ਇਹ ਬ੍ਰਹਮੰਡਾ ਇਹ ਕੀ ਹੈ ਕਿ ਇਹ ਪਿਆਜ਼ ਦੇ ਲੇਅਰਸ ਵਾਂਗੂ ਨੇ ਤਸਲੇ ਵਾਂਗੂ ਜਿਵੇਂ ਤਸਲਾ ਦੇਖੀਏ ਐਦਾਂ ਗੋਲ ਨਹੀਂ ਹੈ ਜਿਵੇਂ ਇੱਕ ਆਪਾਂ ਪਲੇਟ ਦੇ ਉੱਪਰ ਤਸਲਾ ਮੁੱਦਾ ਮਾਰਦੀਏ ਉਦਾਂ ਦੀ ਆ ਉੱਪਰ ਜਿਹੜਾ ਹੈਗਾ ਆਈਸੀ ਸਟਰਕਚਰ ਹੈ ਉਹ ਤੋਂ ਅੱਗੇ ਮੈਂ ਕਹਿ ਨਹੀਂ ਸਕਦਾ ਨਾ ਹਜੇ ਤੱਕ ਕਿਸੇ ਨੇ ਕੋਈ ਦਾਵਾ ਕੀਤਾ ਨਾ ਸਾਇੰਸ ਗਈ ਆ ਵੈਨ ਐਲਨ ਰੇਡੀਏਸ਼ਨ ਬੈਲਟ ਸਾਇੰਸ ਪਾਰ ਨਹੀਂ ਕਰ ਸਕਦੀ ਮੈਂ ਇਸ ਗੱਲ ਦਾ ਗਾਰੰਟੀ ਦਿੰਦਾ ਜੀ ਇਹ ਮਤਲਬ ਜੇ ਕੋਈ ਕਹਿੰਦਾ ਇਹ ਝੂਠ ਹੈ ਤਾਂ ਮੈਂ ਲੌਜੀਕਲੀ ਵੀ ਉਹਦਾ ਜਵਾਬ ਦੱਸ ਸਕਦਾ ਵੈਨਲਨ ਐਲਨ ਰੇਡੀਏਸ਼ਨ ਬੈਲਟ ਸਾਡੇ ਉੱਪਰ ਇੱਕ ਐਸੀ ਲੇਅਰ ਹੈ ਹੀਟ ਦੀ ਰੇਡੀਏਸ਼ਨ ਦੀ ਐਸੀ ਮਤਲਬ ਲੇਅਰ ਬਣ ਗਈ ਧਰਤੀ ਦੇ ਆਲੇ ਦੁਆਲੇ ਸੌਰੀ ਜਿਹੜੀ ਕਿ ਜਿਹਦਾ ਟੈਂਪਰੇਚਰ 2000 ਡਿਗਰੀ ਤੋਂ ਸ਼ੁਰੂ ਹੋ ਕੇ 12000 ਡਿਗਰੀ ਤੱਕ ਹੁੰਦਾ ਤਾਂ ਹੁਣ ਕੁਝ ਬੰਦੇ ਜਿਹੜੇ ਕਹਿੰਦੇ ਨੇ ਵੀ ਨਹੀਂ ਇਹ ਪਤਾ ਕਿਵੇਂ ਚਲਾਇਆ ਜਾਂਦਾ ਕੁਝ ਕੁਝ ਜਗ੍ਹਾ ਦੇ ਉੱਤੇ ਨਾ ਉਹ ਲੇਅਰ ਜਿਹੜੀ ਹੈਗੀ ਉੱਥੇ ਕੱਟ ਹੈ ਹੈਨਾ ਤਾ ਕਦੇ ਦੇਖਿਆ ਤੁਸੀਂ ਵੀ ਕਿਸੇ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਪਾਣੀ ਹੈ ਜਿਹੜਾ ਵੇਪਰਸ ਨੇ ਗੈਸ ਹੈ ਜਦੋਂ ਉਹ ਕਿਸੇ ਪਾਰਟਿਕੂਲਰ ਜਗ੍ਹਾ ਦੇ ਵਿੱਚ ਫੈਲਦੀ ਹੈ ਤਾਂ ਇਕੁਅਲ ਬਰਾਬਰ ਚ ਫੈਲਦੀ ਹੈ ਇਹ ਪ੍ਰੈਸ਼ਰ ਦਾ ਪ੍ਰਿੰਸੀਪਲ ਹੀ ਕਹਿੰਦਾ ਹੈ ਦਬਾਅ ਦਾ ਸਿਧਾਂਤ ਕਹਿੰਦਾ ਕਿਸੇ ਚੀਜ਼ ਕੋਈ ਦਬਾਅ ਦੇ ਨਾਲ ਕਿਸੇ ਜਗ੍ਹਾ ਫੈਲਦੀ ਹੈ ਜੇ ਵੈਨਲਨ ਰੇਡੀਏਸ਼ਨ 벨ਟ ਵੀ ਹੈ ਉਹ ਫੈਲੀ ਹੋਈ ਹੈ ਤਾਂ ਜੇ ਉਹਦਾ 2000 ਤੋਂ 12000 ਡਿਗਰੀ ਟੈਂਪਰੇਚਰ ਹੈ ਤਾਂ ਉਹ ਸਾਰੇ ਪਾਸੇ ਬਰਾਬਰ ਫੈਲੀ ਹੋਈ ਹੈ ਐਦਾਂ ਨਹੀਂ ਵੀ ਇੱਥੇ ਜੇ ਹੈ ਨਹੀਂਗੀ ਇੱਥੇ ਜੇ ਹੈਗਾ ਵਿੱਚ ਜੇ ਧੂਆ ਹੈਗਾ ਵਿੱਚ ਕੋਈ ਬੱਦਲ ਨਹੀਂ ਹੈਗਾ ਇਹ ਲੇਅਰ ਨੂੰ ਅਜੇ ਤੱਕ ਕੋਈ ਪਾਸ ਪਾਰ ਨਹੀਂ ਕਰ ਸਕਦੇ ਪਾਰ ਹੀ ਨਹੀਂ ਕਰ ਸਕਦੇ ਐਨੇ ਟੈਂਪਰੇਚਰ ਵਾਲੀ ਨੂੰ ਧਰਤੀ ਤੇ ਕੋਈ ਅਜਾ ਮੈਟਰ ਹੀ ਨਹੀਂ ਹੈਗਾ ਸਾਡੇ ਕੋਲ ਵੀ ਜਿਹੜਾ ਐਨੇ 2000 ਤੋਂ 12000 ਡਿਗਰੀ ਕਿਉਂਕਿ ਇਹ ਪ੍ਰੇਡਿਕਟੇਬਲ ਵੀ ਨਹੀਂ ਵੀ ਐਗਜ਼ੈਕਟਲੀ 2000 ਤੋਂ 12 ਦੇ ਵਿੱਚ ਕਿੰਨੇ ਆ ਕਿੰਨਾ ਟੈਂਪਰੇਚਰ ਫਿਰ ਮੂਨ ਤੇ ਕਿਵੇਂ ਜਾ ਰਹੇ ਨੇ ਯੂ ایس ਵਾਲੇ ਸਾਰੋ ਗਏ ਨਹੀਂ ਜਿਹੜਾ ਹੈਗਾ ਉਹ ਜਿਹੜਾ ਉਹਨੂੰ ਮੂਨ ਕਹ ਰਹੇ ਨੇ ਨਾ ਜਿਹਨੂੰ ਉਹ ਜਿਹੜਾ ਉਹ ਸਟਰਕਚਰ ਜਿਹੜਾ ਹੈਗਾ ਉਹ ਫਰਮਾਮੈਂਟ ਦੇ ਅੰਦਰ ਹੈ ਉਹ ਚੀਜ਼ ਜਿਹੜਾ ਇਹ ਆਪਣਾ ਮਤਲਬ ਦੇਖੋ ਪਿਆਜ਼ ਵਾਂਗੂ ਹੈ ਉੱਪਰ ਲੇਅਰ ਉੱਪਰ ਲੇਅਰ ਉੱਪਰ ਲੇਅਰ ਆਪਾਂ ਧਰਤੀ ਤੇ ਜਿਸ ਤੇ ਰਹਿ ਰਹੇ ਆ ਜਿਹਨੂੰ ਆਪਾਂ ਆਪਣਾ ਬੇਸ ਮੰਨ ਰਹੇ ਆ ਗਰਾਊਂਡ ਮੰਨ ਰਹੇ ਆ ਆਪਣੀ ਜ਼ਮੀਨ ਮੰਨ ਰਹੇ ਆ ਉਹ ਕਈਆਂ ਦੇ ਅਸਮਾਨ ਹੈ ਉਹ ਜਿਵੇਂ ਸਾਡਾ ਅਸਮਾਨ ਉਹ ਹੈ ਤੁਹਾਡਾ ਇਹ ਕਹਿਣਾ ਤਾਂ ਨਹੀਂ ਕਿ ਇਸੇ ਧਰਤੀ ਨੇ ਇਸੇ ਧਰਤੀ ਦੇ ਅੰਦਰ ਵੀ ਬਹੁਤ ਸਪੀਸੀਜ਼ ਨੇ ਇਹ ਧਰਤੀ ਦੇ ਅੰਦਰ ਮਤਲਬ ਪੁਰਾਣੇ ਤਾਂ ਬੰਦਿਆਂ ਨੇ ਮਿਥੋਲੋਜੀਕਲੀ ਕਹਤਾ ਇਹਦੇ ਅੰਦਰ ਨਰਕ ਹੈ ਮਤਲਬ ਉੱਥੇ ਇਹੋ ਜੀਆਂ ਵੀ ਸਪੀਸੀਜ਼ ਨੇ ਇਹੀਆਂ ਜੀਆਂ ਉਹਨਾਂ ਦੀਆਂ ਧਰਤੀ ਵਰਗੀਆਂ ਲੈਂਡਸ ਨੇ ਇਹਦੇ ਅੰਦਰ ਸਬਟਰੇਨੀਅਨ ਵਰਲਡ ਹੈ ਸਰ ਬਹੁਤ ਜਗ੍ਹਾ ਇਹਦੇ ਇਹਦੇ ਪ੍ਰੂਫ ਬਹੁਤ ਲੁਕੋਏ ਜਾਂਦੇ ਨੇ ਐਡਮਿਰਲ ਰਿਚਰਡ ਬਰਡ ਇਹ ਨਾਮ ਮੈਂ ਸਾਰਿਆਂ ਨੂੰ ਸਪੈਸ਼ਲੀ ਕਹੂੰਗਾ ਜਿਨ੍ਹਾਂ ਨੇ ਸਾਊਥ ਪੋਲ ਟ੍ਰੈਵਲ ਕੀਤਾ ਸੀ ਉਹਨਾਂ ਨੇ ਚਿੱਲੀ ਦੇ ਵਿੱਚ ਇੱਕ ਕਾਨਫਰੰਸ ਕੀਤੀ ਤੇ ਸਰੇ ਆਮ ਦਾਵਾ ਕੀਤਾ ਵੀ ਨੈਕਸਟ ਟਾਈਮ ਜਦੋਂ ਤੁਹਾਡੀ ਕੋਈ ਵਰਲਡ ਵਾਰ ਹੋਊਗੀ ਤਾਂ ਐਸੇ ਲੋਕਾਂ ਨਾਲ ਨਹੀਂ ਹੋਊਗੀ ਜਿਹੜੇ ਮਤਲਬ ਜਹਾਜ਼ਾਂ ਨਾਲ ਤੁਹਾਡੇ ਤੇ ਅਟੈਕ ਕਰਨਗੇ ਬੰਬਾਂ ਨਾਲ ਤੁਹਾਡੀ ਨੈਕਸਟ ਵਾਰ ਐਸੀਆਂ ਸਬਤਾਵਾਂ ਨਾਲ ਹੋਊਗੀ ਜਿਹੜੀਆਂ ਪੋਲ ਟੂ ਪੋਲ ਸਕਿੰਟ ਚ ਜਾਂਦੀਆਂ ਨੇ ਐਵੇਂ ਸਪੀਡ ਨਾਲ ਇੰਨੀ ਸਪੀਡ ਨਾਲ ਉਹ ਇਸੇ ਦੁਨੀਆ ਤੇ ਰਹਿੰਦੀਆਂ ਨੇ ਇਸ ਦੁਨੀਆ ਤੇ ਨਹੀਂ ਸਾਡੀ ਧਰਤੀ ਤੇ ਨਹੀਂ ਪਿਆਜ ਵਾਂਗੂ ਹੈ ਸਾਡਾ ਜਿਹੜੀ ਜ਼ਮੀਨ ਹੈ ਉਹ ਕਿਸੇ ਦਾ ਅਸਮਾਨ ਹੈ ਉਹਦੇ ਅੰਦਰ ਅੱਡੀ ਤੱਕ ਹੋਲ ਕਰਨ ਲੱਗੇ ਸੀ ਤਕਰੀਬਨ ਰਸ਼ੀਆ ਦੇ ਵਿੱਚ ਇੱਕ ਯੂਐਸ ਦੇ ਵਿੱਚ ਮਿਲਿਆ ਸੀ ਮੈਲਜ਼ ਹੋਲ ਯੂਐਸ ਦੇ ਲੋਕ ਜਾਣਦੇ ਨੇ ਮੈਲਜ਼ ਹੋਲ ਦਾ ਕੋਈ ਮੈਨੂੰ ਦੱਸ ਦਵੇ ਵੀ ਉਹ ਕੀ ਹੈ ਹਜੇ ਤੱਕ ਉਹਦੀ ਇੰਨੀ ਡੈਪਥ ਚ ਲੋਕਾਂ ਨੇ ਐਨਾ ਕੁਝ ਜੋੜ-ਜੋੜ ਕੇ 15 ਕਿਲੋਮੀਟਰ ਤੋਂ ਉੱਪਰ ਤਾਂ ਜਿਹੜੇ ਬੰਦੇ ਨੇ ਉਹ ਜ਼ਮੀਨ ਖਰੀਦੀ ਸੀ ਜਿਹਦੇ ਚੋਂ ਨਿਕਲਿਆ ਸੀ ਮਤਲਬ ਜਿਵੇਂ ਇੱਕ ਜ਼ਮੀਨ ਚ ਕਮਘੋਰਾ ਨਿਕਲਿਆ ਜੀ ਬਹੁਤ ਵੱਡਾ 9 ਫਿਟ ਦਾ ਸੀਗਾ ਉਹਦਾ ਡਾਇਆ ਉੱਥੇ ਉਹਨਾਂ ਨੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਉਹ ਥੱਲੇ ਉਹਨੇ ਕੀ ਕੀਤਾ ਬੰਦੇ ਨੇ ਨਾ ਉਹਦਾ ਵਾਹ ਵਾਸਤਾ ਸੀ ਮੱਛੀਆਂ ਵਾਲੇ ਬੰਦਿਆਂ ਨਾਲ ਉਹਨੇ ਮੱਛੀ ਦਾ ਜਾਲ ਜਿਹੜਾ ਹੁੰਦਾ ਕਿਉਂਕਿ ਉਹ ਚਾਹੇ ਹੁੰਦਾ ਵੀ ਮੱਛੀ ਖਿੱਚ ਕੇ ਨਾ ਲੈ ਜਾਵੇ ਉਹ ਕੋਈ 19 ਮੀਟਰ ਦਾ ਕੋਈ ਵੱਡੇ ਤੋਂ ਵੱਡਾ ਹੁੰਦਾ ਉਹਨੇ ਇੱਕ ਲਿਆਂਦਾ ਦੋ ਲਿਆਂਦਾ ਤਿੰਨ ਲਿਆਂਦਾ ਜੋੜੀ ਗਿਆ ਜੋੜੀ ਗਿਆ ਜੋੜੀ ਗਿਆ ਜੋੜ-ਜੋੜ ਥੱਲੇ ਵਿੱਚ ਉਹਦੇ ਥੱਲੇ ਵੇਟ ਬਣ ਕੇ ਥੱਲੇ ਕਰੀ ਗਿਆ ਵੀ ਆਵਾਜ਼ ਆਊਗੀ ਜਾਂ ਉਹ ਚੀਜ਼ ਨੂੰ ਜਦ ਮੈਂ ਚਰਖੀ ਨਾਲ ਵਾਪਸ ਖਿੱਚੂੰਗਾ ਕੋਈ ਮਿੱਟੀ ਮੁੱਟੀ ਕੋਈ ਪਾਣੀ ਉਹਦੇ ਨਾਲ ਲੱਗਿਆ ਹੋਵੇ ਮੈਨੂੰ ਪਤਾ ਲੱਗੂ ਥੱਲੇ ਕੀ ਹੈ ਤਾਂ ਕਦੇ ਕੁਝ ਨਹੀਂ ਮਿਲਿਆ ਉਹਨੇ ਲੋਕਾਂ ਨਾਲ ਸੰਪਰਕ ਕੀਤਾ ਉਹਨੇ ਪ੍ਰੋਗਰਾਮ ਜਿਵੇਂ ਤੁਸੀਂ ਜੋਰੋਗੰਦੀ ਗੱਲ ਕਰ ਰਹੇ ਸੀ ਐਦਾਂ ਹੀ ਜਿਹੜਾ ਹੈ ਅਮਰੀਕਾ ਦਾ ਕੋਸਟ ਟੂ ਕੋਸਟ ਤੁਸੀਂ ਸੁਣਿਆ ਹੋਣਾ ਉਹ ਵੀ ਪੋਡਕਾਸਟ ਕਰਦੇ ਨੇ ਬਟ ਆਡੀਓ ਆਡੀਓ 'ਚ ਕਰਦੇ ਨੇ ਉਹ ਅੱਜ ਦਾ ਨਹੀਂ ਆ ਜੋ ਰੋਗਨ ਨਾਲੋਂ ਵੀ ਕਿਤੇ ਵੱਧ ਪੁਰਾਣਾ ਹੈ ਅਮਰੀਕਾ ਦਾ ਸਭ ਤੋਂ ਔਥੈਂਟਿਕ ਆ ਉਹਦੇ ਤੇ ਉਹ ਬੰਦਾ ਆਇਆ ਕੀ ਬਣਿਆ ਫਿਰ ਉਸ ਉਹਦੇ ਮੈਲ ਜਿਹੜਾ ਹੈ ਨਾ ਮਤਲਬ ਮੈਲਵਾਟਰਜ਼ ਉਹਦਾ ਨਾਮ ਹੈ ਬੰਦੇ ਦਾ ਤੇ ਉਹ ਮੈਲਵਾਟਰਜ਼ ਨੇ ਕਿਹਾ ਵੀ ਮੇਰੀ ਜ਼ਮੀਨ ਦੇ ਵਿੱਚ ਖਾਸ ਕਰ ਉਹਦੀ ਜ਼ਮੀਨ ਉਹਨੇ ਵਸ਼ਿੰਗਟਨ ਦੇ ਨੇੜੇ ਕਿਹਾ ਵਸ਼ਿੰਗਟਨ ਦੇ ਨੇੜੇ ਆ ਮੇਰੀ ਜ਼ਮੀਨ ਉਹਦੇ ਵਿੱਚ ਇੱਕ ਮਗੋਰਾ ਨਿਕਲਿਆ ਜਿਹਦਾ ਆਖਰੀ ਛੋਰ ਨਹੀਂ ਮਿਲ ਰਿਹਾ ਥੱਲੇ ਸਿੱਟੀਗੇ ਸਿੱਟੀਗੇ ਧਾਗੇ ਲਾ 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 ਲੋਕਾਂ ਨੇ ਕਿ ਆ ਕਰ ਲਿਆ ਉਹ ਸਰੇ ਮਤਲਬ ਪ੍ਰੋਗਰਾਮ ਚੱਲਦਾ ਸੀ ਰੇਡੀਓ ਪ੍ਰੋਗਰਾਮ ਚੱਲਦੇ ਸੀ ਉਹਦਾ ਪੋਡਕਾਸਟ ਜਾਂ ਵੀਡੀਓ ਪ੍ਰੋਗਰਾਮ ਨਹੀਂ ਸੀ ਉਹ ਆਈ ਉਹ ਕਰੀ ਗਿਆ ਤਕਰੀਬਨ 1956 ਤੋਂ ਬਾਅਦ ਦੀਆਂ ਗੱਲਾਂ ਨੇ ਇਹ ਤਕਰੀਬਨ ਤਾਂ ਉਹ ਸਿੱਟੀਗੇ 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 ਮਤਲਬ ਉਹਦੀ ਕਦੇ ਡੈਪਥ ਹੀ ਨਹੀਂ ਮਿਲੀ ਫਿਰ ਯੂ ਐਸ ਆਰਮੀ ਨੇ ਉਹਦੇ ਤੇ ਉਸ ਬੰਦੇ ਨੂੰ ਇਹ ਝੂਠ ਬੋਲ ਕੇ ਕਬਜ਼ਾ ਕੀਤਾ ਵਿੱਚੇ ਜਹਾਜ਼ ਕ੍ਰੈਸ਼ ਹੋਇਆ ਸਾਡਾ ਤੂੰ ਚੱਲ ਬਾਹਰ ਇਸ ਪ੍ਰਾਪਰਟੀ ਤੋਂ ਸਾਡੇ ਜਹਾਜ਼ 'ਚ ਕੋਈ ਰਾਜ ਨਹੀਂ ਉਹਨੂੰ ਬਾਹਰ ਕਰਤਾ ਉਹਦੀ ਜ਼ਮੀਨ ਤੋਂ ਫਿਰ ਉਹਨੂੰ ਡਰਾਇਆ ਧਮਕਾਇਆ ਵੀ ਤੂੰ ਇਹ ਪ੍ਰੋਗਰਾਮ ਕਰਨੇ ਬੰਦ ਕਰ ਦੇ ਉਹਨਾਂ ਨੇ ਬਕਾਇਦਾ ਜਾਂ ਤਾਂ ਉਹ ਗਵਰਨਮੈਂਟ ਦਾ ਕੋਈ ਸਿਕਰਟ ਪ੍ਰੋਜੈਕਟ ਸੀਗਾ ਉਹਦਾ ਇਹ ਮੰਨਣਾ ਹੈ ਜਾਂ ਇਹ ਕਹਿੰਦਾ ਵੀ ਮਤਲਬ ਕੋਈ ਜਿਹੜੇ ਅੰਦਰ ਦੁਨੀਆਵਾਂ ਨੇ ਜੜੀਆਂ ਉਹ ਬੰਦਾ ਵੀ ਮੰਨਦਾ ਸੋ ਬਹੁਤ ਜਿਹੜੀਆਂ ਅੰਦਰ ਨੇ ਸਬਟਰੇਨੀਅਨ ਵਰਲਡ ਨੇ ਅੰਟਾਰਕਟਿਕਾ ਦੇ ਵਿੱਚ ਤਾਂ ਮਤਲਬ ਸਪੈਸ਼ਲੀ ਬਹੁਤ ਹੀ ਜ਼ਿਆਦਾ ਡੈਪਥ ਦੇ ਉੱਤੇ ਮਤਲਬ ਜੇ ਮੈਂ ਤੁਹਾਨੂੰ ਸਰਕਾਰ ਦੀ ਗੱਲ ਦੱਸਾਂ ਨਾ ਇਕ ਮੈਂ ਭਰਮ ਦੂਰ ਕਰਨ ਲੱਗਾ ਬਹੁਤ ਸਾਰੇ ਲੋਕਾਂ ਦਾ ਹੋ ਸਕਦਾ ਹੈ ਵੀ ਹਿੰਦੁਸਤਾਨ ਤੋਂ ਬਾਹਰ ਵੀ ਬਹੁਤ ਸਾਰੇ ਲੋਕਾਂ ਦਾ ਇਹ ਭਰਮ ਮੈਂ ਦੂਰ ਕਰ ਸਕਾਂ ਆਪਣਾ ਤੁਸੀਂ ਸੋਚਦੇ ਹੋਵੋਗੇ ਚਲੋ ਪਹਿਲਾ ਸਵਾਲ ਤੋਂ ਸ਼ੁਰੂ ਕਰਦੇ ਆਂ ਵੀ ਆਮ ਨਾਰਮਲ ਬੰਦੇ ਦੀ ਥਿੰਕਿੰਗ ਕੀ ਹੈ ਨੇਵੀ ਕੀ ਕਰਦੀ ਹੈ ਉਹ ਜਿਹੜੇ ਕੋਈ ਹੋਰ ਕੰਟਰੀ ਦੇ ਟੇ ਵਾਰ ਨਾ ਕਰ ਦੇਣ ਉਹਨਾਂ ਦਾ ਧਿਆਨ ਰੱਖਦੀ ਹੈ ਪਾਣੀ 'ਚ ਰਹਿ ਕੇ ਐਗਜ਼ੈਕਟਲੀ ਸਾਰੇ ਹੀ ਇਦਾਂ ਹੀ ਸੋਚਦੇ ਆਂ ਆਮ ਬੰਦਾ ਵੀ ਨੇਵੀ ਜਿਹੜੀ ਹੈ ਪਾਣੀ 'ਚ ਕੰਮ ਕਰਦੀ ਹੈ ਤਾਂ ਮੈਂ ਅੱਜ ਤੁਹਾਡੇ ਮਿੱਥੇ ਦੂਰ ਕਰਨ ਲੱਗਿਆ ਵੀ ਜਿੰਨੇ ਆਪਾਂ ਇਸ ਧਰਤੀ ਤੇ ਇਨਸਾਨ ਰਹਿ ਰਹੇ ਆ ਉੱਪਰ ਉਹਨੇ ਤਾਂ ਸਾਡੀ ਸਭਤਾ ਚੋਂ 30 30 ਕਿਲੋਮੀਟਰ ਥੱਲੇ ਤੱਕ ਡੂੰਘੇ ਬੇਸਿਸ ਬਣਾ ਕੇ ਉਹ ਵੀ ਦੁਨੀਆ ਭਰ ਦੇ ਅਲੱਗ-ਅਲੱਗ ਕੰਟਰੀਜ਼ ਦੀਆਂ ਆਰਮੀਜ਼ ਦੇ ਅੰਦਰ ਬੇਸ ਨੇ ਆਰਮੀ ਇਹ ਭਲੇਖਾ ਮੰਚੋਂ ਕੱਢ ਦੋ ਵੀ ਦੁਨੀਆ ਦੇ ਸਮੁੰਦਰਾਂ 'ਚ ਕੰਮ ਕਰਦੀ ਆ ਠੀਕ ਆ ਉਹਦਾ ਨਾਮ ਨੇਵੀ ਆ ਸੀ ਉਹਨੂੰ ਜਲ ਸੈਨਾ ਕਹਿੰਦੇ ਆ ਪਰ ਉਸ ਪਾਣੀ ਨਾਲੋਂ 10 ਗੁਣਾ ਵੱਧ ਕੰਮ ਉਹ ਧਰਤੀ ਦੇ ਵਿੱਚ ਕਰਦੀ ਹੈ ਯਾਨੀ ਲੈਂਡ ਦੇ ਵਿੱਚ ਕਰਦੀ ਹੈ ਸੀਕ੍ਰੀਟ ਬੇਸਿਸ ਬਣਾ ਕੇ ਨਿਊਕਲੀਅਰ ਪ੍ਰੋਜੈਕਟ ਚਲਾ ਕੇ ਉੱਥੋਂ ਉਹਦੀਆਂ ਮਤਲਬ ਜਿਹੜੀਆਂ ਅੰਨੀਆਂ ਵੱਡੀਆਂ-ਵੱਡੀਆਂ ਟਨਲਜ਼ ਨੇ ਤੁਸੀਂ ਇਹ ਲਲੋਬੀ ਦੇਸ਼ਾਂ ਤੋਂ ਦੇਸ਼ਾਂ ਤੱਕ ਵੱਡੀਆਂ-ਵੱਡੀਆਂ ਟਨਲਜ਼ ਨੇ ਟਰੱਕ ਵਿੱਚ ਦੀ ਪਾਣੀ ਚ ਨਹੀਂ ਜਨਾਬ ਧਰਤ ਨੂੰ ਉਹੀ ਤਾਂ ਕਹਿ ਰਹੇ ਆਂ ਵੀ ਪਾਣੀ ਚ ਨਹੀਂ ਕੰਮ ਕਰਦੀ ਨੇ ਵੀ ਅੱਪਾ ਨੂੰ ਇਹ ਭਲੇਖਾ ਬਣਾਇਆ ਵਿਆ ਵੀ ਨੀਵੀ ਜਿਹੜੀ ਆ ਉਹ ਪਾਣੀ ਚ ਕੰਮ ਕਰਦੀ ਆ ਉਹ ਪਾਣੀ ਚ ਨਹੀਂ ਕੰਮ ਕਰਦੀ ਸਰ ਉਹ ਬੇਸਿਕਲੀ ਸਮਝੋ ਅੰਡਰਗਰਾਊਂਡ ਕੰਮ ਕਰਦੀ ਆ ਹਮ ਨਾਮ ਪਾਣੀ ਦਾ ਦਿੱਤਾ ਗਰਾਊਂਡ ਦੇ ਵਿੱਚ ਸਾਨੂੰ ਲੱਗਦਾ ਵੀ ਉਹ ਜਲ ਸੈਨਾ ਦੇ ਉਹ ਕੀ ਹੁੰਦਾ ਉਹ ਕੁਝ ਜਿਹੜੇ ਜਹਾਜ਼ ਨੇ ਉਹਦੇ ਥੱਲੇ ਦੀ ਸਿਸਟਮ ਬਣੇ ਹੁੰਦੇ ਨੇ ਉਹਦੀਆਂ ਛੋਟੀਆਂ ਛੋਟੀਆਂ ਪੰਡੂਬੀਆਂ ਵੀ ਹੁੰਦੀਆਂ ਨੇ ਜੀ ਜਿਵੇਂ ਆਪਾਂ ਕਹਿ ਦਈਏ ਮਤਲਬ ਨਾਲ ਉਹ ਟਾਇਰ ਜੇ ਬਣਿਆ ਹੁੰਦੇ ਨੇ ਵੀ ਕੋ ਐਕਸੀਡੈਂਟ ਨਾ ਹੋਵੇ ਤੈਰਨ ਲਈ ਆਪਣੇ ਛੋਟੇ ਮੋਟੇ ਕੰਮਾਂ ਲਈ ਵੀ ਥੱਲੇ ਦੀੋਂ ਨਿਕਲ ਜੇ ਅਸਲੀ ਮਾਲ ਤਾਂ ਜਨਾਬ ਐਦਾਂ ਸਪਲਾਈ ਹੁੰਦਾ ਈਵਨ ਕਿ ਗੈਰੀ ਐਬਸਟੀਨ ਵਾਲੇ ਕੇਸ ਦੇ ਵਿੱਚ ਬੱਚੇ ਉਹਨਾਂ ਜਮੀਨੀ ਮਾਰਗਾਂ 'ਰਾਂਹੀ ਸਪਲਾਈ ਹੁੰਦੇ ਸੀ ਤੇ ਸਾਡੇ ਵਰਗੇ ਸੋਚਦੇ ਨੇ ਵੀ ਲਾ ਇੰਨੇ ਤਾਂ ਯਾਰ ਪੁਲਿਸ ਦੇ ਨਾਕੇ ਲੱਗੇ ਹੁੰਦੇ ਨੇ ਐਵੇਂ ਕਿਸੇ ਦਾ ਜਵਾਕ ਚੱਕ ਕੇ ਮੈਂ ਜਿਹੜੀ ਆਪਣੇ ਲੇਟੈਸਟ ਤੁਹਾਨੂੰ ਦੱਸਿਆ ਸੀ ਨਾ ਵੀ ਕੀ ਨੋਵਲ ਲੇਖ ਰਿਆਂ ਉਹ ਮੇਰਾ ਨੋਵਲ ਇਸ ਚੀਜ਼ ਤੇ ਬੇਸਡ ਹੈ ਕਿ ਦੁਨੀਆ ਭਰ ਦੇ ਵਿੱਚੋਂ ਬੱਚੇ ਚੱਕੇ ਜਾਂਦੇ ਨੇ ਲੱਖਾਂ ਦੇ ਵਿੱਚ ਤੇ ਅਸੀਂ ਮੂਰਖ ਕੀ ਸੋਚਦੇ ਆ ਜਿਹੜੀਆਂ ਸਾਨੂੰ ਅੱਜ ਤੋਂ 70-80 ਸਾਲ ਪਹਿਲਾਂ ਬੁੜੀਆਂ ਸਮਝਾਉਂਦੇ ਦੀ ਉਹ ਹੱਥ-ਪੈਰ ਵੱਢ ਜਵਾਕਾਂ ਨੂੰ ਡਰਾਉਣ ਦੇ ਮਾਰੇ ਹੱਥ-ਪੈਰ ਵੱਢ ਕੇ ਭੀਖ ਮੰਗਣ ਲਾ ਦਿੰਦੇ ਨੇ ਉਹ ਭਾਈ ਜਣਾ ਕਾਣਾ ਤਾਂ ਜੇਬ 'ਚ ਫੋਨ ਪਾਈ ਫਿਰਦਾ ਜੇ ਕੋਈ ਜਵਾਕ ਕਿਤੇ ਕੋਈ ਠਿੱਕੇ ਨਾਲੋਂ ਤੋਂ ਭੀਖ ਮੰਗਾਊਗਾ ਉਹਨੇ ਕਹਤਾ ਅੰਕਲ ਮੇਰੇ ਨਾਲ ਤਾਂ ਇਹ ਹੋ ਰਿਹਾ ਉਹਦੀ ਫੋਟੋ ਖਿੱਚ ਕੇ ਪਾ ਦੂਗਾ ਤਾਂ ਉਹਦੇ ਮਾਂ-ਬਾਪ ਨੂੰ ਪਤਾ ਨਹੀਂ ਲੱਗੂ ਹੂੰ ਜਿਹੜੇ ਮਿਸਿੰਗ ਹੁੰਦੇ ਨੇ ਆ ਗੁੰਮਸ਼ੁਦਗੀ ਜੀ ਆ ਫਲਾਣਾ ਜੀ ਬੰਦਾ ਸਾਡਾ ਇਸ ਸਟੇਸ਼ਨਾਂ ਤੇ ਲੱਗੇ ਉਹ ਤਾਂ ਆਪਣੀ ਮਰਜ਼ੀ ਨਾਲ ਗਏ ਹੋਏ ਹੁੰਦੇ ਨੇ ਰੁੱਸ ਕੇ ਗਏ ਹੁੰਦੇ ਨੇ ਦਿਮਾਗੀ ਹਾਲ ਤਾਂ ਅਨਸਟੇ ਜਿਹੜੇ ਬੱਚੇ ਚੱਕੇ ਜਾਂਦੇ ਨੇ ਚੋਰੀ ਕਰੇ ਜਾਂਦੇ ਨੇ ਲੱਖਾਂ ਚ ਸਾਰੀ ਦੁਨੀਆ ਦੇ ਵਿੱਚੋਂ ਬੱਚੇ ਚੋਰੀ ਹੁੰਦੇ ਨੇ ਉਹ ਬੱਚੇ ਜਾਂਦੇ ਕਿੱਥੇ ਨੇ ਤੇ ਕਿਹੜੇ ਮਾਰਗਾਂ ਰਾਹੀਂ ਜਾਂਦੇ ਨੇ ਕਿੱਥੇ ਜਾਂਦੇ ਨੇ ਸਰ ਸਰ ਉਹ ਗੈਰੀ ਐਬਸਟੇਨ ਦੇ ਕੇਸ ਦੇ ਵਿੱਚ ਕਈ ਤਾਂ ਸਟੇਟਮੈਂਟਾਂ ਜਿਹੜੀਆਂ ਨੇ ਇਹ ਬੱਚੇ ਇਹ ਕੀ ਹੈ ਕਿ ਸਰ ਦੁਨੀਆ ਦੇ ਵਿੱਚ ਨਾ ਇਹ ਪਾਪ ਸਭ ਤੋਂ ਵੱਧ ਹੈ ਪਿਡਫਿਲੀਆ ਜਿਹਨੂੰ ਕਹਿੰਦੇ ਇਹ ਜਾਣਦੇ ਕਿਥੇ ਨੇ ਬੱਚੇ ਮਤਲਬ ਉਹ ਜਿਹੜੇ ਥੱਲੇੜੇ ਮਾਰਗ ਜਿਹੜੇ ਨੇ ਜਾਂ ਤਾਂ ਉਹ ਦੇ ਬਾਰੇ ਮਿਲਟਰੀ ਇੰਡਸਟਰੀਅਲਿਸਟ ਜਾਣਦੇ ਨੇ ਇਹ ਡੀਪ ਸਟੇਟ ਨਾਲ ਜੁੜਿਆ ਹੋਇਆ ਕਨਸੈਪਟ ਹੈ ਸਰ ਬਹੁਤ ਸਾਰੇ ਲੋਕਾਂ ਨੂੰ ਇਹ ਹੋਊਗਾ ਇਲੂਮੀਨਾਟੀ ਦੇਖੋ ਕੁਝ ਸ਼ਬਦ ਨੇ ਜਿਹੜੇ ਇੱਕ ਦੂਜੇ ਦੇ ਆਲਟਰਨੇਟ ਨੇ ਡੀਪ ਸਟੇਟ ਇਲੂਮੀਨਾਟੀ ਇਲੀਟ ਬੋਹੀਮੀਅਨ ਕਲੱਬ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਇਹ ਤਕਰੀਬਨ ਮਤਲਬ ਮੈਜੋਰਟੀ ਮੈਂਬਰਸ ਜਿਹੜੇ ਨੇ ਉਹੀ ਨੇ ਇਹ ਕੌਣ ਨੇ ਮਤਲਬ ਇਹ ਜਿਹੜੇ ਨੇ ਇਹਨਾਂ ਦੇ ਸਿਸਟਮ ਵੀ ਨੇ ਬੀਲੀਵ ਸਿਸਟਮ ਵੀ ਨੇ ਮਤਲਬ ਉਹਨਾਂ ਨੂੰ ਸ਼ੈਤਾਨਵਾਦੀ ਕਹਿ ਦਿੱਤਾ ਜਾਂਦਾ ਹੈ ਸ਼ੈਤਾਨਵਾਦੀ ਤਾਂ ਕਿਹਾ ਜਾਂਦਾ ਉਹ ਬੜੀਆਂ ਕਾਨੂੰਨੀਆ ਹਰਕਤਾਂ ਕਰਦੇ ਨੇ ਮਤਲਬ ਐਂ ਕਹਿ ਲਓ ਵੀ ਉਹ ਐਬਨਾਰਮਲ ਬੰਦਿਆਂ ਵਰਗਾ ਮਤਲਬ ਸੈਕਸ਼ੂਅਲ ਇੰਟਰਸਟ ਨੇ ਉਹਨਾਂ ਦੇ ਹੈਨਾ ਉਹ ਇਸ ਤਰ੍ਹਾਂ ਦਾ ਕੁਝ ਕਰਵਾਉਂਦੇ ਨੇ ਡੀਪ ਸਟੇਟ ਜਿਹੜੀ ਆ ਉਹ ਇਹ ਕਨਸੈਪਟ ਹੈ ਵੀ 24 ਘੰਟੇ ਇਹੋ ਜੇ ਹਾਲਾਤ ਬਣਾ ਕੇ ਰੱਖੋ ਯੁੱਧ ਵਰਗੇ ਵੀ ਜਿਵੇਂ ਇੱਕ ਯੁੱਧ ਦੇ ਵਿੱਚ ਇੱਕ ਤਗੜੇ ਜਨਰਲ ਦੀ ਕਿਸੇ ਦੇਸ਼ ਨੂੰ ਲੋੜ ਮਹਿਸੂਸ ਹੁੰਦੀ ਆ ਵੀ ਓ ਯਾਰ ਆਪਣਾ ਜਨਰਲ ਹੈ ਇਹ ਆਪਾਂ ਨੂੰ ਹੁਣ ਯੁੱਧ ਦੀ ਜਿੱਤ ਕੇ ਦਿਖਾਊਗਾ ਜਿਵੇਂ ਇਜ਼ਰਾਈਲ ਵਾਲੇ ਬਦਲ ਦਿੰਦੇ ਨੇ ਚੌਥੇ ਦਿਨ ਯੂਕਰੇਨ ਵਾਲੇ ਵੀ ਇਹਨੇ ਨਹੀਂ ਜਿੱਤਿਆ ਇਹਦੇ ਕਰਕੇ ਤਾਂ ਹਾਰ ਰਹੇ ਸੀ ਇਹ ਜਿਤਵਾਉ ਉਹ ਹੈਨਾ ਵੀ ਉਹ ਉਹ ਜਿਹੜੀ ਡੀਪ ਸਟੇਟ ਦਾ ਕਨਸੈਪਟ ਹੈ ਉਹ ਕਹਿੰਦਾ ਵੀ ਚੋ 12 ਮਹੀਨੇ 30 ਦਿਨ ਵਾਰ ਵਰਗਾ ਮਾਹੌਲ ਬਣਾ ਕੇ ਰੱਖੋ ਵੀ ਲੋਕਾਂ ਦੇ ਮਨ ਚ ਐ ਡਰ ਰਹੇ ਵੀ ਅਸਾਂ ਮਰ ਜਾਾਂਗੇ ਜੇ ਇਹ ਬੰਦਾ ਨਾ ਚੁਣਿਆਸਾਂ ਨੇ ਜੇ ਇਹ ਬੰਦਾ ਸਾਡੀ ਰਾਖੀ ਲਈ ਨਾ ਹੋਇਆ ਤਾਂ ਅਸੀਂ ਮਰ ਜਾਾਂਗੇ ਜੇ ਜਿਹੜਾ ਐਕਸਪੈਰੀਮੈਂਟ ਜਿਹੜੀ ਰਿਸਰਚ ਜਿਹੜੀ ਟੈਕਨੋਲੋਜੀ ਇਹ ਕਹਿ ਰਿਹਾ ਉਹ ਬਣਾਓ ਯਾਰ ਉਹਦੇ ਨਾਲ ਹੀ ਆਪਾਂ ਬਚਾਂਗੇ ਨਹੀਂ ਤਾਂ ਦੁਨੀਆ ਤਬਾਹ ਹੋ ਜੂ ਇਹ ਛੋਟੇ ਲੈਵਲ ਤੋਂ ਮਰ ਜਾਾਂਗੇ ਇਹ ਛੋਟੇ ਲੈਵਲ ਤੋਂ ਸ਼ੁਰੂ ਹੁੰਦੀ ਹੈ ਰਾਜਨੀਤੀ ਤੇ ਵੀ ਬਿਲਕੁਲ ਮਤਲਬ ਡਰਾਇਆ ਜਾਂਦਾ ਡਰ ਦੇ ਨਾਲ ਕੰਟਰੋਲ ਸਥਾਪਿਤ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ ਡਰ ਕਿਸੇ ਨੂੰ ਡਰਾਉਣਾ ਵੀ ਤੈਨੂੰ ਕੋਈ ਖਤਰਾ ਫਿਰ ਕਹਿੰਦੇ ਨੇ ਜੀ ਅਫਲਾਣੀ ਪਾਰਟੀ ਆਊਗੀ ਉਹ ਤੁਹਾਨੂੰ ਬਚਾਊਗੀ ਗਰੀਬਾਂ ਨੂੰ ਗਰੀਬਾਂ ਦੀ ਦਾਤੀ ਹੋਊਗੀ ਅਫਲਾਣੀ ਪਾਰਟੀ ਆਊਗੀ ਉਹ 크ਰਿਸਚੀਅਨ ਨੂੰ ਬਚਾਊਗੀ ਫਲਾਣੀ ਪਾਰਟੀ ਆਊਗੀ ਮਾਈਨੋਰਟੀਜ਼ ਨੂੰ ਬਚਾਊਗੀ ਫਲਾਣੀ ਪਾਰਟੀ ਆਊਗੀ ਉਹਨਾਂ ਨੂੰ ਲੱਗਦਾ ਵੀ ਆਊਗੀ ਇੱਕ ਪਾਰਟੀ ਹਜੇ ਤੱਕ ਤਾਂ ਕੋਈ ਆਈ ਨਹੀਂ ਭਗਤੋ ਸਾਰਿਆਂ ਨੂੰ ਉਚਾਣ ਲਈ ਇੱਕ ਸਵਾਲ ਮੇਰੇ ਮਨ ਚ ਬੜਾ ਹੈ ਕਿਸੇ ਨੇ ਨਹੀਂ ਬਚਾਣਾ ਇਹ ਨੈਰੇਟਿਵ ਹੁੰਦੇ ਨੇ ਡੀਪ ਸਟੇਟ ਦਾ ਕਨਸੈਪਟ ਹੈ ਡੀਪ ਸਟੇਟ ਦਾ ਮਤਲਬ ਹੈ ਵੀ ਆਪਣੀ ਬੁੱਕਤ ਜਦੋਂ ਕਿਸ ਕੁਝ ਬੰਦਿਆਂ ਨੂੰ ਇਹ ਕਿੱਥੋਂ ਸ਼ੁਰੂ ਹੋਇਆ ਜਦੋਂ ਵਰਲਡ ਵਾਰਸ ਹੋਈਆਂ ਨਾ ਕੁਝ ਬੰਦਿਆਂ ਨੂੰ ਆਇਆ ਲੱਗਿਆ ਵੀ ਯਾਰ ਜਦੋਂ ਲੜਾਈ ਚੱਲਦੀ ਸੀ ਆਪਣੀ ਕਿੰਨੀ ਬੁੱਕਤ ਸੀ ਹੁਣ ਆਪਾਂ ਨੂੰ ਕੋਈ ਨਹੀਂ ਪੁੱਛਦਾ ਉਹ ਬੰਦੇ ਕੌਣ ਸੀ ਜਾਂ ਤਾਂ ਉਹ ਮਿਲਟਰੀ ਦੇ ਲਈ ਕੋ ਬਹੁਤ ਤਗੜੇ ਹਥਿਆਰ ਬਣਾ ਰਹੀ ਸੀ ਯਾ ਕੋਈ ਸਾਇੰਟਿਸਟ ਸੀ ਬਹੁਤ ਤਗੜੇ ਜਿਨ੍ਹਾਂ ਨੇ ਕੋਈ ਅਲੱਗੀ ਨਵੀਂ ਤਰ੍ਹਾਂ ਦਾ ਬੰਬ ਬਣਾਇਆ ਹੈ ਨਾ ਯਾ ਕੋਈ ਨਮਾ ਨਿਊਕਲੀਅਰ ਵੈਪਨ ਯਾ ਕੈਮੀਕਲ ਵੈਪਨ ਬਾਇਓਲੋਜੀਕਲ ਵੈਪਨ ਬਣਾਇਆ ਯਾ ਕੋਈ ਉਸ ਟਾਈਮ ਦੇ ਮਤਲਬ ਬੜੇ ਬੜੇ ਪੋਲੀਟਿਸ਼ੀਅਨ ਚਰਚਿਲ ਵਰਗੇ ਹੈ ਨਾ ਇਸ ਤਰ੍ਹਾਂ ਦੇ ਰੂਜ਼ਵੈਲਟ ਵਰਗੇ ਉਹਨਾਂ ਨੂੰ ਲੱਗਾ ਯਾਰ ਜਦੋਂ ਜੰਗ ਖਤਮ ਹੋ ਗਈ ਵੀ ਇਹ ਸਾਲਿਆਂ ਪਿੱਛੇ ਸੀ ਇੰਨਾ ਕੁਝ ਭੁਗਤਿਆ ਇਹ ਸਾਨੂੰ ਪੁੱਛਦੇ ਹੀ ਨਹੀਂ ਹੁਣ ਹੂੰ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਵਾਰ ਬਗੈਰ ਸਾਡੀ ਕੋਈ ਮੁਕਤ ਨਹੀਂ ਬਹੁਤ ਸਾਰੇ ਦੁਨੀਆ ਚ ਇਹ ਜੇ ਗੰਦੇ ਲੋਕ ਨੇ ਇਹ ਉਹ ਲੋਕ ਨੇ ਇਲੂਮੀਨਾਟੀ ਜਿਹਨੂੰ ਕਹਿੰਦੇ ਆ ਨਾ ਇਹ ਲੋਕ ਲੱਭ ਸਕਦੇ ਨੇ ਤੁਸੀਂ ਮੰਨਦੇ ਹੋ ਵੀ ਇਹ ਜੇ ਲੋਕ ਲੱਭ ਜਾਣਗੇ ਜਿਹੜੇ ਹਰ ਟਾਈਮੇ ਸੋਚਦੇ ਨੇ ਵੀ ਕਾਸ਼ ਹੋਈ ਜੀ ਸਥਿਤੀ ਹੋਵੇ ਬੰਦਾ ਬੰਦੇ ਨੂੰ ਵੱਡੇ ਕੋਵਿਡ ਵੀ ਤਾਂ ਲਿਆਤਾ ਗਿਆ ਕੋਵਿਡ ਵੀ ਪੈਦਾ ਕੀਤਾ ਗਿਆ ਸੀਗਾ ਇਹਦਾ ਵਾਇਰਸ ਕਿਉਂ ਕੀਤਾ ਗਿਆ ਵੀ ਲੋਕਾਂ ਦੇ ਮਨ ਚ ਡਰ ਹੋਵੇ ਯਾਰ ਇਹ ਤਾਂ ਡਰਦੇ ਹੀ ਨਹੀਂ ਹੁਣ ਕਿਸੇ ਤੋਂ ਜਣਾ ਗਣਾ ਲਾ ਅਮਰਤਪਾਲ ਦੇਖੋ ਜੀ ਆ ਫਲਾਣੀ ਥਾਂ ਜਾ ਵੜਦਾ ਇਹ ਇਹ ਕੀ ਹੈ ਇਹਨਾਂ ਚੀਜ਼ਾਂ ਤੋਂ ਮੈਸੇਜ ਲੈਂਦੇ ਨੇ ਉਹ ਵੀ ਹੁਣ ਤਾਂ ਸਾਡੇ ਤੋਂ ਯਾਰ ਡਰਦਾ ਹੀ ਨਹੀਂ ਕੋਈ ਡਰਦਾ ਆ ਚੌਥੇ ਦਿਨ ਪਤਾ ਲੱਗਦਾ ਵੀ ਏਟੀਐਮ ਤੇ ਪੁਲਿਸ ਵਾਲਾ ਢਾ ਲਿਆ ਜੀ ਦੋ ਚੋਰ ਚੱਕਿਆ ਨੇ ਹੈਨਾ ਉਹਨੂੰ ਲੱਗਦਾ ਯਾਰ ਪੁਲਿਸ ਨੂੰ ਲੱਗਦਾ ਯਾਰ ਲੋਕਾਂ ਦੇ ਮਨਾਂ ਚ ਯਾਰ ਪੁਲਿਸ ਦਾ ਡਰ ਹੀ ਨਿਕਲ ਗਿਆ ਜਿਹੜੇ ਬੰਦੇ ਜਿਨ੍ਹਾਂ ਨੇ ਮੂਵਮੈਂਟ ਦੇ ਟਾਈਮ ਹੈਂਡਲ ਕੀਤਾ ਪੰਜਾਬ ਨੂੰ ਉਹੇ ਜਿਹੜੇ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਲੋਕ ਹੋਣਗੇ ਉਹਨੂੰ ਤਾਂ ਇਹੀ ਲੱਗਦਾ ਉਹ ਵੀ ਆਹ ਉਦੋਂ ਇੱਕ ਆਪਣੀ ਐਸਚਓ ਦੀ ਪਾਵਰ ਵੀ ਡੀਜੀਪੀ ਚ ਨਹੀਂ ਹੁੰਦੀ ਸੀ ਚਾਹੇ ਚੱਕ ਕੇ ਸੈਸ਼ਨ ਜੱਜ ਨੂੰ ਮੁਕਾਬਲਾ ਕਰ ਦੋ ਕਹਿ ਦੋ ਇਹ ਤਾਂ ਫਲਾਣਾ ਇਹਦੇ ਘਰੇ ਰਾਤ ਕੱਟ ਕੇ ਗਏ ਹੈਨਾ ਸੀ ਨਾ ਹਾਂ ਹਾਂ ਉਹ ਹੈ ਡੀਪ ਸਟੇਟ ਡੀਪ ਸਟੇਟ ਕਦੇ ਕੋਈ ਬੰਦਾ ਨਹੀਂ ਹੁੰਦਾ ਉਹ ਉਹ ਬੰਦਿਆਂ ਦਾ ਸਮੂਹ ਹੁੰਦਾ ਪਿਛਲੀ ਵਾਰ ਤੁਸੀਂ ਗੱਲ ਕੀਤੀ ਸੀ ਨਾ ਪੰਜਾਬ ਦਾ ਮਾੜਾ ਕੌਣ ਚਾਹੁੰਦਾ ਇੱਕ ਤੇ ਇੱਕ ਦੇਸ਼ 'ਚ ਨਹੀਂ ਹੈਗੇ ਨਾ ਇੱਕ ਦੇਸ਼ ਤੱਕ ਸੀਮਤ ਨੇ ਇਹ ਜਮਾਤ ਹੈ ਇੱਕ ਸੋਚ ਵਾਲਿਆਂ ਦੀ ਫੈਲੇ ਹੋਏ ਨੇ ਉਹ ਬਸ ਡੀਐਨਏ ਗਿਆ ਹੋਇਆ ਹਰ ਜਗ੍ਹਾ ਮਤਲਬ ਸਿਮਿਲਰ ਇੰਟਰਸਟ ਵਾਲੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਜੁੜ ਜਾਂਦੇ ਨੇ ਯਾ ਜਿਵੇਂ ਆਪਾਂ ਕਹਿੰਦੇ ਲੰਡੇ ਨੂੰ ਖੁੰਡਾ 100 ਕੋ ਤੂੰ ਟੱਕਰ ਜਾਂਦਾ ਇਹ ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਅਗਰ ਹਾਲਾਤ ਇਹ ਜੇ ਰਹਿਣਗੇ ਦੁਨੀਆ ਦੇ ਵਿੱਚ ਤਾਂ ਸਾਡੀ ਬੁੱਕਤ ਪਾਉਗੀ ਲਾਏ ਤਾਂ ਸਾਨੂੰ ਪੁੱਛਦੀ ਹੀ ਨਹੀਂ ਹੈਗੇ ਅਸੀਂ ਤਾਂ ਇੰਨਾ ਪਿੱਛੇ ਨਹੀਂ ਨਹੀਂ ਕੁਰਬਾਨੀਆਂ ਦਿੱਤੀਆਂ ਉਹ ਕੁਰਬਾਨੀਆਂ ਮੰਨਦੇ ਨੇ ਵੀ ਅਸੀਂ ਯਾਰ 10 ਸਾਇੰਟਿਸਟ ਕੰਮ ਕਰ ਰਹੇ ਨੇ ਕੁਰਸੀ ਢਾ ਕੇ ਘੂਰੀ ਜਾ ਰਹੇ ਆ ਉਹਨਾਂ ਨੂੰ ਜਨਰਲ ਓਏ ਹਟਣਾ ਨਹੀਂ ਰਾਤੀ ਸ਼ਿਫਟ ਵੀ ਲਾਉਣੀ ਹੈ ਉਹਨੂੰ ਉਹ ਮੰਨਦੇ ਨੇ ਦੂਜਿਆਂ ਤੇ ਜ਼ੁਲਮ ਕਰਨ ਨੂੰ ਮੰਨਦੇ ਨੇ ਵੀ ਅਸੀਂ ਸੈਕਰੀਫਾਈਸ ਕੀਤੇ ਹੂੰ ਮੇਰੇ ਨਾਲ ਨੈਰੇਟਿਵ ਦੇ ਮੁਤਾਬਿਕ ਹਿਟਲਰ ਨੇ ਐਨੇ ਕੈਂਪ ਦੇ ਵਿੱਚ ਐਨੇ ਬੰਦੇ ਬੰਦ ਕੀਤੇ ਹੋ ਸੀ ਪਰ ਉਹਨਾਂ ਦਾ ਉਹਦਾ ਕੋਈ ਪਰਪਸ ਸੀ ਉਹ ਉਹਨਾਂ ਤੇ ਡੀਐਨਏ ਐਕਸਪੈਰੀਮੈਂਟਿੰਗ ਕਰਦਾ ਸੀ ਉਹਨਾਂ ਤੇ ਬਹੁਤ ਜ਼ਿਆਦਾ ਮਤਲਬ ਡੇਂਜਰਸ ਜਿਹੜੇ ਨੇ ਮਤਲਬ ਬਾਇਓ ਵੈਪਨਸ ਯੂਜ਼ ਕਰਕੇ ਦੇਖਦਾ ਸੀਗਾ ਜਾਂ ਇਹ ਕਰਕੇ ਦੇਖਦਾ ਸੀ ਬੰਦੇ ਦੇ ਉਹ ਤਾਂ ਯੂਐਸ ਦੀ ਗਵਰਨਮੈਂਟ ਨੇ ਆਪਣੇ ਲੋਕਾਂ ਨਾਲ ਕਰਿਆ ਜਿਹੜਾ ਮਤਲਬ ਪ੍ਰੋਜੈਕਟ ਡੋਰਵੇ ਵਰਗੇ ਨੇ ਮੋਂਟੋਕ ਪ੍ਰੋਜੈਕਟ ਵਰਗੇ ਪ੍ਰੋਜੈਕਟ ਨੇ ਹਣਾ ਜੀ ਤੇ ਹੋਰ ਵੀ ਇੱਕ ਦੋ ਨੇ ਸ਼ਾਇਦ ਮੇਰੇ ਮਤਲਬ ਮਾਈਂਡ ਚ ਨਾਮ ਨਹੀਂ ਆ ਰਿਹਾ ਵਿੱਚ ਦੀ ਆ ਜਾਊਗਾ ਗੱਲ ਕਰਦੇ ਕਰਦੇ ਆਪਣੇ ਜਿਹੜੇ ਇਨਸਾਨਾਂ ਦਾ ਮਾਈਂਡ ਕਿਵੇਂ ਕੰਟਰੋਲ ਕੀਤਾ ਜਾਵੇ ਇਸ ਚੀਜ਼ ਤੇ ਹੀ ਸੀ ਮਸਲਾ ਸਾਰਾ ਹੀ ਮਾਈਂਡ ਕੰਟਰੋਲ ਦਾ ਤੇ ਇਹ ਯੂ ਐਫਓ ਏਲੀਨ ਇਹ ਉਹਦਾ ਇੱਕ ਪਾਰਟ ਨੇ ਹੈਗਾ ਬਹੁਤ ਵੱਡਾ ਮੁੱਦਾ ਮੁੱਦਾ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਸਰ ਕਿ ਸਾਇੰਸ ਨੇ ਚਲੋ ਆਪਣੇ ਵਿਸ਼ੇ ਦਾ ਮੁੱਦਾ ਨਹੀਂ ਹੈਗਾ ਵਿਸ਼ਾ ਨਹੀਂ ਹੈਗਾ ਆਪਣਾ ਆ ਪਰ ਜਿਵੇਂ ਸਾਇੰਸ ਨੇ ਇਹ ਖੋਜ ਕੀਤੀ ਕਿ ਇਨਸਾਨ ਦੀ ਊਰਜਾ ਕਿੱਥੋਂ ਆਈ ਇਨਸਾਨ ਕਿੱਥੋਂ ਆਇਆ ਧਰਤੀ ਦੇ ਉੱਤੇ ਇਨਸਾਨ ਕਿੱਥੋਂ ਆਇਆ ਮਤਲਬ ਇਹਦੇ ਪਿੱਛੇ ਜਿਹੜਾ ਹੈ ਤਕਰੀਬਨ ਤਕਰੀਬਨ ਸਾਇੰਸ ਵੀ ਜਿਹੜੀ ਹੈਗੀ ਆ ਮਤਲਬ ਸਾਇੰਸ ਜਿਹੜੀ ਹੈ ਬੇਸਿਕਲੀ એનર્ਜੀ ਤੋਂ ਸ਼ੁਰੂ ਹੁੰਦੀ ਹੈ ਨਥਿੰਗ ਤੋਂ ఎవਰੀਥਿੰਗ ਪੈਦਾ ਹੋਈ ਹੈਨਾ ਇਹ ਸਾਇੰਸ ਵੀ ਨਹੀਂ ਮੰਨਦੀ ਸਾਇੰਸ ਵੀ ਕਹਿੰਦੀ ਹੈ ਵੀ ਸਾਰਾ ਕੁਝ ਸਥਿਰ ਤੇਗਾ ਇੱਕ ਜਿਹੜਾ ਬਿਗ ਬੈਂਗ ਹੋਇਆ ਇੱਕ ਧਮਾਕਾ ਹੋਇਆ ਉਹਦੇ ਨਾਲ ਕੀ ਹੋਇਆ ਸਾਰੀਆਂ ਚੀਜ਼ਾਂ ਇੱਕ ਲੀਨੀਅਰ ਮੋਸ਼ਨ ਦੇ ਵਿੱਚ ਆਏ ਨੂੰ ਜਾਣ ਲੱਗ ਗਈਆਂ ਜਦੋਂ ਤੁਸੀਂ ਦੇਖਿਆ ਹੋਣਾ ਇੱਕ ਧਮਾਕਾ ਹੁੰਦਾ ਤਾਂ ਜਿਹੜੇ ਉਹਦੇ ਵਿੱਚ ਪਟਾਕੇ ਚ ਕਣ ਹੁੰਦੇ ਨੇ ਕੁਝ ਭਰਿਆ ਹੁੰਦਾ ਮਟੀਰੀਅਲ ਚੂਰਾ ਪੂਰਾ ਬਰੂਦ ਉਹ ਐਂ ਜਾਂਦਾ ਹੈ ਦਿੱਖਦਾ ਆਪਾਂ ਨੂੰ ਜੇ ਆਪਾਂ ਲਾਈਟ ਵੇਵਸ 'ਚ ਦੇਖੀਏ ਕਈ ਵਾਰ ਧੁੱਪ ਪੈਂਦੀ ਝੋ ਨਜ਼ਰ ਆਉਂਦੇ ਨੇ ਕਣ ਜਿਹੇ ਆਉਂਦੇ ਹੈਣਾ ਉਹ ਐਵੇਂ ਜਾਂਦਾ ਇੱਕ ਪਾਸੇ ਨੂੰ ਮਤਲਬ ਬਿਗ ਬੈਂਗ ਤਾਂ ਮੰਨਦੀ ਆ ਵੀ ਇਹਦੇ ਪਿੱਛੇ ਕੋਈ ਵੱਡਾ ਧਮਾਕਾ ਹੈ ਧਮਾਕਾ ਤਾਂ ਮੰਨਦੀ ਆ ਕੋਈ ਧਮਾਕਾ ਹੀ ਕਿਸੇ ਚੀਜ਼ ਨੂੰ ਇੰਨੇ ਪਾਰਟਿਕਲਸ ਨੂੰ ਇੰਨੇ ਆਟਮਸ ਨੂੰ ਮੋਸ਼ਨ 'ਚ ਕਰ ਸਕਦਾ ਵੀ ਫੇਰ ਉਹ ਚੋਂ ਕੁਝ ਜਿਹੜੇ ਆਟਮਸ ਨੇ ਆਪਸ 'ਚ ਜੁੜ ਗਏ ਕੁਝ ਟੁੱਟ ਗਏ ਸੰਗਠਨ ਤੇ ਵਿਗਟਨ ਯਾਨੀ ਐਡੀਸ਼ਨ ਤੇ ਸਬਟ੍ਰੈਕਸ਼ਨ ਨਾਲ ਦੁਨੀਆ ਬਣੀ ਉਹ ਕਹਿੰਦੇ ਇਨਸਾਨ ਦੀ ਬਿਨਾ ਮਦਦ ਤੋਂ ਜਾਂ ਇਨਸਾਨ ਦੇ ਬਿਨਾ ਸਪਰਮਸ ਲੈ ਕੇ ਸਾਇੰਸ ਬੰਦਾ ਤਿਆਰ ਕਰ ਸਕਦੀ ਹੈ ਮੇਬੀ ਕਿ ਵਿਦਆਉਟ ਸਿਮੈਂਟਾ ਬਣਾ ਸਕਦੀ ਹੈ ਸਟੈਮ ਸੈਲ ਦਾ ਕਨਸੈਪਟ ਇਹੀ ਹੈ ਸਟੈਮ ਸੈਲ ਲੈ ਕੇ ਬਣਾ ਸਕਦੀ ਹੈ ਨਹੀਂ ਹਿਊਮਨਸ ਦੇ ਵਿੱਚੋਂ ਹਿਊਮਨਸ ਦੇ ਵਿੱਚੋਂ ਕੁਝ ਨਾ ਲਵੇ ਹਾਂ ਹਿਊਮਨ ਦਾ ਨਹੀਂ ਹਿਊਮਨ ਦਾ ਜਿਹੜਾ ਹੈਗਾ ਅਗਰ ਉਹਨੂੰ ਕਾਪੀ ਕਰਨਾ ਹੈ ਨਾ ਸਮਝੋ ਡੀਐਨਏ ਕੀ ਹੈ ਸਾਡੇ ਸਾਡੀ ਡੀਐਨਏ ਕੀ ਹੁੰਦਾ ਡੀਐਨਏ ਸਾਡੀ ਬੇਸ ਇਨਫਰਮੇਸ਼ਨ ਹੁੰਦੀ ਹੈ ਜਿਵੇਂ ਆਪਣਾ ਡਾਟਾ ਏ ਇੱਥੇ ਤੋਂ ਉੱਥੇ ਤੱਕ ਟੈਲੀਕਾਸਟ ਕਿਵੇਂ ਹੁੰਦਾ ਮੋਬਾਈਲ ਤੋਂ ਕਾਲ ਇੱਕ ਵਾਰੀ ਤਾਂ ਇਹ ਬਾਈਨਰੀ ਕੋਡਸ ਦੇ ਰੂਪ ਚ ਕਨਵਰਟ ਹੁੰਦੀ ਹੈ ਜੋ ਆਪਾਂ ਗੱਲ ਕਰ ਰਹੇ ਹਾਂ ਬਾਈਨਰੀ ਚ ਹੋਗੀ ਹੁਣ ਜਿਹੜੀ ਚੀਜ਼ ਨੂੰ ਰੀਸੀਵ ਕਰ ਰਹੀ ਹੈ ਉਹ ਕਿਸ ਫ੍ਰੀਕੁਐਂਸੀ ਨੂੰ ਰੀਡ ਕਰਨਾ ਜਾਣਦੀ ਹੈ ਜਾਂ ਕਿਸ ਫ੍ਰੀਕੁਐਂਸੀ ਨੂੰ ਰੀਡ ਕਰਨ ਦੇ ਲਈ ਬਣਾਈ ਗਈ ਹੈ ਉਦੇ ਹਿਸਾਬ ਨਾਲ ਹੀ ਹੋਊਗਾ ਪਰ ਉਹਦੀ ਇੱਕ ਬੇਸ ਇਨਫੋਰਮੇਸ਼ਨ ਤਾਂ ਹੋਊਗੀ ਨਾ ਉਹਦਾ ਇੱਕ ਡੀਐਨਏ ਤਾਂ ਹੋਊਗਾ ਨਾ ਇੱਕ ਬੇਸ ਤਾਂ ਹੋਊਗਾ ਨਾ ਉਹ ਤਾਂ ਉਹਦੇ ਵਰਗੀ ਬਣੂ ਨਾ ਜੇ ਮੇਰੇ ਵਰਗਾ ਇਨਸਾਨ ਵਰਗਾ ਕੋਈ ਪ੍ਰਾਣੀ ਬਣਾਉਣਾ ਹੁਣ ਜੇ ਆਪਾਂ ਕਹੀਏ ਇਨਸਾਨ ਤੋਂ ਕੁਝ ਵੀ ਲਏ ਬਗੈਰ ਇਨਸਾਨ ਬਣਾਉਣਾ ਤਾਂ ਕੋਈ ਜ਼ਰੂਰੀ ਨਹੀਂ ਮੈਂ ਇਨਸਾਨ ਹੀ ਬਣੂਗਾ ਡੱਡੂ ਬਣ ਸਕਦਾ ਉਹਦੀ ਬੇਸ ਇਨਫੋਰਮੇਸ਼ਨ ਲੈਣੀ ਪਊ ਬੇਸ ਐਲੀਮੈਂਟ ਲੈਣਾ ਪਊ ਉਹਦਾ ਬੇਸ ਸੈਟਮ ਲੈਣਾ ਪਊਗਾ ਉਹਦਾ ਸਰ ਮਤਲਬ ਮੈਨੂੰ ਸਾਇੰਸਲੀ ਆਮ ਨਾਟ ਅ ਸਾਇੰਸ ਸਟੂਡੈਂਟ ਤਾਂ ਮੈਂ ਮਤਲਬ ਆਪਣੇ ਜਿੰਨੀ ਕੁ ਮੈਂ ਸਾਇੰਸ ਬਾਰੇ ਪੜ੍ਹਦਿਆਂ ਜਾਂ ਜਾਣਦਾ ਉਹਦੇ ਹਿਸਾਬ ਨਾਲ ਇਹ ਗੱਲ ਕਹਿ ਰਿਹਾ ਸਰ ਐਮ ਜੇ 12 ਤੇ ਬਲੂ ਬੁੱਕ ਕੀ ਹੈ ਉਹਦੇ ਬਾਰੇ ਵਿੱਚ ਇਹ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਅੱਜ ਜਿੰਨਾ ਦੀ ਮੈਂ ਤੁਹਾਨੂੰ ਗੱਲ ਕਰੀ ਸੀਗੀ ਡੀਪ ਸਟੇਟ ਇਹ ਦੇ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ ਕਿ ਯੂ ਐਫ ਓਜ਼ ਦਾ ਜਿਹੜੀ ਹੈਗੀ ਹੈ ਮਤਲਬ ਕਿ ਅਮਰੀਕਾ ਇਹ ਤਕਰੀਬਨ 1914 ਕ ਤੋਂ ਅਪੀਅਰ ਹੋਣੇ ਸ਼ੁਰੂ ਹੋ ਗਏ ਸੀ ਕਈ ਜਗ੍ਹਾ ਇਟਲੀ ਦੇ ਵਿੱਚ ਇੱਕ ਯੂਕੇ ਦੇ ਵਿੱਚ ਵੀ ਤੇ ਯੂਰਪ ਦੇ ਕਈ ਕੰਟਰੀਜ਼ ਦੇ ਵਿੱਚ ਅਰਜنٹੀਨਾ ਕੰਨੀ ਚਿੱਲੀ ਕੰਨੀ ਇੱਧਰ ਉੱਧਰ ਮਤਲਬ ਕਈ ਜਗ੍ਹਾ ਕਈ ਵੈਸੇ ਇਹ ਕਹਨ ਵਾਲੇ ਕਹਿੰਦੇ ਆ ਕਿ ਵੀ ਅਲੈਗਜ਼ੈਂਡਰ ਜਿਹੜਾ ਸਿਕੰਦਰ ਸੀ ਸਿਕੰਦਰ ਦੀ ਆਰਮੀ ਨੂੰ ਤੇ ਕੁਝ ਲੋਕ ਰੋਮਨ ਆਰਮੀ ਨੂੰ ਵੀ ਕਹਿੰਦੇ ਨੇ ਵੀ ਜਦੋਂ ਵੀ ਉਹਨਾਂ ਦੇ ਉਹ ਚ ਜ਼ਿਕਰ ਆਂਦਾ ਵੀ ਉਹ ਜਦੋਂ ਅੰਗਰੇਜ਼ ਸੀਗੇ ਨਾ ਉਹਨਾਂ ਨੇ ਦਾਵਾ ਕੀਤਾ ਕੁਝ ਸੈਨਿਕਾਂ ਨੇ ਵੀ ਸਾਨੂੰ ਨਾ ਕਿਉਂਕਿ ਉਹ ਹਰ ਬੰਦਾ ਆਪਣੇ ਯੁੱਗ ਦੀ ਆਪਾਂ ਉਹਨੂੰ ਯੂਐਫਓ ਕਹਿੰਦੇ ਨੇ ਹੁਣ ਯੂਏਪੀ ਕਹਿਣ ਲੱਗ ਪਏ ਉਹਨੂੰ ਕੀ ਕਹਿੰਦੇ ਸੀ ਉਦੋਂ ਪਹਿਲਾਂ ਉਹਨੂੰ ਫਲਾਈਂਗ ਸੌਸਰ ਕਹਿੰਦੇ ਸੀ ਤਸ਼ਤਰੀ ਵਰਗਾ ਉਦੋਂ ਦੇ ਲੋਕ ਤਸ਼ਤਰੀਆਂ ਵਰਤੇ ਪਰ ਜਦੋਂ ਉਹ ਅਲੈਗਜ਼ੈਂਡਰ ਦੇ ਟਾਈਮ ਜਾਂ ਰੋਮਨਸ ਦੇ ਟਾਈਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਸੈਨਿਕਾਂ ਦੇ ਕੋਲ ਨਾ ਢਾਲ ਹੁੰਦੀ ਸੀ ਉਹ ਕਹਿੰਦੇ ਫਲਾਈਂਗ ਸ਼ੀਲਡ ਸਾਨੂੰ ਇੱਕ ਸ਼ੀਲਡ ਮਿਲੀ ਜਿਹੜੀ ਉੱਡ ਰਹੀ ਸੀ ਬਹੁਤ ਵੱਡੀ ਸ਼ੀਲਡ ਐਡੀ ਵੱਡੀ ਕਿ ਦੋ ਤਿੰਨ ਲੜਾਈ ਦੇ ਮੈਦਾਨਾ ਜਿਹੜੇ ਸਾਈਜ਼ ਦੇ ਉਹਨਾਂ ਨੇ ਦਾਅਵੇ ਕੀਤੇ ਫੇਰ ਉਸ ਤੋਂ ਬਾਅਦ ਹੋਇਆ ਕਿ ਅਲੱਗ-ਅਲੱਗ ਕੀ ਫੇਰ ਕਹਿੰਦੇ ਵੀ ਜਦੋਂ ਕੋਲੰਬਸ ਨਿਕਲਿਆ ਆਪਣੇ ਸ਼ਿਪ ਦੇ ਵਿੱਚ ਦੁਨੀਆ ਦੇ ਮਤਲਬ ਵੈਸੇ ਤਾਂ ਉਹ ਇੰਡੀਆ ਲੱਭਣ ਲਈ ਗਿਆ ਸੀਗਾ ਪਹੁੰਚ ਗਿਆ ਸੀ ਅਮਰੀਕਾ ਤਾਂ ਇੰਡੀਆ ਲੱਭਣ ਲਈ ਚੱਲਿਆ ਸੀਗਾ ਜਦੋਂ ਉਹ ਨਿਕਲਿਆ ਕਹਿੰਦੇ ਵੀ ਉਹਨੇ ਵੀ ਸਮੁੰਦਰ ਦੇ ਵਿੱਚ ਦੇਖੇ ਸਮੁੰਦਰ ਜਦੋਂ ਲੰਘ ਰਿਹਾ ਸੀ ਉਹਨੂੰ ਵੀ ਇੱਕ ਜਿਹੜੀ ਆ ਮਤਲਬ ਕਿਤੇ ਨਾ ਕਿਤੇ ਜਿਹੜਾ ਉਹਨੇ ਵੀ ਕੋਈ ਸਪੇਸ ਕ੍ਰਾਫਟ ਜਾਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਅਨੋਮਲਸ ਦੇਖੀ ਤਾਂ ਤਕਰੀਬਨ ਤਕਰੀਬਨ 19 ਲੋਕ ਤਾਂ ਕਹਿੰਦੇ ਨੇ ਜਿਆਦਾ ਮੰਨਦੇ ਨੇ ਰੋਜ਼ਵੈਲ ਇਨਸੀਡੈਂਟ ਤੋਂ ਰੋਜ਼ਵੈਲ ਜੀ ਨੂੰ ਕਹ ਦਿੰਦੇ ਨੇ ਰੋਜ਼ਵੈਲ ਇਨਸੀਡੈਂਟ ਰੋਜ਼ਵੈਲ ਜਿਹੜਾ ਨਿਊ ਮੈਕਸੋ ਕੋ ਦੇ ਵਿੱਚ ਇੱਕ ਪਿੰਡ ਹੈ ਉੱਥੇ ਮਤਲਬ ਰੌਂਚ ਨੇ ਜਿਆਦਾ ਇਹਨੂੰ ਰੈਂਚ ਕਹ ਦਿੰਦੇ ਨੇ ਸਾਡੇ ਲੋਕ ਜਿਵੇਂ ਸਕੀਨ ਵਾਕਰ ਰੌਂਚ ਹੈ ਉਹਦੇ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ ਪੈਰਾਨਾਰਮਲ ਫੀਨੋਮਨਾ ਹੁੰਦੇ ਉਦਾਂ ਯੂਟਾ ਦੇ ਵਿੱਚ ਮਤਲਬ ਰੋਜ਼ਵੈਲ ਰੌਂਚ ਹੈ ਰੋਜ਼ਵੈਲ ਦੇ ਵਿੱਚ ਕਹਿੰਦੇ ਵੀ ਦੋ ਜਿਹੜੇ ਨੇ ਯੂ ਐਫਓਜ਼ ਆਪਸ ਦੇ ਵਿੱਚ ਟਕਰਾ ਕੇ ਕ੍ਰੈਸ਼ ਹੋਈ ਸੀ ਉਹ ਕਹਿੰਦੇ ਵੀ ਉੱਥੋਂ ਐਲੀਨ ਬਾਡੀਜ਼ ਵੀ ਮਿਲੀਆਂ ਸੀ ਜਿਹੜੀਆਂ ਕਿ ਇਸ ਟਾਈਮ ਕੁਝ ਇੱਕ ਦਲਸੀ ਬੇਸ ਦੇ ਵਿੱਚ ਪਈ ਆ ਅਮਰੀਕਾ ਦੇ ਵਿੱਚ ਦੂਸਰੀ ਜਿਹੜੀ ਆ ਰਾਈਟ ਪੈਟਰਸਨ 에ਅਰ ਬੇਸ ਦੇ ਵਿੱਚ ਆ ਹੈਨਾ ਬੀ ਉਹ ਲੋਕੋ ਕਿ ਉਹਦੇ ਤੇ ਉਹਨਾਂ ਨੇ ਉਹਨਾਂ ਨੂੰ ਰਿਵਰਸ ਟੈਕਨੋਲੋਜੀ ਕੀਤਾ ਉਹ ਜਿਹੜੇ ਵਹੀਕਲ ਮਿਲੇ ਉਹਦੀ ਰਿਵਰਸ ਇੰਜੀਨੀਅਰਿੰਗ ਕੀਤੀ ਜਿਵੇਂ ਮੈਂ ਆ ਪੱਖੇ ਨੂੰ ਖੋਲ ਲਵਾਂ ਦੇਖ ਲਵਾਂ ਵੀ ਇਹਨੂੰ ਕੰਪਨੀ ਨੇ ਕਿਵੇਂ ਬਣਾਇਆ ਇੱਥੇ ਇਹਦੀ ਸ਼ਾਫਟ ਹੈ ਇੱਥੇ ਇਹਦੀ ਮੋਟਰ ਹੈ ਇਹਦਾ ਰੋਟਰ ਹੈ ਇਦਾਂ ਸਟੇਟਰ ਹੈ ਇਦਾਂ ਵਾਇਰਿੰਗ ਹੈ ਇਦਾਂ ਫਿਰ ਉਹਦੇ ਹਿਸਾਬ ਨਾਲ ਬਣਾਉਣਾ ਮਤਲਬ ਕਿਸੇ ਆਪਣੇ ਤੋਂ ਐਡਵਾਂਸ ਕੋਈ ਜਿਵੇਂ ਮੰਨ ਲਓ ਜਿਵੇਂ ਹੁਣ ਆਪਾਂ ਸੁਣਦੇ ਆ ਰਸ਼ੀਆ ਯੂਕਰੇਨ ਵਾਰ ਚੱਲ ਰਹੀ ਆ ਯੂਕਰੇਨੀਆਂ ਨੂੰ ਰਸ਼ੀਆ ਦਾ ਕੋਈ ਲੇਟੈਸਟ ਜਾਂ ਰਸ਼ੀਆ ਨੂੰ ਕੋਈ ਯੂਕਰੇਨ ਵਾਲਿਆਂ ਨੂੰ ਇੰਗਲੈਂਡ ਯੂ ਸਟਾਰਮ ਸ਼ੈਡੋ ਮਜ਼ਾਈਲ ਦਿੱਤੀ ਉਹ ਮਿਲ ਗਈ ਉਹਨਾਂ ਨੇ ਉਹ ਟੈਕਨੋਲੋਜੀ ਨਹੀਂ ਬਣਾਈ ਹੋਈ ਉਹਨੂੰ ਬੈਕ ਇੰਜੀਨੀਅਰ ਕਰਦੇ ਨੇ ਰਿਵਰਸ ਇੰਜੀਨੀਅਰ ਕਰਦੇ ਨੇ ਵੀ ਇਹਨੂੰ ਖੋਲ ਕੇ ਦੇਖੀਏ ਇਹ ਜੁਗਾੜ ਬਣਿਆ ਕਿਵੇਂ ਹੋਇਆ ਕੀ ਟੈਕਨੋਲੋਜੀ ਹੈ ਇਹ ਚ ਹੈਨਾ ਇਹ ਚੀਜ਼ਾਂ ਆਣ ਲੱਗੀਆਂ ਉਨ तकरीबन ਇਹ ਰੋਜ਼ਵੈਲ ਵਾਲਾ ਰੋਲਾ ਜ਼ਿਆਦਾ ਉੱਥੇ ਤੋਂ ਹੋਇਆ ਜਦ ਕਿ ਐਕਚੁਅਲ ਗੱਲ ਇਹ ਹੈ 1913 14 ਤੋਂ ਇਹ ਸ਼ੁਰੂ ਹੋ ਗਈਆਂ ਸੀ ਇਨਾਂ ਨੂੰ ਐਗਜ਼ੈਕਟਲੀ ਜਿਹੜਾ ਹੈ ਪਤਾ ਲੱਗ ਗਿਆ ਸੀਗਾ ਜਦੋਂ ਰੋਸਵੈਲ ਇਨਸਟਿਟਿਊਟ ਹੋਈ ਆ 1945 ਤੱਕ ਇਹਨਾਂ ਨੂੰ ਐਗਜ਼ੈਕਟਲੀ ਪਤਾ ਸੀ ਜਦੋਂ ਹਿਟਲਰ ਇਹਨਾਂ ਨੂੰ ਟਾਟਾ ਕਰਕੇ ਗਿਆ ਨਿਊ ਸ਼ਵਾ ਬੀਆ ਦੇ ਵਿੱਚ ਗਿਆ ਉਹ ਅੰਟਾਰਕਟਿਕਾ ਦੇ ਵਿੱਚ ਉਹਨੇ ਆਪਣੀ ਕਲੋਨੀ ਬਣਾ ਲਈ ਸੀ ਸਬਟਰੇਨियन ਵਰਲਡ ਬਣਾ ਲਿਆ ਸੀ ਪੂਰੀ ਕਲੋਨੀ ਜਿਹਦੇ ਕਰਕੇ ਉਹ ਆਰੀਅਨ ਰੇਸ ਦੇ ਬੰਦਿਆਂ ਨੂੰ ਲੱਭਦਾ ਸੀਗਾ ਕਿਉਂਕਿ ਜਿਹੜੀਆਂ ਦੁਨੀਆਂ ਦੀਆਂ ਸੀਡ ਰੇਸਸ ਨੇ ਨਾ ਸੀਡ ਰੇਸਸ ਬਾਰੇ ਜਾਨਣਾ ਬੜਾ ਜ਼ਰੂਰੀ ਹੈ ਕਿ ਆਪਾਂ ਇਨਸਾਨ ਜਿਹੜੇ ਮੂਲ ਰੂਪ ਚ ਆਪਾਂ ਜਿਹੜੀ 6000 ਸਾਲ ਪਹਿਲਾਂ ਸਾਲ ਪਹਿਲਾਂ ਦੀ ਸਭਿਤਾ ਆਪਣੇ ਆਪ ਨੂੰ ਮੰਨਦੇ ਆ ਇਹ ਸਭ ਬਕਵਾਸ ਵਾਜੀ ਆਪਣੇ ਤੋਂ ਹਜ਼ਾਰਾਂ ਸਾਲ ਪਹਿਲਾਂ ਲੱਖਾਂ ਸਾਲ ਪਹਿਲਾਂ ਕਈ ਕਈ ਸਭਿਤਾਵਾਂ ਹੋਈਆਂ ਕਈ ਮਿਟ ਗਈਆਂ ਕੋਹਾੜਾ ਨਾਲ ਮਿਟ ਗਈ ਕੋ ਅੱਗ ਲੱਗਨਾਂ ਗੀ ਕੋਈ ਮਤਲਬ ਤੂਫਾਨ ਨਾਲ ਮਿਟ ਗਈ ਕੋਈ ਕੋਈ ਉੱਪਰੋਂ ਕੋਈ ਸੋਲਰ ਫਲੇਅਰਸ ਪੈ ਗਈਆਂ ਉਹਦੇ ਨਾਲ ਮਿਟ ਗਈ ਕੋਈ ਨਿਊਕਲੀਅਰ ਆਪਚ ਲੜਕੇ ਮਰ ਗਈ ਮਤਲਬ ਬਹੁਤ ਸਭ ਬਤਾਵਾਂ ਤਬਾਹ ਹੋ ਨਵੀਆਂ ਨਵੀਆਂ ਬਣੀ ਜਾਂਦੀਆਂ ਨੇ ਤਾਂ ਉਹ ਆਪਾਂ ਜਿਹੜੀ ਹੈਗੇਆਂ 6000 ਸਾਲ ਪਹਿਲਾਂ ਵਾਲੀ ਉਹ ਕੀ ਹੋਇਆ ਕਿ 1914 ਤੋਂ ਪਹਿਲਾਂ ਜਿਹੜਾ ਇਹ ਕਾਫੀ ਕੰਮ ਫਤਿਹ ਕਰ ਚੁੱਕੇ ਸੀ ਤੇ ਇਹਨਾਂ ਨੇ ਨਾ ਮਤਲਬ ਉਹਦੇ ਤੇ ਰਿਸਰਚ ਕਰਨ ਦੇ ਲਈ ਇੱਕ ਮਾਜੈਸਟਿਕ 12 ਨਾਮ ਦੀ ਮਤਲਬ ਉਹ ਬਣਾਈ ਮਹਿਕਮਾ ਬਣਾਇਆ ਸਾਇੰਟਿਸਟ ਸੀਗੇ ਉਹਦੇ ਵਿੱਚ ਸੁਪਰ ਸਾਇੰਟਿਸਟ ਸਾਇੰਟਿਸਟ ਵੀ ਕੋਈ ਆਏ ਨਹੀਂ ਵੀ ਇਹ ਬਣਾਈ ਅਮਰੀਕਾ ਨੇ ਅਸਲ ਚ ਕੀ ਹੁੰਦਾ ਲੋਕਾਂ ਨੂੰ ਲੱਗਦਾ ਜਦੋਂ ਵਰਲਡ ਵਾਰਾਂ ਸ਼ੁਰੂ ਹੋਈਆਂ ਫਸਟ ਤੇ ਸੈਕੰਡ ਵਰਲਡ ਵਾਰ ਦੇ ਵਿਚਾਲੇ ਜੇ ਕੀ ਹੋਇਆ ਜਿਹੜੀ ਸੀਆਈਏ ਹੈ ਨਾ ਯੂਐਸ ਦੀ ਜਿਹੜੀ ਏਜੰਸੀ ਖੁਫੀ ਏਜੰਸੀ ਹੈ ਨਾ ਉਹ ਜਿਹੜੀ ਹੈ ਕੋਈ ਵਰਲਡ ਵਾਰ ਦੇ ਕਰਕੇ ਯਾ ਜਸੂਸੀ ਦੇ ਲਈ ਨਹੀਂ ਬਣਾਈ ਗਈ ਸੀ ਉਹ ਐਕਚੁਅਲ ਦੇ ਵਿੱਚ ਇਹ ਯੂਫੋ ਟੈਕਨੋਲੋਜੀ ਨੂੰ ਸਾਰੀ ਨੂੰ ਕਵਰ ਅਪ ਕਰਨ ਲਈ ਬਣਾਈ ਸੀ ਇਹਦੇ ਨਾਲ ਰਿਲੇਟਡ ਬਣਾਈ ਗਈ ਸੀ ਸੀਆਈਏ ਦੀ ਲੋੜ ਹੀ ਤਾਂ ਪਈ ਸੀ ਕਿ ਇੱਕ ਇਹ ਜਿਹਾ ਮਹਿਕਮਾ ਹੋਵੇ ਕਿ ਸਾਨੂੰ ਪਤਾ ਲੱਗੇ ਵੀ ਸਾਡੀ ਟੈਕਨੋਲੋਜੀ ਬਾਰੇ ਜਿਹੜੇ ਲੋਕਾਂ ਨੇ ਦੇਖ ਲਿਆ ਉਹ ਮਤਲਬ ਉਹਨਾਂ ਨੇ ਕਿੰਨਿਆਂ ਨੂੰ ਦੱਸਿਆ ਕਿੰਨੇ ਕੁ ਲੋਕਾਂ ਨੂੰ ਪਤਾ ਲੱਗ ਚੁੱਕਾ ਸਾਡੀ ਟੈਕਨੋਲੋਜੀ ਬਾਰੇ ਜੇ ਕਿਸੇ ਨੂੰ ਪਤਾ ਲੱਗ ਚੁੱਕਾ ਆਪਾਂ ਉਹਦਾ ਮਜ਼ਾਕ ਮਝੂ ਘੁੜਾ ਕੇ ਉਹਨੂੰ ਕਿਵੇਂ ਡਿਸਕਰੀਜ ਕਰ ਸਕਦੇ ਆ ਉਹਨੂੰ ਕਿਵੇਂ ਝੂਠਾ ਠਹਿਰਾ ਸਕਦੇ ਆ ਜੇ ਕਿਸੇ ਨੇ ਕੋਈ ਸਬੂਤ ਪੇਸ਼ ਕੀਤਾ ਅਖਬਾਰ ਚ ਕੋਈ ਖਬਰ ਦਿੱਤੀ ਹੈ ਤਾਂ ਉਹ ਪੱਤਰਕਾਰ ਨੂੰ ਪੈਸੇ ਸਿੱਟ ਕੇ ਉਹ ਤੋਂ ਉਹ ਚੀਜ਼ ਵਾਪਸ ਲੈ ਲਓ ਜਾਂ ਉਹ ਦੂਜੇ ਬੰਦੇ ਨੂੰ ਡਰਾ ਧਮਕਾ ਕੇ ਕਰੋ ਇਹ ਸਾਰੇ ਕੰਮ ਉਹ ਕਰਦੇ ਸੀ ਐਮ ਜੇ 12 ਦੇ ਵਿੱਚ ਜਿਹੜੇ ਸੀਗੇ ਸੂਪਰ ਸਾਇੰਟਿਸਟ ਸੀਗੇ ਉਸ ਟਾਈਮ ਦੇ ਉਹਦੇ ਹੁਣ ਲਾ ਲਓ ਵੀ ਤੁਸੀਂ ਪੇਪਰ ਇੱਥੇ ਜਿਹੜਾ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਨੇ ਆਪਰੇਸ਼ਨ ਪੇਪਰ ਕਲਿੱਪ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਮਰੀਕਾ ਦੇ ਵਿੱਚ ਟੈਕਨੋਲੋਜੀਕਲ ਚੇਂਜ ਹੀ ਸਾਰੀ ਜਿਹੜੀ ਹੈ ਕਿੱਥੋਂ ਆਈ ਕਦੋਂ ਆਈ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਵੀ ਹਿਟਲਰ ਚਲਾ ਗਿਆ ਅਬਦੀ ਅੰਟਾਰਕਟਿਕਾ ਕਲੋਨੀ ਦੇ ਵਿੱਚ ਉਹਦਾ ਨਾਮ ਵੀ ਦੱਸ ਦੇਣਾ ਜੇ ਕੋਈ ਮਤਲਬ ਕ੍ਰਿਟਿਕ ਹੋਵੇ ਨਿਊ ਸ਼ਵਾਬੀਆ ਉਹਦਾ ਨਾਮ ਹੈ ਨਿਊ ਸ਼ਵਾਬੀਆ ਹੈ ਨਾ ਜਿਹੜੇ ਲੋਕ ਨੇ ਦੇਸੀ ਲੋਕ ਨੂੰ ਕਹਿੰਦੇ ਸ਼ੰਗਰੀਲਾ ਉਹ ਬਹੁਤ ਡੂੰਘੇ ਚੰਟਾਰਟਿਕਾ ਦੇ ਵਿੱਚ ਬਣਿਆ ਹੋਇਆ ਬੇਸ ਆ ਉਹਦਾ ਪਤਾ ਤਾਂ ਲੱਗਾ ਸੀ ਇੱਕ ਵਾਰ ਇਹਨਾਂ ਦੇ ਜਿਹੜੇ ਕੁਝ ਬੰਦੇ ਪਲੇਨ ਵਗੈਰਾ ਲੈ ਕੇ ਉੱਥੇ ਆਪਰੇਸ਼ਨ ਹਾਈ ਜੰਪ ਕਰਨ ਗਏ ਸੀ ਤੇ ਉਹਨਾਂ ਨੇ ਇਹਨਾਂ ਨੂੰ ਐਵੇਂ ਮਸਲਤਾ ਕਿ ਵੀ ਉਹ ਕਹੇ ਕਹਿੰਦਾ ਜਨਰਲ ਇਹਨਾਂ ਦਾ ਕਹਿੰਦਾ ਮੈਨੂੰ ਐ ਲੱਗ ਰਿਹਾ ਸੀ ਵੀ ਇਨਸਾਨਾਂ ਨਾਲ ਦੇਵਤੇ ਲੜ ਰਹੇ ਨੇ ਪੁਰਾਣੇ ਰੋਮਨ ਟਾਈਮ ਦੇ ਅਪੋਲੋ ਵਰਗੇ ਉਸ ਤਰ੍ਹਾਂ ਦੀ ਟੈਕਨੋਲੋਜੀ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਕਹਿੰਦਾ ਆਪਣੀ ਸਭਤਾ ਚ ਆਈ ਨਹੀਂ ਨੀ ਆਪਾਂ ਨੇ ਕਦੇ ਦੇਖੀ ਨਹੀਂ ਹੈਗੀਆਂ ਇੱਕ ਕਤੂ ਦੀ ਗੱਲ ਸਰ ਇਹ ਗੱਲ ਹੈਗੀ ਹੈ ਤਕਰੀਬਨ 1945 ਤੋਂ 51 ਦੇ ਵਿਚਾਲੇ ਉਹਦੀ ਕੋਈ ਵੀਡੀਓਗ੍ਰਾਫੀ ਨਹੀਂ ਆਈ ਫਿਰ ਬਾਅਦ ਸਰ ਉਹਨੇ ਚਿੱਲੀ ਦੇ ਵਿੱਚ ਕਾਨਫਰੰਸ ਕੀਤੀ ਸੀਗੀ ਤੇ ਉਹਨੂੰ ਨਾਲ ਦੀ ਨਾਲ ਇਹਨਾਂ ਨੇ ਕਿਹਾ ਤੂੰ ਚੁੱਪ ਕਰਦਾ ਹੈਂ ਕਿ ਨਹੀਂ ਉਹਦੇ ਸਾਰੇ ਪੈਨਸ਼ਨ ਬੈਨੀਫਿਟਸ ਖੋਲੇ ਐਡਮਿਰਲ ਸੀ ਉਹ ਬੰਦਾ ਹੈਨਾ ਐਡਮਿਰਲ ਰਿਚਰਡ ਬਰਡਰ ਦਾ ਨਾਮ ਹੈ ਤੇ ਉਹਨੂੰ ਸਾਰੇ ਰਾਜ ਇਹ ਪਤਾ ਲੱਗ ਗਏ ਸੀ ਉਹਨੇ ਅੰਟਾਰਕਟਿਕਾ ਦੇ ਵਿੱਚ ਇਹਨਾਂ ਦੇ ਬੇਸ ਦਾ ਵੀ ਪਤਾ ਲੱਗ ਗਿਆ ਸੀ ਉਹਨੂੰ ਇਹ ਵੀ ਪਤਾ ਸੀ ਵੀ 나ਜ਼ੀ ਕੋਲ ਵਰਲਡ ਵਾਰ ਹਾਰੇ ਨਹੀਂ ਸੀਗੇ ਹਿਟਲਰ ਜਿਹੜਾ ਹੈਗਾ ਉਹਨੇ ਕਿਹਾ ਸੀ ਵੀ ਚੰਗਾ ਜੀ ਸੱਤਰੀ ਕਾਲ ਆਪਾਂ ਚੱਲੇ ਆਪਾਂ ਨੂੰ ਤੁਹਾਡੀ ਦੁਨੀਆ ਦੀ ਲੋੜ ਹੀ ਨਹੀਂ ਆਪਣੇ ਹੱਥ ਲੱਗ ਗਈ ਇਹ ਜੀ ਘੈਂਟ ਟੈਕਨੋਲੋਜੀ ਕਿ ਤੁਹਾਡੇ ਤੱਕਦੇ ਉਹ ਸੋਚੀਏ ਨਹੀਂ ਹੋਣੀ ਬੀ ਮਤਲਬ ਜਿਸ ਤਰ੍ਹਾਂ ਆਪਾਂ ਸੋਚਦੇ ਆ ਨਾ ਵੀ ਆਪਣੇ ਜਿਹੜੇ ਆ ਮਹਾਗ੍ਰੰਥ ਨੇ ਜਾਂ ਲਾ ਲੋ ਮਹਾਭਾਰਤ ਦੇ ਟਾਈਮ ਦੀਆਂ ਲੜਾਈਆਂ ਆਪਾਂ ਦੇਖਦੇ ਆ ਵੀ ਕਿਸੇ ਨੇ ਐਦਾਂ ਕਰਕੇ ਕਿਸੇ ਬੰਦੇ ਨੂੰ ਨਸ਼ਟ ਕਰਤਾ ਐਦਾਂ ਕਰਕੇ ਭੁਗਾ ਕੇ ਮਾਰਿਆ ਇਸ ਟਾਈਪ ਦੀਆਂ ਇਸ ਤਰ੍ਹਾਂ ਦਾ ਮਤਲਬ ਹੈ ਬੇਸਿਕਲੀ ਸਾਇੰਸ ਵਾਲੇ ਸਮਝ ਸਕਦੇ ਨੇ ਇਹ ਕੀ ਹੈ એનર્ਜੀ ਦਾ ਕਿਸੇ ਤਰ੍ਹਾਂ ਦੀ એનર્ਜੀ ਜਿਹਦੇ ਬਾਰੇ ਉਹ ਜਾਣਦੇ ਨੇ ਆਪਾਂ پتہ ਗੱਲ ਕੀ ਹੈ ਉਹ ਹੈਗੀਆਂ ਲੱਖਾਂ ਸਾਲ ਪੁਰਾਣੀਆਂ ਸਿਵਲਾਈਜੇਸ਼ਨਸ ਉਹ ਸ੍ਰਿਸ਼ਟੀ ਦੇ ਰਾਜ ਸਾਡੇ ਨਾਲੋਂ ਕਿਤੇ ਵੱਧ ਜਾਣਦੇ ਨੇ ਤਾਂ ਉਹਨਾਂ ਨੂੰ ਜੋ ਉਸ ਅਗਰ ਅਸੀਂ ਇਨਸਾਨ ਨਿਊਕਲੀਅਰ ਵੈਪਨ ਤੇ ਪਹੁੰਚ ਗਏ ਜਿਹਦੇ ਨਾਲ ਅਸੀਂ ਇੱਕ ਵਾਰੀ ਦੇ ਵਿੱਚ ਬੁਮ ਕਰਕੇ ਸਾਰੀ ਦੁਨੀਆ ਵੀ ਤਬਾਹ ਕਰ ਸਕਦੇ ਆ ਤਾਂ ਉਹ ਜਿਹੜੇ ਲੋਕ ਇਸ ਧਰਤੀ ਤੇ ਲੱਖਾਂ ਸਾਲ ਤੋਂ ਰਹਿ ਰਹੇ ਹੋਣ ਤੇ ਜਿਨ੍ਹਾਂ ਦੀਆਂ ਉਮਰਾਂ ਤੇ ਕਹਿੰਦੇ ਵੀ ਉਹਨਾਂ ਨੇ ਆਪਣੀ ਜੈਨੇਟਿਕ ਮੋਡੀਫਿਕੇਸ਼ਨ ਕਰਕੇ ਵੀ ਹਿਟਲਰ ਨੇ ਕਹਿੰਦੇ ਵੀ ਹਿਟਲਰ ਬਹੁਤ ਬਾਅਦ ਚ ਆ ਕੇ ਮਰਿਆ ਵੀ ਤਕਰੀਬਨ ਤਕਰੀਬਨ ਉਹਨਾਂ ਨੇ ਆਪਣੀਆਂ ਉਮਰਾਂ ਵੀ ਜਿਹੜੀਆਂ ਉਹ ਆਰੀਅਨ ਕਹਿੰਦੇ ਸੀ ਉਹ ਆਪਣੇ ਆਪ ਨੂੰ ਵੀ ਤਾਂ ਹੀ ਉਹ ਆਰੀਅਨ ਰੇਸ ਦੇ ਬੰਦੇ ਲੱਭਦਾ ਸੀ ਜੈਨੇਟਿਕਲੀ ਟੈਸਟਿੰਗ ਕਰਕੇ ਤਾਂ ਹੀ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਜ ਮਤਲਬ ਰੂਮਾਨੀਆਂ ਦੇ ਲੋਕ ਆਪਾਂ ਸੋਚਦੇ ਆਂ ਵੀ ਇਕੱਲੇ ਉਹਨਾਂ ਨੇ ਜਿਊਜ਼ ਨੂੰ ਤੰਗ ਕਰਿਆ ਵੀ ਨਹੀਂ ਰੂਮਾਨ ਮਤਲਬ ਜਿਹੜੇ ਰੂਮਾ ਰੋਮਾ ਲੋਕ ਨੇ ਉਹਨਾਂ ਦੇ ਉੱਤੇ ਕਿਤੇ ਵੱਧ ਜ਼ੁਲਮ ਕੀਤਾ ਉਹਨੇ ਉਹ ਐਕਸਪੈਰੀਮੈਂਟਿੰਗ ਕਰਕੇ ਉਹਦੇ ਸਾਇੰਟਿਸਟਾਂ ਨੇ ਉਹ ਸਾਰਾ ਕੁਝ ਕੁਝ ਉਹਨਾਂ ਨੇ ਦੁਨੀਆ ਦੇ ਵਿੱਚ ਉਪਾਰਟਸ ਲੱਭੇ ਜਿਹੜੇ ਆਊਟ ਆਫ ਪਲੇਸ ਆਰਟੀਕਲਸ ਸੀ ਦੁਨੀਆ ਜਹਾਨ ਦੇ ਪੁਰਾਣੇ ਗ੍ਰੰਥ ਉਹ ਕੋਈ ਗ੍ਰੰਥਾਂ ਨੂੰ ਧਰਮ ਗ੍ਰੰਥ ਵਾਂਗੂ ਨਹੀਂ ਸੀ ਪੜਦੇ ਉਹ ਪੜਦੇ ਸੀ ਵੀ ਇਹਦੇ ਵਿੱਚ ਕਿਸੇ ਪੁਰਾਣੀ ਚੀਜ਼ ਬਾਰੇ ਦਿੱਤਾ ਗਿਆ ਕੁਝ ਹੋਵੇ ਜਿਵੇਂ ਹੁਣ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਹੈਨਾ ਬਹੁਤ ਸਾਰੇ ਕ੍ਰਿਟਿਕ ਜਿਹੜੇ ਨੇ ਮਤਲਬ ਸਿਰਫ ਇਸ ਕਰਕੇ ਵੀ ਉਹ ਇੱਕ ਧਰਮ ਦੇ ਨਾਲ ਜੁੜੀ ਹੋਈ ਚੀਜ਼ਾਂ ਮੈਂ ਇਹਨੂੰ ਧਰਮ ਦੇ ਨਾਲ ਜੋੜ ਕੇ ਨਹੀਂ ਕਹਿ ਰਿਹਾ ਬਟ ਮੈਂ ਮਤਲਬ ਅੰਗਰੇਜ਼ਾਂ ਦੀ ਹਰਾਮਖੋਰੀ ਦੀ ਨੇਚਰ ਕਰਕੇ ਇਹ ਗੱਲ ਕਹਿ ਰਿਹਾ ਵੀ ਜਿਹੜੇ ਵਿਮਾਨ ਵਗੈਰਾ ਦੀ ਗੱਲ ਕਰਦੇ ਆ ਨਾ ਵੀ ਉਹ ਐਂਸ਼ੀਅੰਟ ਵਿਮਾਨਾਂ ਦੇ ਫਾਰਮੂਲੇ ਜਿਹੜੇ ਸਾਡੇ ਐਂਸ਼ੀਅੰਟ ਸਕ੍ਰਿਪਚਰ ਚ ਲਿਖੇ ਹੋਏ ਸੀ ਕਿਉਂਕਿ ਮੈਂ ਰਿਲ ਜੰਦਾ ਸਟੂਡੈਂਟ ਆ ਤਾਂ ਮੈਂ ਜਾਣਦਾ ਮੈਕਸਮਿਉਲਰ ਵਰਗਿਆਂ ਨੇ ਉਰੇ ਆ ਕੇ ਜਾਣ ਕੇ ਇਹ ਝੂਠੇ ਨੈਰੇਟਿਵ ਸੈੱਟ ਕੀਤੇ ਕਿ ਸਾਡੇ ਗ੍ਰੰਥਾਂ ਦੇ ਵਿੱਚ ਝੂਠ ਭਰਿਆ ਹੋਇਆ ਜਾਂ ਉਹ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਨੇ ਜਿਹੜੀਆਂ ਸਾਡੀ ਸਭਤਾ ਦੇ ਲੋਕਾਂ ਨੂੰ ਸਮਝ ਨਹੀਂ ਆਂਦੀਆਂ ਪਰ ਸੈਂਟੀਫਿਕਲੀ ਇੰਪੋਸੀਬਲ ਗੱਲਾਂ ਨਹੀਂ ਹੈਗੀਆਂ ਵੀ ਕੋਈ ਵਿਮਾਨ ਨਹੀਂ ਕੀ ਅੱਜ ਜੇ ਆਪਾਂ ਗੱਲ ਕਰੀਏ ਆਪਾਂ ਨੂੰ ਕੋਈ ਕਹੇ ਵੀ ਉਹ ਪੁਰਾਣੇ ਟਾਈਮਾਂ ਦੇ ਵਿੱਚ ਪ੍ਰਾਚੀਨ ਟਾਈਮਾਂ ਦੇ ਵਿੱਚ ਸਿੰਧ ਘਾਟੀ ਸਭਿਤਾ ਤੋਂ ਵੀ ਹਜ਼ਾਰਾਂ ਸਾਲਾਂ ਪਹਿਲਾਂ ਐਦਾਂ ਵਿਮਾਨ ਹੋਇਆ ਕਰਦੇ ਸੀ ਤੇ ਜੇ ਅੱਜ ਸਾਡੇ ਕੋਲ ਹੈਗੇ ਨਹੀਂ ਯਾਰ ਤਾਂ ਉਦੋਂ ਨਹੀਂ ਸੀ ਹੋ ਸਕਦੇ ਪਤਾ ਨਹੀਂ ਕਿੰਨੀ ਵਾਰ ਦੁਨੀਆ ਜਿਹੜੀ ਹੈ ਮਿਟ ਕੇ ਫੇਰ ਬਣੀ ਹੈ ਮਿਟ ਕੇ ਫੇਰ ਬਣੀ ਹੈ ਮਿਟ ਕੇ ਫੇਰ ਬਣੀ ਹੈ ਤਾਂ ਉਹ ਚੱਕ ਕੇ ਲੈ ਗਏ ਬਤੰਦਰ ਜੇ ਤੁਸੀਂ ਸੋਚਦੇ ਹੋ ਵੀ ਉਹਨਾਂ ਨੇ ਸਾਡੀਆਂ ਤੇ ਸਾਡੇ ਧਰਮ ਗ੍ਰੰਥਾਂ ਨੂੰ ਇਸ ਕਰਕੇ ਰੀਡਿਕਿਊਲ ਕੀਤਾ ਉਹ ਪੁਰਾਣੇ ਜਿਹੜੇ ਨੇ ਟੈਕਸਟ ਸੀਗੇ ਜਿਦੇ ਚ ਪੁਰਾਣੀਆਂ ਨੌਲੇਜ ਦੀਆਂ ਗੱਲਾਂ ਸੀ ਉਹ ਮਿਸਰ ਦੇ ਈਜੀਪਟ ਦੇ ਪਾਇਰਾਮਿਡ ਕੀ ਨੇ ਉਹ ਐਕਚੁਅਲ ਦੇ ਵਿੱਚ ਡਾਟਾ ਸਟੋਰੇਜ ਹੈ ਸਾਈਲੋ ਨਹੀਂ ਉਹ ਉਹਦੇ ਵਿੱਚ ਬੜਾ ਕੁਝ ਐਸਾ ਜਿਹੜਾ ਮਤਲਬ ਸੰਭਾਲ ਕੇ ਰੱਖਿਆ ਗਿਆ ਜਿਹੜਾ ਉਹਨਾਂ ਨੂੰ ਪਤਾ ਸੀ ਵੀ ਐਡੇ-ਐਡੇ ਪੱਥਰ ਕੋਈ ਚੱਕ ਨਾ ਸਕੂਗਾ ਹੈਨਾ ਹੁਣ ਜੇ ਕਹੀਏ ਆਪਾਂ ਇਜੀਪਟ ਦੇ ਪਾਇਰਾਮਿਡ ਜਿਹੜੇ ਨੇ ਇਜੀਪਟ 'ਚ ਹੀ ਕਿਉਂ ਨੇ ਅਮਰੀਕਾ 'ਚ ਕਿਉਂ ਨਹੀਂ ਹੈਨਾ ਜਾਂ ਯੂਕੇ 'ਚ ਕਿਉਂ ਨਹੀਂ ਤਾਂ ਉਹਦਾ ਇੱਕੋ ਹੀ ਕਾਰਨ ਹੈ ਕਿਤੇ ਬਹੁਤੀਆਂ ਲੰਬੀਆਂ ਗੱਲਾਂ ਨਾ ਸੋਚਣ ਲੱਗ ਜਿਓ ਉਹਦਾ ਬੜਾ ਸਿੰਗਲ ਸਿੰਪਲ ਜਿਹਾ ਲੌਜੀਕ ਹੈ ਉਹ ਪੱਥਰ ਹੀ ਐਡੇ ਭਾਰੇ ਸੀ ਵੀ ਗੋਰੇ ਉਹਨਾਂ ਨੂੰ ਚੱਕ ਕੇ ਰਾਤੋਂ-ਰਾਤ ਚੋਰੀ ਕਰਕੇ ਆਪਣੇ ਮੁਲਕ ਨਹੀਂ ਸੀ ਲਿਜਾ ਸਕਦੇ ਨਹੀਂ ਤਾਂ ਉਹਨਾਂ ਨੇ ਕਹਿਣਾ ਸੀਗਾ ਜਿਹੜੇ ਇਹ ਪਾਇਰਾਮਿਡ ਨੇ ਨਾ ਇਸ ਤੋਂ ਅਮਰੀਕਾ ਚ ਨੇ ਅੱਡੀਆਂ ਚੋਰ ਕੌਮਾਂ ਨੇ ਉਹ ਅਮਰੀਕਾ ਚ ਪੇਪਰ ਕਲਿੱਪ ਬਾਰੇ ਵੀ ਸਰ ਸੁਣਿਆ ਸੀ ਉਹ ਪੇਪਰ ਕਲਿੱਪ ਉਹਨਾਂ ਨੇ ਕੀ ਕੀਤਾ ਸੀ ਨਾਜੀ ਸਾਇੰਟਿਸਟ ਚੱਕ ਲਏ ਸਾਰੇ ਕੀ ਹੋਇਆ ਜਦੋਂ ਵਰਲਡ ਵਾਰ ਦੀ ਆੜ ਦੇ ਵਿੱਚ ਜਿਹੜਾ ਇਹਨਾਂ ਨੂੰ ਲੱਗਿਆ ਹਿਟਲਰ ਤਾਂ ਆਪਣਾ ਲੈ ਕੇ ਨਿਕਲ ਗਿਆ ਕੁਝ ਜ਼ਰੂਰੀ ਨਹੀਂ ਸੀ ਵੀ ਉਹਦੇ ਜਿਹੜੇ ਸਾਇੰਟਿਸਟ ਸੀਗੇ ਉਹ ਵੀ ਆਰੀਅਨ ਬਲੱਡ ਦੇ ਸੀ ਨਹੀਂ ਸੀ ਉਹ ਛੱਡ ਗਿਆ ਸਾਰਿਆਂ ਨੂੰ ਛੱਡ ਗਿਆ ਉਹ ਉਹੀ ਬੰਦਿਆਂ ਨੂੰ ਲੈ ਕੇ ਗਿਆ 1.40 ਹਜ਼ਾਰ ਬੰਦਾ ਲੈ ਕੇ ਗਿਆ ਉਹ ਯੂ ਬੋਟਸ ਦੇ ਥਰੂ ਲੈ ਕੇ ਗਿਆ ਯੂ ਬੋਟਸ ਹੁੰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਸਬਮਰੀਨਜ਼ ਜਿਦੇ ਵਿੱਚ ਲੱਖਾਂ ਬੰਦਾ ਆ ਜਾਂਦਾ ਯੂ ਬੋਟਸ ਕਹਿੰਦੇ ਨੇ ਉਹਨਾਂ ਨੂੰ ਚਲਦੀਆਂ ਉਹ ਪਾਣੀ ਦੇ ਵਿੱਚ ਨੇ ਥੱਲੇ ਥੱਲੇ ਦੀ ਗਿਆ ਉਹ ਕਿੱਥੋਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਲਾਸਟ ਮਤਲਬ ਡੀ ਬੋਰਡ ਕਿੱਥੋਂ ਕੀਤੇ ਉਹ ਜਿਹੜਾ ਉਹ ਜਿਹੜਾ ਅਰਜنٹੀਨਾ ਦੇ ਵਿੱਚੋਂ ਲਾਸਟ ਕੰਟਰੀ ਜਿਹੜਾ ਸੀ ਜਿੱਥੋਂ ਉਹਨਾਂ ਨੇ ਯੂ ਬੋਟ ਦੇ ਵਿੱਚੋਂ ਸੌਰੀ ਚੜੇ ਉਹ ਮਤਲਬ ਚੜੇ ਕੀ ਅਹੰਕੋ ਵਿੱਚ ਉਤਰ ਕੇ ਥੱਲੇ ਡੂੰਘੇ ਚ ਖੜਾਈਆਂ ਹੁੰਦੀਆਂ ਸੀ ਉਹ ਚ ਉਤਰ ਕੇ ਗਏ ਲੱਖਾਂ ਲੋਕ ਉੱਥੇ ਤੋਂ ਸਾਊਥ ਪੋਲ ਕੰਨੀ ਉਹ ਯੂ ਬੋਟਸ ਗਈਆਂ ਅਰਜنٹੀਨਾ ਅਰਜنٹੀਨਾ ਦੇ ਵਿੱਚੋਂ ਜਦੋਂ ਇਹਨਾਂ ਨੇ ਕਿਹਾ ਨਾ ਵੀ ਆ ਹਿਟਲਰ ਦੀ ਬਾਡੀ ਮਿਲੀ ਆ ਤਾਂ ਰਸ਼ੀਅਨਜ਼ ਨੇ ਇਹਦੀ ਬਾਡੀ ਤੇ ਸਾਰੇ ਟੈਸਟ ਉਸ ਕਰ ਲਿਓ ਕਹਿੰਦੇ ਹਿਟਲਰ ਦੀ ਨਹੀਂ ਹੈਗੀ ਇਹ ਜ਼ਰੂਰ ਅਮਰੀਕਨ ਜਿਹੜੇ ਕੋਈ ਹਰਾਮਖੋਰੀ ਕਰ ਰਹੇ ਨੇ ਪਤਾ ਕਰੋ ਉਹਨਾਂ ਦੀਆਂ ਏਜੰਸੀਆਂ ਵੀ ਲੱਗ ਗਈਆਂ ਇਹ ਵੀ ਲੱਗ ਗਿਆ ਆਪਣੇ ਝੂਠੇ ਨੈਰੇਟਿਵ ਫਲਾਨ ਉਹ ਤਾਂ ਇਹਨਾਂ ਨੂੰ ਟਾਟਾ ਬਾਏ ਬਾਏ ਬੋਲ ਕੇ ਗਿਆ ਸੀ ਸਾਰੀਆਂ ਪਾਰਟੀਆਂ ਨੂੰ ਵੀ ਭਾਈ ਚੰਗਾ ਆਪਾਂ ਨੂੰ ਤਾਂ ਵਧੀਆ ਟੈਕਨੋਲੋਜੀ ਮਿਲ ਗਈ ਆਪਾਂ ਤਾਂ ਉਹਦੇ ਨਾਲ ਅਲੱਗ ਜੋਂ ਤੁਸੀਂ ਐਂ ਲਾ ਲਓ ਤੁਹਾਡੇ ਕੋਲ ਇਸ ਤਰ੍ਹਾਂ ਦੀ ਟੈਕਨੋਲੋਜੀ ਆਲੇ ਆਜੇ ਤੁਸੀਂ ਇਦਾਂ ਕਰੋ ਕੋਈ ਵੀ ਚੀਜ਼ ਪੈਦਾ ਹੋ ਜਵੇ ਤੁਹਾਡੇ ਸਾਹਮਣੇ ਹੀ ਆਪ ਕਿਸੇ ਵੀ ਟੰਗ ਨਾਲ એનર્ਜੀ ਨੂੰ ਮੈਨਿਪੂਲੇਟ ਕਰਨਾ ਆ ਜਾਵੇ ਤੁਹਾਨੂੰ એનર્ਜੀ ਨੂੰ ਕਲਾਰਡਿਸ਼ ਕਾਰਡਿਸ਼ੇਵ ਸਕੇਲ ਦੇ ਮੁਤਾਬਕ ਹਰ એનર્ਜੀ ਨੂੰ ਯੂਜ਼ ਕਰਨਾ ਆ ਜਾਵੇ ਤੁਹਾਨੂੰ ਕੀ ਲੋੜ ਐ ਇਸ ਦੁਨੀਆ 'ਚ ਜੀਣ ਦੀ ਇਹ ਐਸ ਦੁਨੀਆ ਜਿਹੜਾ ਤੁਸੀਂ ਆਪਣੀ ਦੁਨੀਆ ਹੀ ਅਲੱਗ ਬਸਾ ਲਓਗੇ ਵੀ ਮੈਂ ਇਨਾਂ ਲੋਕਾਂ ਹਰਾਮਕੋਰਾ ਤੋਂ ਤੰਗ ਆ ਗਿਆ ਇਹ ਤਾਂ ਮਣੀ ਮੜੀ ਗੱਲ ਪਿੱਛੇ ਚਿਕਚਿਕ ਕਰਕੇ ਸਾਰਾ ਦਿਨ ਲੜੀ ਜਾਂਦੇ ਨੇ ਹਨਾ ਇਹ ਇੱਕ ਦੂਜੇ ਦੇ ਪੋਲਿਟੀਕਲ ਬਿਲੀਫਸ ਕਰਕੇ ਲੜੀ ਜਾਂਦੇ ਨੇ ਤੂੰ ਫਲਾਣੇ ਦਾ ਸਮਰਥਕ ਤੂੰ ਫਲਾਣੇ ਦਾ ਉਹ ਪਾਈ ਸਾਨੂੰ ਨਹੀਂ ਲੋੜ ਇਹ ਜੀ ਦੁਨੀਆ ਦੀ ਹਨਾ ਤੁਹਾਡੇ ਕੋਲ ਕੋਈ ਇਹੋ ਜੀਆਂ ਟੈਕਨੋਲੋਜੀਜ਼ ਬਣ ਜਾਣ ਜਿਹੜੀਆਂ ਕਿ ਆਊਟ ਆਫ ਥਿੰਕਿੰਗ ਹੀ ਹੋਣ ਮੈਂ ਤੁਸੀਂ ਮੈਂ ਸੋਚ ਰਿਹਾ ਮੇਰੀ ਮੈਂ ਸੋਚ ਰਿਹਾ ਮੇਰੀ ਉਹ ਦੁਨੀਆ ਕਿੱਦਾਂ ਦੀ ਹੋਏਗੀ ਮੈਂ ਤਾਂ ਸੋਚ ਵੀ ਲਈ ਸਰ ਬਿਲਕੁਲ ਓਦਾਂ ਹਿਟਲਰ ਲੈ ਕੇ ਉੜ ਗਿਆ ਉਹ ਜਗ੍ਹਾ ਤੱਕ ਕਿ ਬਣਾ ਦਿੱਤਾ ਪੇਪਰ ਕਲਿੱਪ ਦੀ ਮਤਲਬ ਕਿੱਥੋਂ ਆਇਆ ਪੇਪਰ ਕਲਿੱਪ ਉਸ ਆਪਰੇਸ਼ਨ ਦਾ ਨਾਮ ਹੈ ਕੀ ਕਰਿਆ ਜਦੋਂ ਉੱਥੇ ਵਰਲਡ ਵਾਰ ਚੱਲ ਰਹੀ ਸੀ ਹਿਟਲਰ ਨੇ ਉਹ ਏਰੀਆ ਛੱਡਿਆ ਇਹ ਦੋਨੋਂ ਪਾਰਟੀਆਂ ਨੇ ਉੱਥੇ ਧਾੜ ਮਾਰੀ ਬਾਈ ਜੀ 5 5:30 5:30 ਵੀ ਨਹੀਂ ਉਸ ਤੋਂ ਕਿਤੇ ਪਹਿਲਾਂ ਦਾ ਹਿਟਲਰ ਦਾ ਕੰਮ ਚੱਲ ਰਿਹਾ ਸੀ ਖੰਗੇ ਤੱਕ ਨਹੀਂ ਇਹ ਜਿਹੜਾ ਅਮਰੀਕਾ ਦਾ ਅੱਜ ਤੱਕ ਦਾ ਸਭ ਤੋਂ ਘੈਂਟ ਸਾਇੰਟਿਸਟ ਜੀਨੇ ਇਹਨਾਂ ਦੇ ਲਈ V2 ਰਾਕਟ ਬਣਾਏ ਉਹ ਬੰਦਾ ਵਰਨਰ ਵੌਨ ਬਰਾਊਨ ਉਹ ਹਿਟਲਰ ਦੀ ਨਾਜ਼ੀ ਪਾਰਟੀ ਦਾ ਐਸਐਸ ਦਾ ਮੇਨ ਬੰਦਾ ਸੀ ਉਹਨੂੰ ਕਿਉਂ ਇਹਨਾਂ ਨੇ ਇਸ ਤਰ੍ਹਾਂ ਕਿਹਾ ਇਹਨਾਂ ਦੇ ਮੁਲਕ ਦੇ ਲੋਕ ਵੀ ਇਤਰਾਜ਼ ਕਰਦੇ ਨੇ ਭਈ ਨੂੰ ਐਡੇ ਐਡੇ ਸਨਮਾਨ ਇਹਨਾਂ ਨੇ ਜਾਣ ਕੇ ਉਹਦੀ ਹਿਸਟਰੀ ਵੀ ਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਡਾਕੂਮੈਂਟਸ ਹੀ ਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਨਹੀਂ ਨਹੀਂ ਇਹ ਜਰਮਨ ਜਨੀਏ ਤਾਂ ਇੱਧਰ ਦਾ ਹੀ ਆਏ ਆਏ ਆ ਉਹ ਐਸ 2 ਸਪਾਇਰ ਜਹਾਜ ਸਰ ਜਿਹੜੇ ਉਹ ਨਹੀਂ 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 ਐਸ ਐਸ ਉਹਨਾਂ ਦੀ ਜਿਹੜੀ ਹੈ ਮਤਲਬ ਜੀ ਡੀ ਡੀ ਹਿਟਲਰ ਨਾਜ਼ੀ ਜਰਮਨੀ ਦੀ ਸਭ ਤੋਂ ਜਿਹੜੀ ਬਰੂਟਲ ਫੋਰਸ ਸੀਗੀ ਉਹਦਾ ਨਾਮ ਐਸ ਐਸ ਸੀਗਾ ਮਤਲਬ ਉਹਨਾਂ ਦੇ ਪਾਰਟੀ ਦੇ ਵਿੱਚ ਕੈਡਰ ਸੀਗਾ ਉਹ ਮਤਲਬ ਉਹਨਾਂ ਦੇ ਆਰਮੀ ਵਿੰਗ ਕਹਿ ਲੋ ਇੱਕ ਪੋਲੀਟੀਕਲ ਪਾਰਟੀ ਦਾ ਆਰਮੀ ਵਿੰਗ ਸੀਗਾ ਐਸਐਸ ਉਹ ਐਸਐਸ ਦੇ ਵਿੱਚ ਸੀਗਾ ਜੀ ਇਸ ਤਰ੍ਹਾਂ ਕੀ ਹੋਇਆ ਜਦੋਂ ਇਹਨਾਂ ਸਾਰਿਆਂ ਨੇ ਧਾੜ ਮਾਰੀ ਜਦੋਂ ਇਹਨਾਂ ਨੇ ਕਿਹਾ ਵੀ ਹਿਟਲਰ ਤਾਂ ਲੰਘ ਗਿਆ ਭਾਈ ਲਾਖਰੀ ਖਬਰ ਅਰਜنٹინა ਤੋਂ ਮਿਲੀ ਇਹਨਾਂ ਨੂੰ ਵੀ ਉਹ ਆਪ ਦਾ ਛੱਪਰ ਹੋ ਗਿਆ ਸਾਂਟੀ ਲੈਂਗੁਏਜ ਫਟਿਆਲੇ ਵਾਲਿਆਂ ਦੀ ਜਦੋਂ ਉਹ ਛੱਪਰ ਹੋ ਗਿਆ ਤਾਂ ਇਹਨਾਂ ਨੇ ਕਿਹਾ ਵੀ ਮਾਰੋ ਇਹਦੇ ਮੁਲਕ ਚ ਧਾੜ ਉਦੋਂ ਤੱਕ ਤਾਂ ਖੰਗ ਵੀ ਨਹੀਂ ਸਕੇ ਇਹਨਾਂ ਦੇ ਮੁਲਕਾਂ ਚ ਮਚਾਤਾ ਇਹਨਾਂ ਨੂੰ ਨੇ ਗਦਰ ਸਾਰਿਆਂ ਚ ਤੇ ਇਹ ਸਾਰੇ ਜੀ ਦੰਦਨੰਦੇ ਉਧਰੋਂ ਨਾਲ ਦੀ ਨਾਲ 68 ਰਸ਼ੀਆ ਨੇ ਮਾਰਿਆ ਮਤਲਬ ਕਬਜ਼ਾ ਕਰਨਾ ਸ਼ੁਰੂ ਕਰਤਾ ਉਧਰੋਂ ਇਹ ਵਜਾਵੜੇ ਇਹਨਾਂ ਨੇ ਮਤਲਬ ਉਹੀ ਸਿੱਟ ਕੇ ਜਪਾਨ ਵਰਗੇ ਗਰੀਬ ਜੇ ਬੰਦਿਆਂ ਤੇ ਦੋ ਬੰਬ ਪਾ ਕੇ ਆਪਣੀ ਦਸ਼ਤ ਜੀ ਵੀ ਕੋ ਖੰਗੇ ਹੀ ਨਾ ਵੀ ਇੱਕ ਟੈਕਨੋਲੋਜੀ ਕੈਪਚਰ ਕਰਨੀ ਹੈ ਇਹ ਦੋਨੋਂ ਮੁਲਕ ਪੈ ਗਏ ਜਰਮਨੀ ਚ ਪੈ ਗਏ ਦੋਨੋਂ ਪਾਰਟੀਆਂ ਫਿਰ ਇਹਨਾਂ ਨੇ ਕੀ ਕਰਿਆ ਦੋਨੋਂ ਪਾਰਟੀਆਂ ਨੇ ਰਸ਼ੀਆ ਨੇ ਇਹਨਾਂ ਤੋਂ ਪਹਿਲਾਂ ਪਹੁੰਚ ਗਏ ਉਹਨਾਂ ਨੇ ਦੇਖ ਲਿਆ ਵੀ ਹਿਟਲਰ ਦੀ ਬੋਡੀ ਨਹੀਂ ਹਿਟਲਰ ਨਿਕਲ ਗਿਆ ਉਹ ਸਹੀ ਕਹਿੰਦਾ ਸੀ ਸਾਨੂੰ ਜਿਹੜੀ ਉਹਦੇ ਬਾਰੇ ਜਸੂਸੀ ਖਬਰਾਂ ਮਿਲਦੀਆਂ ਸੀਗੀਆਂ ਵੀ ਉਹ ਤਾਂ ਭਾਈ ਉੜ ਗਿਆ ਨਿਊ ਸ਼ਵਾਬੀਆ ਉਹਨੇ ਤਾਂ ਆਪਣੀ ਦੁਨੀਆ ਹੀ ਅਲੱਗ ਵਸਾ ਲਈ ਤੇ ਵੀ ਅੱਪਾ ਹੁਣ ਜਿਹੜਾ ਹੈਗਾ ਵੀ ਉਹ ਐਡੀ ਟੈਕਨੋਲੋਜੀ ਤੱਕ ਪਹੁੰਚਿਆ ਉਹਦੀ ਟੈਕਨੋਲੋਜੀ ਲੱਭੋ ਇਹਨਾਂ ਨੇ ਜੀ ਅੰਦਰਖਾਤੀ ਇਹਨਾਂ ਦੇ ਜਸੂਸ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਅੱਧੀ ਜਰਮਨੀ ਬਾਅਦ ਚ ਤੁਹਾਨੂੰ ਪਤਾ ਹੈ ਵੀ ਕਮਿਊਨਿਸਟ ਜਰਮਨੀ ਰਹੀ ਹੈ ਬਾਅਦ ਤੱਕ ਚਰੀਆ ਪੁਤਿਨ ਸਾਹਿਬ ਵੀ ਉੱਥੇ ਹੀ ਸੀਗੇ ਹੈਨਾ ਤਾ ਮਤਲਬ ਇਹ ਉਸ ਟਾਈਮ ਉਹਦੇ ਵਿੱਚ ਸੀ ਕੇਜੀਬੀ ਜਿਹਨੂੰ ਐਫਐਸਬੀ ਕਹਿੰਦੇ ਨੇ ਹੁਣ ਤਾਂ ਉਹ ਉੱਥੇ ਜਦ ਇਹਨਾਂ ਨੇ ਧਾੜਾ ਮਾਰੀਆਂ ਪਹਿਲਾਂ ਰਸ਼ੀਅਨ ਪੁੰਚ ਇਹਨਾਂ ਨੇ ਕੀ ਕਰਿਆ ਜਿਹੜੇ ਜਿਹੜੇ ਉਹਨਾਂ ਦੇ ਤਗੜੇ ਪ੍ਰੋਜੈਕਟਾਂ ਤੇ ਐਗਜ਼ੋਟਿਕ ਟੈਕਨੋਲੋਜੀ ਤੇ ਉਹਨਾਂ ਦੇ ਸਾਇੰਟਿਸਟ ਜਿਨ੍ਹਾਂ ਨੂੰ ਛੱਡ ਗਿਆ ਸੀ ਸਿਰਫ ਇਹਸ ਕਰਕੇ ਵੀ ਉਹ ਬਹੁਤ ਕਟੜ ਸੀ ਕਟੜ ਨਹੀਂ ਸੀ ਉਹ ਸੈਂਟੀਫਿਕਲੀ ਮਤਲਬ ਡੀਐਨਏ ਦੀ ਸਾਇੰਸ ਤੇ ਬੇਸਡ ਬੰਦਿਆਂ ਨੂੰ ਲੈ ਕੇ ਗਿਆ ਉਹ ਜਿਨ੍ਹਾਂ ਨੂੰ ਛੱਡ ਗਿਆ ਤੇ ਉਹ ਕਰ ਰਹੇ ਇਹਨਾਂ ਨੇ ਉਹ ਸਾਰੇ ਚੱਕ ਲਏ ਇਨਾਂ ਨੇ ਨਾਲੇ ਤਾਂ ਉਹ ਸਾਇੰਟਿਸਟ ਚੱਕੇ ਨਾਲੇ ਉਹ ਚੀਜ਼ਾਂ ਚੱਕੀਆਂ ਜਿਹੜੇ ਉਹ ਮਤਲਬ ਕਿਸੇ ਚੀਜ਼ ਦੇ ਉੱਪਰ ਰਿਸਰਚ ਕਰ ਰਹੇ ਸੀਗੇ ਤੇ ਉਹਨਾਂ ਦੀਆਂ ਕੀ ਸਟੇਜਸ ਨੇ ਉਹਦੇ ਨਾਲ ਰਿਲੇਟਡ ਡਾਕੂਮੈਂਟ ਚੱਕੇ ਅੱਧੇ ਰਸ਼ੀਅਨ ਨੇ ਚੱਕਲੇ ਪਹਿਲਾਂ ਹੀ ਉਹ ਜਿਹੜੇ ਉਹਨਾਂ ਦੇ ਹੱਥ ਨਹੀਂ ਲੱਗੇ ਉਹ ਜਾ ਕੇ ਅਮਰੀਕਨਸ ਨੇ ਚੱਕੇ ਸੀ ਆਪੇ ਆਪਰੇਸ਼ਨ ਪੇਪਰ ਕਲਿੱਪ ਕਹਿੰਦੇ ਨੇ ਇਨਾਂ ਨੇ ਨਾਜ਼ੀ ਜਰਮਨੀ ਦੇ 200 ਸਾਇੰਟਿਸਟ ਇਕੱਠੇ ਚੱਕੇ ਸੀ ਉਥੋਂ ਕਿਡਨਾਪ ਕੀਤੇ ਸੀ ਜਰਮਨੀ ਚੋਂ ਤੇ ਝੱਕ ਕੇ ਉਹਨਾਂ ਨੂੰ ਰਾਤੋਂ ਰਾਤ ਅਮਰੀਕਾ ਲੈ ਆਏ ਸੀ ਉਸ ਦਿਨ ਤੋਂ ਬਾਅਦ ਆ ਸਾਰਾ ਕੁਝ ਦਿਨਾਂ ਚ ਹੋ ਕੇ ਆ ਹੌਲੀ ਹੌਲੀ ਰਿਲੀਜ਼ ਕਰਕੇ ਤਾਂ ਆਪਾਂ ਨੂੰ ਵੇਚੀ ਐ ਇਹਨਾਂ ਨੇ ਇਹ ਟੈਕਨੋਲੋਜੀ ਸਾਨੂੰ ਬੇਵਕੂਫ ਬਣਾ ਕੇ ਲੇਜ਼ਰਜ਼ ਰੇਡੀਓ ਵੇਵਜ਼ ਤੇ ਇਹਦੀਆਂ ਜਿਹੜੀਆਂ ਆਹ ਚੀਜ਼ਾਂ ਨੇ ਦੂਜੇਨ ਸੌਰੀ ਰੇਡੀਓ ਵੇਵਜ਼ ਨਹੀਂ ਮਾਈਕ੍ਰੋਵੇਵਜ਼ ਇਸ ਤਰ੍ਹਾਂ ਦੀਆਂ ਜਿੰਨੀਆਂ ਐਗਜ਼ੋਟਿਕ ਟੈਕਨੋਲੋਜੀ ਨੇ ਆ ਮੋਬਾਈਲ ਟੈਕਨੋਲੋਜੀਜ਼ ਐਦਾਂ ਦੀਆਂ ਚੀਜ਼ਾਂ ਇਹ ਸਾਰੀਆਂ ਜਿਹੜੀਆਂ ਨੇ ਉਸ ਤੋਂ ਬਾਅਦ ਦਿਨਾ ਚ ਮਰਜ ਹੋ ਗਈਆਂ ਤੇ ਉਹ ਜਗ੍ਹਾ ਤਾਂ ਕੀ ਹੋਣਾ ਸਰ ਇੱਕ ਪੱਖੇ ਤੋਂ ਕੂਲਰ ਤੱਕ ਆਉਣ ਨੂੰ ਸਾਨੂੰ 20 ਤੋਂ ਸਾਲ ਤੋਂ ਵੱਧ ਲੱਗ ਜਾਂਦੇ ਨੇ ਤੇ ਇਹਨਾਂ ਨੂੰ ਰਾਤੋ ਰਾਤ ਦਿਨਾਂ ਦਿਨ ਐ ਚੀਜ਼ਾਂ ਮਿਲਦੀਆਂ ਚਲੀਆਂ ਗਈਆਂ ਉਹ ਜਿਹੜੇ 200 ਸਾਇੰਟਿਸਟ ਲਿਆਂਦੇ ਸੀ ਇਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਵਰਨਰ ਵੌਨ ਬਰਾਊਨ ਜਿਨੇ ਇਹਨਾਂ ਦੇ ਲਈ V2 ਰਾਕਟ ਬਣਾਏ ਜੀਦੀ ਟੈਕਨੋਲੋਜੀ ਤੇ ਦੁਨੀਆ ਦੀ ਹਰ ਹਾਈਪਰਸੋਨਿਕ ਮਿਜ਼ਾਈਲ ਚੱਲਦੀ ਹੈ ਜੀਦੀ ਟੈਕਨੋਲੋਜੀ ਦੇ ਬੇਸ ਤੇ ਮਤਲਬ ਇਹਨਾਂ ਦੇ ਦੂਰ ਤੋਂ ਦੂਰ ਜਾਣ ਵਾਲੇ ਅਕੋਰਡਿੰਗ ਟੂ ਥੈਮ ਮੈਂ ਨਹੀਂ ਮੰਨਦਾ ਉਸ ਚੀਜ਼ ਨੂੰ ਵੀ ਜਿਹੜੇ ਨੇ ਐਕਸਟਰਾ-ਟਰੈਸ਼ੀਅਲ ਰਾਕਟਸ ਜਾਂਦੇ ਨੇ ਚੰਦ ਤੇ ਜਾਂਦੇ ਨੇ ਮੰਗਲ ਤੇ ਜਾਂਦੇ ਨੇ ਮੇਰੇ ਲਈ ਕਹਿਣਾ ਮਤਲਬ ਹੈ ਵੀ ਧਰਤੀ ਦੇ ਸਭ ਤੋਂ ਦੂਰ ਵਾਲੇ ਪਾਰਟ ਤੇ ਜਾਂਦੇ ਨੇ ਉਹ ਸਾਰੀਆਂ ਜਗ੍ਹਾ ਜਿਹੜੀਆਂ ਨੇ ਕੀ ਹੈ ਕਿ ਮੇਰਾ ਮੰਨਣਾ ਮਤਲਬ ਪਰਸਨਲ ਬਿਲੀਫ ਹੈ ਮੈਂ ਕਿਸੇ ਤੇ ਲਾਗੂ ਨਹੀਂ ਕਰਦਾ ਮੇਰਾ ਮੰਨਣਾ ਇਹ ਹੈ ਵੀ ਇਸ ਦੁਨੀਆ ਦੇ ਵਿੱਚ ਜਿਹਨੂੰ ਇਹ ਪਲਾਨਟ ਬਲੂਨੇਟ ਕਹਿੰਦੇ ਨੇ ਉਹ ਧਰਤੀ ਜਿਵੇਂ ਆਪਾਂ ਆਪਣੀ ਜਿੱਥੇ ਤੱਕ ਆਪਾਂ ਜਾਣਦੇ ਆਪਣੀ ਜ਼ਮੀਨ ਨੂੰ ਉੱਥੇ ਤੱਕ ਆਕਸੀਜਨ ਕਿੰਨੀ ਹੈ ਨਾਈਟ੍ਰੋਜਨ ਕਿੰਨੀ ਹੈ ਹਾਈਡਰੋਜਨ ਕਿੰਨੀ ਹੈ ਕਾਰਬਨ ਡਾਈਆਕਸਾਈਡ ਆਕਸਾਈਡ ਕਿੰਨੀ ਹੈ ਕਾਰਬਨ ਮੋਨੋਆਕਸਾਈਡ ਕਿੰਨੀ ਹੈ ਉਹ ਅਸੀਂ ਉਹਨੂੰ ਪੜਿਆ ਉਹਨੂੰ ਜਾਣਿਆ ਆਪਣੇ ਤਜਰਬੇ ਦੇ ਆਧਾਰ ਤੇ ਕਿਉਂਕਿ ਸਾਡੀਆਂ ਜਨਰੇਸ਼ਨਸ ਮਤਲਬ 5-6000 ਸਾਲ ਤੋਂ ਇੱਥੇ ਜੀ ਰਹੀਆਂ ਨੇ ਪਰ ਹੋ ਸਕਦਾ ਵੀ ਸਾਡੀ ਇਸੇ ਜ਼ਮੀਨ ਤੇ ਅੰਟਾਰਕਟਿਕਾ ਤੋਂ ਪਾਰ ਉਸ ਤੋਂ ਕਿਤੇ ਬਹੁਤ ਜ਼ਿਆਦਾ ਦੂਰ ਮਤਲਬ ਆਇਆ ਲਾਲੋਬੀ ਜਿੰਨਾ ਉਰੇ ਤੋਂ ਸਾਈਬੀਰੀਆ ਪੈਂਦਾ ਉਸ ਤੋਂ 100 ਗੁਣਾ ਦੂਰ ਮੈਂ ਕਹਿੰਦਾ 100 ਗੁਣਾ ਦੂਰ ਛੱਡੋ ਮੈਂ ਚੈਲੰਜ ਕਰਦਾ ਵੀ ਉਸ ਤੋਂ 5 ਗੁਣਾ ਦੂਰ ਵੀ ਨਹੀਂ ਗਏ ਹਲੇ ਤੱਕ ਧਰਤੀ ਇੰਨੀ ਗਵਣੀ ਛਾਣੀ ਇਹਨਾਂ ਨੇ ਉਹ ਉੱਥੇ ਜ਼ਮੀਨ ਦੇ ਇਹ ਜਿਹੇ ਪਾਰਟ ਨੇ ਜਿੱਥੇ ਆਕਸੀਜਨ ਦੀ ਕੁਆਂਟੀਟੀ ਇੰਨੀ ਨਹੀਂ ਹੈਗੀ ਇੱਥੇ ਨਾਲੋਂ ਫਰਕ ਹੈ ਜਿੱਥੇ ਗ੍ਰੈਵਿਟੀ ਦਾ ਵੀ ਕੁਝ ਫਰਕ ਹੈ ਹੋ ਸਕਦਾ ਉਹਦੀ ਜ਼ਮੀਨ ਜਿਵੇਂ ਕਹਿੰਦੇ ਨੇ ਜਿਹਨੂੰ ਮੰਗਲ ਕਹਿ ਕੇ ਦਿਖਾਈ ਜਾਂਦੇ ਨੇ ਉੱਥੇ ਦਾ ਰੇਤਾ ਲਾਲ ਹੋਵੇ ਕਿਤੇ ਦਾ ਜਿਹਨੂੰ ਚੰਦ ਕਹਿ ਕੇ ਦਿਖਾਈ ਜਾਂਦੇ ਨੇ ਚਿੱਟਾ ਮੇਰੇ ਮਤਲਬ ਮੇਰਾ ਸਿੰਪਲ ਇਕੋਲੋਜੀਕ ਸੋਚਦਾ ਮੈਂ ਜਦ ਇਹ ਕਹਿੰਦੇ ਨੇ ਵੀ ਅਸੀਂ ਮੂਨ ਲੈਂਡਿੰਗ ਆ ਇਦਾਂ ਆ ਕੀਤਾ ਉਹ ਕੀਤਾ ਤਾਂ ਮੈਨੂੰ ਐ ਹੁੰਦਾ ਵੀ ਜਦ ਆਪਾਂ ਰਾਤ ਨੂੰ ਅਸਮਾਨ ਕਿੰਨੀ ਦੇਖਦੇ ਆ ਸਾਨੂੰ ਅਰਬਾਂ ਚ ਅਣਗਿਣਤ ਤਾਰੇ ਦਿਖ ਰਹੇ ਹੁੰਦੇ ਨੇ ਜਾਂ ਚੰਦ ਦਿਖ ਰਿਹਾ ਹੁੰਦਾ ਤੇ ਅਸੀਂ ਯਾਰ ਇਹ ਕਿਵੇਂ ਦਾਅਵਾ ਕਰ ਸਕਦੇ ਆ ਵੀ ਅਸੀਂ ਉਰੇ ਤੋਂ ਚੱਲੇ ਆ ਅਰਬਾਂ ਗੋਲਿਆਂ ਦੇ ਵਿੱਚੋਂ ਕਿਸੇ ਗੋਲੇ ਤੇ ਚੱਲੇ ਆ ਤੇ ਅਸੀਂ ਐਗਜ਼ੈਕਟਲੀ ਉਸੇ ਗੋਲੇ ਤੇ ਪਹੁੰਚੇ ਆ ਜਿਹਨੂੰ ਅਸੀਂ ਕਹਿ ਰਹੇ ਆ ਵੀ ਅਸੀਂ ਧਰਤੀ ਤੋਂ ਭਈ ਇੱਥੇ ਆਏ ਆ ਮੈਂ ਉਰੇ ਤੋਂ ਕਿਆ ਕਿਆ ਚੱਲਾਂ ਵੀ ਮੈਂ ਚੰਦ ਤੇ ਚੱਲਿਆ ਮੇਰਾ ਰੌਕਟ ਲੈ ਕੇ ਉਹ ਯਾਰ ਸਾਨੂੰ ਉਰੇ ਤੋਂ ਜ਼ਮੀਨ ਤੋਂ ਦੇਖ ਕੇ ਪਤਾ ਲੱਗਦਾ ਵੀ ਉੱਥੇ ਤਾਂ ਅਰਬਾਂ ਚੰਦ ਵਰਗੇ ਆ ਚੰਦ ਤੋਂ ਵੱਡੇ ਚੰਦ ਦੇ ਸੇਮ ਸਾਈਜ਼ ਦੇ ਚੰਦ ਤੋਂ ਛੋਟੇ ਸਾਈਜ਼ ਦੇ ਗੋਲੇ ਨੇ ਤੇ ਅਸੀਂ ਉਸੇ ਗੋਲੇ ਤੇ ਜਾ ਰਹੇ ਹਾਂ ਜਿਹਨੂੰ ਅਸੀਂ ਧਰਤੀ ਤੋਂ ਦੇਖਿਆ ਸੀ ਜਾਂ ਉੱਥੇ ਹੀ ਪਹੁੰਚੇ ਹਾਂ ਕਿਸੇ ਹੋਰ ਗੋਲੇ ਤੇ ਨਹੀਂ ਪਹੁੰਚੇ ਪਰ ਚੰਨ ਤਾਂ ਇੱਕੋ ਹੀ ਹੈ ਚੰਨ ਤਾਂ ਇੱਕੋ ਹੀ ਨਹੀਂ ਤਾਰੇ ਤਾਂ ਛੋਟਟ ਨਜ਼ਰਾਂ ਦੇ ਨੇ ਚੰਨ ਤਾਂ ਇੱਕੋ ਹੀ ਹੈ ਸਰ ਚੰਨ ਦੀ ਜਿਹੜੀ ਹੈਗੀ ਹੈ ਨਾ ਮਤਲਬ ਇਹ ਚੀਜ਼ ਠੀਕ ਹੈ ਤੁਸੀਂ ਸਹੀ ਕੈਚ ਕੀਤੀ ਦੂਰੀ ਦੇ ਹਿਸਾਬ ਨਾਲ ਹੈਨਾ ਪਰੋਚਿਕ ਟਵਿਸਟ ਵੀ ਆ ਉਹ ਵਿੱਚ ਵੀ ਟਵਿਸਟ ਹੈ ਵੀ ਜੇ ਇਹਨਾਂ ਦੀਆਂ ਗੱਲਾਂ ਸਹੀ ਨੇ ਕਈ ਬੰਦਿਆਂ ਨੇ ਕ੍ਰਿਟਿਕ ਨੇ ਸਵਾਲ ਕੀਤਾ ਵੀ ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਹੈਨਾ ਜੇ ਚੰਦ ਆਂਦਾ ਨਾ ਮੂਰੇ ਤਾਂ ਚੰਦ ਉਹਨੂੰ ਪੂਰਾ ਕਵਰ ਕਿਵੇਂ ਕਰ ਲੈਂਦਾ ਜੇ ਤੁਸੀਂ ਜਿੰਨੀ ਦੂਰੀ ਦੱਸਦੇ ਹੋ ਸੂਰਜ ਦੀ ਵਾਕਈ ਉਨੀ ਦੂਰੀ ਹੈ ਤੇ ਚੰਦ ਦੀ ਜਿੰਨੀ ਤੁਸੀਂ ਦੂਰੀ ਕਹਿੰਦੇ ਹੋ ਵਾਕਈ ਉਨੀ ਦੂਰੀ ਹੈ ਤਾਂ ਚੰਦ ਦਾ ਜਿਹੜਾ ਸਾਈਜ਼ ਹੈ ਸੂਰਜ ਤੋਂ ਤਾਂ ਬਹੁਤ ਛੋਟਾ ਹੋਣਾ ਚਾਹੀਦਾ ਹੈ ਉਹ ਤਾਂ ਉਹਦੇ ਵਿੱਚ ਇੱਕ ਬਿੰਦੀ ਜਿੰਨਾ ਕੁ ਗ੍ਰਹਿਣ ਲਾਣਾ ਚਾਹੀਦਾ ਉਹਨੂੰ ਵੀ ਹਾਂ ਇਹ ਤਾਂ ਮੰਨ ਸਕਦੇ ਬਿੰਦੀ ਜਿੰਨਾ ਕੁ ਧੱਬਾ ਕਰਤਾ ਪਰ ਚੰਦ ਨੇ ਉਹਦੇ ਮੂਹਰੇ ਆ ਕੇ ਉਹਨੂੰ ਪੂਰਾ ਟੱਕ ਲਿਆ ਐਗਜ਼ੈਕਟਲੀ ਉਨੇ ਸਾਈਜ਼ ਦਾ ਕਿਉਂ ਇਹ ਤਾਂ ਕੋ ਸੈਂਟੀਫਿਕ ਬੰਦਾ ਸਰ ਇਹ ਪਤਾ ਕੀ ਮਤਲਬ ਮੈਂ ਇਸ ਵਰਜਨ ਤੇ ਜ਼ਿਆਦਾ ਬਿਲੀਵ ਕਰਦਾ ਬਿਲੀਵ ਇਸ ਕਰਕੇ ਨਹੀਂ ਬਾਈਬਲ ਇਦਾਂ ਕਹਿੰਦੀ ਆ ਖੈਰ ਬਾਈਬਲ ਚ ਵੀ ਉਹੀ ਵਰਜਨ ਹੈ ਜਿਹੜਾ ਮੇਰਾ ਮੰਨਣਾ ਪਰ ਮੈਂ ਬਾਈਬਲ ਤੋਂ ਨਹੀਂ ਉਹ ਮੰਨਣ ਲੱਗਿਆ ਹਨਾ ਵੀ ਜਿਹੜੇ ਮਤਲਬ ਕ੍ਰਿਸਚੀਅਨ ਡੋਗਮੈਟਿਕ ਨੇ ਉਹ ਇਦਾਂ ਮੰਨਦੇ ਨੇ ਵੀ ਕੀ ਕੀ ਹੈ ਕਿ ਇਹ ਫਰਮਾਮੈਂਟ ਜਿਹੜਾ ਹੈ ਨਾ ਕੀ ਹੈ ਕਿ ਜਿੰਨੇ ਧਰਤੀ ਦੇ ਉੱਤੇ ਜਦੋਂ ਰਾਤ ਹੁੰਦੀ ਆ ਦੇਖੋ ਬਹੁਤ ਸਾਰੀ ਜਗ੍ਹਾ ਤੇ ਦਿਨ ਹੁੰਦਾ ਨਾ ਸਾਡੇ ਲਈ ਜਦੋਂ ਰਾਤ ਹੁੰਦੀ ਆ ਤਾਂ ਜੇ ਉੱਪਰ ਤੁਸੀਂ ਇਹ ਸੋਚੋ برف ਹੋਵੇ ਤੇ ਪਾਣੀ ਵੱਡੀ ਕੁਆਲਿਟੀ ਦਿੰਦਾ ਨਾ برف ਤਾਂ ਉਹ ਚ ਰਿਫਲੈਕਟ ਨਹੀਂ ਕਰੂਗੀ ਉਹ ਲਾਈਟ ਉਹ ਕਰਦੀ ਹੈ ਇਹ ਮੇਰਾ ਪਰਸਨਲ ਬਲੀਫ ਹੈ ਮੈਂ ਨਹੀਂ ਕਹਿੰਦਾ ਇਹਨੂੰ ਮਤਲਬ ਟੈਸਟ ਕਰੋ ਇਹਨੂੰ ਮੰਨੋ ਤੁਸੀਂ ਨਾ ਮੰਨੋ ਪਰ ਮੇਰਾ ਇਹ ਮੰਨਣਾ ਵੀ ਉੱਪਰ ਜਿਹੜਾ ਫਰਮਾਮੈਂਟ ਹੈ ਇਹ ਜਿਹੜੀ ਆਪਾਂ ਨੂੰ ਰਾਤ ਨੂੰ ਦਿਖਦੇ ਨੇ ਗੋਲੇ ਹੈ ਨਾ ਵੀ ਇਹ ਉਹ ਥੱਲੇ ਜਿਹੜੀ ਹੈਗੀ ਹੈ ਨਾ ਮਤਲਬ ਜਿੱਥੇ-ਜਿੱਥੇ ਡੇ ਆ ਉਸ ਟਾਈਮ ਤੇ ਇਹ ਉਹਦੀ ਰਿਫਲੈਕਸ਼ਨ ਪੈਂਦੀ ਹੈ ਉਹਦੇ ਵਿੱਚ ਚਮਕ ਹੈ ਦੱਦ ਕੇ ਬਾਈਬਲ ਕਹਿੰਦੀ ਹੈ ਵੀ ਇਹ ਫਰਮਾਮੈਂਟਾ ਉੱਪਰ ਬਾਈਬਲ ਫਰਮਾਮੈਂਟ ਉਸਨ ਕਹਿੰਦੀ ਵੀ ਇੱਕ ਲੇਅਰ ਹੈ ਪਾਣੀ ਦੀ ਲੇਅਰ ਹੈ ਉੱਪਰ ਤੁਹਾਡਾ ਸਰ ਫੈਰਾਨਾਰਮਲ ਪੜਾਈ ਦਾ ਕਿੱਥੋਂ ਪਿਆ ਇੰਟਰਸਟ ਸਰ ਪੈਰਾਨਾਰਮਲ ਸਟੱਡੀਜ਼ ਦਾ ਸਰ ਮੇਰਾ ਸਬਜੈਕਟ ਹੈ ਮੈਂ ਰਿਲੀਜੀਅਸ ਸਟੱਡੀਜ਼ ਦੇ ਵਿੱਚ ਪੀ ਐਚ ਡੀ ਹਾਂ ਇਹ ਜਿਹੜਾ ਪੈਰਾਨਾਰਮਲ ਫੀਨੋਮਨਾ ਜਿਹੜਾ ਹੈ ਉਹ ਸ਼ੁਰੂਆਤ ਰਿਲੀਜੀਅਨ ਤੋਂ ਹੀ ਹੁੰਦੀ ਹੈ ਹੈਨਾ ਪੈਰਾਨਾਰਮਲ ਦੇ ਵਿੱਚ ਕੋਈ ਇੱਕ ਚੀਜ਼ ਨਹੀਂ ਆਉਂਦੀ ਯੂ ਐਫ ਓ ਤੋਂ ਲੈ ਕੇ ਭੂਤ ਪ੍ਰੇਤ ਪਰੀਆਂ ਐਂਜਲਸ ਉਪਰੀ ਹਵਾ ਪਾਉਣ ਹੈ ਨਾ ਸਾਰਾ ਕੁਝ ਮੈਨੂੰ ਲੱਗਦਾ ਇਹ ਜਿਹੜੀ ਮਤਲਬ ਆਪਣੇ ਲੋਕ ਕਹਿੰਦੇ ਆ ਨਾ ਵੀ ਆ ਵੜ ਗਿਆ ਇਹਦੇ ਚ ਆ ਪੀਰ ਬੱਬਾ ਵੜ ਗਏ ਆ ਭੂਤ ਪ੍ਰੇਤ ਪੜ ਗਿਆ ਵੀ ਹੁਣ ਉਹ ਦਸ ਲੱਲ ਵਾਲਾ ਪੀੜੇ ਦੇ ਢਿੱਡ ਚ ਘੋੜਾ ਲੱਗੇ ਵੜ ਗਿਆ ਉਹ ਇਦਾਂ ਨਹੀਂ ਹੁੰਦਾ ਕੀ ਹੁੰਦਾ ਕੋ ਮਲਟੀਪਲ ਪਰਸਨੈਲਿਟੀ ਡਿਸਆਰਡਰ ਦੇ ਕੇਸ ਹੁੰਦੇ ਨੇ ਜਿਹਨੂੰ ਡਿਸਐਸੋਸੀਏਟਿਡ ਆਈਡੈਂਟੀਟੀ ਡਿਸਆਰਡਰ ਕਹਿੰਦੇ ਨੇ ਹਾਲਾਂਕਿ ਉਹ ਪੁਖਤਾ ਕੁਝ ਬੰਦੇ ਮੰਨਣ ਵਾਲੇ ਤਾਂ ਮੰਨਦੇ ਨੇ ਵੀ ਬੰਦੇ ਦੀ ਆਵਾਜ਼ ਵੀ ਚੇਂਜ ਆ ਜਾਂਦੀ ਆ ਉਦੇ ਨਾਲ ਉਹ ਕੰਟ੍ਰਕਟਸ ਅਮਰੀਕਾ ਦੇ ਵਿੱਚ ਇੱਕ ਬੰਦੇ ਦੇ ਵਿੱਚ ਹਿਟਲਰ ਵੀ ਕਹਿੰਦੇ ਆ ਗਿਆ ਸੀ ਹਾਂਜੀ ਉਹਦੀ ਆਵਾਜ਼ ਵੀ ਚੇਂਜ ਕਰ ਦਿੰਦੀ ਆ ਉਹ ਚੀਜ਼ ਪਰ ਟੂ ਬੀ ਪੋਸੀਬਲ ਹੈ ਕਿਉਂਕਿ ਜੇ ਕਿਸੇ ਦੇ ਅੰਦਰ ਸਾਈਕੋਲੋਜੀਕਲ ਕੋਈ ਵਿਕਾਰ ਪੈਦਾ ਹੋ ਗਿਆ ਐਬਨਾਰਮੈਲਿਟੀ ਪੈਦਾ ਹੋ ਗਈ ਉਹ ਹੁੰਦਾ ਮਲਟੀਪਲ ਇੱਕ ਬੰਦੇ ਦੇ ਅੰਦਰ ਕਈ ਇਹਦੇ ਤੇ ਤੁਸੀਂ ਕਈ ਫਿਲਮਾਂ ਵੀ ਦੇਖੀ ਹੋਣੀ ਹੈ ਨਾ ਅਜੇ ਦੇਵਗੰਦ ਦੀ ਇੱਕ ਫਿਲਮ ਆਈ ਸੀਗੀ ਕੁਝ ਇਦਾਂ ਦੀ ਤੇ ਪੂਲ ਬਲੰਗੀਆਂ ਫਿਲਮ ਦੇ ਵਿੱਚ ਵੀ ਦਿਖਾਇਆ ਸੀਗਾ ਇੱਕ ਬੰਦੇ ਦੀ ਪਰਸਨੈਲਿਟੀ ਸਪਲਿਟ ਹੋ ਜਾਂਦੀ ਹੈ ਕਿਸੇ ਖਾਸ ਘਟਨਾ ਦੇ ਕਰਕੇ ਆਪਾਂ ਨੂੰ ਇਹ ਨਾ ਪਤਾ ਹੁੰਦਾ ਕਿਸੇ ਬੱਚੇ ਦੇ ਨਾਲ ਚਾਈਲਡ ਅਬਿਊਜ਼ ਹੁੰਦਾ ਮਤਲਬ ਉਹ ਲੜਕੀ ਆ ਉਹਦੇ ਮਨ ਚ ਤਾਂ ਹਰ ਪੁਰਸ਼ ਦੇ ਖਿਲਾਫ ਮਤਲਬ ਮਨ ਦੇ ਵਿੱਚ ਇੱਕ ਹੇਟ ਆ ਜੂਗੀ ਨਾ ਉਹਦੇ ਮਨ ਦੇ ਵਿੱਚ ਉਸ ਦਿਨ ਹੀ ਕੋਈ ਮਤਲਬ ਐਸੀ ਪਰਸਨੈਲਿਟੀ ਜਨਮ ਲੈ ਲਵੇ ਜਿਹੜੀ ਮਤਲਬ ਬਾਅਦ ਚੋ ਜਾ ਕੇ ਸੀਰੀਅਲ ਕਿਲਰ ਬਣੇ ਕਿ ਐਸੀ ਬਣੇ ਕਿ ਜਿਨੇ ਇਕੱਲੇ ਮੇਲਜ਼ ਦਾ ਹੀ ਮਰਡਰ ਕੀਤਾ ਹੋਵੇ ਹੈਗੇ ਨੇ ਬੜੇ ਮੈਨੂੰ ਲੱਗ ਰਿਹਾ ਕਿ ਅੱਜ ਵਾਲਾ ਆਪਣਾ ਪੋਡਕਾਸਟ ਨਾ ਇਹ ਇੰਡੈਕਸ ਹੋਇਆ ਅਸੀਂ ਟੌਪਿਕਸ ਦੱਸਦੇ ਲੋਕਾਂ ਨੂੰ ਤੇ ਲੋਕ ਹੁਣ ਕਮੈਂਟ ਕਰਨਗੇ ਕਿ ਕਿਸ ਟੌਪਿਕ ਤੇ ਤੁਹਾਡੇ ਨਾਲ ਪੋਡਕਾਸਟ ਸੁਣਨਾ ਚਾਹੁੰਦੇ ਨੇ ਨਹੀਂ ਆਪਾਂ ਇਸ ਮਤਲਬ ਜਿਹੜਾ ਹੈਗਾ ਜੇ ਆਪਾਂ ਪ੍ਰੋਫੈਸ਼ਨਲੀ ਸਪੀਕਿੰਗ ਇਹਦੇ ਤੇ ਬਹੁਤ ਲੰਬਾ ਵਾਸਟ ਇੱਕ ਇੱਕ ਕਰਕੇ ਕੀਤਾ ਜਾਵੇ ਨਾ ਕਿਉਂਕਿ ਫਿਰ ਇੱਕ ਚੋਂ ਦੂਜਾ ਆ ਜਾਂਦਾ ਆਪਾਂ ਵੀ ਇੰਟਰਸਟ ਹੁੰਦਾ ਭਟਕਦੇ ਨੇ ਕਿ ਲੋਕ ਸੁਣਨਾ ਕੀ ਚਾਹੁੰਦੇ ਨੇ ਤੇ ਵੀ ਡਿਪੈਂਡ ਕਰਦਾ ਮੇਰਾ ਇਸ਼ੂ ਕੀ ਹੈ ਸੁਣਨ ਦਾ ਇਹਦੀ ਬਜਾਏ ਲੋਕ ਕਿਸ ਚੀਜ਼ ਵਿੱਚ ਇੰਟਰਸਟ ਦਿਖਾਉਣਾ ਚਾਹੁੰਦੇ ਨੇ ਹੁਣ ਲੋਕ ਜੇ ਸੁਣਨਾ ਹੀ ਇਲੂਮੀਨਾਟੀ ਬਾਰੇ ਚਾਹੁੰਦੇ ਨੇ ਤਾਂ ਆਪਾਂ ਕੁਝ ਹੋਰ ਬੋਲੀ ਜਾਈਏ ਉਹਦੇ ਕੋ ਫਾਇਦਾ ਨਹੀਂ ਇਲੂਮੀਨਾਟੀ ਮੈਂ ਯਾ ਜਿਹਨੂੰ ਤੁਸੀਂ ਇਲੀਟ ਕਹਿ ਦਿੰਦੇ ਹੋ ਯਾ ਜਿਹੜੇ ਇਹਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਨੇ ਬੋਹੀਮੀਅਨ ਕਲੱਬ ਦੇ ਮੈਂਬਰ ਰਹੇ ਨੇ ਇਹ ਅਮਰੀਕਨ ਲੋਕ ਉਹ ਜਾਣਦੇ ਨੇ ਉਹ ਜਿਹੜੀ ਮੈਂ ਤੁਹਾਨੂੰ ਐਫੀਜੀਜ਼ ਵਾਲੀ ਗੱਲ ਦੱਸ ਰਿਹਾ ਸੀ ਨਾ ਉਹ ਕੀ ਕਰਦੇ ਨੇ ਐਫੀਜੀਜ਼ ਜਿਹਨੂੰ ਆਪਾਂ ਜਿਵੇਂ ਪੁਤਲਾ ਬਣਾ ਕੇ ਸਾੜਦੇ ਆ ਕਿਸੇ ਮੰਤਰੀ ਦਾ ਪ੍ਰੋਟੈਸਟ ਕਰਨ ਦੇ ਲਈ ਉਹ ਇਦਾਂ ਐਫੀਜੀ ਸਾੜਦੇ ਨੇ ਉਸਕੇ ਐਨਕੈਂਪਮੈਂਟ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੱਸਿਆ ਗਰੀਬਾਂ ਵਾਂਗੂ ਜੀਵਨ ਜਤੀਤ ਕਰ ਜਾਂਦੇ ਨੇ ਉਹ ਐਡੇ ਹਰਾਮਖੋਰ ਸ਼ੈਤਾਨਵਾਦੀ ਲੋਕ ਨੇ ਕਿ ਉਹ ਕੀ ਕਰਦੇ ਨੇ ਉਹ ਉਹਨਾਂ ਮਤਲਬ 14-15 ਦਿਨ ਦੇ ਵਿੱਚ 5-6 ਐਫੀਜੀਆਂ ਫੂਕਦੇ ਨੇ ਜਿਦੇ ਵਿੱਚ ਕੀ ਇੱਕ ਐਫੀਜੀ ਦੇ ਵਿੱਚ ਸੱਚੀ ਮੁੱਚੀ ਇੱਕ ਬੱਚਾ ਲਭੇਟਾ ਹੋ ਹੁੰਦਾ ਤੇ ਉਹਨਾਂ ਦਾ ਜਿਹੜਾ ਉਹ ਮੰਨਦੇ ਕਿਨੂ ਨੇ ਉਹ ਮੰਨਦੇ ਨੇ ਸ਼ੈਤਾਨ ਦੇ ਦੇਵਤਾ ਬਾਲ ਨੂੰ ਜਿਹਦਾ ਮੰਦਰ ਹੈ ਬਾਲਬਕ ਦੇ ਵਿੱਚ ਲੇਬਨਾਨ ਚ ਬਾਲ ਜਿਹੜਾ ਮਤਲਬ ਪੇਗਨ ਗॉड ਹੈ ਜਿਹੜਾ ਕਿ ਮਤਲਬ ਐ ਨਹੀਂ ਉਹਨੂੰ ਮਤਲਬ ਆਪਾਂ ਠੀਕ ਹੈ ਕਿ ਸ਼ੈਤਾਨ ਵੀ ਕਹਿ ਦਿੰਦੇ ਨੇ ਕੁਝ ਲੋਕ ਉਹਦੇ ਸਿੰਘ ਹੋਣ ਕਰਕੇ ਬੱਕਰੇ ਦਾ ਫੇਸ ਤੁਸੀਂ ਦੇਖਿਆ ਹੋਣਾ ਨਾ ਮੈਂ ਕਈ ਜਗ੍ਹਾ ਇੰਨਾਂ ਦੇ ਡਾਲਰਾਂ 'ਚ ਵੀ ਹੈਗਾ ਉਹ ਸਾਰਾ ਕੁਝ ਕਿਉਂ ਮੰਨਿਆ ਜਾਂਦਾ ਵੀ ਇਹ ਲੂਮੀ ਨਾਟੀ ਆ ਉਹਦੇ ਪਿੱਛੇ ਆ ਡਾਲਰ ਸਾਰਾ ਉਹ ਅੱਜ ਉੱਲੂ ਵੀ ਅਮਰੀਕਾ ਦੇ ਲੋਕਾਂ ਨੂੰ ਇੱਕ ਕਲੀਅਰ ਕੱਟ ਪਤਾ ਵੀ ਜਿਹੜਾ ਬੋਹੀਮੀਅਨ ਗਰੂਪ ਹੈ ਜਿਹੜੀ ਹੈ ਨਾ ਤੇ ਬੋਹੀਮੀਅਨ ਕਲੱਬ ਦੇ ਐਸ਼ਗਾ ਜਿਹੜੀ ਜਿਹਨੂੰ ਕਹਦੀਏ ਇੱਕ ਮਤਲਬ ਗਰੋਹ ਹੁੰਦੀ ਆ ਉਪਵਨ ਬਾਗ ਇਹਨਾਂ ਇੱਕ ਬਾਗ ਵਰਗੀ ਜਗਾ ਜੰਗਲ ਵਾਲੀ ਜਿੱਥੇ ਇਹ ਜਾਂਦੇ ਨੇ 10-15 ਕਿਲੋਮੀਟਰ ਦਾ ਹੋਣਾ ਉਹਦੇ ਵਿੱਚ ਕੀ ਹੈ ਕਿ ਉੱਥੇ ਇਹ ਕੀ ਕਰਦੇ ਨੇ ਉੱਥੇ ਜਿਹੜੇ ਨੇ ਇਹ ਬਾਲ ਦੀ ਪੂਜਾ ਕਰਦੇ ਨੇ ਤੇ ਬਾਲ ਦੀ ਪੂਜਾ ਦੇ ਲਈ ਉਹਦਾ ਪ੍ਰਤੀਕ ਹੈ ਜਿਵੇਂ ਸਾਡੇ Hindu ਸਮਾਜ ਦੇ ਵਿੱਚ ਲక్ష్ਮੀ ਮਾਤਾ ਦਾ ਪ੍ਰਤੀਕ ਕਹਿੰਦੇ ਨੇ ਉੱਲੂ ਨੂੰ ਉੱਲੂ ਜਿਹੜਾ ਬਾਲ ਬਾਲ ਦਾ ਜਿਹੜਾ ਸ਼ਾਰਟ ਮਤਲਬ ਸ਼ਾਰਟ ਕੱਟ ਉਹਦੀ ਐਬ੍ਰੀਵੀਏਸ਼ਨ ਜਿਵੇਂ ਹੁੰਦੀ ਹੈ ਇੱਕ ਵਰਡ ਦੀ ਉਹ ਮੈਂ ਜਿਹੜਾ ਬਾਲ ਹੈ ਮਤਲਬ ਬਾਲ ਦੇਵਤਾ ਉਹਦਾ ਲਘੂ ਰੂਪ ਹੈ ਉੱਲੂ ਸਿੰਬਲ ਹੈ ਉਹਦਾ ਵੀ ਉਹਨੂੰ ਪੂਜਦੇ ਆ ਮਤਲਬ ਉੱਲੂ ਨੂੰ ਪੂਜਣਾ ਮਤਲਬ ਸਾਡੇ Hindu ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਧਨ ਦੀ ਪੂਜਾ ਕਰਨੀ ਲక్ష్ਮੀ ਦੀ ਪੂਜਾ ਕਰਨੀ ਹੈਨਾ ਜਿਵੇਂ ਉਹ ਧਨ ਚੌਦਨ ਚੌਦਸ ਨੂੰ ਕਰਦੇ ਨੇ ਹੈਨਾ ਤਾਂ ਤੇਰਸ ਨੂੰ ਸੌਰੀ ਤਾਂ ਤੇਰਸ ਨੂੰ ਕਰਦੇ ਨੇ ਹਿੰਦੂ ਲੋਕ ਤਾਂ ਐਵੇਂ ਉਹ ਜਿਹੜਾ ਉਹਨਾਂ ਦੇ ਡਾਲਰ ਤੇ ਆ ਉਹਨਾਂ ਦੀਆਂ ਮੇਜਰ ਚੀਜ਼ਾਂ ਦੇ ਉੱਤੇ ਕੀ ਹੈ ਉਹ ਇਹੀ ਕਹਿਣਾ ਚਾਹੁੰਦੇ ਨੇ ਵੀ ਪਿਓ ਅਸੀਂ ਹੁਈ ਆ ਸਭ ਦੇ ਚਾਹੇ ਤੁਸੀਂ ਉਹਨੂੰ ਬਲੈਕ ਰੌਕ ਕਹੋ ਚਾਹੇ ਤੁਸੀਂ ਉਹਨੂੰ ਡੀਪ ਸਟੇਟ ਕਹੋ ਚਾਹੇ ਉਹਨੂੰ ਤੁਸੀਂ ਬਿਹਾਈਂਡ ਦਾ ਕਰਟਨ ਗਵਰਨਮੈਂਟ ਕਹੋ ਚਾਹੇ ਉਹਨੂੰ ਤੁਸੀਂ ਸੁਪਰ ਨੈਸ਼ਨਲ ਗਵਰਨਮੈਂਟਸ ਕਹੋ ਹੈਨਾ ਤੁਸੀਂ ਉਹਦੇ ਜਿੰਨੇ ਮਰਜ਼ੀ ਚਾਹੇ ਤੁਸੀਂ ਉਹਨੂੰ ਇਲੂਮੀਨਾਟੀ ਕਹ ਲਓ ਚਾਹੇ ਫ੍ਰੀ ਮੈਸਨ ਕਹ ਲਓ ਚਾਹੇ ਰੋਜੀ ਕ੍ਰੂਸ਼ੀਅਨਸ ਕਹ ਲਓ ਹੈਨਾ ਉਹਨਾਂ ਦੇ ਬਹੁਤ ਸਾਰੇ ਨਾਮ ਨੇ ਇਹਦਾ ਮਤਲਬ ਹੈ ਉਹ ਲੋਕ ਜਿਹੜੇ ਕੀ ਜਿਨ੍ਹਾਂ ਨੂੰ ਇਹ ਟੈਕਟ ਆਉਂਦਾ ਹੈ ਵੀ ਜਨਤਾ ਦੇ ਵਿੱਚ ਕਿਉਂਕਿ ਉਹਨਾਂ ਦੇ ਇੰਟਰਸਟ ਨੇ ਉਹ ਕਰੰਸੀ ਦੇ ਸਿਸਟਮ ਚ ਇਨਵੋਲਵ ਨੇ ਜਿਹਨੂੰ ਮਤਲਬ ਕਹਿ ਦਿੰਨੇ ਆਪਾਂ ਪਿਆਸੇ ਆਪਣਾ ਲਈ ਮਸ਼ੀਨ ਵੀ ਹੋਣੀ ਫਿਰ ਤੈਨਾਂ ਕੋਲ ਬਿਲਕੁਲ ਬਿਲਕੁਲ ਸਰ ਅਮਰੀਕਨ ਲੋਕ ਜਿਹੜੇ ਆ ਮੇਰੀ ਗੱਲ ਨਾਲ ਜਿਹੜੇ ਐਨ ਆਰ ਆਈ ਵੀ ਰਹਣਗੇ ਉਹ ਸਮਝ ਜਾਣਗੇ ਟ੍ਰਾਈਲੈਟਰਲ ਕਮਿਸ਼ਨ ਹੈਨਾ ਜਿਹੜੇ ਟ੍ਰਾਈਲੈਟਰਲ ਕਮਿਸ਼ਨ ਹੋ ਗਏ ਜਿਹੜੇ ਆ ਫੈਡਰਲ ਬਿਊਰੋ ਹੈਗੀਆਂ ਨੇ ਪਰ ਜਿਹੜੇ ਸਰ ਆਮ ਮੁੰਡੇ ਇਹਨਾਂ ਨਾਲ ਜੁੜਨਾ ਚਾਹੁੰਦੇ ਨੇ ਭਾਲਦੇ ਨੇ ਕਿ ਲੋਨਰਟੀ ਵਾਲੇ ਸਾਨੂੰ ਲੈ ਜਾਣ ਸਰ ਇੱਕ ਉਹ ਇੱਕ ਸਰ ਗੱਲ ਸੁਣੋ ਉਹ ਇੱਕ ਕੀ ਹੁੰਦਾ ਤੁਸੀਂ ਉਸ ਏਜ ਨੂੰ ਹੁਣ ਕ੍ਰਾਸ ਕਰ ਗਏ ਵੀ ਜਦੋਂ ਕੋਈ ਜਵਾਕ ਪਲੱਸ 1 ਪਲੱਸ 2 ਚ ਹੁੰਦਾ ਤੇ ਹਜੇ ਬੀਏ 1 ਚ ਉਹਨੇ ਕਾਲਜ ਚ ਜਾਣਾ ਹੁੰਦਾ ਤਾਂ ਉਹਨੂੰ ਸਭ ਤੋਂ ਵੱਧ ਪਸੰਦ ਕੌਣ ਹੁੰਦਾ ਬੈਡ ਗਾਈਜ਼ ਚੜਾਈ ਹੋਵੇ ਮੋਚਨ ਨੂੰ ਰੋੜੇ ਦਿੱਤੇ ਹੋਣ ਲੜਾਈ ਚ ਫਿਰ ਹੁਣ ਇਹਨਾਂ ਨੂੰ ਆਏ ਆ ਵੀ ਜਿਨ੍ਹਾਂ ਦਾ ਠੱਪਾ ਡਾਲਰ ਤੇ ਬੋਲਦਾ ਜਿਨ੍ਹਾਂ ਦਾ ਉਹਨਾਂ ਦੇ ਧੜ ਬਣੀਏ ਜਿਨ੍ਹਾਂ ਦੇ ਉੱਲੂ ਸਰੇ ਆਮ ਜਿੱਥੇ ਅਮਰੀਕਾ ਦੇ ਲੋਕ ਜਰਨਲਿਸਟ ਦਾਵਾ ਕਰਦੇ ਨੇ ਵੀ ਅਸੀਂ ਉਹ ਐਫ ਈ ਜੀ ਫੂਕ ਦੇ ਇਹਨਾਂ ਨੂੰ ਦੇਖਿਆ ਤੇ ਉਹੱਚ ਵਾਕਈ ਬੱਚਾ ਸੀ ਇੱਕ ਜਿਉਂਦਾ ਬੱਚਾ ਸੀ ਇਹਨਾਂ ਨੇ ਆਪ ਦੇ ਸ਼ੈਤਾਨ ਨੂੰ ਪੂਜਣ ਦੇ ਲਈ ਉਹ ਜਿਉਂਦਾ ਬੱਚਾ ਸਾੜਿਆ ਤੇ ਜਿਹੜੇ ਅੰਡਰਗਰਾਉਂਡ ਟਨਲਸ ਦੇ ਵਿੱਚ ਹੀ ਸਮਗਲਿੰਗ ਕਰਦੇ ਨੇ ਦੁਨੀਆ ਜਾਣ ਦੇ ਬੱਚਿਆਂ ਦੇ ਬਚਣਾ ਚਾਹੀਦਾ ਇਹਨਾਂ ਲੋਕਾਂ ਕੋਲ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਡਾ ਪੋਡਕਾਸਟ ਸੁਣ ਕੇ ਕੋਈ ਬੱਚਾ ਇਹਨਾਂ ਵਾਂਗ ਤਿੰਨਾਂ ਹੀ ਜਿੰਨਾ ਮਰਜੀ ਥੋੜੇ ਕਿਸੇ ਦੇ ਚਾਨ ਦੇ ਨਾਲ ਜੇ ਇਹਦੇ ਪਤਾ ਕੀ ਹੈ ਉਹ ਜਿਹੜੇ ਲੋਕ ਐ ਸੋਧਦੇ ਨੇ ਦਿਲਜੀਤ ਸਾਂਝੀ ਦੀ ਗੱਲ ਕਰਦੇ ਨੇ ਐਦਾਂ ਦਾ ਕੁਝ ਨਹੀਂ ਹੈਗਾ ਉਹ ਐਵੇਂ ਬਕਵਾਸ ਬਾਜੀ ਆ ਉਹ ਇੱਕ ਮਤਲਬ ਜਿੰਮੇ ਕਹਿੰਦੇ ਆ ਨਾ ਵੀ ਓਵਰ ਅਸਮਪਸ਼ਨ ਹੈ ਉਹ ਕੀ ਹੈ ਕਿ ਉਹਦੀਆਂ ਵੀ ਲੇਅਰ ਨੇ ਇਲੂਮੀਨੈਟੀ ਦੇ ਵਿੱਚ ਉਹ ਸਿੱਧਾ ਉੱਪਰਲੇ ਲੈਵਲ ਤੇ ਕੋਈ ਬੰਦਾ ਆਇ ਨਹੀਂ ਚਲਾਇ ਜਾਂਦਾ ਹੈ ਨਾ ਉਹ ਵੀ ਆਇ ਨਹੀਂ ਵੀ ਕੋਈ ਕੱਲੇ ਅਮੀਰਾਂ ਨੂੰ ਹੀ ਲੈਂਦੇ ਨੇ ਉਹ ਸਾਇੰਟਿਸਟਾਂ ਨੂੰ ਲੈਂਦੇ ਨੇ ਜਿਹਦੇ ਜਿਹਨੂੰ ਇਹ ਜੀ ਟੈਕਨੋਲੋਜੀ ਬਣਾਣੀ ਆਂਦੀ ਹੈ ਜਿਹੜੀ ਰਾਤੋਂ ਰਾਤ ਉਹਨਾਂ ਅਮੀਰਾਂ ਨੂੰ ਹਜ਼ਾਰ ਗੁਣਾ ਅਮੀਰ ਬਣਾ ਦੂਗੀ ਉਹ ਵੀ ਵੈਲਿਊਏਬਲ ਹੈ ਉਹਨਾਂ ਲਈ ਉਹਨਾਂ ਲਈ ਕੋਈ ਐਸਾ ਸਿੰਗਰ ਹੈ ਮਾਈਕਲ ਜੈਕਸਨ ਵਰਗਾ ਜਿਹੜਾ ਮਤਲਬ ਕਹਿ ਦਵੇ ਯਾਰ ਆ ਆਪਣਾ ਵੀਰ ਆ ਆ ਕੰਪਨੀ ਆਪਣੀ ਕੰਪਨੀ ਹੈ ਤੇ ਸਾਰੇ ਗੈਣ ਇਸੇ ਕੰਪਨੀ ਦਾ ਪ੍ਰੋਡਕਟ ਖਰੀਦਾਂਗੇ ਤਾਂ ਮਾਈਕਲ ਜੈਕਸਨ ਇਹ ਮਸ਼ਹੂਰੀ ਕਿਵੇਂ ਕਰਦੇ ਨੇ ਸਰ ਜਿਵੇਂ ਹੁਣ ਦਿਲਜੀਤ ਦੀ ਇੰਨੀ ਚੜ੍ਹਾਈ ਆ ਉਹਦੇ ਚ ਮੈਨੂੰ ਲੱਗਦਾ ਨਹੀਂ ਕਿ ਇਲੂਮੀਨਾਟੀ ਦਾ ਕੋਈ ਰੋਲ ਹੈ ਨਹੀਂ 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 ਕਰਦੇ ਨਹੀਂ ਕਰਦੇ ਨੇ ਮਤਲਬ ਮੈਂ ਪਰਟੀਕੂਲਰਲੀ ਦਿਲਜੀਤ ਦੀ ਗੱਲ ਨਹੀਂ ਕਰ ਰਿਹਾ ਉਹਦੇ ਚ ਕੀ ਹੈ ਇਹਦੀਆਂ ਲੇਅਰਸ ਨੇ ਸਮਝੋ ਗੱਲ ਨੂੰ ਇਹ ਪਿਰਾਮਿਡ ਹੈ ਕਿ ਸਭ ਤੋਂ ਉੱਪਰ ਜਿਹੜਾ ਇਹ ਬੰਦੇ ਹੈਗੇ ਨੇ ਮਤਲਬ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਵੀ ਇਹ ਟੋਟਲ ਡੀਪ ਸਟੇਟ ਦੇ ਕਨਸੈਪਟ ਦੇ ਵਿੱਚ ਸਭ ਤੋਂ ਉੱਪਰ ਜਿਹੜੇ ਬੰਦੇ ਬੈਠੇ ਨੇ ਜਿਹੜੇ ਇਲੂਮੀਨਾਟੀ ਜਿਨ੍ਹਾਂ ਨੂੰ ਕਹਿੰਦੇ ਆ ਹੈਨਾ ਇਲੂਮੀਨਾਟੀ ਤਾਂ ਇੱਕ ਵਰਡ ਹੈ ਜਿਹੜਾ ਹੈ ਹੈਨਾ ਉਹ ਬੰਦੇ ਹੈਗੇ ਨੇ ਸਭ ਤੋਂ ਉੱਪਰ ਬੈਠੇ ਨੇ ਫ੍ਰੀ ਮੈਸਨਸ ਉਸ ਤੋਂ ਥੱਲੇ ਬੈਠੇ ਨੇ ਰੋਜੀ ਕ੍ਰਿਸ਼ੀਅਨਸ ਹੈਨਾ ਕੀ ਹੈ ਕਿ ਪਹਿਲਾਂ ਜਿਵੇਂ ਪੰਜ ਬੰਦੇ ਜਿਹੜੇ ਨੇ ਇਲੂਮੀਨਾਟੀ ਦੇ ਹੁਣ ਜਿਵੇਂ ਇੱਕ ਪੋਲੀਟੀਸ਼ੀਅਨ ਨੇ ਆਪਦਾ ਸਿੱਕਾ ਕਾਇਮ ਕਰਨ ਦੇ ਲਈ ਕੀ ਕਰਨਾ ਹੁੰਦਾ ਆ ਮੇਰਾ ਅਫਸਰ ਲਾ ਦਿਓ ਜੀ ਐਸਐਸਪੀ ਆ ਮੇਰਾ ਬੰਦਾ ਡੀਸੀ ਲਾ ਦਿਓ ਆ ਮੇਰਾ ਬੰਦਾ ਇਹਨੂੰ ਸਾਰੇ ਛੜਰਾਂ ਦੇ ਠੇਕੇ ਦੇ ਦੋ ਉਹਦੇ ਕਈ ਤਰ੍ਹਾਂ ਦੇ ਬੰਦੇ ਹੋਣਗੇ ਆਪਦੇ ਉਹ ਕੀ ਕਰਦੇ ਨੇ ਉਹ ਪੰਜ ਬੰਦਿਆਂ ਨੇ ਆਪਣੇ ਅੱਗੇ ਇੱਕ ਹੋਰ ਉਹਨਾਂ ਨੂੰ ਕਿਹਾ ਓਏ ਕੰਮ ਕਰ ਚੁੱਪ-ਚੁੱਪ ਕਰਿਓ ਹੈਨਾ ਗੁਪਤ ਤਰੀਕੇ ਨਾਲ ਕਰਿਓ ਉਹਨਾਂ ਨੇ ਆਪਣੇ ਅੱਗੇ 13 ਬੰਦੇ ਬਿਠਾ ਲਏ ਉਹ ਮੇਰਾ ਪੈਸਾ ਬੇਨਾਮੇ ਢੰਗ ਨਾਲ ਤੂੰ ਲਾ ਅੱਗੇ ਫਿਰ ਉਹ 13 ਨੇ ਅੱਗੇ ਜਿਹੜੇ ਨੇ ਕੋਈ ਮਤਲਬ ਪੋਲੀਟੀਕਲ ਬੰਦੇ ਚੁਣ ਲਏ ਫਿਰ ਉਹ ਪੋਲੀਟੀਕਲ ਬੰਦਿਆਂ ਨੇ ਅੱਗੇ ਕੋਈ ਬਿਊਰੋਕ੍ਰੇਟ ਚੁਣ ਲਏ ਬਹੁਤ ਤਕੜਾ ਸਰਕਲ ਹੈ ਮਤਲਬ ਇਹ ਅੱਗੇ ਦੀ ਅੱਗੇ ਆਏ ਆ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਉਹ ਮੈਂਬਰ ਨੇ ਜਿਹੜੀ ਇੱਕ ਬਲੈਕ ਰੌਕ ਕੰਪਨੀ ਦਾ ਨਾਮ ਸੁਣਿਆ ਹੋਣਾ ਤੁਸੀਂ ਵੀ ਦੁਨੀਆ ਦੀ ਮੈਕਸਿਮਮ ਜਦਾਦਾਂ ਦੀ ਮਾਲਕ ਉਹ ਹੈ ਵੈਸੇ ਇਹਦੇ ਵਿੱਚ ਸੱਚ ਇੱਕ ਹੋਰ ਨਾਮ ਭੁੱਲ ਗਿਆ ਕুইਨ ਐਲਿਜ਼ਾਬੈਥ ਵੀ ਇਸ ਪਿਰਾਮਿਡ ਦੇ ਵਿੱਚ ਟੌਪ ਤੇ ਸੀਗੀ ਅਮਰੀਕਾ ਕੈਨੇਡਾ ਕੋਈ ਦੇਸ਼ ਨਹੀਂ ਹੈਗੇ ਕਾਰਪੋਰੇਸ਼ਨਾਂ ਨੇ ਇਸ ਪਿਰਾਮਿਡ ਦੀਆਂ ਦੋ ਕੰਪਨੀਆਂ ਨੇ ਦੁਬਈ ਆ ਅੱਜ ਤੋਂ ਆਪਣੀ ਉਮਰ ਦੇ ਵਿੱਚ ਹੀ ਦੁਬਈ ਚ ਕੀ ਹੁੰਦਾ ਸੀ ਰੇਤਾਂ ਹੀ ਰੇਤਾਂ ਹੁੰਦਾ ਤੇ ਰਾਤੋ ਰਾਤ ਪੈਟਰੋਲ ਨਿਕਲਿਆ ਉਹ ਆਪ ਅੱਜ ਸ਼ੇਖ ਅੱਜ ਵੀ ਪੌਰੀਆਂ ਦੇ ਵਿੱਚ ਹੀ ਰਹਿੰਦੇ ਨੇ ਊਠ ਹੀ ਚਲਾਉਂਦੇ ਨੇ ਪਰ ਉਹਨਾਂ ਨੇ ਆਪਣੇ ਆਲੇ ਦੋਲੇ ਵੀ ਯਾਰ ਇੱਕ ਸੋਹਣੀ ਜਿਹੀ ਨਕਲੀ ਦੁਨੀਆ ਬਸਾ ਲਈ ਸੂਡੋ ਵਰਲਡ ਉਹ ਕਹਿੰਦੇ ਨੇ ਇਹਨੂੰ ਸੂਡੋ ਵਰਲਡ ਬਸਾ ਲਿਆ ਵੀ ਇੱਕ ਮਤਲਬ ਜਿਵੇਂ ਕੰਪਨੀ ਬਸਾ ਲਈ ਵੀ ਚਲੋ ਮੇਮਾਂ ਵੀ ਫਿਰ ਰਹੀਆਂ ਹੁਣ ਜਰਮਨੀ ਵਾਲੇ ਵੀ ਹੁਣ بڑے بڑے ਖਿਡਾਰੀ ਵੀ ਹੋਣ ਰੋਜ਼ ਮਿਲਾਨ ਲੀਗ ਦਾ ਮੈਚ ਵੀ ਹੋਵੇ ਇੱਥੇ ਸ਼ਾਰਜਾਹਾ ਕੱਪ ਵੀ ਹੋਵੇ ਦੁਨੀਆ ਜਹਾਨ ਇੱਥੇ ਆਵੇ ਸਾਡੀ ਬਹਿਜਾ ਬਹਿਜਾ ਹੋਵੇ ਹਾਂ ਅਸੀਂ ਜੀਦੇ ਤੇ ਚੌਧਰ ਕੀਤੇ ਕਰਾਂਗੇ ਕੱਲੇ ਪੈਸੇ ਨੂੰ ਸਿੱਟ ਸਿੱਟ ਕੇ ਨੱਚਾਂਗੇ ਗੱਲੇ ਨੂੰ ਨਹੀਂ ਉਹਦੇ ਲਈ ਕੀ ਚਾਹੀਦੇ ਨੇ ਐਹੋ ਜਿਹੇ ਬੰਦੇ ਵੀ ਚਾਹੀਦੇ ਨੇ ਪੰਜਾਬ ਪੰਜਾਬੀ ਜੀ ਨੂੰ ਕਹਿੰਦੀ ਜਿੱਤੇ ੱਤਸਰ ਚਲਦੀ ਹੋਵੇ ਮਣੀ ਮੋਟੀ ਜਿਨ੍ਹਾਂ ਦਾ ਰੋਹ ਚਲਦਾ ਹੋਵੇ ਰੋਹ ਵੀ ਚਲਦਾ ਹੈ ਇਹਨਾਂ ਨੂੰ ਦਿਖਾਈਏ ਕਿਉਂਕਿ ਉਹਦੇ ਵਗੈਰ ਹੀ ਈਗੋ ਨਹੀਂ ਸੈਟੀਸਫਾਈ ਹੁੰਦੀ ਪੈਸੇ ਵਾਲੇ ਜਿਹਨੂੰ ਅਨਸੈਸਰੀ ਪੈਸਾ ਆ ਗਿਆ ਉਹਨੇ ਈਗੋ ਸੈਟੀਸਫਾਈ ਕਰਨੀ ਹੈ ਪੈਸਾ ਆ ਗਿਆ ਉਸ ਤੋਂ ਬਾਅਦ ਫੇਮ ਚਾਹੀਦਾ ਹੁੰਦਾ ਹੈ ਹੈਨਾ ਬੰਦੇ ਦੀ ਜ਼ਿੰਦਗੀ ਦੀ ਇਹ ਕੁਝ ਇੱਛਾਵਾਂ ਦੇ ਮਤਲਬ ਇਹ ਨੇਚੁਰਲ ਹੈ ਇਨਸਾਨ ਦਾ ਪਹਿਲਾਂ ਉਹ ਪੈਸਾ ਸੋਚੀ ਜਾਂਦਾ ਫੇਰ ਪੈਸਾ ਆ ਜਾਂਦਾ ਉਹ ਕਹਿੰਦਾ ਯਾਰ ਪੈਸੇ ਨਾਲ ਹੁਸਨ ਲਈਏ ਹੁਸਨ ਭੋਗ ਗੀਏ ਹੁਸਨ ਭੋਗ ਲਿਆ ਲੰਘ ਗਏ 25 ਸਾਲ ਹੁਸਨ ਭੋਗਦੇ ਭ ਫਿਰ ਕਹਿੰਦਾ ਯਾਰ ਮੈਨੂੰ ਤਾਂ ਕੋਈ ਕੁੱਤਾ ਵੀ ਨਹੀਂ ਜਾਣਦਾ ਫੇਮ ਦੇ ਮਗਰ ਪੈ ਜਾਂਦਾ ਫਿਰ ਐਂਡ 'ਚ ਉਹ ਕਹਿੰਦਾ ਵੀ ਯਾਰ ਲੈ ਜਿਵੇਂ ਆਪਾਂ ਨੇ ਪੈਸਾ ਐਂ ਕਾਬੂ ਕਰ ਲਿਆ ਫਿਰ ਆਪਾਂ ਹੁਸਨ ਐਂ ਕਾਬੂ ਕਰ ਲਿਆ ਫਿਰ ਆਪਾਂ ਨੇ ਪ੍ਰਸਿੱਧੀ ਆਪਣਾ ਆ ਗਿਆ ਖਬਰਾਂ ਵਾਲਿਆਂ ਨੂੰ ਸੱਟ ਟਪੈਸੇ ਰਾਤੋ-ਰਾਤ ਬਹੁਤ ਮਸ਼ਹੂਰ ਹੋ ਗਏ ਕਹਿੰਦਾ ਹੁਣ ਰੱਬ ਨੂੰ ਵੀ ਜੇਲ੍ਹ 'ਚ ਪਾ ਲੈਣਾ ਇਹਨੂੰ ਵੀ ਦੱਬਣਾ ਪਰ ਕੋਈ ਦੱਬਣ ਵਾਲੀ ਚੀਜ਼ ਨਹੀਂ ਹੈਗਾ ਇੱਥੇ ਗਲਤੀ ਹੋ ਜਾਂਦੀ ਹੈ ਕੰਕਲੂਡ ਕਰੀਏ ਹੁਣ ਆਪਾਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਹਾਡਾ ਮੈਨੂੰ ਇਹਨਾਂ ਬਰਦਾਸ਼ਤ ਕੀਤਾ ਨਹੀਂ ਸਰ ਦੇ ਦਰਸ਼ਕ ਵੀ ਕਰ ਰਹੇ ਨੇ ਨਹੀਂ ਨਹੀਂ ਸਰ ਤੁਹਾਡਾ ਟਾਪਿਕ ਨਾ ਵਾਸਟ ਬਹੁਤ ਜ਼ਿਆਦਾ ਹੈ ਮਤਲਬ ਲੋਕ ਇੰਟਰਸਟ ਕਿਸ ਗੱਲ ਚ ਲੈਂਦੇ ਨੇ ਆਪਾਂ ਉਹ ਸਿੱਖ ਕੇ ਇਹਨਾਂ ਕੋਲ ਕਮੈਂਟ ਬਾਕਸ ਦੇ ਵਿੱਚ ਲੋਕ ਆਪਣੇ ਸਵਾਲ ਰੱਖ ਸਕਦੇ ਨੇ ਟਾਪਿਕ ਦੱਸ ਸਕਦੇ ਨੇ ਕਿs ਟਾਪਿਕ ਤੇ ਸੁਣਨਾ ਚਾਹੁੰਦੇ ਨੇ so that ਆਪਾਂ ਉਸ ਟਾਪਿਕ ਦੇ ਨੇੜੇ ਗੱਲਾਂ ਕਰੀ ਪਤਾ ਕੀ ਹੈ ਜੀ ਜਿਵੇਂ ਆਪਾਂ ਮਤਲਬ ਜਿਹੜਾ ਹੈਗਾ ਇਲੂਮੀਨਾਟੀ ਦੇ ਵਿੱਚ ਮੈਂ ਦੇਖਿਆ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਮਤਲਬ ਬਹੁਤ ਹੀ ਜ਼ਿਆਦਾ ਇੰਟਰਸਟ ਆਇਆ ਇੱਥੇ ਨਹੀਂ 올ਓਵਰ ਵਰਲਡ ਉਹਦਾ ਜਿਹੜਾ ਇਲੂਮੀਨਾਟੀ ਕੀ ਨੇ ਮਤਲਬ ਤੁਸੀਂ ਉਹਦਾ ਇਹ ਨਾ ਸੋਚੋ ਵੀ ਉਹਦਾ ਨਾਮ ਇਲੂਮੀਨਾਟੀ ਇਲੂਮੀਨਾਟੀ ਨਾਮ ਕਿੱਥੋਂ ਪਿਆ ਉਹ ਮੈਂ ਉਹਦੀ ਬੈਕਗ੍ਰਾਉਂਡ ਦੱਸ ਦਿੰਨਾ ਇਲੂਮੀਨਾਟੀ ਉਹ ਇਲੂਮੀਨਾਟੀ ਨਹੀਂ ਜਿਹੜੇ ਜਰਮਨੀ ਦੇ ਵਿੱਚ ਬਵੇਰੀਆ ਦੇ ਵਿੱਚ ਕੁਝ ਬੰਦਿਆਂ ਨੇ ਇੱਕ ਸੁਸਾਇਟੀ ਬਣਾਈ ਸੀ ਇਲੂਮੀਨਾਟੀ ਦਾ ਮਤਲਬ ਹੈ ਇਲੂਮੀਨੇਸ਼ਨ ਤੋਂ ਜਿਹੜੇ ਰੋਸ਼ਨ ਦਿਮਾਗ ਇਨਸਾਨ ਹੋਣ ਵੀ ਜਿਹੜੇ ਏ ਉਹ ਦੂਜੀ ਤਰ੍ਹਾਂ ਦੇ ਲੂਮੀਨਾਟੀ ਨੇ ਜਿਹੜੇ ਐ ਸਮਝਦੇ ਨੇ ਸਾਨੂੰ ਦੁਗਜਿਆਂ ਨਾਲੋਂ ਵੱਧ ਅਕਲ ਹੈ ਤੇ ਅਸੀਂ ਇਸ ਦੁਨੀਆ ਨੂੰ ਦਸੀਏ ਵੀ ਜੂਣ ਦਾ ਤਰੀਕਾ ਕੀ ਹੈ ਇਹ ਬਸ ਤੁਸੀਂ ਮੋٹے ਤੌਰ ਤੇ ਇਹ ਸਮਝ ਲਓ ਇਹ ਤੁਹਾਡੇ ਦਿਮਾਗਾਂ ਨੂੰ ਕੰਟਰੋਲ ਕਰਦੇ ਨੇ ਮੀਡੀਆ ਰਾਹੀਂ এডਿਕੇਸ਼ਨ ਦੇ ਵਿੱਚ এডਿਕੇਸ਼ਨ ਸਿਸਟਮ ਰਾਹੀਂ ਫੇਕ ਹਿਸਟਰੀ ਰਾਹੀਂ ਹੈਨਾ ਇਹਨਾਂ ਦੇ ਕੁਝ ਡਿਵਾਈਸ ਨੇ ਫਾਰਮਾਸਿਓਟਿਕਲ ਇੰਡਸਟਰੀ ਰਾਹੀਂ ਪੈਟਰੋਲ ਦੇ ਰਾਹੀਂ ਹੈਣਾ ਜੀ ਤੇ ਮਤਲਬ ਮਿਲਟਰੀ ਇੰਡਸਟਰੀਅਲਿਜ਼ਮ ਦੇ ਰਾਹੀਂ ਯਾਨੀ ਜਿਹੜੇ ਵੈਪਨ ਉਹਨਾਂ ਨੇ ਹਰ ਦੇਸ਼ ਨੂੰ ਇਹ ਭਲੇਖਾ ਪਾ ਦਿੰਦੇ ਨੇ ਵੀ ਤੈਨੂੰ ਤੇਰੇ ਗਵੰਡੀ ਤੋਂ ਖਤਰਾ ਪਹਿਲਾਂ ਲੜਾਈ ਕਰਾਤੀ ਅੰਗਰੇਜ਼ਾਂ ਨੇ ਪਾਕਿਸਤਾਨ ਦੇ ਹਿੰਦੁਸਤਾਨ ਚ ਫਿਰ ਅੱਡ ਗਰਾਤੇ ਫਿਰ ਇਹਨਾਂ ਨੂੰ ਕਹਿੰਦੇ ਥੋਨੂੰ ਤੋ ਖਤਰਾ ਤੈਨੂੰ ਮੈਂ ਇੱਕ ਗੱਲ ਦੱਸਾਂ ਸੀ ਜਿਹੜੀ ਆਈਐਸਆਈ ਆ ਕਰਦੀ ਰਹਿੰਦੀ ਆ ਤੁਹਾਡੇ ਗਲਾਪ ਹੈਨਾ ਉਹਨੂੰ ਕਹਿੰਦੇ ਨੇ ਓਏ ਚੱਕੀ ਰੱਖੋ ਪੱਟੇ ਜੇ ਸਾਡੇ ਤੁਸੀਂ ਇਹਨਾਂ ਨੂੰ ਦੁਖੀ ਕਰੋਗੇ ਤਾਂ ਸਾਡੇ ਗੁਆਣਗੇ ਤਾਂ ਹੀ ਵੈਪਨ ਲੈਣਗੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਮੈਂ ਵੀ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਕੰਮ ਹੈ ਉਹਨਾਂ ਦਾ ਮਤਲਬ ਉਹਨਾਂ ਨੇ ਕੈਨੇਡਾ ਤੇ ਅਮਰੀਕਾ ਲਿਟਰਲੀ ਮਤਲਬ ਉੱਥੇ ਦੇ ਨੇਟਿਵਸ ਨੂੰ ਉਜਾੜ ਕੇ ਤੇ ਕੈਨੇਡਾ ਦੇ ਨੇਟਿਵਸ ਨੂੰ ਉਜਾੜ ਕੇ ਅੱਜ ਦੀ ਤਰੀਖ 'ਚ ਉਹਨਾਂ ਨੂੰ ਲਾ ਕੇ ਇਹ ਹੈਰੋਇਨ ਦੀ ਚਾਟ ਤੇ ਕੋਕੀਨ ਦੀ ਚਾਟ ਤੇ ਉਹਨਾਂ ਦੇ ਘਰ 'ਚ ਪਹਚਾਈ ਜਾ ਰਹੀ ਹੈ ਥਰੂ ਕੂਰੀਅਰ ਵੀ ਤੁਸੀਂ ਕੁਛ ਨਾ ਕਰੋ ਯਾਰ ਆਪੀਓ ਬਸ ਆਪਦਾ ਦੇਸ਼ ਨਾ ਮੰਗੀ ਜਾਓ ਆਪਸਪ ਦੀ ਜ਼ਮੀਨ ਨਾ ਮੰਗੋ ਸਾਨੂੰ ਇੱਕ ਕਾਰਪੋਰੇਸ਼ਨਾਂ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਸਮਝੋ ਜਿਹੜੇ ਉੱਥੇ ਰੈਜ਼ੀਡੈਂਟ ਗਏ ਹੋਣੇ ਤਾਂ ਸਾਰੇ ਇੱਕ ਫੈਕਟਰੀ 'ਚ ਜਿੱਮੇ ਮਜ਼ਦੂਰ ਚਲੇ ਜਾਂਦੇ ਨੇ ਨਾ ਅੱਡ-ਅੱਡ ਜਗ੍ਹਾ ਤੋਂ ਬਿਹਾਰ ਤੋਂ ਇਕੱਠੇ ਹੋ ਕੇ ਉਹਰੇ ਇੱਕ ਵੱਡੀ ਫੈਕਟਰੀ 'ਚ ਕਹਿੰਦੇ ਹਮਾਰੀ ਫੈਕਟਰੀ 'ਮੈਂ ਹਮਨੇ ਇਹ ਕੀਤਾ ਉਹਨਾਂ ਨੂੰ ਫੀਲਿੰਗ ਇੱਕ ਟੱਚ ਹੋ ਜਾਂਦਾ ਹੈ ਨਾ ਉਸ ਚੀਜ਼ ਦਾ ਉਹ ਹੋ ਗਿਆ ਹੋਣਾ ਵੀ ਚਾਹੀਦਾ ਆਪਦੀ ਜ਼ਮੀਨ ਦੇ ਨਾਲ ਇਨਸਾਨ ਜਿੱਥੇ ਦਾ ਖਾਵੇ ਚੰਗਰਾ ਮੰਗਣਾ ਚ ਆਪਣੀ ਤਾਂ ਰੋਜ਼ੀ-ਰੋਟੀ ਹੈ ਨਾ ਉਹ ਪਰ ਉਹ ਕਾਰਪੋਰੇਸ਼ਨਸ ਨੇ ਇਨਕਾਰਪੋਰੇਸ਼ਨਸ ਜਿਹਨੂੰ ਕਹਿੰਦੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੇ ਕਿਧੀਆਂ ਨੇ ਉਹਦੇ ਵਿੱਚ ਅੱਧ ਦੀ ਮਾਲਕਤਾ ਇਕੱਲੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਕুইਨ ਐਲਿਜ਼ਾਬੈਥ ਸੀ ਜਿਹੜਾ ਸਾਡਾ ਜਿਗ ਆਪਾਂ ਕੱਲੇ ਇੰਡੀਆ ਦੀ ਉਹਨਾਂ ਨੇ ਕੱਲੇ ਇੰਡੀਆ ਤੇ ਰਾਜ ਨਹੀਂ ਕਰਿਆ ਅਗਰ ਸਾਨੂੰ ਭਲੇਖਾ ਹੋਵੇ ਵੀ ਇਲੂਮੀਨਾਟੀ ਦੀ ਪਹਿਲੀ ਅਫੀਸ਼ੀਅਲ ਫਰਮ ਕਿਹੜੀ ਸੀਗੀ ਤਾਂ ਮੈਂ ਇੰਡੀਅਨ ਲੋਕਾਂ ਨੂੰ ਇਹ ਦੱਸਣਾ ਚਾਹੁੰਗਾ ਉਸ ਫਰਮ ਦਾ ਨਾਮ ਸੀ ਈਸਟ ਇੰਡੀਆ ਕੰਪਨੀ ਉਹ ਕੱਲੇ ਇੰਡੀਆ ਦੀ ਈਸਟ ਇੰਡੀਆ ਕੰਪਨੀ ਦੇ ਤੌਰ ਤੇ ਨਹੀਂ ਜਾਣੀ ਜਾਂਦੀ ਉਹ ਜਾਣੇ ਜਾਂਦੀ ਆ ਪੂਰੇ ਵਰਲਡ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਨਾਮ ਨਾਲ ਉਹਨਾਂ ਨੇ ਇੰਡੀਆ 'ਚੋਂ ਲੁੱਟ ਨਹੀਂ ਮਚਾਈ ਜੇ ਤੁਹਾਨੂੰ ਲੱਗਦਾ ਹੋਵੇ ਇੰਡੀਆ 'ਚ ਤਾਂ ਰੇਲਵੇ ਵਰਗਾ ਕੋਈ ਚੰਗਾ ਵੀ ਦੇ ਗਏ ਉਹ ਫਿਰ ਵੀ ਜਾਂਦੇ ਜਾਂਦੇ ਕਿਉਂਕਿ ਉਹਨਾਂ ਦੇ ਜਿਹੜੇ ਚੇਲੇ ਚਾਪਟੇ ਉਰੇ ਛੱਡੇ ਹੋਏ ਸੀ ਸਾਡੇ ਨਾਲ ਇਮੋਸ਼ਨਲੀ ਇਨਵੋਲਵ ਹੋ ਗਏ ਸਾਡੇ ਲਈ ਕੋਈ ਚੰਗਾ ਵੀ ਕਰ ਗਏ ਉਹ ਜਾਂਦੇ ਜਾਂਦੇ ਪਰ ਉਹਨਾਂ ਨੇ ਅਸਲੀ ਸਿਸਲ ਰੋਡਜ਼ ਨਾਮ ਦਾ ਇੱਕ ਬੰਦਾ ਸੀ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਉਹਦੀ ਟ੍ਰੇਨ ਲੁੱਟੀ ਸੀ ਉਹ ਪੂਰੀ ਟ੍ਰੇਨ ਜਿਹੜੀ ਹੈਗੀ ਆ ਮਤਲਬ ਤੁਸੀਂ ਇਹ ਲਾ ਲਓ ਇੱਕ ਟ੍ਰੇਨ ਇੱਕ ਟਨਲ ਚ ਬੜੀ ਤੇ ਟਨਲ ਚੋ ਹੀ ਗਾਇਬ ਹੋ ਗਈ ਤੇ ਪੂਰੀ ਟ੍ਰੇਨ 골ਡਨਾ ਭਰੀ ਹੋਈ ਸੀ ਕਿਉਂਕਿ 골ਡ ਮਾਈਨਸ ਸੀ ਤੇ ਉਹ ਸਿਸਰ ਰੋਡਸ ਜਿਹੜਾ ਹੈ ਮਤਲਬ ਉਹਦੇ ਖਾਨਦਾਨ ਉਹਦਾ ਜਿਹੜਾ ਹੈ ਜ਼ਗੀਰਦਾਰਾਂ ਵਾਂਗੂ 100 ਸਾਲ ਤੋਂ ਵੱਧ ਤੋਂ ਉੱਥੇ ਸੋਨੇ ਦੀਆਂ ਖਦਾਨਾਂ ਚੋ ਖੁਦਾਈ ਕਰ ਰਿਆ ਸੀ ਤੇ ਇੰਨਾ ਸੋਨਾ ਉਹਦਾ ਇਕੱਠਾ ਹੋਇਆ ਹੋਇਆ ਸੀ ਉਹ ਜਿਹੜਾ ਹੁਣ ਇੰਨਾ ਮਾਲ ਲੁੱਟਿਆ ਹੋਇਆ ਜਨਾਬ ਇਹ ਸਾਰਾ ਇਹਨਾਂ ਕੋਲੇ ਆ ਭਾਰਤ ਦੀਆਂ ਮੂਰਤੀਆਂ ਹੈਨਾ ਸੋਮਨਾਥ ਦੇ ਮੰਦਿਰ ਨੂੰ ਆਪਾਂ ਕਹ ਦੇਨੇ ਆ ਜੀ ਲੁਟੇਰੇ ਪਿੱਲਰ ਲੈ ਕੇ ਤੋੜ ਕੇ ਤਾਂ ਵੀ ਸਾਨੂੰ ਕਿੰਨੀ ਵਾਰ ਹਿੰਦੁਸਤਾਨ ਦੇ ਲੋਕਾਂ ਨੇ ਬਣਾ ਲਿਆ ਉਹਨੂੰ ਹੈਨਾ ਤੇ ਆਪਣਾ ਗੋਲਡਨ ਟੈਂਪਲ ਹੈ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਜੇ ਆਪਾਂ ਨੂੰ ਲੱਗਦਾ ਹੋਵੇ ਵੀ ਇਹਦੇ ਕੋਈ ਮਤਲਬ ਕੋਈ ਜ਼ੋਰ ਜ਼ਬਰਦਸਤੀ ਕੋਈ ਛੇ ਦਾ ਕੋਈ ਤਾਰ ਕੇ ਲੈ ਜਾਊਗਾ ਹੈਨਾ ਆਪਾਂ ਤਾਂ ਚਲੋ ਇਹਨੇ ਸੈਂਟੀਮੈਂਟਲੀ ਜਿਹੜਾ ਆਪਾਂ ਕਹਿੰਗੇ ਸਾਡਾ ਕੀ ਲੈ ਗਿਆ ਸਾਲਾ ਮਾੜਾ ਬੰਦਾ ਸੀ ਹੈਨਾ ਚਾਰ ਗਾਲਾਂ ਕੱਢ ਦਾਂਗੇ ਉਹ ਉੱਥੇ ਜਾ ਕੇ ਜੇ ਆਪਾਂ ਨੂੰ ਲੱਗਦਾ ਹੋਵੇ ਓਨੇਗ ਨਾਲ ਕੁਝ ਹੋ ਗਿਆ ਉਹਨਾਂ ਨੇ ਇਕੱਲੇ ਉਹਨੂੰ ਹੀ ਲੁੱਟਿਆ ਤਾਂ ਜਿਹੜੇ ਐਸੇ ਬੰਦੇ ਨੇ ਸਾਡਾ ਇੱਕ ਮੰਦਰ ਨਹੀਂ ਲੁੱਟਣੋਂ ਹਟ ਰਹੇ ਤਾਂ ਉਹਨਾਂ ਨੇ ਬਾਕੀ ਦੁਨੀਆ 'ਚ ਜਿਹੜੇ ਲੋਕਾਂ ਦਾ ਕੀ ਕੀ ਲੁੱਟ ਲਿਆ ਹੋਣਾ ਹਰ ਬੰਦੇ ਦੀ ਬਿਹਤਰੀਨ ਚੀਜ਼ ਲੁੱਟ ਕੇ ਪਤਾ ਕਿੱਥੇ ਪਹੁੰਚਾਤੀ ਜਿੰ ਇੰਗਲੈਂਡ ਦੇ ਵਿੱਚ ਉਹਨੂੰ ਅੱਜ ਬ੍ਰਿਟਿਸ਼ ਮਿਊਜ਼ੀਅਮ ਕਹਿੰਦੇ ਨੇ ਅਮਰੀਕਾ ਦੇ ਵਿੱਚ ਉਹਨੂੰ ਸਮਿਥਸੋਨੀਅਨਸ ਕਹਿੰਦੇ ਨੇ ਠੀਕ ਹੈ ਜੀ ਉਹਨਾਂ ਜਗ੍ਹਾ ਤੇ ਤੇ ਦੁਨੀਆ ਭਰ ਦੇ ਵਿੱਚ ਉਹਨੂੰ ਵਰਟੀਕਲ ਦੀ ਲਾਇਬ੍ਰੇਰੀ ਕਹਿੰਦੇ ਨੇ ਜਿੱਥੇ ਦੁਨੀਆ ਭਰ ਦੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਸਮਝ ਤੋਂ ਪਰੇ ਨੇ ਇਸ ਕੁਦਰਤ ਦੇ ਨੀਮਾ ਦੇ ਵਿੱਚ ਆਉਂਦੀਆਂ ਨਹੀਂ ਆਪਾਂ ਕਰਦੇ ਰਵਾਂਗੇ ਸਰ ਵਿਚਾਰ ਤੁਹਾਡੇ ਨਾਲ ਸਮੇਂ-ਸਮੇਂ ਨਾਲ ਬਹੁਤ ਧੰਨਵਾਦ ਤੁਸੀਂ ਸਮਾਂ ਕੀਮਤੀ ਸਮਾਂ ਦਿੱਤਾ ਬਹੁਤ ਧੰਨਵਾਦ